ਇੱਕ ਲੜਕੀ ਦਾ ਜਿਹੜਾ ਬੁਰੀ ਤਰ੍ਹਾਂ ਉਹਦੇ 'ਤੇ ਤਸ਼ੱਦਦ ਕਰਕੇ ਉਹਨੂੰ ਮਾਰਿਆ ਗਿਆ ਅਤੇ ਘਰ ਵਾਲਿਆਂ ਨੂੰ ਬੋਡੀ ਵੀ ਨਹੀਂ ਦਿੱਤੀ ਗਈ। ਸੋ ਇੱਦਾਂ ਦੇ ਲੋਕ ਜਿਹੜੇ ਹੈਗੇ ਉੱਥੇ ਔਰੰਗਜ਼ੇਬ ਨਾਲੋਂ ਵੱਧ ਜਿਹੜੇ ਅੱਤਿਆਚਾਰ ਅੱਜ ਉਸ ਦੇਸ਼ ਦੇ ਵਿੱਚ ਹੋ ਰਹੇ ਆ, ਸੋ ਉਹਨਾਂ ਦਾ ਵੀ ਅਸੀਂ ਉਹਦੀ ਘੋਰ ਨਿੰਦਿਆ ਕਰਦੇ ਹਾਂ ਜਿੱਥੇ ਕਿਤੇ ਵੀ ਕਿਸੇ ਮਜ਼ਲੂਮ ਦੇ ਉੱਤੇ ਗਰੀਬ ਪਰਿਵਾਰਾਂ ਦੇ ਉੱਪਰ ਇਸ ਤਰ੍ਹਾਂ ਦਾ ਅੱਤਿਆਚਾਰ ਹੁੰਦਾ। ਉਹ ਲੜਕੀ ਨੂੰ ਚੱਕ ਕੇ ਕਿਡਨੈਪ ਕਰਕੇ ਲੈ ਕੇ ਫਿਰ ਕੀ ਕੀਤਾ, ਆਪ ਸਾਰਾ ਕੁਝ ਤੁਸੀਂ ਮੀਡੀਆ ਦੇਖ ਰਹੇ ਹੋ। ਸੋ ਉਹਦੀ ਵੀ ਸ੍ਰੀ ਗੁਰੂ ਸਿੰਘ ਸਭਾ ਬਹੁਤ ਘੋਰ ਨਿੰਦਿਆ ਕਰਦੇ। ਮਲੀ ਸਾਹਿਬ, ਮੈਂ ਪੁੱਛਣਾ ਚਾਹਾਂਗਾ, ਪਿਛਲੇ ਦਿਨਾਂ ਦੇ ਵਿੱਚ ਕੋਵਿਡ ਦਾ ਕਰਕੇ ਜਿਹੜਾ ਸੀ ਕਾਫੀ ਜਿਹੜੀਆਂ ਬ੍ਰੇਕਾਂ ਲੱਗ ਗਈਆਂ ਜਨ ਜੀਵਨ ਦੇ ਉੱਪਰ, ਉੱਥੇ ਨਾਲ ਨਾਲ ਤੁਸੀਂ ਜੂਮ ਮੀਟਿੰਗਾਂ ਕਰਕੇ ਗੁਰਦੁਆਰਿਆਂ ਦੀ ਵੱਡੇ ਪੱਧਰ ਦੇ ਉੱਤੇ ਗੁਰਦੁਆਰਿਆਂ ਦੇ ਇਕੱਠ ਜੂਮ ਮੀਟਿੰਗਾਂ ਰਾਹੀਂ ਤੁਸੀਂ ਕੀਤੇ, ਕੀ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰੇ ਸਾਹਿਬ ਸਾਂਝੇ ਤੌਰ ਦੇ ਉੱਤੇ ਵੀ ਕੋਈ ਪ੍ਰੋਗਰਾਮ ਉਲੀਕ ਸਕਦੇ ਜਾਂ? ਹਾਲ ਦੀ ਘੜੀ ਜਿਹੜਾ ਹੈਗਾ, ਕਿਉਂਕਿ ਬਿਮਾਰੀ ਇਸ ਟਾਈਮ ਵੱਧ ਰਹੀ ਹੈਗੀ ਆ, ਸਾਰਿਆਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਮਾਸਕ ਪਾ ਕੇ ਜ਼ਰੂਰ ਰਹਿਣ, 6 ਤੋਂ ਵੱਧ ਜਿਹੜੇ ਬੰਦੇ ਉਹ ਇਕੱਠੇ ਨਾ ਹੋਣ। ਜਿਹੜੀ ਸਿੱਖ ਕੌਂਸਲ, ਜਿਹੜੀ ਨਵੀਂ ਓਰੀਜਨਲ ਸਿੱਖ ਕੌਂਸਲ, ਉਹਨੇ ਕੋਸ਼ਿਸ਼ ਕੀਤੀ ਸੀਗੀ ਮੁਜ਼ਾਹਰਾ ਕਰਨ ਵਾਸਤੇ, ਲੇਕਿਨ ਉਹ ਗੌਰਮੈਂਟ ਨੇ ਪਾਸ ਨਹੀਂ ਕੀਤੀ। ਸੋ ਇਸ ਕਰਕੇ ਜਿਹੜੀਆਂ ਛੋਟੀਆਂ ਛੋਟੀਆਂ ਰੈਲੀਆਂ ਹੋ ਰਹੀਆਂ, ਲੇਕਿਨ ਨਾਲ ਸਾਨੂੰ ਖਿਆਲ ਰੱਖਣਾ ਪੈ ਗਿਆ, ਕੁਛ ਲੋਕ ਧਰਮ ਦੇ ਨਾਂ 'ਤੇ ਧਰਮ ਦਾ ਨਾਰਾ ਲਾ ਕੇ ਆਪਣੀਆਂ ਦੁਕਾਨਾਂ ਨੂੰ ਵੀ ਕਾਇਮ ਕਰਨਾ ਚਾਹੁੰਦੇ ਆ। ਜਿਵੇਂ ਇੱਕ ਕੱਲ੍ਹ ਵੀ ਮੁਜ਼ਾਹਰਾ ਹੋਇਆ, ਜਦ ਇੱਥੇ ਮੁਜ਼ਾਹਰਾ ਅੱਜ ਲਿਖਿਆ ਹੋਇਆ ਸੀ, ਅਤੇ ਕੱਲ੍ਹ ਵਾਲਾ ਸਭ ਤੋਂ ਮੁਜ਼ਾਹਰਾ ਹੋਣਾ ਨਹੀਂ ਸੀ ਚਾਹੀਦਾ। ਤਾਰ ਪੀਡੋ ਕਰਨ ਵਾਸਤੇ ਸਿੱਖਾਂ ਨੂੰ, ਕਿਸਾਨਾਂ ਨੂੰ ਇਹ ਜਿਹੜੀ 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 ਲਹਿਰ ਚੱਲੀ ਉਹਨੂੰ ਖਤਮ ਕਰਨ ਵਾਸਤੇ, ਤਾਰ ਪੀਡੋ ਕਰਨ ਵਾਸਤੇ ਸਿੱਖੀ ਦੇ ਭੇਗ ਵਿੱਚ ਵੀ ਬਹੁਤ ਲੋਕ ਵੜੇ ਹੋਏ ਆ, ਉਹਨਾਂ ਤੋਂ ਵੀ ਸਾਨੂੰ ਸੁਚੇਤ ਰਹਿਣਾ ਪਏਗਾ। ਮਲੀ ਸਾਹਿਬ, ਜਿਹੜਾ ਕਾਨੂੰਨ ਕਿਸਾਨਾਂ ਦੇ ਥੋਪਿਆ ਗਿਆ, ਕੀ ਤੁਸੀਂ ਸੋਚਦੇ ਹੋ ਵੀ ਇਹ ਕਿਸਾਨਾਂ ਦੀ ਵੀ ਰਾਇ ਲੱਲਣੀ ਚਾਹੀਦੀ ਸੀ ਜਾਂ ਇੱਕ ਹਿਸਾਬ ਇੱਕ ਦੇ ਨਾਲ ਬਣਾ ਕੇ ਇੱਕਦਮ ਸੁੱਟ ਦੇਣਾ? ਬਿਲਕੁਲ, ਕਿਸਾਨਾਂ ਦੀ ਰਾਇ ਤੋਂ ਬਿਨਾਂ ਇਹ ਹੋਣਾ ਨਹੀਂ ਚਾਹੀਦਾ ਸੀ। ਕਿਸਾਨਾਂ ਨੂੰ 70 ਸਾਲਾਂ ਦੇ ਵਿੱਚ ਆਜ਼ਾਦੀ ਦੇ, ਜਦੋਂ ਦੀ ਆਜ਼ਾਦੀ ਮਿਲੀ ਆ ਸਾਨੂੰ, ਉਹਨਾਂ ਨੇ ਕਦੇ ਕੋਈ ਇਹੋ ਜਿਹਾ ਚੀਜ਼ ਜਿਹੜਾ ਪਾਸ ਨਹੀਂ ਕੀਤਾ ਗਾ, ਨਾ ਕਿਸਾਨਾਂ ਦੀ ਕੋਈ ਰਾਇ ਲਈ ਜਾਂਦੀ ਆ। ਅੱਜ ਕਿਸਾਨਾਂ ਦੀਆਂ ਜਿਹੜੀਆਂ ਕੀਮਤਾਂ ਹੈਗੀਆਂ, 50 ਸਾਲ ਵੀ ਪਹਿਲਾਂ ਉਹੀ ਸੀ, ਅੱਜ ਵੀ ਉਹੀ ਆ। ਅਤੇ ਜੇ ਅਸੀਂ ਤਨਖਾਹਾਂ ਦੇਖੀਆਂ ਤਾਂ ਨੀਅਰਲੀ 500 ਰੁਪਏ ਤੋਂ ਲੈ ਕੇ ਅੱਜ 50,000 ਹੋਈ ਹੋਈ ਆ, 100-100 ਗੁਣਾ ਵੱਧ ਹੋਈ ਹੋਈ ਆ। ਸੋ ਇਹ ਜਿਹੜੀ ਪੋਲਸੀ ਆ, ਕਿਸਾਨ ਪੋਲਸੀ, ਕਿਉਂਕਿ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ, ਸਾਡਾ ਹਰਿਆਣਾ ਪੰਜਾਬ, ਇਹ ਸਾਡਾ ਇੱਕੋ ਹੀ ਪੰਜਾਬ ਆ। ਇਸ ਕਿਸਾਨਾਂ ਨੂੰ, ਇਹਨਾਂ ਪੰਜਾਬੀਆਂ ਨੂੰ ਇਹ ਜਿਹੜੀਆਂ ਗੌਰਮੈਂਟਾਂ ਹੈਗੀਆਂ ਮਾਰਨ 'ਤੇ ਤੁਲੀਆਂ ਹੋਈਆਂ ਕਿ ਵੀ ਇਹਨਾਂ ਨੂੰ ਰੋਜ਼ੀ ਰੋਟੀ ਤੋਂ ਮਥਾਜ ਕਰ ਦਿਓ। ਧੰਨਵਾਦ ਮਲੀ ਸਾਹਿਬ, ਮੈਂ ਫਿਰ ਰੈਲੀ ਦੇ ਵਿੱਚ ਆਪਦੇ ਜਿਹੜੇ ਵਿਚਾਰ ਉਹ ਲਵਾਂਗਾ। ਸੋ ਦਰਸ਼ਕੋ, ਆਪਾਂ ਵੇਖ ਰਹੇ ਸਾਂ ਇਹ ਜਿਹੜੀ ਅੱਜ ਇੱਥੇ ਕਿਸਾਨ ਰੈਲੀ, ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਹੋਣੀ ਆ, ਉਹਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਬਿਲਕੁਲ ਚੱਲਦੀਆਂ ਪਈਆਂ ਨੇ। ਬੜੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਯੂਥ ਆ, ਨੌਜਵਾਨ ਆ ਜਿਹੜੇ, ਉਹ ਇੱਥੇ ਪਹੁੰਚੇ ਹੋਏ ਨੇ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ। ਸੋ ਇਹ ਸਿੰਘ ਸਭਾ ਤੋਂ ਜਿਹੜੀ ਹੈ ਉਹ ਆਰੰਭਤਾ ਜਿਹੜੀ ਹੋਣੀ ਹੈ। ਨੌਜਵਾਨ ਵੀਰ ਵੀ ਨੇ, ਪੁੱਛਦੇ ਹਾਂ ਵੀ ਇਹਦੇ ਬਾਰੇ ਕੋਈ ਇਹਨਾਂ ਨੂੰ ਜਾਣਕਾਰੀ ਵੀ ਆ ਜਾਂ ਇੱਕ ਇਕੱਠ ਵਾਸਤੇ ਆਏ ਆ? ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ ਦੱਸੋ। ਸਤਿੰਦਰਪ੍ਰੀਤ ਸਿੰਘ। ਸਤਿੰਦਰਪ੍ਰੀਤ ਸਿੰਘ ਜੀ, ਆਪਾਂ ਇੱਥੇ ਕਿਉਂ ਆਏ ਆ? ਜੀ ਇਹ ਆਪਾਂ ਕਿਸਾਨ ਰੈਲੀ ਕਰ ਰਹੇ ਹਾਂ ਜੋ ਕਿ ਆਪਣੇ ਬਿੱਲ ਪਾਸ ਕੀਤੇ ਆ ਆਪਣੀ ਮੋਦੀ ਸਰਕਾਰ ਨੇ, ਉਹਨਾਂ ਦੇ ਵਿਰੋਧ 'ਚ ਪੰਜਾਬ 'ਚ ਵੀ ਪਿਛਲੇ 10-15 ਦਿਨਾਂ ਤੋਂ ਧਰਨੇ ਚੱਲ ਰਹੇ ਆ। ਸੋ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਆਪਣੇ ਨਾਲ ਧੱਕਾ ਸ਼ੁਰੂ ਤੋਂ ਕਰਦੀਆਂ ਰਹੀਆਂ, ਅਤੇ ਹੁਣ ਜਿਹੜੇ 3 ਬਿੱਲ ਪਾਸ ਕੀਤੇ ਆ ਉਹ ਆਪਣੇ ਖਿਲਾਫ ਕੀਤੇ ਆ, ਇਸ ਕਰਕੇ ਨੌਜਵਾਨ ਪੀੜ੍ਹੀ, ਆਪਣੇ ਬਜ਼ੁਰਗ ਸਾਰੇ ਇਸ ਦੇ ਵਿਰੋਧ 'ਚ ਆ। ਮੇਰਾ ਨਾਮ ਵੀਰੇ ਗੁਰਿੰਦਰਵੀਰ ਸਿੰਘ ਹੈ ਵੀਰੇ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇੱਥੇ ਲੰਡਨ ਸਾਊਥ ਹਾਲ ਕੋਰਟਰ ਦੇ ਸਾਹਮਣੇ ਜਿਹੜੀ ਅੱਜ ਰੈਲੀ ਹੋ ਰਹੀ ਹੈ? ਇਹ ਵੀਰੇ ਆਪਣੇ ਕਿਸਾਨ ਭਰਾਵਾਂ ਲਈ ਚੱਲ ਰਹੀ ਹੈ, ਕਿਉਂਕਿ ਜਿਹੜਾ ਆਪਣਾ ਮੋਦੀ ਆ ਉਹਨੇ ਆਪਣੇ ਬਿੱਲ ਪਾਸ ਲਾਤੇ ਨੇ, ਜੇ ਆਪਣੇ ਜ਼ਮੀਨਾਂ ਨਾ ਰਹੀਆਂ ਤਾਂ ਆਪਣੇ ਆ ਜ਼ਮੀਨਾਂ ਦੇ ਵਿੱਚ ਆਪਾਂ ਆਪ ਹੀ ਦਿਹਾੜੀਆਂ ਕਰਾਂਗੇ ਅਤੇ ਆਪਣੇ ਜ਼ਮੀਨਾਂ ਦਾ ਕੋਈ ਫਾਇਦਾ ਨਹੀਂ। ਆਪਾਂ ਉੱਥੇ ਖੇਤੀ ਕਰਦੇ ਸੀ? ਹਾਂਜੀ, ਆਪਾਂ ਉੱਥੇ ਖੇਤੀ ਕਰਦੇ ਸੀ। ਧੰਨਵਾਦ ਜੀ। ਜੇ ਆਪਣੀਆਂ ਜ਼ਮੀਨਾਂ ਹੀ ਨਾ ਰਹੀਆਂ ਤਾਂ ਹੋ ਸਕਦਾ ਆਪਾਂ ਇਸ ਮੁਲਕ ਦੇ ਵਿੱਚ ਦਿਹਾੜੀਦਾਰ ਹੋ ਕੇ ਬਣ ਕੇ ਰਹਿ ਜਾਈਏ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਨਾਮ ਜੀ, ਆਪਣਾ ਨਾਮ ਦੱਸੋ ਪਹਿਲਾਂ ਜੀ। ਮੇਰਾ ਨਾਮ ਜੀ ਦਲਵਿੰਦਰ ਅਟਵਾਲ ਆ, ਮੈਂ ਇੰਡੀਅਨ ਵਰਕਰ ਐਸੋਸੀਏਸ਼ਨ ਨੂੰ ਬਿਲੋਂਗ ਕਰਦਾ। ਹਾਂਜੀ ਅਟਵਾਲ ਜੀ, ਕੀ ਕਹਿਣਾ ਚਾਹੋ?
ਹਾਂਜੀ ਉੱਧਰ ਪੰਜਾਬ ਸੰਘਰਸ਼ ਹੋ ਰਹੇ ਨੇ ਕਿਸਾਨਾਂ ਦੇ, ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇੰਡੀਅਨ ਵਰਕ ਐਸੋਸੀਏਸ਼ਨ ਦੇ ਵੱਲੋਂ ਕਿ ਇਹ ਜਿਹੜੇ ਬਿੱਲ ਪਾਸ ਕੀਤੇ ਹੈਗੇ ਆ ਇਹ ਸਰਾਸਰ ਐਂਟੀ ਫਾਰਮਰ ਬਿੱਲ ਹੈਗੇ ਆ, ਇਹ ਐਨ ਉੱਦਾਂ ਦੇ ਹੀ ਬਿੱਲ ਹੈਗੇ ਆ ਜਿਹਦੇ ਜਿਹੜੇ ਅੰਗਰੇਜ਼ਾਂ ਨੇ 1907-6 ਦੇ ਵਿੱਚ ਪਾਸ ਕੀਤੇ ਸੀਗੇ, ਜਿਹਦੇ ਖਿਲਾਫ ਇੱਕ ਬਹੁਤ ਵੱਡਾ ਮੋਰਚਾ ਲੱਗਿਆ ਸੀ, ਜਿਹਦੇ ਲੀਡਰ ਸੀਗੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ, ਅਤੇ ਉਹਨਾਂ ਨੇ ਮਤਲਬ ਇਹਦੇ ਖਿਲਾਫ ਲਹਿਰ ਚਲਾਈ ਸੀ, ਜਿਹਦਾ ਨਾਂ ਇੱਕ ਪਾਪੂਲਰ ਹੋਇਆ ਸੀ ਪਗੜੀ ਸੰਭਾਲ ਜੱਟਾਂ ਦੇ ਨਾਂ ਦੇ ਉੱਤੇ, ਉਹ ਮਤਲਬ ਇੱਕ ਗਾਣੇ ਦੇ ਨਾਂ ਦੇ ਉੱਤੇ ਫਿਰ ਉਹ ਹੋਇਆ ਸੀਗਾ ਜਿਹੜਾ ਕਿ ਬਾਂਕੇ ਦਿਆਲ ਨੇ ਲਿਖਿਆ ਸੀ ਗਾਣਾ, ਅਤੇ ਉਹ ਐਡੀ ਵੱਡੀ ਲਹਿਰ ਸੀ ਕਿ ਉਹ ਵਾਪਸ ਅੰਗਰੇਜ਼ਾਂ ਨੂੰ ਲਿਆਉਣੀ ਪਈ, ਉਹ ਕਾਨੂੰਨ ਵਾਪਸ ਜਿਹੜੇ ਆ ਉਹ ਕਰਨੇ ਪਏ ਇਹਨਾਂ ਆਪਣੇ ਅਜੀਤ ਸਿੰਘ ਨੂੰ ਅਤੇ ਹੋਰ ਲੀਡਰਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੀਗਾ, ਮਾਂਡਲੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀਗਾ, ਪਰ ਇਹ ਲਹਿਰ ਇੰਨੀ ਵੱਡੀ ਸੀ ਕਿ ਅੰਗਰੇਜ਼ ਇਹਦੇ ਸਾਹਮਣੇ ਟਿਕ ਨਹੀਂ ਸਕੇ, ਔਰ ਸਾਡਾ ਪੂਰਾ ਯਕੀਨ ਆ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਲਹਿਰ ਜਿਹੜੀ ਆ ਇੱਕ ਤੂਫਾਨ ਦੇ ਵਾਂਗ ਦਹਾੜ ਰਹੀ ਆ, ਇਹ ਕਾਨੂੰਨ ਵਾਪਸ ਕਰਵਾ ਕੇ ਹਟੂਗੀ, ਅਤੇ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਆ, ਅੰਗਰੇਜ਼ ਵੀ ਚੁੱਕੇ ਸੀ ਅਤੇ ਅੱਜ ਦੀ ਸਰਕਾਰ ਵੀ ਇਹਦੇ ਖਿਲਾਫ ਚੁੱਕੂਗੀ, ਅਤੇ ਦੂਜੀ ਗੱਲਬਾਤ ਆ ਸਟਰਗਲ, ਸਾਡਾ ਸੰਘਰਸ਼ ਸਾਡੇ ਕਿਸਾਨਾਂ ਦਾ ਸੰਘਰਸ਼ ਇਸ ਕਾਨੂੰਨ ਨੂੰ ਵਾਪਸ ਲੈਣ ਦੇ ਨਾਲ ਖਤਮ ਨਹੀਂ ਹੁੰਦਾ, ਜਿਸ ਤਰ੍ਹਾਂ ਅਜੀਤ ਸਿੰਘ ਬੈਂਸ ਅਜੀਤ ਸਿੰਘ ਨੇ ਸਰਦਾਰ ਅਜੀਤ ਸਿੰਘ ਨੇ ਕਿਹਾ ਸੀ ਕਿ ਕਾਨੂੰਨ ਜਿਹੜੇ ਆ ਇਹ ਤਾਂ ਵਾਪਸ ਦਿਵਾਉਣੇ ਆ ਪਰ ਨਾਲ ਦੀ ਨਾਲ ਇਹਦਾ ਅਸਲੀ ਖਾਤਮਾ ਜਿਹੜਾ ਦੇਸ਼ ਦੀ ਆਜ਼ਾਦੀ ਨਾਲ ਹੋਣਾ। ਮੇਰਾ ਸੰਬੰਧ ਢਿੱਲੋਂ ਗਦਰ ਇੰਟਰਨੈਸ਼ਨਲ ਇੰਡੀਅਨ ਵਰਕ ਐਸੋਸੀਏਸ਼ਨ, ਅਸੀਂ ਬੜੇ ਕਲੋਸਲੀ ਕੰਮ ਕਰਦੇ ਹਾਂ। ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਕਾਨੂੰਨ ਇਹਨਾਂ ਪਾਸ ਕੀਤਾ ਕਿਸੇ ਨੂੰ ਕੰਸਲਟ ਨਹੀਂ ਕੀਤਾ, ਕਿਸੇ ਦੀ ਰਾਏ ਨਹੀਂ ਲਈ, ਕੋਵਿਡ ਦੇ ਹਾਲਾਤਾਂ ਨੂੰ ਇਹਨਾਂ ਨੇ ਫਾਇਦਾ ਉਠਾ ਕੇ ਕਾਨੂੰਨ ਪਾਸ ਕੀਤਾ। ਉਹ ਕਿਹੋ ਜਿਹੀ ਡੈਮੋਕ੍ਰੇਸੀ ਆ ਜਿਹੜੇ ਕਿਸਾਨਾਂ ਦੇ ਦਰਦ ਸੁਣੀ ਨਹੀਂ, ਉਹਨਾਂ ਦੇ ਵਿਚਾਰ ਨਹੀਂ ਲਏ। ਉਹ ਕਿਹੋ ਜਿਹੀ ਇਕੋਨਮੀ ਆ ਜੇ ਕਹਿੰਦੇ ਵੀ ਇਕਨੋਮਿਕ ਸਿਸਟਮ ਆ ਜਿੱਥੇ ਕਿਸਾਨਾਂ ਨੂੰ ਖੁਦਕੁਸ਼ੀ ਕਰਨੀ ਪੈਂਦੀ ਆ, ਮਜ਼ਦੂਰ ਆਵਾਜ਼ ਉਠਾਉਂਦੇ ਉੱਥੇ ਗੋਲੀ ਚਲਾਈ ਜਾਂਦੀ ਆ, ਨੌਜਵਾਨ ਆਵਾਜ਼ ਉਠਾਉਂਦੇ ਆ ਅਤੇ ਜਵਾਹਰ ਲਾਲ ਯੂਨੀਵਰਸਿਟੀ ਗੁੰਡਿਆਂ ਤੌਰ 'ਤੇ ਉਹਨਾਂ ਨੂੰ ਕੁੱਟਿਆ ਗਿਆ। ਇਹ ਨਹੀਂ ਸੀ ਆਜ਼ਾਦੀ ਜਿਹਦੇ ਲਈ ਸਾਡੇ ਲੋਕਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ। ਸਾਨੂੰ ਉਹ ਸਮਾਜ ਲਿਆਉਣਾ ਚਾਹੀਦਾ ਜਿੱਦਾਂ ਭਗਤ ਸਿੰਘ ਕਹਿੰਦੇ ਸੀ, ਜਿਹੜਾ ਕਿਸਾਨਾਂ ਦੇ ਵੀ ਫਿਊਚਰ ਦੇ ਸਕੇ, ਮਜ਼ਦੂਰਾਂ ਦੇ ਹੱਕਾਂ ਲਈ ਵੀ ਖੜ ਸਕੇ, ਯੂਥ ਚੁਣਨ ਵਾਸਤੇ ਵੀ, ਜਿਹੜੇ ਮੁਲਕ ਲੋਕਾਂ ਦੀ ਤਰੱਕੀ ਵਾਸਤੇ, ਨਾ ਟਾਟੇ ਬਿਰਲਿਆਂ ਜਾਂ ਅੰਬਾਨੀਆਂ ਦੀ ਤਰੱਕੀ ਵਾਸਤੇ, ਪਰ ਆਪਣੇ ਲੋਕਾਂ ਦੀ ਭਲਾਈ ਔਰ ਤਰੱਕੀ ਵਾਸਤੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਇਹਨਾਂ ਨੇ ਆਪਣੇ ਜਿਹੜੇ ਵਿਚਾਰ ਦਿੱਤੇ। ਸੋ ਇੱਥੋਂ ਜਿਹੜੀ ਹੈ ਉਹ ਰੈਲੀ ਜਿਹੜੀ ਉਹ ਆਰੰਭ ਹੋਣੀ ਹੈ, ਔਰ ਮੈਂ ਚਾਹੂੰਗਾ ਕਿ ਜਿਹੜੇ ਹੋਰ ਵਿਚਾਰ ਆ ਆਪਾਂ ਤੁਹਾਡੇ ਨਾਲ ਜਿਹੜੇ ਉਹ ਸਾਂਝੇ ਕਰਾ ਸਕੀਏ। ਸੋ ਮੈਂ ਇਹ ਬੇਨਤੀ ਕਰੂੰਗਾ, ਮੇਰੇ ਨਾਲ ਸਰਦਾਰ ਹਰਜੀਤ ਸਿੰਘ ਜੀ ਸਰਪੰਚ, ਜੋ ਗੁਰਦੁਆਰਾ ਸਾਊਥ ਹਾਲ ਦੇ ਪ੍ਰਬੰਧ ਦੇ ਵਿੱਚ ਜਿਹੜੀਆਂ ਨੇ ਉਹ ਅਹਿਮ ਸੇਵਾਵਾਂ ਜਿਹੜੀਆਂ ਉਹ ਨਿਭਾਉਂਦੇ ਨੇ। ਸੋ ਅਸੀਂ ਇਹਨਾਂ ਕੋਲੋਂ ਅੱਜ ਜਿਹੜੀ ਆ ਉਹ ਜਾਣਕਾਰੀ ਲੈਣੀ ਆ। ਸਰੋਤੇ ਉਹ ਮੇਰੇ ਨਾਲ ਇਸ ਵੇਲੇ ਸਰਦਾਰ ਹਰਜੀਤ ਸਿੰਘ ਜੀ ਸਰਪੰਚ ਬਣੇ ਹੋਏ ਨੇ। ਇਹ ਸਰਪੰਚ ਜੀ, ਅੱਜ ਇਹ ਰੈਲੀ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਹੋ ਰਹੀ ਆ, ਸਰਕਾਰ ਦੇ ਖਿਲਾਫ ਹੋ ਰਹੀ ਆ, ਕੀ ਕਹਿਣਾ ਚਾਹੋਗੇ ਅੱਜ ਇੱਥੋਂ ਗੁਰਦੁਆਰਾ ਸਾਹਿਬ ਤੋਂ ਜਿਹੜੀ ਥੋੜ੍ਹੇ ਚਿਰ ਤੱਕ ਰਮਤਾਉਣੀ? ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਇਹਨਾਂ ਨੌਜਵਾਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਰੈਲੀ ਦਾ ਪ੍ਰਬੰਧ ਕੀਤਾ।
ਇਹਨਾਂ ਨੌਜਵਾਨਾਂ ਨੂੰ ਮੇਰਾ ਸਜਦਾ। ਅਤੇ ਮੈਂ ਤੁਸੀਂ ਦੇਖਦੇ ਹਾਂ ਕਿ ਨੌਜਵਾਨਾਂ ਦਾ ਨਾਲੇ ਆਪਾਂ ਕੋਈ ਜ਼ਿਆਦਾ ਵੱਧੇ ਆ ਨਹੀਂ ਸਕਦੇ, ਪਰ ਫਿਰ ਵੀ ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ, ਅੱਜ ਫਿਰ ਵੀ ਠਾਠਾਂ ਮਾਰਦਾ ਇਕੱਠ ਇਹਨਾਂ ਨੌਜਵਾਨਾਂ ਨੇ ਇਕੱਠਾ ਕਰ ਲਿਆ। ਮੈਂ ਹੁਣ ਵੀ ਦੱਸ ਕੇ ਆਇਆਂ ਅਕਾਲ ਟੈਲੀਵਿਜ਼ਨ 'ਤੇ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਸਤਸੰਗਤ ਜੀ, ਅੱਜ ਅਕਾਲੀ ਅਤੇ ਕਾਂਗਰਸੀ ਦੋਨੋਂ ਹੀ ਇਹ ਦੋਨੋਂ ਹੀ ਰਲੇ ਆ ਭਾਜਪਾ ਦੇ ਨਾਲ, ਕਿਉਂਕਿ ਪਹਿਲਾਂ ਅਕਾਲੀ ਵੀ 2-3 ਮਹੀਨੇ ਪਹਿਲਾਂ ਇਹ ਕਹਿੰਦੇ ਰਹੇ ਵੀ ਬਹੁਤ ਵਧੀਆ ਇਹ ਜਿਹੜਾ ਆਪਣਾ ਕਾਨੂੰਨ ਆ, ਇਹਦੇ ਨਾਲ ਜ਼ਿਮੀਂਦਾਰ ਦੀ ਫਸਲ ਜਿਹੜੀ ਵਿਕੂਗੀ। ਅਤੇ ਅਮਰਿੰਦਰ ਤੋਂ 7 MLA ਜਿਨ੍ਹਾਂ ਆਪਣੇ ਸੂਬਿਆਂ ਦੇ ਵਿੱਚ ਕਣਕ ਅਤੇ ਝੋਨਾ ਜ਼ਿਆਦਾ ਪੈਦਾ ਹੁੰਦੇ ਆ, ਉਹਨਾਂ ਦੇ ਉਹਨੇ 7 ਆਪਣੇ CM ਸੱਦੇ, ਉਹਨਾਂ ਦੇ ਹਾਂਜੀ ਮੁੱਖ ਮੰਤਰੀ ਸੱਦੇ, ਜਿਨ੍ਹਾਂ ਦੇ ਵਿੱਚੋਂ ਇੱਕ ਕੈਪਟਨ ਸਾਹਿਬ ਸੀ। ਉੱਥੇ ਤਾਂ ਕੈਪਟਨ ਸਾਹਿਬ ਦਸਖਤ ਕਰਿਆ ਹੈ, ਅਤੇ ਹੁਣ ਰਾਹੁਲ ਗਾਂਧੀ ਨੂੰ ਲਿਆ ਕੇ ਅੱਜ ਟਰੈਕਟਰਾਂ 'ਤੇ ਚੜ੍ਹੇ ਫਿਰਦੇ ਆ। ਇਹ ਸਾਡਾ ਮੋਰਚਾ ਫੇਲ ਕਰਨ ਲਈ ਸਾਰਾ ਕੁਛ ਹੋ ਰਿਹਾ। ਮੈਂ ਕਿਸਾਨਾਂ ਵੀਰਾਂ ਨੂੰ ਇਹ ਕਹਿਣਾ ਵੀ ਜੇ ਤੁਹਾਡੀ ਇਹ ਮਦਦ ਕਰਦੀਆਂ ਦੋਨੋਂ ਪਾਰਟੀਆਂ, ਅੱਜ ਇਹਨਾਂ ਨੂੰ ਆਪਣਾ ਆਪਣਾ ਛੱਡ ਕੇ ਤੁਸੀਂ ਫੇਰ ਕਰ ਲਿਓ ਇਹ ਗੱਲਾਂ, ਤੁਸੀਂ ਫੇਰ ਸਿਆਸਤ ਖੇਡ ਲਿਓ। ਜੇ ਤੁਸੀਂ ਵਾਕਿਆ ਕਿਸਾਨਾਂ ਦੇ ਹੱਕ 'ਚ ਆ, ਤਾਂ ਅੱਜ ਦੋਨੋਂ ਪਾਰਟੀਆਂ ਦੇ ਮੈਂ ਵਰਕਰਾਂ ਨੂੰ ਬੇਨਤੀ ਕਰਦਾ, ਇਹਨਾਂ ਨੇ ਲੀਡਰਾਂ ਨੇ ਨਹੀਂ ਕਰਨਾ, ਮੈਂ ਵਰਕਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਭਰਾਵਾਂ ਦੇ ਨਾਲ ਤੁਰੋ, ਕਿਸਾਨਾਂ ਦੇ ਨਾਲ ਤੁਰੋ। ਦੋਨਾਂ ਪਾਰਟੀਆਂ ਦੇ ਵਰਕਰਾਂ ਨੂੰ ਇਹ ਕਹਿਣਾ, ਅਤੇ ਅਕਾਲੀਆਂ ਨੂੰ ਬੇਨਤੀ ਕਰਦਾ ਤੁਸੀਂ ਆਪਣਾ ਆਪ ਛੱਡ ਕੇ ਕਿਸਾਨਾਂ ਦੇ ਮਗਰ ਹੋ ਜਾਓ, ਉਹਨਾਂ ਨੂੰ ਲਾਓ। ਅਤੇ ਕਿਸਾਨਾਂ ਵੀਰਾਂ ਨੂੰ ਕਹਿਣਾ ਕਿ ਹਰਿਆਣੇ ਦੇ ਨਾਲ ਇਕੱਠ ਕਰਕੇ, ਜਦੋਂ ਇਕੱਠ ਆ ਲੋਹੇ ਦੀ ਲੱਠ ਆ, ਇਕੱਠ ਕਰਕੇ ਅੱਜ ਉਹ ਦਿੱਲੀ ਨੂੰ ਤੁਰ ਪਓ। ਉਹ ਦੂਰ ਨੇ, ਅਸੀਂ ਦਿੱਲੀ ਨੂੰ ਸਮਾਂ ਜਿੱਦਣ ਅਸੀਂ ਦਿੱਲੀ ਨੂੰ ਸਰ ਕਰਦੇ ਰਹੇ ਹਾਂ ਭਾਈ ਬਘੇਲ ਸੋਹਣੀ, ਅੱਜ ਵੀ ਤੁਸੀਂ ਦਿੱਲੀ ਨੂੰ ਸਰ ਕਰ ਸਕਦੇ ਹੋ। ਅੱਜ ਕੋਈ ਦਿੱਲੀ ਸਾਤੋਂ ਕੋਈ ਵੱਡੀ ਨਹੀਂ, ਜਿੰਨਾ ਚਿਰ ਇਕੱਠ ਆ ਲੋਹੇ ਦੀ ਲੱਠ ਆ। ਪਰ ਇਹ ਗੱਲ ਮੈਂ ਜ਼ਰੂਰ ਕਹਿੰਦਾ ਤੁਹਾਡੇ ਆਵਾਜ਼ੇ ਕੌਮ ਦੇ ਰਾਹੀਂ, ਜਿੱਥੇ ਤਾਈਂ ਮੇਰੇ ਵੀਰਾਂ ਨੂੰ ਮੈਂ ਫੇਰ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਹਰਿਆਣੇ ਦੇ ਨਾਂ ਰਲ ਕੇ ਇਹਨਾਂ ਸਿਆਸੀ ਪਾਰਟੀਆਂ ਦੇ ਮਗਰ ਨਾ ਲੱਗਿਓ। ਜਿੰਨੇ ਵਰਕਰ ਆ ਉਹਨਾਂ ਨੂੰ ਮੈਂ ਫੇਰ ਬੇਨਤੀ ਕਰਦਾ, ਚਾਹੇ ਉਹ ਅਕਾਲੀਆਂ ਦੇ ਚਾਹੇ ਉਹ ਕਾਂਗਰਸੀਆਂ। ਮੈਂ ਇੱਕ ਸਵਾਲ ਕਰਨਾ ਚਾਹੁੰਦਾ, ਜਿਵੇਂ ਕਲਾਕਾਰ ਵੀ ਜਿਹੜੇ ਗਾਉਣ ਵਾਲੇ ਆ ਉਹ ਵੀ ਰੋਡਾਂ 'ਤੇ ਆਏ ਨੇ, ਉਹ ਆਪਣੇ ਵੱਖਰੇ ਪ੍ਰੋਗਰਾਮ ਕਰ ਰਹੇ ਨੇ, ਕਿਸਾਨ ਜਥੇਬੰਦੀਆਂ ਵੱਖਰੇ ਕਰ ਰਹੀਆਂ, ਕਈ ਨੌਜਵਾਨ ਜਥੇਬੰਦੀਆਂ ਵੱਖਰੀਆਂ ਕਰ ਰਹੀਆਂ, ਕੀ ਇੱਕ ਸਾਂਝੇ ਰੂਪ ਦੇ ਵਿੱਚ ਸੰਘਰਸ਼ ਲਿਖਣ ਦੀ ਲੋੜ ਆ? ਪਰ ਮੈਂ ਰਾਤੀਂ ਕਪਤਾਨ ਸਿੰਘ ਜੀ ਤੁਹਾਡਾ ਬੜਾ ਵਧੀਆ ਸਵਾਲ ਆ, ਮੈਂ ਰਾਤੀਂ ਸੁਣਦਾ ਸੀ, ਜਿੰਨੇ ਗਾਉਣੇ ਵਾਲਿਆਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਕਿਹਾ ਅਸੀਂ ਕਿਸਾਨਾਂ ਦੇ ਮਗਰ ਹਾਂ, ਕਿਸਾਨ ਮੋਹਰੇ ਹੋਣਗੇ ਅਸੀਂ ਮਗਰ ਹੋਵਾਂਗੇ। ਪਰ ਉਹਨਾਂ ਗਾਉਣੇ ਵਾਲਿਆਂ ਨੇ ਇੱਕ ਸਾਬਤ ਕਰ ਦਿੱਤਾ, ਜਿੱਥੇ ਸਾਡੀ ਕੌਮ ਦੇ ਬੱਚਿਆਂ ਨੂੰ ਇਹ ਕਹਿੰਦੇ ਸੀ ਡਰੱਗੀ ਆ, ਫਲਾਨਾ ਆ, ਧਮਕੜਾ, ਪਰ ਅੱਜ ਨੌਜਵਾਨ ਉੱਠ ਖੜਿਆ, ਉਹਨੂੰ ਪਤਾ ਲੱਗ ਗਿਆ ਕਿ ਸਾਡੀ ਜ਼ਮੀਨ ਚਲ ਗਈ ਤਾਂ ਅਸੀਂ ਸਾਰਾ ਕੁਛ ਹੀ ਚਲੇ ਗਿਆ। ਅੱਜ ਉਹਨਾਂ ਗਾਉਣ ਵਾਲਿਆਂ ਦੀ ਵੀ ਦੇਣ ਆ, ਉਹਨਾਂ ਨੇ ਵੀ ਨੌਜਵਾਨਾਂ ਨੂੰ ਉਠਾਲਿਆ। ਪਰ ਉਹਨਾਂ ਦੇ ਮੈਂ ਰਾਤੀਂ ਸਾਰਿਆਂ ਦੀ ਸੁਣਦਾ ਸੀ, ਉਹ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਮਗਰ ਹਾਂ, ਪਰ ਹਜੇ ਤਾਈਂ ਅਕਾਲੀ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ, ਕਾਂਗਰਸੀ ਕਹਿੰਦੇ ਨਾਲ ਆ, ਪਰ ਆਪਣੀ ਡੁਗੀ ਆਪਣੀ ਵੱਖਰੀ ਵੱਖਰੀ ਬਜਾ ਹੋ ਨਹੀਂ ਰਹੇ, ਨਹੀਂ ਹੋ ਰਿਹਾ। ਧੰਨਵਾਦ ਜੀ। ਇਹ ਸਨ ਹਰਜੀਤ ਸਿੰਘ ਜੀ, ਸਰਪੰਚ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚੋਂ ਵੀ ਨੇ। ਸੋ ਸਾਧ ਸੰਗਤ ਤੁਸੀਂ ਵੇਖ ਸਕਦੇ ਹੋ, ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਜਿਹੜੇ ਉਹ ਜੁੜੇ ਹੋਏ ਨੇ, ਇੱਥੇ ਸੰਗਤਾਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਇਸ ਰੈਲੀ ਕਰਨ ਵਾਸਤੇ। ਉੱਥੇ ਨਾਲ ਵੱਖ ਵੱਖ ਸੰਸਥਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰ ਉਹਦੇ ਭਾਈ ਸਰਬਜੀਤ ਸਿੰਘ ਜੀ ਮੇਰੇ ਨਾਲ ਬਣੇ ਨੇ। ਭਾਈ ਸਰਬਜੀਤ ਸਿੰਘ ਜੀ, ਕੀ ਕਹਿਣਾ ਚਾਹੋਗੇ ਅੱਜ ਦੀ ਇਸ ਰੈਲੀ ਦੇ ਉੱਤੇ ਤੇ ਕਿਸਾਨਾਂ ਦੇ ਹੱਕ ਦੇ? ਸਰਦਾਰ ਸਾਹਿਬ, ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵਿਦੇਸ਼ਾਂ ਦੇ ਵਿੱਚ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਵੱਸਦੇ ਇੱਥੇ ਦੇ ਜੰਮ ਪੜ ਨੌਜਵਾਨ ਦਰਦ ਸਮਝਦੇ ਆ, ਅਤੇ ਇਹ ਬਹੁਤ ਵੱਡੀ ਇੱਕ ਸੱਟ ਆ ਜੋ 75% ਪਿੰਡਾਂ ਦੀ ਆਬਾਦੀ ਆ ਔਰ ਖੇਤੀ 'ਤੇ ਨਿਰਭਰ ਆ, ਰੀੜ੍ਹ ਦੀ ਹੱਡੀ ਨੂੰ ਤੋੜਨ ਦੀ ਜਾਂ ਕਿਸਾਨਾਂ ਦੀ ਸ਼ਾਹਰਗ 'ਤੇ ਪੈਰ ਰੱਖਣ ਦਾ ਜੋ ਸਰਕਾਰ ਨੇ ਫੈਸਲਾ ਲਿਆ,
1947 ਤੋਂ ਹੀ ਸਰਕਾਰੀ ਸੰਸਥਾਵਾਂ ਚਾਹੇ ਕੋਈ ਵੀ ਸੰਸਥਾ ਹੋਵੇ, ਚਾਹੇ ਸਿੱਖਿਆ ਦਾ ਖੇਤਰ, ਡਾਕਟਰੀ ਖੇਤਰ, BSNL ਨੂੰ ਹੁਣ ਜੇ ਖਤਮ ਕਰਨਾ ਜਾਂ ਏਅਰ ਇੰਡੀਆ ਜਾਂ ਏਅਰਪੋਰਟ ਜਾਂ ਉਹ ਦੂਜੀਆਂ ਸੰਸਥਾਵਾਂ ਨੂੰ ਦੇਣਾ, ਅਤੇ ਖੇਤੀ ਜਿਹੜੀ ਨਿਰਭਰ ਕਰਦੀ ਆ ਉਹ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਾਗੀਰਦਾਰਾਂ ਤੋਂ ਜ਼ਮੀਨਾਂ ਲੈ ਕੇ ਮੁਜ਼ਾਹਰਿਆਂ ਨੂੰ ਹੱਕ ਦਿੱਤੇ ਸੀ, ਇਹ ਸਰਕਾਰ ਉਲਟ ਮੁੜ ਕੇ ਫਿਰ ਜਾ ਕੇ ਕਿਸਾਨਾਂ ਤੋਂ ਜ਼ਮੀਨਾਂ ਲੈ ਕੇ ਉਹਨਾਂ ਨੂੰ ਘਸਿਆਰੇ ਬਣਾ ਕੇ ਅਤੇ ਅੰਬਾਨੀ ਅਡਾਨੀ ਅਤੇ ਹੋਰ ਜਿਹੜੇ ਸਨਅਤੀ ਘਰਾਣੇ ਸਰਮਾਏਦਾਰ ਘਰਾਣੇ ਆ ਉਹਨਾਂ ਨੂੰ ਦੇ ਕੇ ਮੁੜ ਕੇ ਉਹਨਾਂ ਨੂੰ ਫਿਰ ਉਹ ਪੁਰਾਣੇ ਉਹ ਜਿਹੜੇ ਰਿਵਾਜ਼ ਸੀਗੇ ਚੱਲਦੇ ਉਹਨਾਂ 'ਤੇ ਆਉਣਾ ਚਾਹੁੰਦੀ ਆ। ਅਤੇ ਇਹ ਬਹੁਤ ਹੀ ਘਾਤਕ ਫੈਸਲਾ ਆ ਅਤੇ ਬਹੁਤ ਖਤਰਨਾਕ, ਕਿਉਂ ਸਾਨੂੰ ਇਨਸਾਨੀਅਤ ਦੇ ਨਾਤੇ ਸੋਚਣਾ ਚਾਹੀਦਾ ਕਿ ਪੈਸਾ ਸਾਡੇ ਕੋਲ ਜਿੰਨਾ ਮਰਜ਼ੀ ਹੋਵੇ ਪਰ ਅਸੀਂ ਰੋਟੀ ਖਾਣੀ ਆ ਜਾਂ ਕੱਪੜਾ ਪਹਿਨਣਾ, ਅਸੀਂ ਹੀਰੇ ਜਵਾਹਰਾਤ ਨਹੀਂ ਖਾ ਸਕਦੇ ਹੁੰਦੇ। ਅਤੇ ਜੇ ਕਿਸਾਨ ਹੀ ਸਾਡਾ ਇਸ ਦਾ ਘਸਿਆਰਾ ਬਣ ਕੇ ਖੁਦਕੁਸ਼ੀਆਂ ਕਰੂਗਾ ਅਤੇ ਉਹਦੀ ਕਮਰ ਟੁੱਟ ਜਾਊਗੀ, ਅਤੇ ਅਸੀਂ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ ਜੇ ਅਸੀਂ ਉਹਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਉਠਾਉਂਦੇ। ਧੰਨਵਾਦ ਜੀ। ਮੇਰੇ ਨਾਲ ਨੇ ਮਠੰਡਾ ਜੀ ਹੁਣੀ। ਮਠੰਡਾ ਜੀ, ਕੀ ਕਹਿਣਾ ਚਾਹੋਗੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਦੇ ਖਿਲਾਫ ਜਿਹੜੀ ਆ ਇਹ ਰੋਸ ਰੈਲੀ ਜਿਹੜੀ ਆ ਉਹ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਇਹਦੀ ਆਰੰਭਤਾ ਜਿਹੜੀ ਹੋਣੀ ਆ ਅਤੇ ਅੱਜ ਦੇ ਇਹ ਬਹੁਤ ਵੱਡੀ ਗਿਣਤੀ ਜੀ ਇੱਥੇ ਯੂਥ ਔਰ ਪੰਜਾਬ ਦੇ ਵਸ਼ਿੰਦੇ ਪਹੁੰਚੇ ਨੇ, ਕੀ ਕਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਪਤਾਨ ਸਿੰਘ ਜੀ, ਦੇਖੋ ਜਿਵੇਂ ਆਪਾਂ ਨੂੰ ਪਤਾ ਸਾਰਾ ਕਿ ਜੋ ਭਾਰਤ ਦੀ ਹਕੂਮਤ ਵੱਲੋਂ ਜਿਹੜੇ 3 ਖੇਤੀਬਾੜੀ ਜਿਹੜੇ ਆਰਡੀਨੈਂਸ ਕਿਸਾਨ ਵਿਰੋਧੀ ਪਾਸ ਕੀਤੇ ਗਏ ਉਹਦੇ ਸੰਬੰਧ ਦੇ ਵਿੱਚ ਜਿੱਥੇ ਪੂਰੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਸਾਡਾ ਯੂਥ ਸਾਡਾ ਸਾਰਾ ਵਰਗ ਅੱਜ ਸੜਕਾਂ ਦੇ ਉੱਤੇ ਰੇਲਵੇ ਲਾਈਨਾਂ ਦੇ ਉੱਤੇ ਆ ਕੇ ਬੈਠਾ ਉਸ ਕਾਲੇ ਕਾਨੂੰਨਾਂ ਦੇ ਖਿਲਾਫ, ਔਰ ਉੱਥੇ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀ ਦੇ ਉੱਤੇ ਵੀ ਜਿਹੜੇ ਅਸੀਂ ਸਾਰੇ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਸਾਡੀ ਨੌਜਵਾਨੀ ਵਿਦੇਸ਼ਾਂ ਦੇ ਵਿੱਚ ਰਹਿ ਰਹੀ ਆ, ਔਰ ਉਹਨਾਂ ਦੇ ਅੰਦਰ ਵੀ ਉਸ ਕਿਸਾਨ ਮਾਰੂ ਜਿਹੜੇ ਬਿੱਲ ਆ ਉਹਦੇ ਪ੍ਰਤੀ ਬੜੀ ਵੱਡੀ ਗੁੱਸੇ ਦੀ ਲਹਿਰ ਆ, ਔਰ ਇਹਦੇ ਸੰਬੰਧ ਦੇ ਵਿੱਚ ਜਿੱਥੇ ਵੱਖ ਵੱਖ ਦੇਸ਼ਾਂ ਦੇ ਵਿੱਚ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਰੱਦ ਕਰਨ ਦੇ ਵਾਸਤੇ ਰੈਲੀਆਂ ਹੋ ਰਹੀਆਂ, ਔਰ ਉੱਥੇ ਅੱਜ ਇੰਗਲੈਂਡ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਸੋਗਸਾਲ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਉਹਦੇ ਸਾਹਮਣੇ ਇੱਕ ਉਸ ਭਾਰਤੀ ਹਕੂਮਤ ਦੇ ਖਿਲਾਫ ਆਰਡੀਨੈਂਸ ਵਾਪਸ ਲੈਣ ਦੇ ਖਿਲਾਫ ਜਿਹੜੀ ਵੱਡੀ ਰੈਲੀ ਰੱਖੀ ਗਈ, ਔਰ ਜਿਹਦੇ ਵਿੱਚ ਅੱਜ ਬਹੁਤ ਸਾਰੇ ਸਾਡੇ ਨੌਜਵਾਨ ਸਾਡਾ ਯੂਥ ਸਾਰਾ ਇੱਥੇ ਪਹੁੰਚਾ, ਪੂਰੇ ਇੰਗਲੈਂਡ ਭਰ ਤੋਂ ਜਥੇਬੰਦੀਆਂ ਦੇ ਸਾਰੇ ਆਗੂ ਸਾਹਿਬਾਨ ਵੀ ਪਹੁੰਚੇ ਸਾਰਾ, ਤੁਸੀਂ ਮੀਡੀਆ ਵੀ ਪਹੁੰਚਾ, ਔਰ ਅਸੀਂ ਇਹ ਗੱਲ ਤੁਹਾਡੇ ਮੀਡੀਆ ਦੇ ਰਾਹੀਂ ਦੱਸਣਾ ਚਾਹੁੰਦੇ ਹਾਂ ਭਾਰਤ ਦੀ ਹਕੂਮਤ ਨੂੰ ਕਿ ਉਹਨੇ ਕਿੰਨੇ ਕਾਲੇ ਕਾਨੂੰਨ ਬਣਾਏ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੇ ਲਈ, ਇਹ ਜਿਹੜੇ ਬਿੱਲ ਪਾਸ ਕੀਤੇ ਜੇਕਰ ਪੰਜਾਬ ਦੀ ਕਿਸਾਨੀ ਜਿਹੜੀ ਖਤਮ ਹੋ ਗਈ ਔਰ ਸਾਰਾ ਉੱਥੇ ਮਜ਼ਦੂਰ ਆੜ੍ਹਤੀਆ ਵਰਗ ਔਰ ਸਾਰਾ ਜਿਹੜਾ ਪੂਰੀ ਤਰ੍ਹਾਂ ਖਤਮ ਹੋ ਜਾਊਗਾ, ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਅੱਜ ਵੱਡੀ ਰੈਲੀ ਕੱਢੀ ਜਾ ਰਹੀ ਆ। ਹਾਂਜੀ, ਧੰਨਵਾਦ ਜੀ। ਇਹ ਸਨ ਮਠੰਡਾ ਜੀ ਹੁਣੀ ਜਿਨ੍ਹਾਂ ਨੇ ਅੱਜ ਦੇ ਜਿਹੜੇ ਕਾਨੂੰਨ ਪਾਸ ਹੋ ਗਿਆ ਉਹਦੇ ਬਾਰੇ ਜਿਹੜੇ ਹੈ ਉਹ ਵਿਚਾਰਾਂ ਦੱਸੀਆਂ ਨੇ। ਮਠੰਡਾ ਜੀ, ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਨੂੰਨ ਨਹੀਂ ਰੱਦ ਹੁੰਦਾ ਸੰਘਰਸ਼ ਹੋਰ ਵੀ ਤੇਜ਼ ਹੋਏਗਾ? ਦੇਖੋ ਉਹਦੇ ਸੰਬੰਧ ਦੇ ਵਿੱਚ ਜਿੱਥੇ ਆਪਾਂ ਸਾਰੇ ਮੀਡੀਆ ਰਾਹੀਂ ਦੇਖਦੇ ਕਿ ਵਾਰ ਵਾਰ ਇਹੀ ਗੱਲ ਕੀਤੀ ਜਾ ਰਹੀ ਆ ਕਿ ਲੱਗਦਾ ਨਹੀਂ ਕਿ ਭਾਰਤ ਦੀ ਸਰਕਾਰ ਜਿਹੜੀ ਕਾਨੂੰਨ ਵਾਪਸ ਲਊਗੀ। ਆਪਣੇ ਸਾਹਮਣੇ ਮਿਸਾਲ ਧਾਰਾ 370 ਕਸ਼ਮੀਰ ਦੇ ਵਿੱਚ ਖਤਮ ਕੀਤੀ ਗਈ ਆ, ਔਰ ਉੱਥੇ ਪੂਰਾ ਇੰਟਰਨੈਟ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਗਿਆ, ਜ਼ੁਲਮ ਢਾਇਆ ਜਾ ਰਿਹਾ, ਔਰ ਉਹਦੇ ਸੰਬੰਧ ਦੇ ਵਿੱਚ ਸਾਰੀਆਂ ਜਿਹੜੀਆਂ ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਜਾਂ ਕਲਾਕਾਰ ਸਾਰਾ ਭਾਈਚਾਰਾ ਉਹਨਾਂ ਵੱਲੋਂ ਵੀ ਇਹੀ ਮੈਸੇਜ ਆ ਰਿਹਾ ਕਿ ਆਪਾਂ ਜੇਕਰ ਭਾਰਤ ਦੀ ਸਰਕਾਰ ਜਿਹੜੀ ਹੈ ਕਾਲਾ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਉਹਦੇ ਸੰਬੰਧ ਦੇ ਵਿੱਚ ਆਉਣ ਵਾਲੇ ਸਮੇਂ ਦੇ ਅੰਦਰ ਕੀ ਰਣਨੀਤੀ ਤੈਅ ਹੋ ਸਕਦੀ ਹੈ। ਅਤੇ ਉਹਦੇ ਲਈ ਮੈਂ ਇੱਕ ਗੱਲ ਇਹੀ ਕਹਾਂਗਾ ਕਿ ਇਹਦਾ ਅਲਟਰਨੇਟਿਵ ਹੱਲ ਇਹੀ ਆ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਦੇ ਵਿੱਚੋਂ ਜੇਕਰ ਆਜ਼ਾਦ ਨਹੀਂ ਹੁੰਦਾ, ਇੱਦਾਂ ਦੇ ਕਾਲੇ ਕਾਨੂੰਨ ਜਿਹੜੇ ਆ UAPA ਵਰਗੇ ਐਕਟ ਲਾ
ਕੇ ਨੌਜਵਾਨਾਂ ਨੂੰ ਅੰਦਰ ਕੀਤਾ ਜਾ ਰਿਹਾ। ਇਹ ਭਾਰਤ ਦੀ ਸਰਕਾਰ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਇੱਦਾਂ ਦੇ ਕਾਲੇ ਕਾਨੂੰਨ ਲਾ ਦੇਣਗੇ। ਜੀ ਅਰਦਾਸ ਜਿਹੜੀ ਆ ਉਹ ਹੋਣ ਲੱਗ ਪਈ ਆ, ਸੋ ਆਓ ਆਪ ਜੀ ਨੂੰ ਜਿਹੜੀ ਹੈ ਉਹ ਅਰਦਾਸ ਦੇ ਵਿੱਚ ਸ਼ਾਮਿਲ ਕਰਦੇ ਹਾਂ। ਸਿੱਖ ਕਿਹੋ ਜਿਹਾ ਧਰਮ ਹੈ, ਕੋਈ ਵੀ ਗੱਲ ਹੁੰਦੀ ਅਤੇ ਅਰਦਾਸ ਤੋਂ ਜਿਹੜੀ ਹੈ ਉਹ ਰਮਤਾ ਹੁੰਦੀ ਹੈ। ਸੋ ਸਤਸੰਗ ਜੀਓ, ਜਿਹੜੀ ਰੈਲੀ ਹੋਣੀ ਹੈ ਉਹਦੇ ਸੰਬੰਧ ਦੇ ਵਿੱਚ ਰਮਤਾ ਜਿਹੜੀ ਹੈ ਉਹ ਅਰਦਾਸ ਹੋ ਰਹੀ ਹੈ। ਆਓ ਸਾਰੀਆਂ ਸੰਗਤਾਂ ਅਰਦਾਸ ਦੇ ਵਿੱਚ ਜਤਨ ਕਰਿਓ ਜੀ। ਦਸਾਂ ਪਾਤਸ਼ਾਹੀਆਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾ ਧਿਆਨ ਕਰਕੇ ਪੰਜਾਂ ਪਿਆਰਿਆਂ ਚੋਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਨੰਦ ਕੀਤਾ ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਜਿੰਨਾ ਸਿੰਘਾ ਸਿੰਘਣਿਆਂ ਨੇ ਧੁਨ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹੀਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ ਆ ਰਿਹਾ ਹੈ ਦੇਗ ਤੇਗ ਪਤ ਹੈ ਬਿਰਧ ਕੀ ਪੈਲ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵੇਸਾਹਾ ਦਾਨ ਭਰੋਸਾ ਦਾਨ ਤਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓ ਸੱਚੇ ਪਿਤਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਸਤਿਗੁਰੂ ਜੀਓ ਐਸ ਸਮੇਂ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਸਮੂਹ ਸੋਤ ਹਾਲ ਦੀਆਂ ਔਰ ਹੋਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਮਿਲ ਕਰਕੇ ਸਤਿਗੁਰੂ ਜੀਓ ਸਮੂਹ ਸੰਗਤਾਂ ਵੱਲੋਂ ਜੋਦਰੀ ਹੈ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਜੋ ਭਾਰਤ ਦੀ ਸਰਕਾਰ ਨੇ ਕਿਸਾਨਾਂ ਦੇ ਵਿਰੁੱਧ ਕਾਲਾ ਕਾਨੂੰਨ ਲਿਆਂਦਾ ਹੈ
ਉਹਨਾਂ ਦੀ ਸਫਲਤਾ ਵਾਸਤੇ, ਆਪਣੇ ਆਪਣੇ ਘਰ ਦੀ ਸਫਲਤਾ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਸਤਿਗੁਰੂ ਜੀਓ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਆਪਣੇ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੋ, ਔਰ ਗਰੀਬ ਨਵਾਜ਼ ਜੀਓ ਜੋ ਇਹ ਕਾਲਾ ਕਾਨੂੰਨ ਬਣਿਆ ਹੈ ਇਹਨੂੰ ਰੱਦ ਕਰਨ ਵਾਸਤੇ, ਗਰੀਬ ਨਵਾਜ਼ ਜੀਓ ਕਾਨੂੰਨ ਨੂੰ ਵਾਪਸ ਲੈਣ ਵਾਸਤੇ ਕਿਰਪਾ ਕਰੋ ਮਹਾਰਾਜ, ਭਾਰਤ ਦੀ ਸਰਕਾਰ ਨੂੰ ਸਮਤ ਬਖਸ਼ਿਸ਼ ਕਰੋ, ਅਤੇ ਜੋ ਸਿੱਖਾਂ ਦੀਆਂ ਅਰਦਾਸਾਂ ਬੇਨਤੀਆਂ ਹਨ, ਜੋ ਆਪ ਜੀ ਦੇ ਸੇਵਾਦਾਰ ਕਿਸਾਨਾਂ ਵੱਲੋਂ ਅਰਦਾਸ ਬੇਨਤੀ ਹੈ, ਸਭ ਦੀਆਂ ਅਰਦਾਸਾਂ ਦਰ ਤੇ ਪ੍ਰਵਾਨ ਕਰਨੀਆਂ। ਸਿੱਖਾਂ ਦੀਆਂ ਮਨੋਭਾਵਨਾਵਾਂ, ਕਿਸਾਨਾਂ ਦੀਆਂ ਮਨੋਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਆਪ ਜੀ ਕਿਰਪਾ ਕਰੋ ਸਤਿਗੁਰੂ ਜੀਓ, ਇਸ ਸਮੇਂ ਸਿੰਘ ਸਭਾ ਗੁਰਦੁਆਰਾ ਸਾਊਥ ਹਾਲ ਹੈਵਨ ਕਰੋੜ ਤੋਂ ਆਪ ਜੀ ਕਿਰਪਾ ਕਰੇ ਰੈਲੀ ਨੂੰ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ, ਜੋ ਪ੍ਰਭੂ ਕੋ ਮਿਲ ਵੋ ਚਹੈ ਬੋਧ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖਾਰ ਹੋਏ ਸਭ ਮਿਲੇਂਗੇ ਅਜੇ ਸ਼ਰਨ ਜੋ ਹੋਏ, ਖਾਰ ਹੋਏ ਸਭ ਮਿਲੇਂਗੇ ਅਜੇ ਸ਼ਰਨ ਜੋ ਹੋਏ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿੰਨੀਆਂ ਵੀ ਸੰਗਤਾਂ ਇੱਥੇ ਅੱਜ ਕਿਸਾਨ ਰੈਲੀ ਦੇ ਵਿੱਚ ਕਿਸਾਨਾਂ ਦੀ ਮਦਦ ਵਾਸਤੇ ਸਪੋਰਟ ਵਾਸਤੇ ਪਹੁੰਚੀਆਂ ਹੋਈਆਂ, ਅਸੀਂ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸ੍ਰੀ ਗੁਰੂ ਸਿੰਘ ਸਭਾ ਦੇ ਵੱਲੋਂ ਧੰਨਵਾਦ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ, ਕਿਉਂਕਿ ਅਸੀਂ ਸਾਰੇ ਹੀ ਕਿਸਾਨਾਂ ਦੇ ਪੁੱਤ ਹਾਂ, ਸਾਡਾ ਪਿਛੋਕੜ ਉਸ ਪੰਜਾਬ ਦੇ ਨਾਲ ਹੈ, ਸੋ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ COVID-19 ਨੂੰ ਮੱਦੇਨਜ਼ਰ ਰੱਖਦਿਆਂ ਸਾਰੇ ਆਪਣੇ ਮਾਸਕ ਪਾ ਕੇ ਰੱਖੋ, ਡਿਸਟੈਂਸ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਪੁਲਿਸ ਵੀ ਇੱਥੇ ਆਈ ਹੋਈ ਆ, ਅਸੀਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਕਾਲ ਚੈਨਲ ਦਾ ਧੰਨਵਾਦ ਕਰਦੇ ਹਾਂ, ਆਵਾਜ਼ ਕੌਮ ਚੈਨਲ, ਸਾਰੇ ਹੀ ਮੀਡੀਆ ਦਾ, ਜਿੰਨਾ ਵੀ ਮੀਡੀਆ, ਜੇ ਮੈਂ ਕਿਸੇ ਦਾ ਨਾਮ ਵਿੱਚ ਰਹਿ ਗਿਆ ਤਾਂ ਫਿਰ ਉਹ ਓਬਜੈਕਸ਼ਨ ਹੋਏਗਾ, ਸਾਰੇ ਹੀ ਮੀਡੀਆ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਦੂਰੋਂ ਦੂਰੋਂ ਚੱਲ ਕੇ ਜਿਨ੍ਹਾਂ ਨੇ ਵੀ ਆ ਕੇ ਕਵਰ ਕਰਨਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਡਿਸਟੈਂਸ ਬਣਾ ਕੇ ਆਪਣੀਆਂ ਗੱਡੀਆਂ 'ਚ ਬੈਠੀਏ ਤਾਂ ਕਿ ਸ਼ੁਰੂ ਕਰ ਸਕੀਏ ਅਤੇ ਟਾਈਮ ਸਾ ਜਿਹੜਾ ਫਿਨਿਸ਼ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤਾਂ ਅੱਗੇ ਬੇਨਤੀ ਆ, ਅਸੀਂ ਰੂਟ The route is going to be from Havelock Road at the lights. We're going to turn right at the end of this road. We're going to go to the roundabout and come back down on Montague Way and onto Western Road. From there we turn left onto King Street and the green. This truck will be in the front, so when you see this truck, please follow it. We've got a few vehicles set up. So, Suratyo. ਤੁਸੀਂ ਵੇਖ ਸਕਦੇ ਹੋ ਜਿਹੜੀ ਹੈ ਉਹ ਰੈਲੀ ਦੀ ਆਰੰਭਤਾ ਜਿਹੜੀ ਹੈ ਉਹ ਹੋਣ ਲੱਗੀ ਹੈ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੌਜਵਾਨ ਔਰ ਯੂਥ ਜਿਹੜੇ ਨੇ ਉਹ ਜੁੜੇ ਹੋਏ ਨੇ, ਆਪੋ ਆਪਣੀਆਂ ਗੱਡੀਆਂ ਦੇ ਉੱਪਰ, ਜੀਪਾਂ ਦੇ ਉੱਪਰ, ਕਾਰਾਂ ਦੇ ਉੱਪਰ, ਨਾਲ ਹੀ ਟਰੈਕਟਰਾਂ ਦੇ ਉੱਪਰ ਬੜੀ ਵੱਡੀ ਗਿਣਤੀ 'ਚ ਤੁਸੀਂ ਵੇਖ ਸਕਦੇ ਹੋ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ। ਨੌਜਵਾਨ ਕਿਸਾਨ ਏਕਤਾ ਜਿਹੜੀ ਹੈ ਉਹਦੇ ਲੋਕਾਂ ਨੇ ਬੈਨਰ ਲਾਏ ਹੋਏ ਨੇ, ਵੱਖ ਵੱਖ ਲੋਕਾਂ ਨੇ ਆਪਣੇ ਜਿਹੜੇ ਲੋਕੋ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਆਪਣਾ ਰੋਸ ਜ਼ਾਹਰ ਕਰਨ ਵਾਸਤੇ। ਨੌਜਵਾਨ ਵੱਡੀ ਗਿਣਤੀ ਦੇ ਵਿੱਚ ਹੈ, ਸੋ ਨਾਲ ਮੋਟਰਸਾਈਕਲਾਂ ਦੇ ਉੱਪਰ ਵੀ ਜਿਹੜੀਆਂ ਨੇ ਉਹ ਸੰਗਤਾਂ ਜਿਹੜੀਆਂ ਨੇ ਆਈਆਂ ਹੋਈਆਂ ਨੇ, ਔਰ ਨੌਜਵਾਨ ਜਿਹੜੇ ਨੇ ਉਹ ਮੋਟਰਸਾਈਕਲਾਂ ਦੇ ਉੱਪਰ ਅੱਗੇ ਜਿਹੜੇ ਨੇ ਉਹਨਾਂ ਨੇ ਮਾਰਚ ਕਰਨਾ, ਔਰ ਪਿੱਛੇ ਪਿੱਛੇ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਦਾ ਕਾਫਲਾ ਜਿਹੜਾ ਹੈ ਉਹ ਚੱਲੇਗਾ। ਸੋ ਆਹ ਆਪਾਂ ਵੇਖ ਸਕਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਕਮਲਪ੍ਰੀਤ ਜੀ। ਕਮਲਪ੍ਰੀਤ ਜੀ, ਅੱਜ ਆਪਾਂ ਕੀ ਕਰਨਾ ਹੈ? ਆਪਾਂ ਜੀ ਰੈਲੀ ਕੱਢਣ ਆਏ ਹਾਂ ਅਖਲਾਕ ਕਿਸਾਨਾਂ ਦੇ ਸਪੋਰਟ ਦੇ ਵਿੱਚ, ਕਿ ਜਿਹੜਾ ਉਹਨਾਂ ਨੇ ਇੰਨਾ ਵੱਡਾ ਲਾਅ ਪਾਸ ਕੀਤਾ ਉਹ ਵਾਪਸ ਲੈਣ ਜੀ, ਸਾਡੀ ਦਾ ਕਾਲਾ ਕਾਨੂੰਨ ਵਾਪਸ ਲੈਣ ਜੀ। ਠੀਕ ਹੈ, ਧੰਨਵਾਦ ਜੀ। ਸੋ ਮੋਟਰਸਾਈਕਲਾਂ ਵਾਲੇ ਵੀਰ ਜਿਹੜੇ ਉਹਨਾਂ ਨੇ ਚਾਲੇ ਪਾਉਣੇ ਨੇ, ਸੋ ਇਹਨਾਂ ਦੇ ਮਗਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਇੱਕ ਕਾਫਲਾ ਬਣ ਕੇ ਜਿਹੜਾ ਉਹ ਚੱਲੇਗਾ। ਸੋ ਅਸੀਂ ਯਤਨ ਕਰਾਂਗੇ ਤੁਹਾਨੂੰ ਅੱਗੇ ਤੱਕ ਦਿਖਾਉਣ ਦੀ ਵੀ ਕਿੰਨੀ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਨੌਜਵਾਨ ਇੱਥੇ ਪਹੁੰਚੇ ਹੋਏ ਨੇ। ਸੋ ਭਾਵੇਂ ਕਿ ਜਿਹੜਾ ਮੌਸਮ ਹੈ ਉਹ ਕਾਫੀ ਖਰਾਬ ਹੈ, ਮੀਂਹ ਜਿਹੜਾ ਹੈ ਉਹ ਪੈ ਰਿਹਾ ਹੈ। ਸਤਿੰਦਰਪਾਲ ਸਿੰਘ ਮੰਗੂ ਵਾਲਾ ਸੋ ਮਾਫ਼ ਕਰਨਾ ਕਹੀ ਜਿਹੜੀ ਨਾਮ ਮਿਸਰ ਜਾਂਦਾ। ਸਤਿੰਦਰਪਾਲ ਸਿੰਘ ਜੀ, ਇਹ ਕੀ ਕਹਿਣਾ ਚਾਹੋਗੇ ਅੱਜ ਅਸੀਂ ਇੱਥੇ ਕਿਉਂ ਆਏ ਹਾਂ? ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਮਹੀਨੇ ਤੋਂ ਹੋ ਗਿਆ ਜਿਹੜਾ ਬੀਜੇਪੀ ਨੇ
ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਗੱਲ ਚਲਾਈ ਹੋਈ ਆ ਉਸਦੇ ਤਹਿਤ ਇਹ ਕਾਲਾ ਕਾਨੂੰਨ ਪੰਜਾਬ ਦੇ ਕਿਸਾਨਾਂ ਲਈ ਇੰਡੀਆ ਦੇ ਪੂਰੇ ਕਿਸਾਨਾਂ ਲਈ ਪਾਸ ਕੀਤਾ ਗਿਆ, ਪਰ ਮਜੋਰਟੀ ਦੇ ਤੌਰ 'ਤੇ ਜਿਹੜਾ ਇਹਦਾ ਵਿਰੋਧ ਆ ਉਹ ਪੰਜਾਬ ਦੇ ਵਿੱਚ ਹੋ ਰਿਹਾ ਵਾ। ਸਾਨੂੰ ਸਾਰਿਆਂ ਨੂੰ ਪੰਜਾਬ ਦੇ ਕਿਸਾਨਾਂ ਦਾ ਇੱਥੋਂ ਬੈਠ ਕੇ ਪੂਰਾ ਸਾਥ ਦੇਣਾ ਚਾਹੀਦਾ, ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ। ਉਸ ਦੇ ਲਈ ਅੱਜ ਸਾਊਥ ਹਾਲ ਦੇ ਵਿੱਚ ਇਹ ਕਾਰ ਰੈਲੀ ਜਿਹੜੀ ਉਹ ਆਯੋਜਿਤ ਕੀਤੀ ਗਈ ਆ। ਪਾਰਟੀ ਵੱਲੋਂ ਨਾਗੋਕੇ ਸਾਹਿਬ, ਮੈਂ ਸਰਬਜੀਤ ਸਿੰਘ ਗੱਡਾ ਸਾਹਿਬ ਸਾਰੇ ਪਹੁੰਚੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਨੌਜਵਾਨ ਵੀਰ ਸਤਿੰਦਰਪਾਲ ਸਿੰਘ ਮੰਗੂਵਾਲ, ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰ ਜਿਹੜੇ ਨੇ ਉਹਦੇ ਇਹ ਮੈਂਬਰ ਨੇ। ਸੋ ਸਾਧ ਸੰਗਤ ਜੀ, ਉਹ ਬੜੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੁੱਢੇ ਬਜ਼ੁਰਗ ਬੱਚੇ ਆਏ ਨੇ ਅਤੇ ਬੀਬੀਆਂ ਨੇ ਵੀ ਜਿਹੜੀ ਆ ਉਹ ਸ਼ਿਰਕਤ ਕੀਤੀ ਹੈ। ਆਓ ਜੀ ਵੇਖ ਸਕਦੇ ਹੋ। ਅਤੇ ਭੈਣ ਜੀ, ਅੱਜ ਕਾਹਦੇ ਵਾਸਤੇ ਆਪਾਂ ਇੱਥੇ ਆਏ ਹਾਂ ਤੁਸੀਂ ਦੱਸ ਸਕਦੇ? ਮਾਤਾ ਜੀ ਕਹਿੰਦੇ ਪੰਜਾਬ ਬਾਰੇ ਜਿਹੜੀ ਰੈਲੀ ਹੋ ਰਹੀ ਆ ਉਹਦੇ ਵਾਸਤੇ ਅਸੀਂ ਆਏ ਹਾਂ। ਸੋ ਸਾਧ ਸੰਗਤ, ਤੁਸੀਂ ਵੇਖ ਸਕਦੇ ਹੋ ਆਵਾਜ਼ ਕੌਮ ਟੀਵੀ ਜਿਹੜਾ ਹੈ ਉਹ ਪਲ ਪਲ ਦੀ ਖਬਰ ਜਿਹੜੀ ਹੈ, ਪਲ ਪਲ ਦੀ ਜਿਹੜੀ ਗਰਾਊਂਡ ਦੇ ਉੱਪਰੋਂ ਇਸ ਵੇਲੇ ਖਬਰ ਹੈ ਉਹ ਵਿਖਾ ਰਿਹਾ ਕਿਵੇਂ ਰੋਸ ਰੈਲੀ ਦੇ ਜਿਹੜੇ ਨੇ ਉਹ ਇੱਥੇ ਬੈਨਰ ਲੱਗੇ ਹੋਏ ਨੇ। ਰੋਸ ਰੈਲੀ, ਕਿਸਾਨ ਬਚਾਓ, ਦੇਸ਼ ਬਚਾਓ, ਪੰਜਾਬ ਕਿਸਾਨ ਏਕਤਾ ਜਿੰਦਾਬਾਦ, ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ। ਸੋ ਅਸੀਂ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ ਹਾਂ, ਇਹ ਰੈਲੀ ਅੱਜ ਇੱਥੇ ਹੋ ਰਹੀ ਹੈ। ਸੋ ਨੌਜਵਾਨ ਜੂਥ ਜਿਹੜਾ ਉਹ ਬੜੀ ਵੱਡੀ ਗਿਣਤੀ ਜਿੱਥੇ ਉਮੜਿਆ, ਜਿਵੇਂ ਕਿਹਾ ਜਾਂਦਾ ਪੰਜਾਬ ਦੀ ਧਰਤੀ ਦੇ ਉੱਤੇ ਨੌਜਵਾਨ ਬੜਾ ਉਮੜਿਆ, ਪਰ ਅੱਜ ਇੰਗਲੈਂਡ ਦੀਆਂ ਸੜਕਾਂ ਦੇ ਉੱਪਰ ਜੇ ਆਪਾਂ ਕਹਿ ਲਈਏ ਇਹ ਹੈਵਲਕ ਰੋਡ ਦੇ ਉੱਪਰ ਇਸ ਰੈਲੀ 'ਚ ਨੌਜਵਾਨ ਜਿਹੜਾ ਹੈ ਉਹ ਬੜਾ ਉਮੜਿਆ ਪਿਆ। ਅਤੇ ਪੁੱਛਣਾ ਚਾਹਵਾਂਗੇ ਇਹਨਾਂ ਨੌਜਵਾਨਾਂ ਨੂੰ ਵੀ ਅਸੀਂ ਕਾਹਦੇ ਲਈ ਆਏ ਨੇ। ਵੀਰ ਜੀ ਕੀ ਨਾਮ ਆਪਣਾ? ਹਾਂਜੀ, ਮੇਰਾ ਨਾਮ ਪ੍ਰਗਟ ਸਿੰਘ ਜੀ। ਪ੍ਰਗਟ ਸਿੰਘ ਜੀ, ਅੱਜ ਆਪਾਂ ਕਾਹਦੇ ਵਾਸਤੇ ਇਕੱਠੇ ਹੋਏ? ਜੇ ਜਿਵੇਂ ਇੰਡੀਆ ਦੇ ਵਿੱਚ ਹੋ ਰਿਹਾ ਕਿਸਾਨਾਂ ਨਾਲ ਧੱਕਾ ਹੋ ਰਿਹਾ, ਉਹਨਾਂ ਦੀ ਸਪੋਰਟ ਲਈ ਸਾਰੇ ਇਕੱਠੇ ਹੋਏ ਹਾਂ ਇੱਥੇ ਤਾਂ ਕਿ ਇੰਡੀਅਨ ਗੌਰਮੈਂਟ ਤੱਕ ਆਵਾਜ਼ ਪਹੁੰਚੇ। ਸ਼ਾਇਦ ਕਿ ਮੇਰੇ ਖਿਆਲ ਨਾਲ ਰੈਲੀਆਂ ਦੇ ਉੱਥੇ ਵੀ ਹੋ ਰਹੀਆਂ ਨੇ, ਬਟ ਉਹਨਾਂ ਦੀ ਸਰਕਾਰ ਹਜੇ ਤੱਕ ਉਹਨਾਂ ਦੇ ਕੰਨਾਂ ਦੇ ਵਿੱਚ ਕੁਛ ਹਜੇ ਤੱਕ ਜੂ ਤਰਕੀ ਨਹੀਂ ਉਹਨਾਂ ਦੀ। ਠੀਕ ਹੈ ਜੀ, ਸਰਕਾਰ ਦੇ ਕੰਨਾਂ ਦੇ ਜੂ ਨਹੀਂ ਸਰਕੀ ਤਾਂ ਨੌਜਵਾਨ ਆਏ ਨੇ, ਲਿਬਾਸ ਵੀ ਪੰਜਾਬੀ ਆ ਤੇ ਸ਼ੋਲ ਬੜਾ ਵਧੀਆ ਲਿਆ ਵੀਰ ਨੇ। ਵੀਰ ਜੀ ਨਾਮ ਭਾਈ ਤੁਸੀਂ ਲੈ ਲਓ ਜੀ। ਨਹੀਂ ਨਹੀਂ, ਮੈਂ ਨਹੀਂ, ਤੈਨੂੰ ਸੋਹਣਾ ਲੱਗਦਾ ਵੀਰ ਨੂੰ। ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਜੀ ਆਕਾਸ਼ਦੀਪ ਆ ਜੀ। ਆਕਾਸ਼ਦੀਪ ਜੀ, ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਲਈ ਆਪਾਂ ਇੱਥੇ ਆਏ ਹਾਂ ਜੀ? ਅਸੀਂ ਆਪਾਂ ਆਪਣੇ ਕਿਸਾਨ ਯੂਨੀਅਨ ਲਈ ਇਕੱਠੇ ਹੋਏ ਹਾਂ ਜੀ ਇੱਥੇ, ਸਾਡੇ ਕਿਸਾਨ ਯੂਨੀਅਨ ਨੂੰ ਇਨਸਾਫ ਚਾਹੀਦਾ ਜੀ, ਜਿਹੜਾ ਸਾਨੂੰ ਸਾਡੇ ਫਸਲਾਂ ਦਾ ਸਹੀ ਰੇਟ ਨਹੀਂ ਮਿਲਦਾ, ਸਾਨੂੰ ਰੇਟ ਚਾਹੀਦਾ ਜੀ ਆਪਣੀਆਂ ਫਸਲਾਂ ਦਾ ਜੀ। ਠੀਕ ਹੈ ਜੀ, ਕਿਸਾਨ ਯੂਨੀਅਨ ਵਾਲ ਦੀ ਸਪੋਰਟ ਵਾਸਤੇ ਆਏ ਹਾਂ, ਸਹੀ ਜਿਹੜੇ ਸਾਨੂੰ ਰੇਟ ਨਹੀਂ ਮਿਲਦੇ ਉਹ ਇਹਨਾਂ ਨੌਜਵਾਨਾਂ ਦਾ ਕਹਿਣਾ। ਵੱਡੀ ਗਿਣਤੀ ਦੇ ਵਿੱਚ ਆਏ ਨੇ। ਸੋ ਸਾਧ ਸੰਗਤ ਜੀ, ਉਹ ਇੱਥੇ ਆਪਾਂ ਵੇਖ ਸਕਦੇ ਹਾਂ ਇਹ ਹੁਣੇ ਥੋੜ੍ਹੇ ਚਿਰ ਤੱਕ ਜਿਹੜੀ ਹੈ ਇਹ ਰੈਲੀ ਦੀ ਆਰੰਭਤਾ ਜਿਹੜੀ ਹੈ ਉਹ ਹੋ ਜਾਣੀ ਆ। ਸੋ ਇੱਥੋਂ ਸੰਘਰਸ਼ ਜਿਹੜਾ ਹੈ ਉਹ ਰੈਲੀ ਜਿਹੜੀ ਹੈ ਇੱਥੋਂ ਆਰੰਭ ਹੋਣੀ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ ਰੈਲੀ ਜਿਹੜਾ ਮਾਰਚ ਹੈ, ਰੋਸ ਰੈਲੀ, ਰੋਸ ਮਾਰਚ ਜਿਹੜਾ ਹੈ ਉਹਦੀ ਆਰੰਭਤਾ ਜਿਹੜੀ ਉਹ ਹੋਣ ਲੱਗੀ ਹੈ। ਸੋ ਆਵਾਜ਼ ਕੌਮ ਟੀਵੀ ਤੋਂ ਜਿਹੜੀ ਗਰਾਊਂਡ ਦੀ ਰਿਪੋਰਟ ਹੈ ਇਸ ਵੇਲੇ ਉਹ ਆਪ ਜੀ ਦੇਖ ਸਕਦੇ ਹੋ। ਮਾਰਚ ਦੀ ਆਰੰਭਤਾ ਜਿਹੜੀ ਹੋ ਰਹੀ ਹੈ, ਕਿਸਾਨ ਬਚਾਓ, ਦੇਸ਼ ਬਚਾਓ, ਰੋਸ ਰੈਲੀ, ਕਿਸਾਨ ਬਚਾਓ, ਦੇਸ਼ ਬਚਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਿੰਘ ਜੀ, ਇਹ ਆਪਾਂ ਕਾਹਦੇ ਵਾਸਤੇ ਇਕੱਠੇ ਹੋਏ ਹਾਂ? ਇੰਨਾ ਇੱਥੇ ਜਨ ਸਲਾਬ ਨੌਜਵਾਨਾਂ ਦਾ ਉਮੜਿਆ ਲੰਡਨ ਦੀਆਂ ਸੜਕਾਂ ਦੇ ਉੱਤੇ, ਕੀ ਕਹਿਣਾ ਚਾਹੋਗੇ? ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਅਸੀਂ ਤਾਂ ਇਕੱਠੇ ਹੋਏ ਆ ਬਾਬਾ ਜੀ ਮੋਦੀ ਦੀ ਕਾਲੀ ਕਰਤੂਤ ਨੂੰ, ਜੋ ਕਿ ਉਹਨੇ ਕਿਸਾਨਾਂ ਲਈ ਬਹੁਤ ਘਟੀਆ ਫੈਸਲਾ ਕੀਤਾ ਬਾਬਾ ਜੀ। ਹਰੇਕ ਕਿਸਾਨ ਪੰਜਾਬ 'ਚ ਉਹਨੇ ਜਮ੍ਹਾਂ ਹੀ ਕਾਸੇ ਜੋਗਾ ਨਹੀਂ ਛੱਡਿਆ ਬਾਬਾ ਜੀ। ਹੁਣ ਦਿੱਲੀ ਨੂੰ ਵੀ ਆਹ ਚਾਹੀਦਾ ਵੀ ਸਿੰਘਾਂ ਨਾਲ ਉਹਨਾਂ ਦਾ ਪੰਗਾ ਪੈ ਗਿਆ ਜੀ, ਹੁਣ ਉਹ ਬਖਸ਼ੇ ਨਹੀਂ ਜਾਣਗੇ ਦਿੱਲੀ ਵਾਲੇ ਵੀ, ਨਾ ਮੋਦੀ ਬਖਸ਼ਿਆ ਜਾਊਗਾ ਜੀ।
ਮੇਰਾ ਨਾਮ ਵਰਿੰਦਰ ਸਿੰਘ ਆ ਜੀ। ਵਰਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਤੁਹਾਡੇ ਕੋਲ? ਭਾਈ ਇਹ ਆ ਕਿ ਇਹ ਸ਼ਰੇਆਮ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ, ਫਾਰਮਰ ਦੇ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਆ। ਬਿਨਾਂ ਕਿਸਾਨਾਂ ਤੋਂ ਪੁੱਛੇ ਗਏ ਇਹ ਬਿੱਲ ਬਣਾਇਆ ਗਿਆ, ਸਰਕਾਰ ਸੈਂਟਰਲ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਆ, ਅਤੇ ਇਹਦੇ ਵਿਰੋਧ ਵਿੱਚ ਅਸੀਂ ਸਾਰੀ ਸਿੱਖ ਕੌਮ, ਸਾਰਾ ਸਿੱਖ ਕੌਮ ਨਹੀਂ ਇਕੱਲੀ, ਹਰੇਕ ਭਾਈਚਾਰਾ ਇਕੱਠਾ ਹੋ ਕੇ ਦਰਦ ਆ ਸਾਡੇ ਦਿਲ ਵਿੱਚ, ਹੈ ਨਾ, ਉਹ ਪ੍ਰਗਟਾਵਾ ਅਸੀਂ ਇੱਥੇ ਬੈਠੇ ਹੋਏ ਕਰ ਰਹੇ ਹਾਂ ਕਿ ਅਸੀਂ ਪੰਜਾਬ 'ਚ ਬੈਠੇ ਕਿਸਾਨਾਂ ਦੇ ਨਾਲ ਆ। ਭਰਾਵੋ ਵੀਰੋ ਡਰੋ ਨਾ, ਡੱਟ ਕੇ ਲੜੋ, ਉੱਥੇ ਅਸੀਂ ਸਾਰੇ ਤੁਹਾਡੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੱਟ ਕੇ ਅਸੀਂ ਤੁਹਾਡੇ ਨਾਲ ਹੈ, ਜਿੱਥੇ ਗੱਡੀਆਂ ਮੋਟਰਸਾਈਕਲ ਨੇ ਉੱਥੇ ਇਸ ਵੇਲੇ ਟਰੈਕਟਰਾਂ ਦੇ ਉੱਪਰ ਵੀ ਰੈਲੀ ਹੈ, ਔਰ ਇਹ ਤੁਸੀਂ ਵੇਖ ਸਕਦੇ ਹੋ ਜਿਹੜਾ ਖੇਤਾਂ ਦਾ ਰਾਜਾ ਨਾ, ਉਹ ਅੱਜ ਲੰਡਨ ਦੀਆਂ ਸੜਕਾਂ ਦੇ ਉੱਪਰ ਰੋਸ ਰੈਲੀ ਵਾਸਤੇ ਜਿਹੜਾ ਫਿਰ ਆਇਆ ਕਿਸਾਨ ਪੰਜਾਬ। ਸੋ ਇਹ ਟਰੈਕਟਰ ਜਿਹੜਾ ਹੈ ਵੁਲਵਰਹੈਂਪਟਨ ਮੇਰੇ ਟਾਊਨ ਦੇ ਉੱਤੋਂ ਸਰਦਾਰ ਜਰਨੈਲ ਸਿੰਘ ਜੀ ਹੁਣੀ ਉਹ ਇਸ ਮਾਰਚ ਵਿੱਚ ਸ਼ਾਮਿਲ ਹੋਏ ਨੇ। ਸੋ ਇਹ ਰੈਲੀ ਜਿਹੜੀ ਹੈ ਉਹਦੀ ਆਰੰਭਤਾ ਇਹ ਹੋਣ ਲੱਗੀ ਹੈ, ਤੁਸੀਂ ਦੇਖ ਸਕਦੇ ਹੋ ਇਹ ਪਲ ਪਲ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਸਾਹਮਣੇ ਰੱਖੀਆਂ ਜਾ ਰਹੀਆਂ। ਸੋ ਅਰਦਾਸ ਹੋ ਚੁੱਕੀ ਹੈ ਸੌਥ ਹਾਲ ਗੁਰਦੁਆਰਾ ਸਾਹਿਬ ਦੇ ਸਾਹਮਣਿਓਂ, ਹੁਣ ਮਾਰਚ ਦੀ ਆਰੰਭਤਾ, ਰੈਲੀ ਦੀ ਆਰੰਭਤਾ, ਰੋਸ ਵਿਖਾਵੇ ਦੀ ਆਰੰਭਤਾ ਜਿਹੜੀ ਹੈ ਉਹ ਤੁਸੀਂ ਵਾਜੇ ਕੌਮ ਟੀ ਵੀ ਦੀ ਅੱਖ ਰਾਹੀਂ ਦੇਖੋ। ਬਹੁਤ ਦੁਨੀਆ ਜਿਹੜੀ ਹੈ ਵੱਡੀ ਗਿਣਤੀ ਸੰਗਤਾਂ ਇੱਥੇ ਪਹੁੰਚੀਆਂ ਨੇ। ਜਿਹੜੀਆਂ ਇੰਗਲੈਂਡ ਦੀ ਧਰਤੀ ਦੇ ਉੱਪਰ ਰੈਲੀਆਂ ਹੋਈਆਂ ਨੇ, ਆਹ ਅੱਜ ਤੀਸਰੀ ਰੈਲੀ ਆਪਾਂ ਇਹਨੂੰ ਕਹਿ ਸਕਦੇ ਹਾਂ, ਪਰ ਵੱਡੀ ਗਿਣਤੀ ਦੇ ਵਿੱਚ ਅੱਜ ਲੋਕ ਇੱਥੇ ਸ਼ਾਮਿਲ ਹੋਏ ਨੇ। ਬਹੁਤ ਵੱਡਾ ਇਕੱਠ ਹੈ ਇੱਥੇ ਅੱਜ, ਨੌਜਵਾਨਾਂ ਦਾ ਜਨਸਲਾਬ ਜਿਹੜਾ ਉਭੜਿਆ ਹੋਇਆ। ਇਹ ਰੈਲੀ ਜਿਹੜੀ ਹੈ ਨੌਜਵਾਨਾਂ ਵੱਲੋਂ ਜਿਹੜੀ ਖਾਸ ਕਰਕੇ ਰੱਖੀ ਗਈ ਹੈ, ਪਰ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਇੱਥੇ ਆਏ ਨੇ, ਸਿਆਣੇ ਵੀ ਆਏ ਨੇ, ਬਜ਼ੁਰਗ ਵੀ ਆਏ ਨੇ, ਮਾਤਾਵਾਂ ਵੀ ਆਈਆਂ ਨੇ। ਅਤੇ ਮੈਨੂੰ ਲੱਗਦਾ ਜੇ ਇਸੇ ਤਰ੍ਹਾਂ ਰੋਸ ਵਿਖਾਵੇ ਹੋਏ ਤਾਂ ਸਰਕਾਰਾਂ ਨੂੰ ਕਾਨੂੰਨ ਇਹ ਵਾਪਸ ਲੈਣੇ ਪੈਣਗੇ। ਜਿੰਨੇ ਵੀ ਸੰਘਰਸ਼ ਉੱਠੇ ਨੇ ਪੰਜਾਬੀਆਂ ਨੇ ਕੀਤੇ ਨੇ, ਪੰਜਾਬ ਤੋਂ ਉੱਠੇ ਨੇ, ਅੱਜ ਪੰਜਾਬੀ ਕਿਸਾਨਾਂ ਦੇ ਹੱਕ ਵਾਸਤੇ ਵੀ ਜੇ ਤੁਸੀਂ ਰੇਲਾਂ ਦੀਆਂ ਪਟੜੀਆਂ ਦੇ ਸੜਕਾਂ ਦੇ ਉੱਪਰ ਤੁਸੀਂ ਬੈਠੇ ਹੋ, ਅਤੇ ਅੱਜ ਇੰਗਲੈਂਡ ਦਾ ਸਿੱਖ, ਇੰਗਲੈਂਡ ਦਾ ਪੰਜਾਬੀ ਵੀ ਵਰਦੇ ਮੀਂਹ ਦੇ ਵਿੱਚ, ਇੰਨੀ ਠੰਡ ਦੇ ਵਿੱਚ ਅੱਜ ਸੜਕਾਂ ਦੇ ਉੱਪਰ ਜੇ ਤੁਹਾਡੇ ਨਾਲ ਖਲੋਤਾ ਹੈ, ਤੁਹਾਡਾ ਸਾਥ ਦੇਵੇਗਾ, ਤੁਹਾਡੀ ਆਵਾਜ਼ ਜਿਹੜੀ ਬਣੇਗਾ ਅਤੇ ਤੁਹਾਡੇ ਨਾਲ ਹਮੇਸ਼ਾ ਹੀ ਖੜਾ ਰਹੇਗਾ, ਇਹ ਤੁਸੀਂ ਜਿਹੜਾ ਦੇਖ ਸਕਦੇ ਹੋ। ਜਿਹੜਾ ਜਾ ਕੇ ਬਰਮਿੰਘਮ 'ਚ ਲੱਗਾ, ਮਤਲਬ ਹੁਣ ਮੇਰਾ ਖਿਆਲ ਇੰਗਲੈਂਡ ਦੇ ਸ਼ਹਿਰਾਂ 'ਚ ਵੱਡਾ ਹੁੰਦਾ ਜੋ? ਇਹ ਬਿਲਕੁਲ ਭਾਈ ਰਘਵੀਰ ਸਿੰਘ ਜੀ, ਮਿਡਲੈਂਡ ਤੋਂ ਇਹ ਜਿਹੜੀ ਹੈ ਇਹ ਰੈਲੀ ਜਾਂ ਸਰਕਾਰ ਦੇ ਖਿਲਾਫ ਆਵਾਜ਼ ਜਿਹੜੀ ਕਿਸਾਨਾਂ ਦੇ ਹੱਕ 'ਚ ਉੱਠੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਐਸੀਆਂ ਰੈਲੀਆਂ ਹੋਣਗੀਆਂ, ਵੱਡੇ ਇਕੱਠ ਜਿਹੜੇ ਹੋਣਗੇ, ਤਾਂ ਕਿ ਕਿਸਾਨਾਂ ਦਾ ਸਾਥ ਦਿੱਤਾ ਜਾ ਸਕੇ। ਆਪਾਂ ਚੱਲਦੇ ਹਾਂ ਫਿਰ ਗਰਾਊਂਡ 'ਤੇ। ਜੀ ਬਿਲਕੁਲ ਜੀ, ਦੇਖੋ ਜੀ ਬਿਲਕੁਲ ਤਿਆਰੀ ਆ, ਰੰਭਤਾ ਜਿਹੜੀ ਹੋ ਗਈ ਆ, ਜਿਹੜੀ ਗੱਡੀ ਅੱਗੇ ਲੱਗਣੀ ਆ ਸਾਉਣ ਵਾਲੀ ਉਹ ਬਿਲਕੁਲ ਰੋਡ ਦੇ ਉੱਪਰ ਆ ਗਈ ਆ। ਤੁਸੀਂ ਵਾਜੇ ਕੌਮ ਦੀ ਅੱਖ ਰਾਹੀਂ ਦੇਖੋ, ਇਸ ਵੇਲੇ ਜਿਹੜੀ ਹੈ ਉਹ ਰੈਲੀ ਦੀ ਆਰੰਭਤਾ ਜਿਹੜੀ ਹੈ ਉਹ ਹੋ ਚੁੱਕੀ ਆ ਜੀ। ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹ ਬੈਨਰ ਬੰਨ ਰਹੇ ਨੇ, ਅਤੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਪਤਾਨ ਸਿੰਘ ਜੀ ਜੀ ਸੜਕ ਦਾ ਜਿਹੜਾ ਬਣ ਰਿਹਾ ਅਤੇ ਵੀ ਰੋਣ ਭਰਿਆ ਹੋਇਆ।
ਬਿਲਕੁਲ ਬਿਲਕੁਲ ਐਂ ਜਿਹੜਾ ਸੜਕੇ ਬਲੋਕ ਹੋਈ ਯਾਰ ਪਿੱਛੇ ਭਾਈ ਰਘਵੀਰ ਸਿੰਘ ਜੀ ਬੜੀ ਦੂਰ ਤੱਕ ਜਿਹੜੀ ਗੱਡੀਆਂ ਦੀ ਗਿਣਤੀ ਜਿੱਧਰ ਨੂੰ ਵੀ ਤੁਸੀਂ ਨਿਗਾਹ ਮਾਰੋਗੇ ਨਾ ਅਤੇ ਗੱਡੀਆਂ ਹੀ ਗੱਡੀਆਂ ਅਤੇ ਨੌਜਵਾਨ ਅਤੇ ਲੋਕ ਪੰਜਾਬ ਦੇ ਵਛਿੰਦੇ ਨਜ਼ਰ ਆ ਰਹੇ ਨੇ। ਸੋ ਤੁਸੀਂ ਆਵਾਜ਼ੇ ਘੁੰਮ ਟੀ ਵੀ ਰਾਹੀਂ ਦੇਖ ਸਕਦੇ ਹੋ ਮੋਟਰਸਾਈਕਲਾਂ ਦੇ ਮਗਰ ਜਿਹੜੀ ਵਾਈਟ ਵੈਨ ਹੈ ਇਹਦੇ ਉੱਤੇ ਸਾਊਂਡ ਸਿਸਟਮ ਲੱਗਾ ਹੋਇਆ ਇਹ ਜਿਹੜੀ ਹੈ ਅੱਜ ਦੇ ਇਸ ਰੋਸ ਰੈਲੀ ਦੀ ਜਿਹੜੀ ਅਗਵਾਈ ਕਰ ਰਹੀ ਹੈ ਨੌਜਵਾਨ ਇਹਦੇ ਵਿੱਚ ਨੇ। ਪਰ ਲੋਕ ਵੇਖੋ ਆਪਣੇ ਘਰਾਂ 'ਚੋਂ ਆਹ ਵੇਖੋ ਕਿਸਾਨ ਏਕਤਾ ਜਿੰਦਾਬਾਦ ਦੇ ਜਿਹੜੇ ਗੱਡੀਆਂ ਦੇ ਉੱਤੇ ਪੈਂਦਰ ਲਾ ਕੇ ਆਏ ਨੇ ਇਹ ਸਾਰੇ ਲੋਕ ਕਿਸਾਨਾਂ ਦੇ ਹੱਕ ਵਾਸਤੇ ਆਏ ਨੇ ਆਪਣੇ ਭਰਾਵਾਂ ਦੇ ਹੱਕ ਵਾਸਤੇ ਆਏ ਨੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਆਏ ਨੇ। ਉੱਥੇ ਨਾਲ ਹੀ ਆਵਾਜ਼ ਘੁੰਮ ਟੀ ਵੀ ਦਾ ਵੀ ਧੰਨਵਾਦ ਹੈ ਜਿਹੜੇ ਕਿ ਘਰਾਂ ਦੇ ਵਿੱਚ ਬੈਠੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਇਹ ਪਲ ਪਲ ਦੀ ਖਬਰ ਜਿਹੜੀ ਹੈ ਪਲ ਪਲ ਦਾ ਇੱਥੋਂ ਦਾ ਜਿਹੜਾ ਮੂਵਮੈਂਟ ਹੋ ਰਹੀ ਹੈ ਉਹਨਾਂ ਨੂੰ ਘਰਾਂ 'ਚ ਬੈਠਿਆਂ ਹੀ ਜਿਹੜਾ ਵਿਖਾਉਣ ਦਾ ਯਤਨ ਕਰ ਰਹੇ ਹਾਂ ਤਾਂ ਕਿ ਬਿਲਕੁਲ ਭਾਈ ਰਘਵੀਰ ਸਿੰਘ ਜੀ ਜੇ ਕੋਵਿਡ 19 ਦੀ ਮਹਾਂਮਾਰੀ ਨਾ ਚੱਲਦੀ ਹੁੰਦੀ ਹਾਈਡ ਪਾਰਕ ਪੂਰਾ ਲੰਡਨ ਜਿਹੜਾ ਸਾਰਾ ਸੀ ਇਹ ਪੰਜਾਬੀਆਂ ਨੇ ਸਿੱਖਾਂ ਨੇ ਬਲੌਕ ਕਰ ਦੇਣਾ ਸੀ ਇੱਕ ਵਾਰੀ ਇੰਨੀ ਗਿਣਤੀ 'ਚ ਇਕੱਠ ਹੋਣੇ ਸੀ ਭਾਵੇਂ ਕਿ ਪਾਬੰਦੀ ਲੱਗੀ ਆ ਛਿਆਂ ਜਾਣਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ ਪਰ ਵੇਖ ਲਓ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਅੱਜ ਜਿਹੜੇ ਨੇ ਉਹ ਹੈਵਲਕ ਰੋਡ ਦੇ ਉੱਪਰ ਗੁਰਦੁਆਰਾ ਸਿੰਘ ਸਭਾ ਜਿੱਥੋਂ ਆਰੰਭਤਾ ਹੋਈ ਹੈ ਇੱਥੇ ਅੱਜ ਖੜ੍ਹੇ ਨੇ ਅਤੇ ਮੀਂਹ ਵੀ ਬੜੇ ਜ਼ੋਰ ਦੀ ਪੈ ਰਿਹਾ ਮੀਂਹ ਵੀ ਪੈ ਰਿਹਾ ਹੈ ਠੰਡ ਵੀ ਹੋ ਗਈ ਹੈ ਪਰ ਨਹੀਂ ਆਪਣੇ ਹੱਕਾਂ ਵਾਸਤੇ ਆਪਣੇ ਕਿਸਾਨ ਭਰਾਵਾਂ ਵਾਸਤੇ ਆਪਣੇ ਪੰਜਾਬ ਵਾਸਤੇ ਲੋਕ ਜਿਹੜੇ ਨੇ ਉਹ ਐਂ ਹਰ ਬੰਨੇ ਸੰਘਰਸ਼ ਕਰਨ ਨੂੰ ਜਿਹੜੇ ਉਹ ਤੱਤਪਰ ਨੇ ਇਹ ਤੁਸੀਂ ਤਸਵੀਰਾਂ ਆਵਾਜ਼ ਘੁੰਮ ਟੀ ਵੀ ਰਾਹੀਂ ਦੇਖ ਸਕਦੇ ਹੋ। ਦਰਸ਼ਕੋ ਜਿਵੇਂ ਭਾਈ ਕਪਤਾਨ ਸਿੰਘ ਨੇ ਦੱਸਿਆ ਕਿ ਅੱਜ ਜਿਹੜਾ ਤੀਸਰੀ ਰੈਲੀ ਆ ਪਰ ਇਹਦੀ ਖਾਸੀਅਤ ਇਹ ਆ ਕਿ ਇਹਦੇ 'ਚ ਹਰ ਬੰਦਾ ਹਰ ਮਤਲਬ ਆਪਣੀ ਫਰਜ਼ ਦੇ ਨਾਲ ਸਮਝਦਾ ਚਾਹੇ ਬਹੁਜਨ ਸਮਾਜ ਪਾਰਟੀ ਆ ਚਾਹੇ ਕੋਈ ਵੀ ਪਾਰਟੀ ਆ ਕਾਂਗਰਸਾਂ ਦੀਆਂ ਪਾਰਟੀਆਂ ਕਾਂਗਰਸ ਦੀਆਂ ਪਾਰਟੀਆਂ ਅਕਾਲੀ ਕਾਂਗਰਸ ਅਤੇ ਜਿਹੜੇ ਆਪਣੇ ਨੌਜਵਾਨ ਆ ਤਕਰੀਬਨ ਸਾਰੇ ਭਾਈ ਕਪਤਾਨ ਸਿੰਘ ਦੱਸ ਰਹੇ ਆ। ਬਿਲਕੁਲ ਜੀ ਇੱਥੇ ਕੋਈ ਵੀ ਜਿਹੜੀ ਹੈ ਨਾ ਉਹ ਇੱਕ ਧਿਰਨ ਵਾਂਗੂ ਨਹੀਂ ਗਏ ਅਤੇ ਸਭ ਕੁਝ ਤੁਸੀਂ ਵੇਖ ਸਕਦੇ ਹੋ ਵੱਖੋ ਵੱਖਰੇ ਬੈਨਰ ਲਾ ਕੇ ਲੋਕ ਇੱਥੇ ਸ਼ਾਮਿਲ ਹੋਏ ਨੇ ਸਿਰਫ ਕਿਸਾਨਾਂ ਦਾ ਦਰਦ ਲੈ ਕੇ ਕਿਸਾਨਾਂ ਦੇ ਹੱਕਾਂ ਵਾਸਤੇ ਜਿਹੜਾ ਹੈ ਉਹ ਇਹ ਸੰਘਰਸ਼ ਜਿਹੜਾ ਹੈ ਇਹ ਰੈਲੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਆ ਕਰਕੇ ਥੋੜ੍ਹੀ ਦੇਰੀ ਹੋ ਰਹੀ ਆ ਪਰ ਜੀ ਆਹ ਵੇਖੋ ਜੀ ਤੁਸੀਂ ਜਿਹੜੀ ਹੈ ਕਿਸਾਨ ਸੰਘਰਸ਼ ਜਿਹੜਾ ਉਹ ਚੱਲ ਰਿਹਾ ਹੈ। ਸੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਦੇਖ ਸਕਦੇ ਹੋ ਜਿਹੜਾ ਹੈ ਉਹ ਰੈਲੀ ਦੀ ਆਰੰਭਤਾ ਹੋ ਗਈ ਆ ਮੀਂਹ ਬਹੁਤ ਪੈ ਰਿਹਾ ਹੈ। ਸੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੋ ਕਿਸਾਨ ਮਜ਼ਦੂਰ ਪੰਜਾਬ ਜ਼ਿੰਦਾਬਾਦ। ਰੈਲੀ ਦੀ ਰੰਭਤਾ ਜਨ ਸਲਾਬ ਉਮੜਿਆ ਪਿਆ ਅੱਜ ਲੰਡਨ ਦੀਆਂ ਸੜਕਾਂ ਦੇ ਉੱਪਰ ਜਿੱਥੇ ਕਿਤੇ ਇਹ ਉਹ ਇੰਗਲੈਂਡ ਆ ਜਿੱਥੇ ਸਰਦਾਰ ਊਧਮ ਸਿੰਘ ਵਰਗਿਆਂ ਨੇ ਜਨਰਲ ਡਾਇਰ ਵਰਗਿਆਂ ਨੂੰ ਦਹਾੜ ਮਾਰੀ ਸੀਗੀ। ਅੱਜ ਆਪਾਂ ਦੇਖ ਸਕਦੇ ਹਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੀਆਂ ਨੇ ਉਹ ਸੰਗਤਾਂ ਸ਼ਾਮਿਲ ਹੋਈਆਂ ਨੇ। ਸੋ ਜ਼ਿਆਦਾ ਗੱਡੀਆਂ ਦਾ ਕਾਫਲਾ ਹੋਣ ਕਰਕੇ ਬਹੁਤ ਜ਼ਿਆਦਾ ਦੂਰ ਤੱਕ ਜਿਹੜਾ ਉਹ ਜਾਮ ਲੱਗਾ ਹੋਇਆ ਵੱਡੀ ਗਿਣਤੀ 'ਚ ਲੋਕ ਅੱਜ ਆਪੋ ਆਪਣੇ ਸਾਧਨਾਂ ਦੇ ਉੱਪਰ ਇਸ ਰੋਸ ਰੈਲੀ ਦੇ ਉੱਪਰ ਵਿੱਚ ਸ਼ਾਮਿਲ ਹੋਏ ਨੇ।
ਸੋ ਬਿਲਕੁਲ ਇਹ ਅੱਜ ਇੱਕ ਰੈਲੀ ਆ ਬਹੁਤ ਵੱਡੀ ਜਿਹਦੇ ਵਿੱਚ ਗੱਡੀਆਂ ਦੀ ਗਿਣਤੀ ਕਰਨੀ ਜਿਹੜੀ ਮੁਸ਼ਕਲ ਹੈ ਇੰਨੇ ਵੱਡੇ ਪੱਧਰ 'ਤੇ ਸੰਗਤਾਂ ਜਿਹੜੀਆਂ ਉਹ ਸ਼ਾਮਿਲ ਹੋਈਆਂ ਨੇ ਸੋ ਜਿੱਥੇ ਮੀਂਹ ਵੀ ਕਾਫੀ ਜਿਹੜਾ ਪੈ ਰਿਹਾ ਪਰ ਸੰਘਰਸ਼ ਜਿਹੜਾ ਹੈ ਉਹਦੇ ਮੱਦੇ ਨਜ਼ਰ ਆਪਾਂ ਦੇਖ ਸਕਦੇ ਹਾਂ ਰੈਲੀ ਜਿਹੜੀ ਹੈ ਉਹ ਚੱਲ ਰਹੀ ਹੈ ਲੋਕ ਜਿਹੜੇ ਨੇ ਉਹ ਆ ਰਹੇ ਨੇ ਵੱਡੀ ਗਿਣਤੀ 'ਚ ਸੋ ਸੋ ਆਪਾਂ ਦੇਖ ਸਕਦੇ ਹਾਂ ਜਿਹੜਾ ਹੈ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਾਮਿਲ ਨੇ ਬਹੁਤ ਸਾਈਡਾਂ ਨੂੰ ਲੋਕਾਂ ਨੇ ਗੱਡੀ ਖੜ੍ਹੀ ਕਰਨ ਦੀ ਜਗ੍ਹਾ ਨਹੀਂ ਸਾਈਡਾਂ ਦੀਆਂ ਸੀਟਾਂ 'ਚ ਗੱਡੀਆਂ ਖੜ੍ਹੀਆਂ ਕੀਤੀਆਂ ਨੇ ਮੈਨੂੰ ਲੱਗਦਾ ਕਾਫਲਾ ਬਹੁਤ ਵੱਡਾ ਹੋ ਜਾਏਗਾ ਔਰ ਇੱਕ ਵਾਰੀ ਜਿਹੜਾ ਵਾ ਉਹ ਇੱਥੋਂ ਲੰਡਨ ਦੀਆਂ ਸੜਕਾਂ ਇੱਕ ਵਾਰੀ ਸਟੋਪ ਹੋ ਜਾਣਗੀਆਂ ਨੌਜਵਾਨਾਂ ਨੇ ਇਹ ਬੜੀਆਂ ਵਧੀਆ ਜਿਹੜੀਆਂ ਉਹ ਜੀਭਾਂ ਜਿਹੜੀਆਂ ਪੰਜਾਬ ਦੀਆਂ ਗਲੀਆਂ 'ਚ ਆਪਾਂ ਦੇਖਦੇ ਹਾਂ ਉਹ ਜੀਭਾਂ ਲੈ ਕੇ ਇੱਥੇ ਇਹ ਪਹੁੰਚੇ ਨੇ ਸੋ ਦੇਖੋ ਬਹੁਤ ਵੱਡਾ ਸੰਘਰਸ਼ ਹੈ ਕਿੰਨੀ ਦੂਰ ਤੱਕ ਜਿਹੜੀਆਂ ਉਹ ਗੱਡੀਆਂ ਦਾ ਕਾਫਲਾ ਇਸ ਬੰਨੇ ਵੀ ਆ ਅਜੇ ਇੱਧਰੋਂ ਜਿਹੜਾ ਹੈ ਗੁਰਦੁਆਰਾ ਸਾਹਿਬ ਵੱਲੋਂ ਰੈਲੀ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਅਤੇ ਆਪਾਂ ਦੇਖ ਸਕਦੇ ਹਾਂ ਕਿ ਅੱਜ ਬਹੁਤ ਵੱਡੀ ਰੈਲੀ ਜਿਹੜੀ ਹੈ ਇਹਨੂੰ ਇੱਕ ਵੱਡਾ ਜਨ ਸਲਾਬ ਆਖਿਆ ਜਾਏਗਾ ਔਰ ਅੱਜ ਇੰਗਲੈਂਡ ਵਿਖੇ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੀ ਹੈ ਸੋ ਆ ਨੌਜਵਾਨ ਵੀ ਨੇ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਕਰਨਦੀਪ ਸਿੰਘ ਜੀ ਹੈ ਕਰਨਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੀ ਰੈਲੀ ਹੋ ਰਹੀ ਆ ਜਿਹੜਾ ਕਾਨੂੰਨ ਭਾਰਤ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਬਣਾਇਆ ਕੀ ਸੋਚਦੇ ਤੁਸੀਂ ਮੈਂ ਆਹੀ ਸੋਚਣਾ ਕੀ ਹੈ ਜਦੋਂ ਆਪਾਂ ਇਕੱਠੇ ਹੋਏ ਹਾਂ ਬਹੁਤ ਚੰਗੀ ਗੱਲ ਆ ਕਿ ਇੰਡੀਆ ਨੂੰ ਪਤਾ ਲੱਗੇ ਕਿ ਬਾਹਰ ਵੀ ਅਸੀਂ ਇਕੱਠੇ ਹੀ ਹਾਂ ਇੰਡੀਆ ਵਾਲੇ ਜਿੱਦਾਂ ਪੰਜਾਬ ਵਾਲੇ ਬੰਦੇ ਵਾਲੇ ਅਤੇ ਬਾਹਰ ਬਹੁਤ ਬੰਦੇ ਪੀਜ਼ਾ ਪੋ ਕੇ ਮਾਰਚ ਕਰਦੇ ਵਗੈਰਾ ਜੀ ਇਹ ਨੌਜਵਾਨਾਂ ਦਾ ਕਹਿਣਾ ਪੰਜਾਬ ਵਾਸਤੇ ਜਿਹੜੀ ਹੈ ਅਸੀਂ ਏਕਤਾ ਵਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਅਸੀਂ ਜਿਹੜੇ ਹੈ ਉਹ ਸ਼ਾਮਿਲ ਹੋਏ ਹਾਂ ਸੋ ਸਤਸੰਗਤ ਜੀ ਬੜਾ ਵੱਡਾ ਕਾਫਲਾ ਜੇ ਬਣੇਗਾ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਨੇ ਆਓ ਤੁਹਾਨੂੰ ਅੱਗੇ ਤੱਕ ਅਜੇ ਲੈ ਕੇ ਚੱਲਦੇ ਹਾਂ ਪਿੱਛੇ ਤਾਂ ਪਤਾ ਨਹੀਂ ਹੁਣ ਗੱਡੀਆਂ ਦੀਆਂ ਲਾਈਨਾਂ ਕਿੱਥੋਂ ਤੱਕ ਲੱਗਣਗੀਆਂ ਪਰ ਬਹੁਤ ਵੱਡੀ ਗਿਣਤੀ 'ਚ ਬੜੀ ਦੂਰ ਤੱਕ ਜਿਹੜਾ ਹੈ ਇਹ ਜੀ ਬਿਲਕੁਲ ਕਿਉਂਕਿ ਇਹ ਅੱਜ ਇੰਨਾ ਰਸ਼ ਆ ਸਾਡਾ ਨੂੰ ਦੇਖੀਏ ਆਪਾਂ ਕਿੱਦਾਂ ਲੋਕਾਂ ਨੇ ਸਟੀਟਾਂ 'ਚ ਗੱਡੀਆਂ ਜਿਹੜੀਆਂ ਉਹ ਪਾਰਕ ਕੀਤੀਆਂ ਨੇ ਸੋ ਅੱਜ ਇੱਕ ਵਾਰੀ ਲੰਡਨ ਦੀਆਂ ਗਲੀਆਂ ਮੈਨੂੰ ਲੱਗਦੀਆਂ ਨੇ ਭਾਈ ਰਘਵੀਰ ਸਿੰਘ ਜੀ ਜਾਮ ਹੋਣਗੀਆਂ ਸੋ ਕਿਸਾਨੀ ਨੂੰ ਸੇਵ ਕਰੋ ਫਾਰਮਰ ਨੂੰ ਬਚਾਓ ਇੱਦਾਂ ਦੇ ਜਿਹੜੇ ਸਟਿੱਕਰ ਨੇ ਇਹ ਪੋਸਟਰ ਜਿਹੜੇ ਨੇ ਉਹ ਸੰਗਤਾਂ ਨੇ ਆਪਣੀਆਂ ਗੱਡੀਆਂ ਦੇ ਉੱਪਰ ਲਾਏ ਹੋਏ ਨੇ ਸੋ ਕਾਫੀ ਵੱਡੀ ਅੱਜ ਜਿਹੜੀ ਹੈ ਉਹ ਰੈਲੀ ਹੈ ਜਿਹਦੇ ਵਿੱਚ ਅੱਜ ਪਤਾ ਲੱਗਦਾ ਹੈ ਔਰ ਅੱਜ ਜਿਹੜੀ ਰੈਲੀ ਹੈ ਜੀ ਬਿਲਕੁਲ ਅਸੀਂ ਦਿਖਾਉਣਾ ਚਾਹੁੰਦੇ ਹਾਂ ਆਪ ਜੀ ਆਵਾਜ਼ ਕੌਮ ਟੀਵੀ ਰਾਹੀਂ ਜਿਹੜਾ ਹੈ ਉਹ ਦਰਸ਼ਨ ਕਰੋ ਇਹ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਾਊਥ ਹਾਲ ਜਿੱਥੋਂ ਅਰਦਾਸ ਹੋ ਕੇ ਅਤੇ ਇਸ ਰੈਲੀ ਦੀ ਆਰੰਭਤਾ ਹੋਈ ਹੈ ਸੋ ਧੰਨਵਾਦ ਹੈ ਉਹਨਾਂ ਗੁਰਦੁਆਰੇ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਜਿਹੜੀਆਂ ਰੈਲੀਆਂ ਸੰਘਰਸ਼ ਵਾਸਤੇ ਸਾਥ ਦੇ ਰਹੀਆਂ ਨੇ ਬਹੁਤੇ ਗੁਰਦੁਆਰਾ ਸਾਹਿਬ ਵੀ ਜਿਹੜੇ ਨੇ ਉਹਨਾਂ ਸਟੇਜਾਂ ਦੇ ਉੱਪਰੋਂ ਪੰਜਾਬ ਦੀ ਕਿਸਾਨਾਂ ਵਾਸਤੇ ਕਿਸਾਨਾਂ ਦੇ ਹੱਕਾਂ ਵਾਸਤੇ ਅੱਜ
ਜਿਹੜੀ ਹੈ ਉਹ ਗੱਲ ਵੀ ਆਵਾਜ਼ ਵੀ ਜਿਹੜੀ ਸਟੇਜਾਂ ਤੋਂ ਨਹੀਂ ਸੁਣਨ ਨੂੰ ਮਿਲ ਰਹੀ। ਸੋ ਬਿਲਕੁਲ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਇੱਕ ਧੁਰਾ ਨੇ ਸਿੱਖੀ ਦਾ ਔਰ ਰਜਿਸਟਰ ਚਾਟੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਚਾਹੀਦਾ ਤਾਂ ਅਸੀਂ ਗੁਰਦੁਆਰੇ ਦੀਆਂ ਕਮੇਟੀਆਂ ਆਪਣੇ ਲੈਟਰ ਪੈਟਰਾਂ ਦੇ ਉੱਪਰ ਜਿਹੜੇ ਹੈ ਉਹ ਮਤੇ ਪਾਉਂਦੇ, ਸੰਗਤ ਦੇ ਵਿੱਚ ਮਤੇ ਪਾਸ ਕੀਤੇ ਜਾਂਦੇ ਵੀ ਅਸੀਂ ਪੰਜਾਬ ਦਾ ਕਿਸਾਨਾਂ ਦਾ ਸਾਥ ਦਿਆਂਗੇ, ਉਹਨਾਂ ਦੇ ਹੱਕ 'ਚ ਖੜਾਂਗੇ। ਪਰ ਸੋ ਖੈਰ ਲੱਗਦਾ ਕਿਤੇ ਨਾ ਕਿਤੇ ਬਹੁਤ ਗੁਰਦੁਆਰਿਆਂ ਨੇ ਇੰਗਲੈਂਡ 'ਚ ਕੀਤੇ ਵੀ ਆਪਾਂ ਉਹਨਾਂ ਦੇ ਧੰਨਵਾਦੀਆਂ। ਬਿਲਕੁਲ ਨਹੀਂ ਕੀਤੇ ਉਹਨਾਂ ਨੂੰ ਕਰ ਲੈਣੇ ਚਾਹੀਦੇ। ਬਿਲਕੁਲ ਕਾਫੀ ਗੁਰਦੁਆਰੇ ਸਾਹਿਬ ਨੇ ਜਿਨ੍ਹਾਂ ਨੇ ਕੀਤੇ ਆ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ, ਪਰ ਫਿਰ ਵੀ ਜਿਹੜੇ ਗੁਰਦੁਆਰੇ ਕੋਸ਼ਿਸ਼ ਜਿਹੜੇ ਉਹ ਨਹੀਂ ਕਰ ਰਹੇ, ਕੁਝ ਗੁਰਦੁਆਰੇ ਪੰਜਾਬ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੇ। ਸੋ ਪਤਾ ਨਹੀਂ ਮਹਾਰਾਜ ਜਾਣਦੇ ਨੇ ਸੱਚੇ ਪਾਤਸ਼ਾਹ ਸਮਤ ਬਖਸ਼ਣ ਸਾਰਿਆਂ ਨੂੰ। ਸੋ ਤਾਂ ਕਿ ਅਸੀਂ ਇੱਕ ਮੁੱਠ ਹੋ ਕੇ ਵੱਡੇ ਸੰਘਰਸ਼ ਲੀਕ ਕੇ ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀ ਜ਼ਮੀਨ ਨੂੰ, ਉਪਜਾਊ ਜ਼ਮੀਨ ਨੂੰ ਜਿਹੜੀ ਹੈ ਉਹ ਕਾਰਪੋਰੇਟ ਘਰਾਣਿਆਂ ਦੇ ਮਗਰਮੱਛਾਂ ਦੇ ਮੂੰਹ 'ਚ ਆਉਣ ਤੋਂ ਜਿਹੜੀ ਹੈ ਉਹ ਬਚਾ ਸਕੀਏ। ਸੋ ਅੱਜ ਤੁਸੀਂ ਵੇਖ ਸਕਦੇ ਹੋ ਇਹ ਹੈਵਲਕ ਰੋਡ ਦੇ ਉੱਪਰ ਜਿਹੜਾ ਹੈ ਇਹ ਬਿਲਕੁਲ ਇਹ ਗੱਡੀਆਂ ਉਹ ਨੇ ਜਿਨ੍ਹਾਂ ਨੂੰ ਪਾਰਕਿੰਗ ਕਰਨ ਦੀ ਜਗ੍ਹਾ ਨਹੀਂ ਮਿਲੀ। ਅਜੇ ਜਿਹਦਾ ਮੇਨ ਜਿਹੜਾ ਜਿੱਥੋਂ ਇਹ ਸ਼ੁਰੂ ਹੋਇਆ ਵਾ ਰੈਲੀ, ਜਿਹੜੀ ਵੈਨ ਮੈਂ ਦੱਸ ਰਿਹਾ ਸਾ ਆਪਣੇ ਸਰੋਤਿਆਂ ਨੂੰ, ਸੋ ਉਹ ਜਿਹਦੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆ ਰਹੇ ਨੇ, ਉਹ ਮੇਨ ਵੈਨ ਹੈ ਜਿਹਨੇ ਅੱਗੇ ਲੱਗਣਾ, ਪਰ ਸੰਗਤਾਂ ਨੂੰ ਜਗ੍ਹਾ ਨਾ ਮਿਲਣ ਕਰਕੇ ਸੋ ਇਹ ਗੱਡੀਆਂ ਦਾ ਕਾਫਲਾ ਜੇ ਕਾਫੀ ਆ। ਸੋ ਮੈਨੂੰ ਲੱਗਦਾ ਵੀ ਅੱਜ ਜਿਹੜੀ ਹੈ ਉਹ ਰਿਕਾਰਡ ਟੋਰ ਰੈਲੀ ਜਿਹੜੀ ਹੈ, ਜਿਹੜੀਆਂ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਵੀ ਰੈਲੀਆਂ ਕੀਤੀਆਂ ਨੇ ਟਰੈਕਟਰਾਂ ਦੇ ਉੱਪਰ, ਗੱਡੀਆਂ ਦੇ ਉੱਪਰ, ਮੈਨੂੰ ਲੱਗਦਾ ਅੱਜ ਉਹ ਪੰਜਾਬ ਵਾਲੀਆਂ ਰੈਲੀਆਂ ਨੂੰ ਇਹ ਜਿਹੜੀ ਸੌ ਥਾਲ ਦੀ ਰੈਲੀ ਮਾਤ ਪਾਊਗੀ ਔਰ ਦੱਸ ਦੇਵੇਗੀ ਵੀ ਅਸੀਂ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਨਹੀਂ ਪਰ ਅਸੀਂ ਜਿਹੜਾ ਹੈ ਸੋ ਜਿਹੜਾ ਹੈ ਉਹ ਰੈਲੀ ਅੱਜ ਮਾਤ ਪਾਵੇਗੀ ਜਿਹੜੀ ਹੈ ਇੰਡੀਆ ਦੀ ਰੈਲੀ ਨੂੰ ਵੀ, ਭਾਰਤ ਦੇ ਵਿੱਚ ਜਿਹੜੀਆਂ ਰੈਲੀਆਂ ਹੋਈਆਂ ਪੰਜਾਬ ਦੇ ਵਿੱਚ ਹੋਈਆਂ, ਸੋ ਅੱਜ ਉਸ ਰੈਲੀ ਦੇ ਤੋਂ ਵੀ ਵੱਡੀ ਰੈਲੀ ਇੰਗਲੈਂਡ ਦੀਆਂ ਲੰਡਨ ਦੀਆਂ ਸੜਕਾਂ ਦੇ ਉੱਪਰ ਪੰਜਾਬ ਵਾਸੀ ਹੋ ਰਹੀ ਜੇ। ਇਹ ਕਿਸਾਨ ਭਰਾ ਉਹ ਤੁਹਾਡੇ ਹੱਕਾਂ ਵਾਸਤੇ ਵਰਦੇ ਮੀਂਹ ਦੇ ਵਿੱਚ ਜਿਹੜੇ ਨੇ ਆਪਣੇ ਪੰਜਾਬ ਨੂੰ ਆਪਣੇ ਕਿਸਾਨਾਂ ਨੂੰ ਪਿਆਰ ਕਰਨ ਵਾਲੇ ਉਮੜੇ ਨੇ। ਸੋ ਮੈਂ ਨਾਲ ਨਾਲ ਹਰ ਮੀਡੀਆ 'ਤੇ ਇੱਕ ਬੇਨਤੀ ਕਰਦਾ ਹੁੰਦਾ, ਕਿਸਾਨ ਭਰਾਵੋ, ਕਿਸਾਨ ਜਥੇਬੰਦੀਓ, ਆਪਣੇ ਵਿਦੇਸ਼ੀ ਭਰਾਵਾਂ ਦੀ NRI ਭਰਾਵਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ੇ ਨਾ ਕਰਿਆ ਕਰੋ, ਇਹਨਾਂ ਦੀਆਂ ਕੋਠੀਆਂ ਪਲਾਟਾਂ ਦੇ ਉੱਪਰ ਕਬਜ਼ੇ ਨਾ ਕਰਿਆ ਕਰੋ। ਇਹ ਤੁਹਾਡੀ ਆਵਾਜ਼ ਏ, ਇਹ ਤੁਹਾਡਾ ਸਾਥ ਹਰ ਸਮੇਂ ਦਿੰਦੇ ਨੇ ਔਰ ਦਿੰਦੇ ਰਹਿਣਗੇ। ਅੱਜ ਵੇਖੋ ਵਰਦੇ ਮੀਂਹ ਦੇ ਵਿੱਚ ਜੇ ਤੁਸੀਂ ਸੜਕਾਂ ਦੇ ਟ੍ਰੇਨਾਂ ਦੀਆਂ ਪਟੜੀਆਂ ਦੇ ਉੱਪਰ ਬੈਠੇ ਜੇ, ਅਤੇ ਅੱਜ ਜਿਹੜਾ ਹੈ ਇੰਗਲੈਂਡ ਦਾ ਸਿੱਖ, ਇੰਗਲੈਂਡ ਦਾ ਪੰਜਾਬੀ ਉਹ ਵੀ ਅੱਜ ਸੜਕਾਂ ਦੇ ਉੱਪਰ ਜੇ, ਉਹ ਵੀ ਅੱਜ ਤੁਹਾਡੇ ਹੱਕ ਦੇ ਵਿੱਚ ਨਾਰਾ ਮਾਰਨ ਦੇ ਵਾਸਤੇ ਵਰਦੇ ਮੀਂਹ ਦੇ ਵਿੱਚ ਖੜ੍ਹਾ ਜੇ, ਤੁਹਾਡੇ ਵਾਸਤੇ ਇਨਸਾਫ ਵਾਸਤੇ, ਕਾਲੇ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਅੱਜ ਜਿਹੜਾ ਹੈ ਉਹ ਵੱਡਾ ਜਨ ਸਲਾਬ ਉਮੜਿਆ ਪਿਆ ਹੈ। ਸੋ ਇਸ ਲੰਡਨ ਦੀ ਧਰਤੀ ਦੇ ਉੱਪਰ ਹੈਵਲਕ ਰੋਡ ਦੇ ਉੱਪਰ ਸੋ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਸੋ ਇਸ ਕਰਕੇ ਕਾਫਲਾ ਬਹੁਤ ਵੱਡਾ ਬਣੇਗਾ। ਜਿਹੜੀ ਜ਼ਮੀਨੀ ਰਿਪੋਰਟ ਹੈ ਉਹ ਆਪਦੇ ਸਾਹਮਣੇ ਰੱਖ ਰਿਹਾ ਹੈ ਆਵਾਜ਼ ਕੌਮ TV। ਬੇਨਤੀ ਆ ਜਿੰਨੇ ਕੁ ਵੀਰ ਭਰਾ ਦੇਖ ਰਹੇ ਜੇ, ਸੋ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਜਿਹੜੀ ਸਾਡੀ ਆਵਾਜ਼ ਹੈ ਉਹ ਗਾਂਹ ਤੋਂ ਗਾਂਹ ਉਹਨਾਂ ਸਰਕਾਰਾਂ ਤੱਕ ਅਤੇ ਸਾਡੇ ਕਿਸਾਨ ਭਰਾਵਾਂ ਤੱਕ ਪਹੁੰਚ ਜੇ ਵੀ ਅੱਜ ਉਹਨਾਂ ਦਾ ਜਿਹੜਾ ਹੈ ਵੱਡੀ ਗਿਣਤੀ 'ਚ ਸਾਥ ਜਿਹੜਾ ਹੈ ਉਹ ਇੰਗਲੈਂਡ ਦੇ ਸਿੱਖਾਂ ਨੇ ਦਿੱਤਾ।
ਦੱਸੋ ਆਹ ਵੇਖੋ ਕਿਸਾਨੀ ਝੰਡੇ ਜਿਹੜਾ ਕਿਸਾਨਾਂ ਦਾ ਰੰਗ ਹੈ ਕਿਸਾਨੀ ਝੰਡੇ ਲੋਕਾਂ ਨੇ ਆਪਣੀਆਂ ਗੱਡੀਆਂ 'ਤੇ ਲਾਏ ਨੇ ਸੋ ਵੱਡੀ ਗਿਣਤੀ 'ਚ ਸੰਗਤਾਂ ਜਿਹੜੀਆਂ ਨੇ ਉਹ ਸ਼ਾਮਲ ਨੇ ਸਤਸੰਗ ਜੀਓ ਹੁਣ ਆਪ ਜੀ ਨੂੰ ਜਿਹੜਾ ਹੈ ਉਹ ਇਹ ਰੋਸ ਰੈਲੀ ਜਿਹੜੀ ਹੈ ਦੇਖ ਸਕਦੇ ਹੋ ਸੋ ਹੁਣ ਥੋੜ੍ਹਾ ਜਿਹਾ ਕਾਫਲਾ ਤੁਰਦਾ ਹੈ ਪਰ ਫਿਰ ਗੱਡੀਆਂ ਦਾ ਬਹੁਤ ਜ਼ਿਆਦਾ ਵੱਡਾ ਕਾਫਲਾ ਹੋਣ ਕਰਕੇ ਜਿਹੜੀਆਂ ਨੇ ਉਹ ਵੱਡੀ ਤਾਦਾਦ ਦੇ ਵਿੱਚ ਲੋਕ ਅੱਜ ਸ਼ਾਮਲ ਹੋਏ ਨੇ ਸੋ ਆਪਾਂ ਦੇਖ ਸਕਦੇ ਹਾਂ ਰੋਸ ਰੈਲੀ ਦੀ ਆਰੰਭਤਾ ਲੰਡਨ ਦੀਆਂ ਗਲੀਆਂ ਅੱਜ ਜਾਮਨੇ ਬਿਲਕੁਲ ਭਾਈ ਰਘਵੀਰ ਸਿੰਘ ਜੀ ਇਹ ਜਿੱਦਾਂ ਅੱਜ ਜਿਹੜਾ ਇਹ ਤੋਂ ਪਤਾ ਲੱਗਦਾ ਵਿਦੇਸ਼ ਦੇ ਸਿੱਖਾਂ ਅੰਦਰ ਪੰਜਾਬੀਆਂ ਦੇ ਅੰਦਰ ਪੰਜਾਬ ਵਾਸਤੇ ਅਤੇ ਕਿਸਾਨੀ ਵਾਸਤੇ ਕਿੰਨਾ ਦਰਦ ਹੈ ਕਿੰਨਾ ਜਿਹੜਾ ਉਹ ਪਿਆਰ ਹੈ ਤਾਂ ਕਿ ਅੱਜ ਨਹੀਂ ਤਾਂ ਠੰਡ ਜਿਹੜੀ ਹੋ ਚੁੱਕੀ ਆ ਮੀਂਹ ਵਰ ਰਿਹਾ ਅਤੇ ਇੰਨੀ ਵੱਡੀ ਗਿਣਤੀ 'ਚ ਲੋਕ ਨੌਜਵਾਨ ਬੀਬੀਆਂ ਬਜ਼ੁਰਗ ਸਾਰੇ ਬੱਚੇ ਤੱਕ ਇੱਥੇ ਪਰਿਵਾਰਾਂ ਸਮੇਤ ਲੋਕ ਇੱਥੇ ਜਿਹੜੇ ਉਹ ਪਹੁੰਚੇ ਹੋਏ ਨੇ ਖਾਲਸਾ ਫਤਿਹ ਜੀ ਅੱਜ ਸਾਡੇ ਨਾਲ ਅਵਤਾਰ ਸਿੰਘ ਖੰਡਾ ਵੀ ਆਏ ਨੇ ਸੋ ਇਹਨਾਂ ਨੇ ਵੀ ਮਾਰਚ ਵਿੱਚ ਸ਼ਾਮਿਲ ਹੋਏ ਨੇ ਅਤੇ ਅਵਤਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਇਸ ਰੈਲੀ ਬਾਰੇ ਜੋ ਕਿਸਾਨਾਂ ਦੇ ਹੱਕ 'ਚ ਅੱਜ ਇੱਥੇ ਰੈਲੀ ਹੋ ਰਹੀ ਹੈ ਪਿਛਲੇ ਹਫ਼ਤੇ ਬਰਮਿੰਘਮ ਤੋਂ ਆਵਾਜ਼ ਚੱਕੀ ਸੀਗੀ ਜੀ ਅਤੇ ਉਹ ਆਵਾਜ਼ ਪੂਰੇ ਬਾਹਰਲੇ ਮੁਲਕਾਂ ਇੰਗਲੈਂਡ ਅੱਜ ਦੇ ਦਿਨ 4 ਤਰੀਕ ਨੂੰ ਇੱਥੇ ਰੈਲੀ ਹੋ ਰਹੀ ਹੈ ਜਰਮਨ 'ਚ ਹੋਣੀ ਆ ਅਮਰੀਕਾ 'ਚ ਕੱਲ੍ਹ ਹੋ ਕੇ ਹੋਣੀ ਕੈਨੇਡਾ 'ਚ ਵੀ ਹੋ ਰਹੀ ਹੈ ਅਤੇ ਇਹ ਪੰਜਾਬਾਂ ਦੇ ਪੰਜਾਬ ਤੋਂ ਬਾਹਰ ਵੱਸਦੇ ਜਿਹੜੇ ਕਿਸਾਨ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਉਹ ਲੋਕ ਆਏ ਨੇ ਅਤੇ ਇਹ ਆਵਾਜ਼ ਚੱਕ ਰਹੇ ਨੇ ਜਿਹੜੀ ਆਵਾਜ਼ ਨੂੰ ਉੱਥੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਦੱਸਿਆ ਸੀ ਕਿ ਵੀ ਆਪਾਂ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜ ਦੇ ਓਟ ਆਸਰੇ ਦੇ ਨਾਲ ਉਹਨਾਂ ਭਰਾਵਾਂ ਦੀ ਆਵਾਜ਼ ਬਣਾਂਗੇ ਅਤੇ ਆਵਾਜ਼ ਬਣ ਗਏ ਹਾਂ ਅਤੇ ਇਹ ਆਵਾਜ਼ ਜਿਵੇਂ ਦੱਸਿਆ ਸੀਗਾ ਕਿ ਹੁਣ ਖੜ੍ਹਨੀ ਤਾਂ ਹੈ ਨਹੀਂ ਪਾਰਲੀਮੈਂਟਾਂ ਤੱਕ ਜਾਵਾਂਗੇ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਇਹ ਜਿਹੜੀ ਦਿੱਲੀ ਹੈ ਲੋਕਾਂ ਨੂੰ ਦਬਾਉਣ ਨੂੰ ਫਿਰਦੀ ਹੈ ਹਿੱਲ ਤਾਂ ਗਈ ਹੈ ਅਤੇ ਹੁਣ ਚੰਗੀ ਤਰ੍ਹਾਂ ਹਿਲਾਵਾਂਗੇ ਵੀ ਜੇ ਇਸ ਖਾਲਸਾ ਰਾਜ ਜੇ ਇਸ ਤਾਕਤ ਦੀ ਗੱਲ ਸੰਤ ਜਰਨੈਲ ਸਿੰਘ ਪਿੰਡਰਾਂ ਕਰਦੇ ਸੀ ਉਹ ਰਾਜ ਹੁਣ ਮੁਕੰਮਲ ਤੌਰ 'ਤੇ ਪ੍ਰੈਕਟੀਕਲੀ ਲੈ ਕੇ ਵੀ ਆਵਾਂਗੇ ਕਿਉਂਕਿ ਸਮੇਂ ਦੀ ਮੰਗ ਹੈ ਬਾਬਾ ਬੰਦਾ ਸਿੰਘ ਬਹਾਦਰ ਅਤੇ ਸੰਤਾਂ ਨੇ ਜਿਹੜੀ ਕਿਸਾਨੀ ਦੀ ਗੱਲ ਕੀਤੀ ਸੀ ਉਹਨੂੰ ਹੁਣ ਉਜਾਗਰ ਕਰਨ ਦੀ ਲੋੜ ਹੈ ਜੀ ਖੰਡਾ ਜੀ ਜਿਵੇਂ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਨੇ ਜੇ ਸਰਕਾਰ ਨਹੀਂ ਮੰਨਦੀ ਤਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ ਜਿਵੇਂ ਧਰਮ ਯੁੱਧ ਮੋਰਚਾ ਲੱਗਾ ਆਨੰਦਪੁਰ ਸਾਹਿਬ ਦਾ ਮਤਾ ਆਇਆ ਨੌਜਵਾਨ ਜਿਹੜੇ ਕਾਫੀ ਇਹ ਆਵਾਜ਼ਾਂ ਵੀ ਠਾ ਰਹੇ ਕੀ ਕਹਿਣਾ ਚਾਹੁੰਦੇ ਚੰਗੀ ਗੱਲ ਹੈ ਜੀ ਨੌਜਵਾਨਾਂ ਦੇ ਵਿੱਚ ਉਹ ਗੱਲ ਉੱਠ ਰਹੀ ਹੈ ਸੰਤਾਂ ਦੀ ਕਿਸੇ ਤਰੀਕੇ ਦੇ ਨਾਲ ਉੱਠ ਰਹੀ ਧਰਮ ਯੁੱਧ ਮੋਰਚੇ ਦੀ ਉੱਠ ਰਹੀ ਆਪਣੇ ਮੁਲਕ ਦੀ ਗੱਲ ਉੱਠ ਰਹੀ ਹੈ ਵੱਡੇ ਵੱਡੇ ਸਿੰਗਰ ਨੇ ਵੱਡੇ ਵੱਡੇ ਐਕਟਰ ਨੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਸੰਤਾਂ ਦੀ ਗੱਲ ਕਰ ਰਹੇ ਨੇ ਬਹੁਤ ਅੱਛੀ ਗੱਲ ਹੈ ਲੋਕਾਂ 'ਚ ਇਹ ਆਵਾਜ਼ ਜਾਣੀ ਚਾਹੀਦੀ ਹੈ ਬੜੇ ਲੰਮੇ ਸਾਹਿਬ ਤੋਂ ਸਾਡੇ ਬਜ਼ੁਰਗ ਨੇ ਜਿਹੜੇ ਸ਼ਹੀਦ ਸ਼ਹਾਦਤਾਂ ਪ੍ਰਾਪਤ ਕਰਕੇ ਨੇ ਅੱਜ ਬਜ਼ੁਰਗ ਹੋ ਗਏ ਨੇ ਉਹ ਇਸ ਮੰਗ ਦੇ ਉੱਤੇ ਪਹਿਰਾ ਦੇ ਰਹੇ ਸੀ ਅੱਜ ਉਹ ਨੌਜਵਾਨੀ ਜਿਹੜੀ ਸਾਡੇ ਵਰਗੀ ਤੁਹਾਡੇ ਵਰਗੀ ਆਪਾਂ ਖੜ੍ਹੇ ਹੋਏ ਨੇ ਅਤੇ ਉਸ ਸੋਚ ਨੂੰ ਮੀਡੀਆ ਦੇ ਵਿੱਚ ਲੈ ਕੇ ਆ ਰਹੇ ਸੋਸ਼ਲ ਮੀਡੀਆ ਬਾਹਰਿਆਂ ਲਈ ਅਤੇ ਘਰ ਘਰ ਗੱਲ ਹੋ ਰਹੀ ਹੈ ਸੰਤਾਂ ਦੀ ਅੱਜ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਯਾਦ ਕਰ ਰਿਹਾ ਕੁੜੀਆਂ ਦਾ ਬਲਾਤਕਾਰ ਹੋਇਆ ਨਾ ਅਤੇ ਲੋਕ ਅੱਜ ਸੰਤਾਂ ਨੂੰ ਯਾਦ ਕਰਦੇ ਨੇ ਜੀ ਬਿਲਕੁਲ ਜੀ
ਸੋ ਜਿਹੜਾ ਜਿਹੜੀ ਰੈਲੀ ਬਰਮਿੰਗਮ ਮਿਡਲੈਂਡ ਤੋਂ ਸ਼ੁਰੂ ਹੋਈ ਸੀ ਅੱਜ ਲੰਡਨ ਸਾਊਥ ਵੱਲ ਆਪਾਂ ਕਹਿ ਸਕਦੇ ਖੰਨਾ ਜੀ ਇੱਕ ਕਾਫਲਾ ਬਣ ਗਿਆ, ਬੜੀ ਵੱਡੀ ਗਿਣਤੀ 'ਚ ਲੋਕ ਜਿਹੜੇ ਆਏ ਨੇ। ਬਿਲਕੁਲ ਜੀ, ਇਹ ਪੰਜਾਬ ਮਿੰਨੀ ਪੰਜਾਬ ਕਿਹਾ ਜਾਂਦਾ ਸਾਊਥ ਵੱਲ ਨੂੰ, ਅਤੇ ਆਪਾਂ ਦੇਖ ਲਿਆ ਅੱਜ ਬੁਲਟ ਫਿਰਦੇ ਨੇ, ਗੱਡੀਆਂ ਫਿਰਦੀਆਂ ਨੇ, ਟਰੱਕ ਫਿਰਦੇ ਨੇ, ਟਰੈਕਟਰ ਫਿਰਦੇ ਨੇ, ਇਹ ਮਿੰਨੀ ਪੰਜਾਬ ਦੇਖ ਰਿਹਾ ਜੀ। ਜੀ ਬਿਲਕੁਲ ਖੰਡਾ ਸਾਹਿਬ ਜੀ, ਇਹ ਮੈਂ ਸਰੋਤਿਆਂ ਨੂੰ ਵਾਜੇ ਕੌਮ ਟੀਵੀ ਰਾਹੀਂ ਦਿਖਾਉਣਾ ਚਾਹੁੰਦਾ ਜਿਹੜੀ ਰੈਲੀ ਦੀ ਆਰੰਭਤਾ ਚੱਲ ਗਈ ਹੈ, ਨੌਜਵਾਨ ਤੁਰ ਰਹੇ ਨੇ, ਸਾਊਂਡ ਚੱਲਦੇ ਪਏ ਨੇ, ਢਾਡੀ ਕਮਿਸ਼ਨਾਂ ਦੀਆਂ ਵਾਰਾਂ ਵੀ ਚੱਲਣਗੀਆਂ। ਸੋ ਆਪਾਂ ਦੇਖ ਸਕਦੇ ਹਾਂ ਰੈਲੀ ਦੀ ਆਰੰਭਤਾ, ਵੱਡੀ ਗਿਣਤੀ 'ਚ ਲੋਕ ਉਮੜਿਆ ਪਿਆ, ਪੰਜਾਬ ਕਿਸਾਨਾਂ ਦੇ ਹੱਕਾਂ ਦੀ ਗੱਲ, ਕਿਸਾਨਾਂ ਦੇ ਪੱਖ ਦੀ ਗੱਲ, ਕਿਸਾਨਾਂ ਦੇ ਖਿਲਾਫ ਕਾਨੂੰਨ ਨੂੰ ਰੱਦ ਕਰਾਉਣ ਦੀਆਂ ਆਵਾਜ਼ਾਂ, ਵੱਡੀ ਗਿਣਤੀ 'ਚ ਲੋਕ ਸ਼ਾਮਲ। ਸਰੋਤਿਓ ਆਪਾਂ ਚਾਰ ਸ਼ਫੇਰੇ ਜਿੱਧਰ ਨੂੰ ਮਰਜ਼ੀ ਵੇਖੋ, ਸੋ ਉਸਦੇ ਬੰਨੇ ਨੂੰ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਨੇ। ਸੋ ਚਾਰ ਸ਼ਫੇਰੇ ਅੱਜ ਇਹ ਰੈਲੀ ਜਿਹੜੀ ਹੈ ਇਹਨੇ ਏਕਤਾ ਰੂਪ ਜਿਹੜਾ ਧਾਰਨ ਕੀਤਾ ਵੱਡੇ ਕਾਫਲੇ ਦਾ। ਇਹ ਨੌਜਵਾਨ ਭਾਵੇਂ ਸਿੱਖੀ 'ਚ ਪ੍ਰਤੱਖ ਨਹੀਂ, ਪਰ ਇਹ ਅੱਜ ਜਿਹੜੇ ਨੇ ਹੱਕਾਂ ਦੀ ਗੱਲ ਕਰ ਰਹੇ ਨੇ। ਇਹਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸ਼ਾਮਲ ਨੇ, ਜਿਹੜੀਆਂ ਸੰਗਤਾਂ ਵੱਡੇ ਪੱਧਰ ਦੇ ਉੱਪਰ ਇਸ ਰੈਲੀ 'ਚ ਸ਼ਾਮਲ ਆ।
ਤੇ ਮੀਂਹ ਵੀ ਜਿਹੜਾ ਵਾ ਉਹ ਵੀ ਕਹਿੰਦਾ ਮੈਂ ਅੱਜ ਹੀ ਪੈਣਾ, ਮੁੜ ਕੇ ਸ਼ਾਇਦ ਮੈਂ ਪੈਣਾ ਹੀ ਨਹੀਂ। ਪਰ ਇਹ ਪੰਜਾਬੀ ਤੇ ਉਹ ਨੇ ਜਿਨ੍ਹਾਂ ਨੇ ਅੜਕ ਦਰਿਆ ਅਟਕਾ ਦਿੱਤੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਚੜ੍ਹਾਈ ਕਰਨ ਲੱਗੀਆਂ ਸੀ, ਅੜਕ ਦਰਿਆ ਬੜਾ ਵਗ ਰਿਹਾ ਸੀਗਾ, ਕਾਲੀ ਫੂਲਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਰੁਕ ਜਾਣਾ ਚਾਹੀਦਾ। ਵਿਦਵਾਨ ਕਹਿੰਦਾ ਉਹ ਅਟਕ ਜਾ ਥੋੜ੍ਹੀ ਜਿਹੀ ਗੱਲ ਪਿੱਛੇ, ਐਵੇਂ ਮੂਰਖਾ ਵਾਧਾ ਵਧਾਈ ਦਾ ਨਹੀਂ, ਉਹ ਸਾਨੂੰ ਲੰਘ ਜਾਣ ਦਿਓ, ਰੰਗ ਕਿਸੇ ਦੇ ਰੰਗ 'ਚ ਭੰਗ ਪਾਈਦਾ ਨਹੀਂ। ਇਹ ਉਹ ਪੰਜਾਬੀ ਨੇ ਜਿੰਨਾ ਅੜਕ ਦਰਿਆ ਵੀ ਇਹਨਾਂ ਨੂੰ ਅਟਕਾ ਕੇ ਰੱਖ ਦਿੱਤਾ। ਭਾਵੇਂ ਮੀਂਹ ਪੈ ਰਿਹਾ ਪਰ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਸ਼ਾਮਲ ਨੇ। ਸੋ ਇਹ ਇਸੇ ਤਰ੍ਹਾਂ ਆਪ ਜੀ ਵੇਖ ਸਕਦੇ ਹੋ, ਜਿੱਥੇ ਜਿੱਥੇ ਵੀ ਆਪ ਜੀ ਵੇਖ ਰਹੇ ਹੋ। ਅਤੇ ਇਹ ਇੱਕ ਰੈਲੀ ਸੀ ਪਰ ਵੱਡਾ ਮਾਰਚ ਦਾ ਰੂਪ ਧਾਰਨ ਕਰ ਗਿਆ। ਸੋ ਬੇਨਤੀ ਆ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਡੀ ਆਵਾਜ਼ ਪੂਰੀ ਦੁਨੀਆ ਦੇ ਵਿੱਚ ਜਾ ਸਕੇ, ਪਤਾ ਲੱਗ ਸਕੇ ਅੱਜ ਲੰਡਨ ਦੀਆਂ ਗਲੀਆਂ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਰੈਲੀ ਹੋ ਰਹੀ ਆ, ਕਿਤੇ ਲੰਡਨ ਦੀਆਂ ਗਲੀਆਂ ਦੇ ਵਿੱਚ, ਲੰਡਨ ਦੀਆਂ ਅਖਬਾਰਾਂ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਂ ਗੂੰਜਿਆ ਸੀਗਾ। ਸੋ ਮੈਨੂੰ ਲੱਗਦਾ ਅੱਜ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਰੈਲੀ ਦਾ ਨਾਂ ਜਿਹੜਾ ਹੈ ਉਹ ਗੂੰਜ ਰਿਹਾ ਹੈ। ਵੱਡਾ ਅੱਜ ਮਾਰਚ ਹੈ ਜਿਹੜਾ ਹੈ ਤੁਸੀਂ ਆਵਾਜ਼ ਕੌਮ ਟੀ ਵੀ ਰਾਹੀਂ ਦੇਖ ਰਹੇ ਹੋ। ਦਰਸ਼ਕ ਦੇਖ ਲਓ ਤੁਸੀਂ ਜਿਹੜਾ 100 ਸਾਲ ਦੇ ਹਾਲਾਤ, ਮਤਲਬ ਪੂਰਾ ਜਿੰਨੇ ਸੜਕਾਂ ਆਲਾ ਦੁਆਲਾ ਜਿਹੜਾ ਦਰਦਾਰਾ ਸਾਹਿਬ ਦੇ ਆਲੇ ਦੁਆਲੇ ਭਰਿਆ ਪਿਆ। ਇੱਥੇ ਆਪਾਂ ਇਹ ਕਹੀਏ ਕਿ ਲੋਕ ਗੱਡੀਆਂ ਮੋਟਰਾਂ ਦੀ ਤੜਕ ਵੀ ਬਹੁਤ ਨਾਲ ਹੈ। Yeah.
ਜਿਹੜਾ ਸਾਡੇ ਸੱਭਿਆਚਾਰ, ਸਾਡੇ ਧਰਮ, ਸਾਡੀ ਹੋਂਦ ਅਤੇ ਸਾਡੇ ਆਰਥਿਕ ਤੌਰ ਦੇ ਉੱਤੇ ਸਾਨੂੰ ਕਮਜ਼ੋਰ ਕਰੇਗਾ। ਇੰਨੇ ਸਾਲ ਜੇ ਅਬਦਾਲੀ ਤੋਂ ਬਾਅਦ ਜੇ ਕੌਮ ਖੜੀ ਹੋਈ ਹੈ ਤਾਂ 47 ਤੋਂ ਬਾਅਦ ਸਾਡਾ ਲੱਕ ਟੁੱਟਿਆ, ਜਿਹੜਾ ਹਾਲੇ ਤੱਕ ਲੋਟ ਨਹੀਂ ਆਇਆ। ਅਤੇ ਆਏ ਦਿਨ ਸਾਨੂੰ ਜੋ ਮੁਸੀਬਤਾਂ ਆ ਰਹੀਆਂ, ਇਹਦੀ ਜੜ੍ਹ ਇੱਕੋ ਹੀ ਹੈ, ਸਿੱਖਾਂ ਦਾ ਆਪਣਾ ਰਾਜ, ਆਪਣਾ ਘਰ, ਆਪਣਾ ਕਾਨੂੰਨ ਨਾ ਹੋਣਾ। ਅਤੇ ਜੇ ਅਸੀਂ ਇਸੇ ਤਰ੍ਹਾਂ ਹੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਸਾਡੀਆਂ ਵੀ ਫੋਟੋਆਂ ਲੱਗਿਆ ਕਰਨਗੀਆਂ, ਜਿਵੇਂ ਅੱਜ ਨੈਪੋਲੀਅਨ ਦੀਆਂ ਲੱਗਿਆ ਕਰਦੀਆਂ, ਜਿਵੇਂ ਅੱਜ ਮੰਗੋਲਾਂ ਦੀਆਂ ਲੱਗਿਆ ਕਰਦੀਆਂ, ਅਤੇ ਜਿਵੇਂ ਅਬਦਾਲੀਆਂ ਦੀਆਂ ਲੱਗਿਆ ਕਰਦੀਆਂ ਕਿ ਉਹਨਾਂ ਦੀ ਇਹ ਕੌਮ ਹੋਇਆ ਕਰਦੀ ਸੀ। ਸਾਡਾ ਇਤਿਹਾਸ ਸਾਡੀ ਪਿੱਠ ਦੇ ਨਾਲ ਖੜਾ ਹੈ। ਜੇ ਅਸੀਂ ਇਹਦੇ ਤੋਂ ਮੁਨਕਰ ਹੋਏ ਤਾਂ ਕਦੇ ਇੰਦਰਾ ਸਾਡੇ ਸਿਰ ਚੜ੍ਹਦੀ ਹੈ ਅਤੇ ਕਦੇ ਮੋਦੀ। ਸਾਡੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਸਾਨੂੰ ਸਾਡੇ ਪਰਿਵਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਾਡਾ ਇਹ ਮੁੱਦਾ ਸਾਡੇ ਧਰਮ ਦੇ ਨਾਲ ਜੁੜਿਆ ਹੋਇਆ ਹੈ। ਜੇ ਪੰਜਾਬ ਦੇ ਕਿਸਾਨਾਂ ਨੂੰ ਆਜ਼ਾਦੀ ਦਵਾਈ ਤਾਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ ਦਵਾਈ, ਕਿਸੇ ਹੋਰ ਨੇ ਨਹੀਂ ਦਵਾਈ। ਜੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਧਰਤੀ ਦੇ ਮਾਲਕ ਬਣਾਇਆ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ। ਅੱਜ ਜੇ ਧਰਨਿਆਂ ਦੇ ਵਿੱਚ ਨਾਰੇ ਲੱਗਦੇ ਨੇ ਕਿਸੇ ਹੋਰ ਹੀਰੋ ਦੇ, ਕਿਸੇ ਇਨਕਲਾਬੀ ਦੇ, ਤਾਂ ਮੈਂ ਸਮਝਦਾ ਉਹ ਬਿਲਕੁਲ ਹੀ ਸਾਨੂੰ ਅੰਧੇਰੇ ਵੱਲ ਧੱਕ ਰਹੇ ਨੇ, ਹਨੇਰੇ ਵੱਲ ਧੱਕ ਰਹੇ ਨੇ। ਸਾਡਾ ਨਾਰਾ ਹੋਣਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ। ਉਹ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਉਸ ਸਮੇਂ ਦੀ ਹਕੂਮਤ, ਮੁਗਲੀਆ ਸਰਕਾਰ ਦਾ ਲੱਕ ਭੰਨਿਆ, ਉਸ ਸਮੇਂ ਦੀਆਂ ਜਿਹੜੀਆਂ ਕਾਰਪੋਰੇਟਿਵ ਕੰਪਨੀਆਂ ਸੀ ਅਡਾਨੀਆਂ ਅੰਬਾਨੀਆਂ ਵਰਗੀਆਂ, ਉਹਨਾਂ ਦਾ ਲੱਕ ਭੰਨਿਆ ਅਤੇ ਸਾਡੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਾਪਸ ਦਵਾਈਆਂ। ਅਤੇ ਅੱਜ ਵੀ ਸਾਡੇ ਨਾਲ ਇਹੀ ਕੁਛ ਹੋਣ ਜਾ ਰਿਹਾ, ਇਹ ਨਵਾਂ ਨਹੀਂ ਹੋ ਰਿਹਾ। ਸਾਨੂੰ ਇਹ ਤਾਂ ਲੱਗ ਰਿਹਾ ਕਿਉਂਕਿ ਸਾਡਾ ਜਨਮ ਹੁੰਦਾ ਹੈ, ਇਹ ਸਾਡੇ ਬਜ਼ੁਰਗਾਂ ਵੇਲੇ ਦੀਆਂ ਸਾਡੇ ਇਤਿਹਾਸ 'ਚ ਦਰਜ ਗੱਲਾਂ ਨੇ। ਉਸ ਸਮੇਂ ਵੀ ਅਡਾਨੀ ਅੰਬਾਨੀ ਵਰਗੇ ਸੀ ਜਿਨ੍ਹਾਂ ਨੇ ਜ਼ਮੀਨਾਂ ਕਿਸਾਨਾਂ ਦੀਆਂ ਜ਼ਬਤ ਕਰ ਲਈਆਂ ਅਤੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ ਆਜ਼ਾਦ ਕਰਾਇਆ ਸੀ। ਅਤੇ ਅੱਜ ਵੀ ਜੇ ਪੰਜਾਬ ਦੀ ਧਰਤੀ ਨੂੰ ਕੋਈ ਆਜ਼ਾਦ ਕਰਾ ਸਕਦਾ ਹੈ, ਪੰਜਾਬ ਦੀ ਧਰਤੀ ਨੂੰ ਆਰਥਿਕ ਤੌਰ 'ਤੇ ਸਟਰੋਂਗ ਕਰ ਸਕਦਾ ਹੈ ਤਾਂ ਉਹ ਸੰਤ ਜਰਨੈਲ ਸਿੰਘ ਹੋਣਾ ਦੀ ਸੋਚ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਹੈ। ਕੋਈ ਵੀ ਹੋਰ ਸੋਚ ਪੰਜਾਬ ਨੂੰ ਪੰਜਾਬ ਦੇ ਪਾਣੀ ਨਹੀਂ ਦਵਾ ਸਕਦੀ, ਕੋਈ ਵੀ ਹੋਰ ਸੋਚ ਪੰਜਾਬ ਦਾ ਐਜੂਕੇਸ਼ਨਲ ਸਿਸਟਮ ਠੀਕ ਨਹੀਂ ਕਰ ਸਕਦੀ, ਕੋਈ ਵੀ ਹੋਰ ਸੋਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਰੋਕ ਸਕਦੀ। ਆਏ ਦਿਨ ਸਾਡੇ ਮੂਹਰੇ ਇੱਕ ਨਵਾਂ ਹੀ ਚੈਲੇਂਜ ਖੜ੍ਹਾ ਹੁੰਦਾ ਹੈ, ਕਦੇ ਗੁਰੂ ਸਾਹਿਬ ਦੀ ਬੇਅਦਬੀ, ਕਦੇ ਪੰਜਾਬ ਦੇ ਪਾਣੀ, ਅਤੇ ਹੁਣ ਜਿਹੜੀ ਸਾਡੀ ਅਖੀਰਲੀ ਉਮੀਦ ਸੀ, ਸਾਡੀ ਧਰਤੀ, ਸਾਡੀ ਕਿਸਾਨੀ, ਸਾਡੀ ਖੇਤੀ, ਉਹ ਸਾਡੇ ਤੋਂ ਖੋਹਣ ਦੀਆਂ ਤਿਆਰੀਆਂ ਨੇ। ਇਹ ਅਸੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਹੈ, ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਕਿਵੇਂ ਸਾਡੇ ਉੱਤੇ ਕਬਜ਼ਾ ਕਰਕੇ ਸਾਨੂੰ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਹੀ ਗੱਲ ਯਾਦ ਰੱਖਿਓ, ਜੇ ਸਾਡੀਆਂ ਧਰਤੀ, ਸਾਡੀਆਂ ਜ਼ਮੀਨਾਂ ਪ੍ਰਾਈਵੇਟ ਕੰਪਨੀਆਂ ਦੇ ਹੱਥੇ ਚੜ੍ਹ ਗਈਆਂ ਤਾਂ ਨਾ ਤਾਂ ਸਾਡੇ ਕੋਲ ਪੈਸਾ ਰਹਿਣਾ ਹੈ, ਨਾ ਸਾਡੇ ਕੋਲ ਸਾਡਾ ਵਿਰਸਾ ਰਹਿਣਾ, ਅਤੇ ਨਾ ਧਰਮ ਰਹਿਣਾ ਹੈ। ਫਿਰ ਉਹ ਕਾਰਪੋਰੇਟ ਕੰਪਨੀਆਂ ਜੋ ਸਾਡੇ ਤੋਂ ਕਰਾਉਣਗੀਆਂ ਉਹ ਸਾਨੂੰ ਕਰਨਾ ਪੈਣਾ, ਜਿਹੜਾ ਧਰਮ ਸਾਨੂੰ ਕਹਿਣਗੀਆਂ ਅਪਣਾਉਣ ਨੂੰ ਉਹ ਅਪਣਾਉਣਾ ਪੈਣਾ, ਜਿਹੜੇ ਕੱਪੜੇ, ਜਿਹੜਾ ਕੁਛ ਖਾਣ ਪੀਣ ਨੂੰ ਕਹਿਣਗੀਆਂ ਉਹ ਸਾਨੂੰ ਕਰਨਾ ਪੈਣਾ, ਕਿਉਂਕਿ ਸਾਡੇ ਕੋਲ ਹੋਰ ਕੁਛ ਇਹੋ ਜਿਹਾ ਨਹੀਂ ਹੋਣਾ ਕਿ ਅਸੀਂ ਉਹਨਾਂ ਦਾ ਕਹਿਣਾ ਨਾ ਮੰਨੀਏ। ਇਸ ਸਮੇਂ ਸਾਡਾ ਬੋਲਣਾ ਇਹ ਜ਼ਰੂਰੀ ਹੈ ਕਿਉਂਕਿ ਸਾਨੂੰ ਹੋਂਦ ਪ੍ਰਗਟ ਕਰਨੀ ਹੈ। ਹਿੰਦੁਸਤਾਨ ਦੀ ਸਰਕਾਰ ਨੇ ਕਸ਼ਮੀਰੀ ਦਿਵਾਲੇ, ਹਿੰਦੁਸਤਾਨ ਦੀ ਸਰਕਾਰ ਨੇ ਸਾਰੇ ਹਿੰਦੁਸਤਾਨ ਦੇ ਮੁਸਲਮਾਨ ਦਿਵਾਲੇ, ਹਿੰਦੁਸਤਾਨ ਦੀ ਸਰਕਾਰ ਨੇ ਦਲਿਤ ਦਿਵਾਲੇ, ਅਤੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਸਿੱਖਾਂ ਨੂੰ ਦਿਵਾਉਣ ਦੀ।
ਤੇ ਜੇ ਸਿੱਖ ਇਸ ਸਮੇਂ ਨਾ ਜਾਗੇ ਨਾ ਬੋਲੇ ਤਾਂ ਸਾਡਾ ਹਾਲ ਉਹੀ ਹੋਣਾ ਜਿਹੜਾ ਬਾਕੀ ਕੌਮਾਂ ਦਾ ਹੋਇਆ ਹੈ। ਆਏ ਦਿਨ ਬਾਹਰਲੀਆਂ ਸਟੇਟਾਂ ਦੇ ਵਿੱਚ ਕੁੜੀਆਂ ਦੇ ਨਾਲ ਬਲਾਤਕਾਰ ਹੋ ਰਹੇ ਨੇ, ਉਹਨਾਂ ਦੇ ਕਤਲ ਕੀਤੇ ਜਾ ਰਹੇ ਨੇ। ਸਾਰਾ ਹਿੰਦੁਸਤਾਨ ਅੱਜ ਸੰਤ ਜਰਨੈਲ ਸਿੰਘ ਹੋਣਾ ਦੀ ਗੱਲ ਕਰਦਾ, ਜਿਹੜੇ ਕਹਿੰਦੇ ਸੀ ਧੀ ਭਾਵੇਂ ਕਾਂਗਰਸੀ ਦੀ ਹੋਵੇ ਭਾਵੇਂ ਬਾਦਲ ਦਲੀਏ ਦੀ ਹੋਵੇ, ਭਲਾ ਹਿੰਦੂ ਦੀ ਹੋਵੇ ਤੇ ਮੁਸਲਮਾਨ ਦੀ ਹੋਵੇ, ਜੇ ਕਿਤੇ ਮਾੜਾ ਵੇਲਾ ਆ ਗਿਆ ਉਹਦੀ ਇੱਜ਼ਤ ਦੀ ਰਾਖੀ ਆਪਦੀ ਧੀ ਭੈਣ ਸਮਝ ਕੇ ਕਰਨੀ ਹੈ। ਅੱਜ ਬਾਹਰਲੀਆਂ ਸਟੇਟਾਂ ਦੇ ਵਿੱਚ ਕੁੜੀਆਂ ਦੇ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਤੇ ਬੜੀ ਸ਼ਾਨ ਦੇ ਨਾਲ ਬਾਹਰਲੀਆਂ ਸਟੇਟਾਂ ਹਰਿਆਣੇ ਦੇ ਲੋਕ ਕਹਿ ਰਹੇ ਨੇ ਇਹ ਕੁਛ ਤਾਂ ਹੋਣਾ ਆਮ ਹੀ ਹੈ, ਜੇ ਕੁੜੀ 16 ਸਾਲ ਟੱਪ ਜਾਂਦੀ ਹੈ ਤਾਂ ਉਹਦਾ ਬਲਾਤਕਾਰ ਨਹੀਂ ਮੰਨਿਆ ਜਾਂਦਾ। ਇਹ ਕੱਲ੍ਹ ਦੇ ਪਰਸੋਂ ਦੇ ਬਿਆਨ ਜਿਹੜੀ ਸਟੇਟ ਹੈ ਹਰਿਆਣੇ ਦੀ ਉੱਥੋਂ ਦੇ ਲੋਕਾਂ ਦੇ ਆ ਰਹੇ ਨੇ। ਜੇ ਦਲਿਤਾਂ ਦੀ ਕੁੜੀ ਫੂਲਣ ਦੇਵੀ ਦੇ ਨਾਲ ਜੋ ਕੁਛ ਹੋਇਆ, ਜੋ ਉਹਦੇ ਨਾਲ ਬਲਾਤਕਾਰ ਹੋਇਆ ਪੁਲਿਸ ਵਾਲਿਆਂ ਨੇ ਕੀਤੇ, ਉੱਚ ਜਾਤੀ ਵਾਲਿਆਂ ਨੇ ਕੀਤੇ, ਵੱਡੀਆਂ ਜਿਹੜੀਆਂ ਕਾਰਪੋਰੇਟ ਕੰਪਨੀਆਂ ਉੱਥੋਂ ਦੀਆਂ ਨੇ, ਵੱਡੇ ਚੌਧਰੀ ਠਾਕਰ ਜੇ ਉਹਨਾਂ ਨੇ ਕੀਤੇ, ਤਾਂ ਉਸ ਕੁੜੀ ਨੂੰ ਇਨਸਾਫ ਨਾ ਮਿਲਿਆ ਤਾਂ ਉਹਨੇ ਸ਼ਸਤਰਧਾਰੀ ਹੋ ਕੇ ਇਨਸਾਫ ਲਿਆ। ਉਹ ਰੀਤ ਜਿਹੜੀ ਸਾਡੇ ਗੁਰੂ ਮਹਾਰਾਜ ਨੇ 6ਵੇਂ ਪਾਤਸ਼ਾਹ ਨੇ ਸਾਨੂੰ ਦਿੱਤੀ ਸੀ, ਜਿਹੜੀ 10ਵੇਂ ਮਹਾਰਾਜ ਨੇ ਸਾਨੂੰ ਦਿੱਤੀ ਸੀ, ਉਸ ਵਰਗੀ ਰੀਤ ਦੇ ਚੱਲਦਿਆਂ ਉਹਨੇ ਇਨਸਾਫ ਲਿਆ। ਨਹੀਂ ਤਾਂ ਹਿੰਦੁਸਤਾਨ ਦੀ ਅਦਾਲਤ, ਹਿੰਦੁਸਤਾਨ ਦੇ ਥਾਣੇ, ਹਿੰਦੁਸਤਾਨ ਦੀ ਫੌਜ, ਹਿੰਦੁਸਤਾਨ ਦਾ ਕਾਨੂੰਨ ਸਾਰੇ ਫੇਲ ਹੋ ਗਏ ਉਸ ਕੁੜੀ ਨੂੰ ਇਨਸਾਫ ਦਿਵਾਉਣ ਦੇ ਲਈ। ਅਤੇ ਅੱਜ ਉਹਦੀਆਂ ਮਿਸਾਲਾਂ ਇਸੇ ਕਰਕੇ ਦਿੱਤੀਆਂ ਜਾਂਦੀਆਂ, ਉਹਨੇ ਆਪਣੇ ਹੱਥੀਂ ਇਨਸਾਫ ਕੀਤਾ। ਅਤੇ ਜੇ ਪੰਜਾਬ ਦੇ ਕਿਸਾਨ ਇਸ ਸਮੇਂ ਉੱਥੇ ਜੂਝ ਰਹੇ ਨੇ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਅਸੀਂ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਏ, ਉਹਨਾਂ ਦੀ ਆਵਾਜ਼ ਬੁਲੰਦ ਕਰੀਏ। ਸਾਨੂੰ ਜੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਜਾਣਾ ਪਿਆ ਅਸੀਂ ਜਾਵਾਂਗੇ, ਜੇ ਇੱਥੇ ਦੇ MPs ਨਾਲ ਸਾਨੂੰ ਮੀਟਿੰਗਾਂ ਕਰਨੀਆਂ ਪਈਆਂ, ਕੋਈ ਇਸ ਕਾਨੂੰਨ ਦੇ ਖਿਲਾਫ ਅਜਿਹਾ ਕੁਛ ਲਾਗੂ ਕਰਨਾ ਪਿਆ ਕਿ UNO ਦੇ ਵਿੱਚ ਉਹ ਗੱਲ ਚੱਲੇ, ਇੱਥੇ ਦੇ ਕਾਮਨ ਹਾਊਸ ਦੇ ਵਿੱਚ ਉਹ ਗੱਲ ਚੱਲੇ, ਅਸੀਂ ਉਹ ਕਰਾਂਗੇ। ਕਿਉਂਕਿ ਜੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਘੱਟੋ ਘੱਟ ਇਹ ਖਿਆਲ ਰੱਖਣਾ ਚਾਹੀਦਾ, ਸਾਡਾ ਜਿਹੜਾ ਪਿੱਛਾ ਹੈ, ਸਾਡਾ ਪਿਛੋਕੜ ਹੈ, ਪੰਜਾਬ ਦੀ ਧਰਤੀ 'ਤੇ ਹੈ। ਜੇ ਤੁਹਾਡੇ ਕੋਲ ਜ਼ਮੀਨ ਨਹੀਂ ਹੈਗੀ ਪਰ ਫਿਰ ਵੀ ਤੁਸੀਂ ਕਿਤੇ ਨਾ ਕਿਤੇ ਖੇਤੀ ਦੇ ਨਾਲ ਜੁੜੇ ਹਾਂ, ਜੇ ਕਿਸਾਨ ਦਾ ਟਰੈਕਟਰ ਖਰਾਬ ਹੁੰਦਾ ਹੈ, ਉਹਦੀ ਗੱਡੀ ਖਰਾਬ ਹੁੰਦੀ ਹੈ ਤਾਂ ਉਹ ਮਕੈਨਿਕ ਕੋਲ ਜਾਂਦਾ ਹੈ। ਜੇ ਕਿਸਾਨ ਦੇ ਘਰ ਕੋਈ ਪਾਠ ਰੱਖਿਆ ਜਾਂਦਾ ਜਾਂ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਹੁੰਦਾ, ਉਹ ਪਰਚੂਨ ਦਾ ਸਮਾਨ ਲੈਣ ਪਨਸੇਰੀ ਵਾਲਿਆਂ ਦੇ ਕੋਲ ਜਾਂਦਾ। ਅਤੇ ਜੇ ਸਾਡੇ ਘਰਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਤਾਂ ਉਹ ਕੱਪੜੇ ਬਣਾਉਣ ਦੇ ਲਈ ਕੱਪੜਾ ਵਪਾਰੀਆਂ ਦੇ ਕੋਲ ਜਾਂਦੇ ਨੇ। ਹਰ ਪੱਖ ਤੋਂ ਕਿਸਾਨੀ ਦੇ ਨਾਲ ਜੁੜਿਆ ਹੋਈਆਂ ਸਾਡੀਆਂ ਧਿਰਾਂ ਨੇ, ਅਤੇ ਇਹ ਉਦੋਂ ਹੀ ਬਚ ਸਕਦੀਆਂ ਨੇ ਜੇ ਕਿਸਾਨ ਬਚੂਗਾ। ਅਤੇ ਕਿਸਾਨ ਨੂੰ ਬਚਾਉਣ ਦੇ ਲਈ ਖਾਲਸਾਈ ਸੋਚ, ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੀ ਸੋਚ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਉੱਥੇ ਲਾਗੂ ਕਰਨੀ ਬਹੁਤ ਜ਼ਰੂਰੀ ਹੈ। ਪੰਜਾਬ ਦੇ ਇੱਕ ਬਜ਼ੁਰਗ ਨੇ ਜੀ, ਉਹਨਾਂ ਨੇ ਇਹ ਗੱਲ ਕਹੀ ਸੀ, ਉਹ ਕਹਿੰਦੇ ਕੋਵਿਡ ਨਾਲ ਤਾਂ ਭਲਾ ਮਰੀਏ ਨਾ ਮਰੀਏ, ਜੇ ਜ਼ਮੀਨਾਂ ਚੱਲ ਗਈਆਂ ਤਾਂ ਅਸੀਂ ਉੱਦਾਂ ਹੀ ਮਰੇ ਹਾਂ, ਜੇ ਘਰਾਂ 'ਚ ਬੈਠਿਆਂ ਨੂੰ ਵੀ ਕੋਵਿਡ ਹੋਈ ਜਾਂਦਾ ਇੱਥੇ ਤਾਂ, ਇੱਥੇ ਉਹਨਾਂ ਨੂੰ ਵੀ ਕੋਵਿਡ ਹੋ ਰਿਹਾ ਜਿਹੜੇ ਬਹੁਤ ਇਸ ਚੀਜ਼ ਨੂੰ ਫੋਲੋ ਕਰੇ। ਟਰੰਪ ਨੂੰ ਕੋਵਿਡ ਹੋ ਗਿਆ, ਬਹੁਤ ਵੱਡੇ ਵੱਡੇ ਨਾਮ ਸਾਹਮਣੇ ਆ ਰਹੇ, ਕੋਵਿਡ ਹੋ ਗਿਆ ਉਹਨਾਂ ਨੂੰ। ਕੋਵਿਡ ਦੇ ਨਾਲ ਫਿਰ ਵੀ ਇਲਾਜ ਹੈਗਾ 14-15 ਦਿਨਾਂ ਦੇ ਬਾਅਦ, ਤੁਸੀਂ ਆਪਦੇ ਆਪ ਨੂੰ ਜੇ ਹੋ ਜਾਂਦਾ ਘਰੇ ਬੰਦ ਕਰ ਲਓ, ਬਚ ਜਾਓਗੇ। ਜੇ ਜ਼ਮੀਨਾਂ ਚਲੀਆਂ ਗਈਆਂ ਤਾਂ ਸਾਡੇ ਕੋਲ ਇਹਦਾ ਕੋਈ ਹੋਰ ਹੱਲ ਨਹੀਂ ਹੈਗਾ, ਕੋਈ ਰਾਹ ਨਹੀਂ। ਇਹ ਇਕੱਲੀ ਇਸ ਤਰ੍ਹਾਂ ਨਹੀਂ ਵੀ ਸਾਡੀ ਖੇਤੀ ਦੇ ਸਾਡੀ ਹੋਂਦ, ਜੇ ਸਿੱਖੀ ਆ ਸਿੱਖੀ ਦਾ ਤੁਰਾ ਹੀ ਇਸ ਕਿਰਤ 'ਤੇ ਹੈ ਵੀ ਕਿਰਤ ਕਰੇ ਵੰਡ ਛਕਣ ਦੇ ਉੱਤੇ। ਸਾਡੇ ਪਾਣੀ, ਸਾਡੇ ਹਾਣੀ ਜਿਨ੍ਹਾਂ ਦੇ ਮੁਕਾਬਲੇ ਬਣਾ ਦਿੱਤੇ ਗਏ, ਜਿਹੜੇ ਜੇਲ੍ਹਾਂ 'ਚ ਨੇ, ਜਿਹੜੇ ਰੋਲ ਰਹੇ ਨੇ ਅੱਜ
ਕਦੇ ਸੜਕਾਂ ਦੇ ਉੱਤੇ ਡਾਂਗਾ ਖਾ ਰਹੇ, ਉਹ ਸਾਡੇ ਹਾਣੀ ਨੇ। ਅਤੇ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਪਾਣੀ ਦਿੱਲੀ ਲੁੱਟ ਕੇ ਲੈ ਗਈ, ਉਹ ਪਾਣੀ ਹੈ। ਅਤੇ ਬਾਣੀ ਜੋ ਬਾਣੀ ਦੀਆਂ ਅੱਗਾਂ ਲੱਗ ਰਹੀਆਂ, ਸਾਡੇ ਪਾਣੀ ਹਾਣੀ ਅਤੇ ਬਾਣੀ ਤਿੰਨਾਂ ਦੇ ਉੱਤੇ ਹਮਲੇ ਹੋ ਰਹੇ ਆ, ਜਿਹਦੇ ਕਰਕੇ ਸਾਡੇ ਇੱਕ ਇੱਕ ਬੱਚੇ ਨੂੰ ਸੁਚੇਤ ਹੋਣ ਦੀ ਲੋੜ ਹੈ, ਸਾਡੀਆਂ ਧੀਆਂ ਭੈਣਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਸਾਡੇ ਬਜ਼ੁਰਗਾਂ ਨੂੰ। ਕਿਉਂਕਿ ਅੱਜ ਦੀ ਜਿਹੜੀ ਕਾਰਪੋਰੇਟ ਸਿਸਟਮ ਹੈ ਇਹਨੂੰ ਤੁਸੀਂ ਉਸੇ ਤਰ੍ਹਾਂ ਹੀ ਟੈਕਲ ਕਰ ਸਕਦੇ ਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ ਟੈਕਲ ਕੀਤਾ ਸੀ। ਜਿਹੜੀ ਅੱਜ ਦੀ ਸਟੱਡੀ ਸਿਸਟਮ ਹੈ ਨਵੇਕਲੀ, ਜਿਹੜੀ ਅਸੀਂ ਕਹਿ ਸਕਦੇ ਹਾਂ ਸਾਡੇ ਅੰਦਰ ਜਿਹੜੀ ਦਿਮਾਗ ਦੇ ਵਿੱਚ ਹਿੰਦੁਸਤਾਨ ਦੀ ਪੜ੍ਹਾਈ ਵਾੜ ਦਿੱਤੀ, ਉਹ ਪੜ੍ਹਾਈ ਸਾਨੂੰ ਗੁਲਾਮ ਬਣਾ ਰਹੀ ਹੈ, ਇਸ ਕਾਰਪੋਰੇਟਾਂ ਜਿਹੜੀਆਂ ਹੈਗੀਆਂ ਇਹਦੇ ਸਾਨੂੰ ਗੁਲਾਮ ਬਣਾ ਰਹੀ ਹੈ। ਧੰਨਵਾਦ ਜੀ ਬਹੁਤ। ਸਰੋਤਿਓ, ਤੁਸੀਂ ਦੇਖ ਰਹੇ ਸੀ ਜਿਹੜਾ ਇਹ ਰੈਲੀ ਜਿਹੜੀ ਹੈ ਵਿਸ਼ਾਲ ਧਰਨੇ ਦਾ ਰੂਪ ਜਿਹਨੇ ਧਾਰਨ ਕੀਤਾ, ਮਾਰਚ ਦਾ ਰੂਪ ਧਾਰਨ ਕੀਤਾ। ਸੋ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਸ਼ਾਮਲ ਨੇ ਸੜਕਾਂ ਦੇ ਉੱਪਰ ਦੋਨਾਂ ਪਾਸਿਆਂ 'ਤੇ, ਅਤੇ ਉੱਥੇ ਨਾਲ ਜਿਹੜੀ ਹੈ ਉਹ ਗੱਡੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਉਹ ਅੱਜ ਇਸ ਰੈਲੀ ਦੇ ਵਿੱਚ ਸ਼ਾਮਲ ਹੋਈਆਂ ਨੇ। ਸੋ ਦੁਨੀਆ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਜਿਹੜੇ ਵਸ਼ਿੰਦੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਇਸ ਮਾਰਚ ਦੇ ਵਿੱਚ, ਜਿੱਥੇ ਟਰੈਕਟਰ ਨੇ ਵਿੱਚ, ਮੋਟਰਸਾਈਕਲ ਨੇ, ਕਾਰਾਂ ਨੇ, ਜੀਬਾਂ ਨੇ। ਸੋ ਅੱਜ ਲੰਡਨ ਦੇ ਲੋਕ ਵੀ ਘਰਾਂ ਦੀਆਂ ਬਾਰੀਆਂ ਸਾਨੂੰ ਦੇਖ ਰਹੇ ਨੇ ਵੀ ਅੱਜ ਇਹ ਜਿਹੜੇ ਸਰਦਾਰ ਨੇ ਇਹਨਾਂ ਦਾ ਅੱਜ ਕਿਹੜਾ ਦਿਨ ਹੈ। ਸੋ ਅਸੀਂ ਦੱਸਣਾ ਚਾਹਾਂਗੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਸਰਕਾਰ ਦਾ ਜਿਹੜਾ ਕਾਲਾ ਕਾਨੂੰਨ ਆ ਉਹਦੇ ਵਿਰੋਧ ਦੇ ਵਿੱਚ ਜਿਹੜੀ ਰੈਲੀ ਹੈ ਉਹ ਤੁਸੀਂ ਇਸ ਵੇਲੇ ਆਵਾਜ਼ੇ ਕੌਮ ਟੀ ਵੀ 'ਤੇ ਦੇਖ ਰਹੇ ਹੋ। ਜੀਪਾਂ ਬਿਲਕੁਲ ਮੁੰਡਿਆਂ ਨੇ ਜਿੱਦਾਂ ਪੰਜਾਬ ਤੋਂ ਬਣਵਾ ਕੇ ਲਿਆਂਦੀਆਂ ਨੇ, USA ਲਿਖਿਆ ਹੋਇਆ। ਸੋ ਪੰਜਾਬ ਦੇ ਨੌਜਵਾਨ ਜਿਹੜੇ ਪਹੁੰਚੇ, ਅਸੀਂ ਇੱਥੇ ਕਿਸਾਨ ਰੈਲੀ 'ਤੇ ਸਾਰੇ ਇਕੱਠੇ ਹੋਏ ਹਾਂ। ਕਿਸਾਨ ਏਕਤਾ ਜ਼ਿੰਦਾਬਾਦ ਦੇ ਜੋ ਵੀ ਮੋਦੀ ਸਰਕਾਰ ਨੇ ਕੀਤਾ ਹੈ ਉਹਨੂੰ ਆਪਣੇ ਬਿਆਨ ਵਾਪਸ ਲੈਣੇ ਚਾਹੀਦੇ ਨੇ, ਅਤੇ ਜੋ ਵੀ ਹੈ ਸਾਰੇ ਹੀ ਜਿੰਨੀ ਵੀ ਪੰਜਾਬ ਦੇ ਪੰਜਾਬ ਤੋਂ ਇੱਥੇ ਆਏ ਨੇ ਮੇਰੇ ਹਿਸਾਬ ਨਾਲ ਸਾਰੇ ਇੱਥੇ ਇਕੱਠੇ ਹੋਏ ਨੇ, ਅਤੇ ਸਾਰਿਆਂ ਦਾ ਇੱਕੋ ਇਲਾਰਾ ਹੈ ਕਿਸਾਨ ਏਕਤਾ ਦੁਬਾਰਾ ਤੋਂ ਬਣਨੀ ਚਾਹੀਦੀ ਹੈ, ਜ਼ਿੰਦਾਬਾਦ ਹੋਣੀ ਚਾਹੀਦੀ ਹੈ। ਧੰਨਵਾਦ ਜੀ। ਸੋ ਨੌਜਵਾਨ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ, ਉੱਥੇ ਵੇਖੋ ਕਿੱਦਾਂ ਜਿਹੜੇ ਨੇ ਉਹ ਮੋਟਰਸਾਈਕਲਾਂ ਦੇ ਉੱਪਰ ਜੀਪਾਂ ਦੇ ਉੱਪਰ ਆਏ ਨੇ। ਸੋ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਉਹ ਸ਼ਾਮਲ ਹੋਏ ਨੇ। ਸੋ ਬਹੁਤ ਵੱਡਾ ਜਿਹੜਾ ਮਾਰਚ ਹੈ ਅੱਜ ਉਹ ਸ਼ਾਮਲ ਹੋਇਆ ਪਿਆ। ਪਰ ਤੁਹਾਨੂੰ ਬਹਿ ਸਕਦੇ ਨਹੀਂ ਪਰ ਅੱਜ ਤੋਂ ਸਾਰਾ ਕੁਝ ਚੱਲਦਾ ਹੀ ਆ ਜੀ।
ਸੋ ਸਰੋਤਿਓ ਤੁਸੀਂ ਵੇਖ ਸਕਦੇ ਹੋ ਇਹ ਵਾਝੇ ਘੁੰਮ ਟੀ ਵੀ ਰਾਹੀਂ ਜਿੱਥੇ ਬਹੁਤ ਨੌਜਵਾਨ ਜਿਹੜੇ ਨੇ ਉਹ ਪੈਦਲ ਤੁਰ ਕੇ ਪਰ ਗੱਡੀਆਂ ਦਾ ਬਹੁਤ ਵੱਡਾ ਕਾਫਲਾ ਜੋ ਅਸੀਂ ਤੁਹਾਨੂੰ ਆਰੰਭ ਤੋਂ ਵਿਖਾਇਆ ਸੀਗਾ ਹੁਣ ਇਸ ਵੇਲੇ ਜਿਹੜਾ ਹੈ ਉਹ ਮਾਰਚ ਹੋ ਰਿਹਾ ਹੈ ਨੌਜਵਾਨ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਨੇ ਆਪ ਜੀ ਦੇਖ ਸਕਦੇ ਹੋ ਵੇਖ ਰਹੇ ਹੋ ਵਾਝੇ ਘੁੰਮ ਟੀ ਵੀ ਕਿਸਾਨਾਂ ਦੇ ਹੱਕ ਵਿੱਚ ਲੰਡਨ ਦੀਆਂ ਸੜਕਾਂ 'ਤੇ ਵੱਡਾ ਫਤਵਾ ਭਾਈ ਸਾਹਿਬ ਜੀ ਆਪ ਜੀ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਂ ਗੁਰਨਾਮ ਸਿੰਘ ਹੈ ਮੈਂ ਪੰਜਾਬ ਤੋਂ ਭਲਾਹ ਤੋਂ ਬਿਲੋਂਗ ਕਰਦਾ ਮੈਂ ਮੈਨੂੰ 2 ਸਾਲ ਹੋ ਗਏ ਇੰਗਲੈਂਡ ਆਏ ਨੂੰ ਸਾਡੀਆਂ ਵੀ ਜ਼ਮੀਨਾਂ ਸਾਰੀਆਂ ਉੱਥੇ ਹੈ ਕਿ ਜਿੱਦਣ ਦਾ ਕਿਸਾਨ ਜੇ ਮੋਦੀ ਸਰਕਾਰ ਜੇ ਐਡਨੈਸ ਵਿਰੁੱਧ ਕਾਨੂੰਨ ਕਾਲੇ ਕਾਨੂੰਨ ਲੈ ਕੇ ਪੰਜਾਬ ਦੇ ਵਿੱਚ ਆਈ ਹੈ ਉਦੋਂ ਦਾ ਸਾਡਾ ਵੀ ਖੂਨ ਉਬਲ ਰਿਹਾ ਹੈ ਇਹ ਜਿੱਦਣ ਦਾ ਜੁਡੂ 'ਤੇ ਹੀ ਖਬਰਾਂ ਸੁਣ ਰਿਹਾ ਹੈ ਕਿ ਮੋਦੀ ਸਰਕਾਰ ਨੇ ਕਿਸੇ ਕਿਸਾਨ ਭਰਾ ਨੂੰ ਨਹੀਂ ਕਿਸੇ ਮਜ਼ਦੂਰ ਭਰਾ ਨੂੰ ਨਹੀਂ ਕਿਸੇ ਨੂੰ ਪੁੱਛਣ ਤੋਂ ਬਿਨਾਂ ਇਹ ਕਾਨੂੰਨ ਪਾਸ ਕੀਤੇ ਇਹ ਆਪਣੀ ਮਰਜ਼ੀ ਨੇ ਇਹ ਆਪਣੀ ਮਨ ਦੀ ਗੱਲ ਕਰਦਾ ਮੈਂ ਇੱਕ ਹੋਰ ਗੱਲ ਕਹਿੰਦਾ ਕਿ ਜੇਕਰ MP MLA ਅਸੀਂ ਚੁਣ ਕੇ ਪੰਜਾਬ ਜਾਂ ਦਿੱਲੀ ਭੇਜਦੇ ਹਾਂ ਅਤੇ ਕੀ ਇਹਨਾਂ ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਉਸ ਟਾਈਮ ਜਦੋਂ ਕਾਨੂੰਨ ਬਣਦੇ ਆ ਜੇ ਇਹਨਾਂ ਦੀ ਸੈਂਟਰ ਦੇ ਵਿੱਚ ਜਾਂ ਅਸੈਂਬਲੀ ਵਿੱਚ ਜਾਂ ਵਿਧਾਨ ਸਭਾ ਵਿੱਚ ਜਾਂ ਲੋਕ ਸਭਾ ਦੇ ਵਿੱਚ ਨਹੀਂ ਚੱਲਦੀ ਅਤੇ ਇਹ ਡੁੱਬ ਕੇ ਮਰ ਜਾਣ ਮੈਂ ਕਿਹਾ MP ਅਤੇ MLA ਡੁੱਬ ਕੇ ਮਰ ਜਾਣ ਜੇ ਇਹਨਾਂ ਨੂੰ ਨਹੀਂ ਪੁੱਛਦੀ ਸਰਕਾਰ ਅਤੇ ਇਹ ਕਾਹਦੇ ਵਾਸਤੇ ਜਾਂਦੇ ਆ ਜੇ ਸਾਡੇ ਘਰ 'ਚ ਪਿਓ ਹੈ ਜਾਂ ਭਰਾ ਵੱਡਾ ਉਹਨੂੰ ਕੋਈ ਪੁੱਛੇ ਨਾ ਅਤੇ ਉਹਦਾ ਹਲਦੂ ਲੈਣ ਜੀਨ 'ਤੇ ਮੈਂ MP MLA ਦਾ ਹਲਦੂ ਲੈਣ ਕਰਦਾ ਇਹ ਕੀ ਕਰਦੇ ਉਸ ਟਾਈਮ ਜਦ ਕਾਨੂੰਨ ਪਾਸ ਹੋਏ ਇਹ ਬਿਲਕੁਲ ਵਿਰੁੱਧ ਹੈ ਇਹ ਮੋਦੀ ਕਹਿੰਦਾ ਸੀ ਕਿ ਮੈਂ ਪੰਜਾਬ ਦੀ ਜਵਾਨੀ ਦੇਖੀ ਨਹੀਂ ਹੁਣ ਦੇਖ ਲਈ ਹੁਣ ਜਵਾਨੀ ਦੇਖੀ ਹੈ ਕਿ ਮੋਦੀ ਕਹਿੰਦਾ ਕਿ ਇਹ ਸੁਖਬੀਰ ਕਹਿੰਦਾ ਸੀ ਮੈਂ ਜਵਾਨੀ ਖਤਮ ਕਰਤੀ ਹੈ ਪੰਜਾਬ ਦੇ ਵਿੱਚੋਂ ਜਿਵੇਂ ਮਜੀਠੀਆ ਕਹਿੰਦਾ ਸੀ ਮੈਂ ਪੰਜਾਬ 'ਚ ਜਵਾਨੀ ਖਤਮ ਕਰ ਦਿੱਤੀ ਹੈ ਔਰ ਹੁਣ ਦੇਖ ਲਈ ਜਵਾਨੀ ਸੜਕਾਂ 'ਤੇ ਆਈ ਹੈ ਹੁਣ ਆਈ ਹੁਣ ਮੁੱਲ ਕਰ ਦਾਂਗੇ ਤੈਨੂੰ ਮੁੱਲ ਪਾ ਕੇ ਦੱਸ ਦਾਂਗੇ ਤੂੰ ਟੱਕਰ ਪਹਿਲਾਂ ਕਦੇ ਲਈ 370 ਧਾਰਾ ਤੋੜੀ ਤੂੰ ਆਪਣੀ ਮਰਜ਼ੀ ਕੀਤੀ ਨੋਟਬੰਦੀ ਕੀਤੀ ਤੂੰ ਆਪਣੀ ਮਰਜ਼ੀ ਕੀਤੀ ਉਸ 'ਤੇ ਮੇਰੇ ਲੜਕੇ ਦੀ ਸ਼ਾਦੀ ਸੀ ਮੇਰੇ ਲੜਕੇ ਦੀ ਸਵੇਰੇ ਬਰਾਤ ਜਾਣੀ ਸੀ ਮੈਂ ਸੋਨੇ ਵਾਸਤੇ ਪੈਸੇ ਦੇਣ ਵਾਸਤੇ ਲੈਣ ਲਾਈ ਹੋਈ ਸੀ ਉਸ ਟਾਈਮ ਜੋ ਉਸ ਟਾਈਮ ਸਾਡੇ ਹਾਲਾਤ ਸੀ ਲੋਕਾਂ ਪੰਜਾਬਾਂ ਦੇ ਉਹ ਨੋਟਬੰਦੀ ਦੇ ਟਾਈਮ ਨੋਟਬੰਦੀ ਇਹਨੇ ਆਪਣੀ ਮਰਜ਼ੀ ਨਾਲ ਕੀਤੀ ਇਹਦੀ ਮਨ ਦੀ ਗੱਲ ਬਿਲਕੁਲ ਨਹੀਂ ਚੱਲਣ ਦੇਵਾਂਗੇ ਹੁਣ ਅਸੀਂ ਇਹ ਆਪਣਾ ਜੋ ਵੀ ਇਹਨਾਂ ਐਡਰੈਸ ਲਏ ਜਦੋਂ ਤੱਕ ਵਾਪਸ ਨਹੀਂ ਲਊਗਾ ਉਦੋਂ ਇੰਗਲੈਂਡ 'ਚ ਹੋਈਏ ਜਿੱਥੇ ਮਰਜ਼ੀ ਹੋਈਏ ਅਸੀਂ ਇਹਦਾ ਵਿਰੋਧ ਬਿਲਕੁਲ ਕਰਦੇ ਰਵਾਂਗੇ ਐਡਨੈਸਰਾਂ ਦਾ ਹੋਰ ਵੀ ਇਸ ਪ੍ਰਦਰਸ਼ਨ ਨੂੰ ਹੋਰ ਵੀ ਉੱਚੇ ਪਦ 'ਤੇ ਲੈ ਕੇ ਜਾਵਾਂਗੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਹੁਣ ਚੁੱਪ ਕਰਕੇ ਬੈਠ ਜਾਵਾਂਗੇ ਜੇ ਫਸਲ ਦਾ ਟਾਈਮ ਆ ਗਿਆ ਵਾ ਆਹ ਫਲਾਣੇ ਫਸਲ ਦਾ ਟਾਈਮ ਆ ਗਿਆ ਬਿਲਕੁਲ ਟਾਈਮ ਨਹੀਂ ਆਇਆ ਜੋ ਮੇਰੇ ਭਰਾਵਾਂ ਨੂੰ ਜੋ ਪੰਜਾਬ ਦੇ ਵਿੱਚ ਭਰਾ ਨਹੀਂ ਜਾ ਰਹੇ ਰੈਲੀਆਂ 'ਤੇ ਮੈਂ ਕਹਿੰਦਾ ਵੱਧ ਕੇ ਉਹਨਾਂ ਦੇ ਨਾਲ ਜਾਣਾ ਚਾਹੀਦਾ ਵੈ ਅਤੇ ਪੂਰਾ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਅਸੀਂ ਇੱਥੇ ਬੈਠੇ ਹਾਂ ਇਹ ਨਹੀਂ ਕਿ ਅਸੀਂ ਇੱਥੇ ਬੈਠੇ ਹਾਂ ਮੈਂ ਹੋਰ ਕਹਿੰਦਾ
ਜੇ ਮੋਦੀ ਨੇ ਸਾਡੀ ਜ਼ਮੀਨ ਨਹੀਂ ਵੇਚੀ, ਸਾਡੀਆਂ ਮਾਵਾਂ ਧੀਆਂ ਨੂੰ ਵੇਚ ਦਿੱਤੀਆਂ, ਇਸ ਟਾਈਮ ਸਾਡੀ ਮਾਂ ਵੇਚ ਦਿੱਤੀ। ਮੈਂ ਭਰਾਵਾਂ ਨੂੰ ਕਹਿੰਦਾ ਜਿਹਦੀ ਮਾਂ ਵੇਚ ਗਈ ਉਹਦਾ ਬਾਕੀ ਕੀ ਰਹਿ ਗਿਆ, ਉਹਦਾ ਕੁਛ ਰਹਿ ਗਿਆ? ਕੁਛ ਨਹੀਂ ਰਹਿ ਗਿਆ। ਹਾਂ, ਰਾਜਨੀਤਿਕ ਪਾਰਟੀਆਂ ਬਾਰੇ ਜਿਵੇਂ ਕਾਂਗਰਸ, ਅਕਾਲੀ ਆ ਜਾਂ ਆਮ ਆਦਮੀ ਪਾਰਟੀ ਆ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਇਹ ਪਾਰਟੀਆਂ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਪਾਰਟੀਆਂ ਨੂੰ ਪਹਿਲੇ ਸਭ ਪਤਾ ਸੀ। ਬਾਦਲ ਨੂੰ ਪਤਾ ਸੀ, ਸੁਖਬੀਰ ਨੂੰ ਬਾਦਲ ਨੂੰ ਪਤਾ ਵੈ, ਹੈ ਇਹ ਇਹਨਾਂ ਸਾਰਿਆਂ ਨੂੰ ਪਤਾ, ਕਾਂਗਰਸ ਕੈਪਟਨ ਨੂੰ ਪਤਾ ਵੈ ਕਿ ਇਹ ਪਹਿਲਾਂ ਗੱਲ ਚੱਲ ਰਹੀ ਹੈ। ਜਦੋਂ ਕੰਮ ਚੱਲ ਰਿਹਾ ਸੀ ਉਦੋਂ ਉਹ ਸੱਪ ਦੀ ਸਿਰੀ ਕਿਉਂ ਨਹੀਂ ਭੰਨੀ? ਜਦੋਂ ਸਿਰ ਉਸਨੇ ਠਾਇਆ ਸੀ, ਫੰਕ ਠਾਇਆ ਸੀ, ਉਸ ਟਾਈਮ ਉਹਦੀ ਸਿਰੀ ਕਿਉਂ ਨਹੀਂ ਭੰਨੀ? ਜੇ ਉਹ ਹੁਣ ਫੰਕ ਲੈ ਕੇ ਖੜਾ ਹੋ ਗਿਆ ਤੇ ਹੁਣ ਇਹ ਆਪਣੇ ਕਿਸਾਨਾਂ ਨੂੰ ਹਮਦਰਦੀ ਦਿਖਾਉਣ ਵਾਸਤੇ ਇੱਥੇ ਇਹ ਸਾਨੂੰ ਦਿਖਾਵਾ ਕਰ ਰਹੇ? ਬਾਕੀ ਇਹਨਾਂ ਸਾਰਿਆਂ ਨੂੰ ਪਤਾ ਸੀ ਕਿ ਇਹ ਕਾਨੂੰਨ ਬਣ ਰਿਹਾ ਹੈ। ਇਹ ਮਨਮੋਹਨ ਸਿੰਘ ਦੇ ਟਾਈਮ ਵੀ ਇਹ ਇੱਕ ਵਾਰੀ ਆਵਾਜ਼ ਚੱਲੀ ਸੀ, ਉਸ ਟਾਈਮ ਮਨਮੋਹਨ ਸਿੰਘ ਨੂੰ ਵੀ ਇਸ ਤਰ੍ਹਾਂ ਹੀ ਬਾਲਿਆ ਸੀ ਕਿ ਇਹਨਾਂ ਆਵਾਜ਼ ਨਹੀਂ ਉਠਾਉਣ ਦਿੱਤੀ ਸੀ। ਮਨਮੋਹਨ ਦੇ ਟਾਈਮ ਵੀ ਇਹ ਬਾਤ ਚੱਲੀ ਸੀ ਕਿ ਉਸ ਟਾਈਮ ਚੱਲ ਰਹੀ ਹੈ, ਸਾਡੀਆਂ ਜ਼ਮੀਨਾਂ ਇੰਨਾ ਬਰਬਾਦ ਕਰ ਦੇਣੀਆਂ ਵੈ, ਇਹਨਾਂ ਨਾਲ ਉਹ ਕੈਮੀਕਲ ਵੀ ਪਾਉਣਾ ਵੈ ਕਿ ਜਿਹਦੇ ਵਿੱਚ ਮੁੜ ਕੇ ਦੁਬਾਰਾ ਕੋਈ ਫਸਲ ਨਾ ਹੋਵੇ, ਐਸੇ ਕੈਮੀਕਲ ਡਾਲਣ। ਮੋਦੀ ਕਹਿੰਦਾ ਕਿ ਮੈਂ ਕਾਨੂੰਨ ਬਣਾਇਆ, ਕੋਈ ਨੀ ਜੇ ਮੋਦੀ ਨੇ ਕਾਨੂੰਨ ਬਣਾਇਆ ਤੇ ਮੋਦੀ ਦਾ ਕਾਨੂੰਨ ਅਸੀਂ ਵਾਪਸ ਕਰਨ ਵੀ ਜਾਣਦੇ ਹਾਂ। ਇਹ ਸਿੱਖ ਕੌਮ ਵਾਪਸ ਵੀ ਜਾਣਦੀ ਹੈ, ਕੁਰਬਾਨੀਆਂ ਦੇਣ ਵੀ ਜਾਣਦੀ ਹੈ, ਹਨਾ ਹਰ ਚੀਜ਼ ਅੱਗੇ ਰਹਿੰਦੀ ਜੇ ਕੁਰਬਾਨੀਆਂ ਦੇਖੇ। ਜੇ 70 ਸਾਲ ਪਹਿਲੇ ਕੁਰਬਾਨੀਆਂ ਦਿੱਤੀਆਂ ਤੇ ਉਹ 70 ਸਾਲ ਹੁਣ ਸਾਡੀ ਜਨਰਲ ਸਾਡੀਆਂ ਸਾਰੇ ਹੁਣ ਸੁੱਖ ਦੀ ਨੀਂਦ ਸੌਂ ਗਏ, ਅਸੀਂ ਟਾਈਮ ਪਾਸ ਕੀਤਾ। ਜਿਹੜੀਆਂ ਹੁਣ ਕੁਰਬਾਨੀਆਂ ਦੇਣਗੀਆਂ ਉਹ ਸਾਡੀ ਅੱਗੇ ਜਨਰਲ ਦੇ ਕੰਮ ਆਉਣਗੀਆਂ, ਅਸੀਂ ਕੁਰਬਾਨੀਆਂ ਦੇਣ ਨੂੰ ਬਿਲਕੁਲ ਤਿਆਰ ਹੈ। ਹਾਂ, ਧੰਨਵਾਦ ਜੀ। ਸੋ ਇਹ ਸਨ ਭਾਈ ਸਾਹਿਬ ਹੁਣੀ ਜਿਨ੍ਹਾਂ ਨੇ ਬਹੁਤ ਵਧੀਆ ਆਪਣੇ ਜਿਹੜੇ ਵਿਚਾਰ ਦਿੱਤੇ ਆ। ਸੋ ਆਪ ਪੰਜਾਬ ਕਿਹੜੀ ਜਗ੍ਹਾ ਤੋਂ ਜੀ? ਮੈਂ ਭਲਾਥ ਤੋਂ ਬਿਲੋਂਗ ਕਰਦਾ, ਡਿਸਟ੍ਰਿਕਟ ਕਪੂਰਥਲਾ ਤੋਂ। ਡਿਸਟ੍ਰਿਕਟ ਕਪੂਰਥਲਾ ਤੋਂ, ਭਲਾਥ ਤੋਂ। ਨਾਂ ਆਪਣਾ? ਮੈਂ ਗੁਰਨਾਮ ਸਿੰਘ ਨਾਮ। ਗੁਰਨਾਮ ਸਿੰਘ, ਗੁਰਨਾਮ ਸਿੰਘ ਜੀ ਖਹਿਰਾ ਸਾਹਿਬ ਕਿਹੜੇ, ਉਹ ਕੀ ਕਰ ਰਹੇ ਨੇ ਅੱਜ? ਮੈਂ ਖਹਿਰਾ ਸਿੰਘ ਦੇ ਬਹੁਤ ਹੀ ਨਜ਼ਦੀਕੀ ਹੈ, ਮੈਂ ਖਹਿਰਾ ਬਾਈ ਫੇਸ, ਮੈਂ ਉਹਨਾਂ ਨੂੰ ਜਾਣਦਾ ਹਾਂ। ਅਤੇ ਭਾਈ ਖਹਿਰਾ, ਭਾਈ ਸੁਖਬੀਰ ਸਿੰਘ ਖਹਿਰਾ ਜੋ ਇਸ ਟਾਈਮ ਕਰ ਰਹੇ, ਬਹੁਤ ਅੱਛਾ ਕੰਮ ਕਰ ਰਹੇ ਹੈ। ਉਹਨਾਂ ਨੇ ਹਰ ਕਿਤਾਬ, ਹਰ ਕਾਨੂੰਨ ਦੀ ਇੱਕ ਇੱਕ ਕਿਸਾਨ ਨੂੰ ਗੱਲ ਦੱਸੀ ਹੈ ਕਿ ਇਹਦੇ ਵਿੱਚ ਕੀ ਸਾਨੂੰ ਨੁਕਸਾਨ ਹੈ, ਕੀ ਇਹ 'ਚ ਫਾਇਦਾ ਹੈ। ਮੈਂ ਇਹਨਾਂ ਦਾ ਸਾਰੇ ਨਿਊਜ਼ ਸੁਣਦਾ ਰਹਿੰਦਾ ਹਾਂ। ਭਾਈ ਖਹਿਰਾ ਸਿੰਘ ਨੇ ਗੱਲ ਕੀ ਹਰ ਚੀਜ਼ ਦੱਸਿਆ ਕਿ ਇਹ ਜੋ ਕਾਨੂੰਨ ਹੈ, ਇਹ ਮੋਦੀ ਜੋ ਲੈ ਕੇ ਕਾਨੂੰਨ ਆਇਆ ਹੈ, ਬਿਲਕੁਲ ਖਿਲਾਫ ਇਹ ਕਿਸਾਨਾਂ ਦੇ ਲੈ ਕੇ ਆਇਆ ਹੈ। ਅਗਰ ਇਹ 'ਚ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਊਗਾ, ਬਿਲਕੁਲ ਨਾ। ਜੋ ਸਾਡੇ ਮੰਡੀ ਹੈ, ਮੰਡੀਆਂ ਕਰਮ ਹੈ, ਇਹ ਬਿਲਕੁਲ ਸਾਡਾ ਖਤਮ ਹੋ ਜਾਏਗਾ ਕੰਮ ਸਾਡਾ ਮੰਡੀਆਂ ਦਾ। ਇਹ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੇ ਨਾਲ ਬੈਠਣਾ ਪਊਗਾ ਵੀ ਉਹਨਾਂ ਦੀ ਜਿਹੜੀ ਕਿਹੜੀ ਕਿਹੜੀ ਮੰਗ ਆ। ਜਿਵੇਂ ਇਹ ਜਿਹੜਾ ਕਾਨੂੰਨ ਆ ਉਹ ਥਾਣੇ ਤੋਂ ਗਾੜੀ SDM ਤੇ DC ਤੇ ਜਾ ਕੇ ਰੁਕ ਜਾਂਦਾ ਵੀ ਉਹ ਕਿਸਾਨ ਕੀ ਮੰਗ ਕਰਨਗੇ, ਜਿਹੜਾ ਵੀ ਉਹਨਾਂ ਨੂੰ ਕੋਰਟ ਦੇ ਵਿੱਚ ਨਹੀਂ ਜਾ ਸਕਦੇ, ਜਾਂ ਉਹਨਾਂ ਦੀ ਲੀਜ਼ ਦੇ ਲਈ ਜ਼ਮੀਨ ਦੇ ਉੱਤੇ ਕਰਜ਼ੇ ਲਏ ਜਾ ਸਕਦੇ ਜਿਹੜੇ ਕਿਸਾਨਾਂ ਦੇ ਸ਼ੰਕੇ ਨੇ, ਜਾਂ ਉਹਨਾਂ ਦਾ ਪਹਿਲਾ ਸਾਲ 2 ਸਾਲ ਜਿਹੜਾ ਉਹ 1-1.25 ਲੱਖ ਵੀ ਠੇਕਾ ਦਿੱਤਾ ਜਾ ਸਕਦਾ, ਪਰ ਗਾਂਹ ਸਮੇਂ 'ਚ ਕਹਿਣ ਸਾਨੂੰ ਘਾਟਾ ਪੈ ਗਿਆ, ਅਸੀਂ 40,000 ਦਿਆਂਗੇ, 50,000 ਦਿਆਂਗੇ, ਅਤੇ ਇੱਦਾਂ ਦੀਆਂ ਗੱਲਾਂ ਵੀ ਹੋ ਸਕਦੀਆਂ ਨੇ ਜਿਹੜੇ ਕਿਸਾਨਾਂ ਦੇ ਸ਼ੰਕੇ ਨੇ। ਅਤੇ ਭਾਈ ਸਰਬਜੀਤ ਸਿੰਘ ਜੀ, ਬਰਮਿੰਘਮ ਤੋਂ ਰੈਲੀਆਂ ਦਾ ਦੌਰ ਸ਼ੁਰੂ ਹੋਇਆ ਸੀ, ਅੱਜ 3ਰੀ ਰੈਲੀ ਹੈ, ਰੈਲੀ ਨਹੀਂ ਵੱਡਾ ਮੰਚ ਬਣ ਚੁੱਕਾ, ਕੀ ਕਹਿਣਾ ਚਾਹੋਗੇ? ਦੇਖੋ ਕਪਤਾਨ ਸਿੰਘ ਜੀ, ਇਹ ਜਿਹੜਾ ਰੋਸ ਆ ਨਾ, ਦਿਨੋਂ ਦਿਨ ਬੜੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਅੰਦਰ ਰੋਸ ਪਾਇਆ ਜਾ ਰਿਹਾ ਜੀ। ਔਰ ਬਰਮਿੰਘਮ ਦੇ ਵਿੱਚ ਰੈਲੀ ਕਾਰ ਹੋਈ ਸੀ, ਉਦੋਂ ਬਾਅਦ ਲੰਡਨ ਦੇ ਵਿੱਚ ਹੋਈ, ਅੱਜ ਦੀ ਜਿਹੜੀ ਰੈਲੀ ਆ
ਇਹ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ ਆ, ਖੁਦ ਸਾਰੇ ਹੈਰਾਨ ਆ ਵੀ ਇੰਨਾ ਵੱਡੇ ਲੈਵਲ ਦੇ ਉੱਤੇ ਇਕੱਠ ਹੋਇਆ। ਕਾਰਨ ਇੱਕੋ ਹੀ ਆ ਵੀ ਆਪਾਂ ਸਾਰੇ ਪੰਜਾਬ ਨੂੰ ਬਿਲੋਂਗ ਕਰਦੇ ਹਾਂ। ਔਰ ਕਈ ਸਾਡੇ ਵੀਰ, ਕਈ ਮੈਨੂੰ ਹੋਰ ਵੀ ਮੀਡੀਆ ਵਾਲਿਆਂ ਨੇ ਸਵਾਲ ਕੀਤਾ ਵੀ ਜਿਹੜੀਆਂ ਇੱਥੇ ਤੁਸੀਂ ਆ ਰੈਲੀਆਂ ਕਰ ਰਹੇ ਤਾਂ ਫਾਇਦਾ ਕੀ ਆ ਪੰਜਾਬ ਦੇ ਲੋਕਾਂ ਨੂੰ? ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਫਾਇਦੇ ਵਾਲੀ ਗੱਲ ਆ, ਖੁਦ ਜਿਹੜਾ ਕਾਨੂੰਨ ਉਹ ਬਣਾਇਆ ਸਰਕਾਰ ਨੇ, ਉਹ ਇਹ ਨਹੀਂ ਹੈਗਾ ਵੀ ਉੱਥੇ ਦੇ ਕਿਸਾਨਾਂ ਦੇ ਉੱਤੇ ਅਸਰ ਪਊਗਾ। ਅਸੀਂ ਖੁਦ ਸਾਡੀਆਂ ਜ਼ਮੀਨਾਂ ਵੀ ਪੰਜਾਬ ਦੇ ਅੰਦਰ ਆ, ਉਹ ਜਿਹੜੇ ਕਾਨੂੰਨ ਹੈ ਜਿੱਥੇ ਉਹਨਾਂ ਦੇ ਉੱਤੇ ਲਾਗੂ ਹੁੰਦਾ ਉਹ ਸਾਡੇ 'ਤੇ ਵੀ ਹੋਣਾ ਆ। ਜਿਹੜੀਆਂ ਉੱਥੇ ਉਹਨਾਂ ਦੀਆਂ ਜ਼ਮੀਨਾਂ ਅਡਾਨੀ ਅੰਬਾਨੀ ਕਾਰਪੋਰੇਟ ਘਰਾਣਿਆਂ ਨੇ ਆਉਣ ਵਾਲੇ ਸਮੇਂ ਦੇ ਅੰਦਰ ਲੀਜ਼ਾਂ ਦੇ ਉੱਤੇ ਲੈਣੀਆਂ, ਉਹਨਾਂ ਨੇ ਗਹਿਣੇ ਰੱਖਣੀਆਂ, ਉਹ ਸਾਡੀਆਂ ਜ਼ਮੀਨਾਂ ਦੇ ਵੀ ਉੱਤੇ ਉਹਨਾਂ ਨੇ ਕਾਬਜ ਹੋਣਾ। ਔਰ ਜਿਸ ਕਰਕੇ ਸਾਡਾ ਫਰਜ਼ ਬਣਦਾ, ਭਾਵੇਂ ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਰਹਿੰਦੇ ਹਾਂ, ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਕਿਸਾਨੀ ਦੇ ਨਾਲ ਜੁੜੇ ਹੋਵਾਂ, ਪਰ ਜਿੱਥੇ ਅਸੀਂ ਦੂਜੇ ਵਰਗ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਕਿ ਜੇਕਰ ਪੰਜਾਬ ਦਾ ਕਿਸਾਨ ਖਤਮ ਹੋ ਗਿਆ, ਮਜ਼ਦੂਰ ਆੜ੍ਹਤੀ ਆ, ਇਹ ਸਾਰੇ ਲੋਕ ਜਿਹੜੇ ਆਪਣੇ ਆਪ ਖਤਮ ਹੋ ਜਾਊਗੇ। ਸੋ ਇਸ ਕਰਕੇ ਜਿਹੜਾ ਇਹ ਅੰਦੋਲਨ ਹੈਗਾ ਆ, ਇਹ ਹੌਲੀ ਹੌਲੀ ਕਿਸਾਨੀ ਅੰਦੋਲਨ ਤੋਂ ਜਿਹੜਾ ਸ਼ੁਰੂ ਹੋ ਕੇ ਇਹ ਇੱਕ ਲੋਕਾਂ ਦਾ ਆਮ ਅੰਦੋਲਨ ਜਿਹੜਾ ਬਣਦਾ ਜਾ ਰਿਹਾ, ਔਰ ਜਿਹਦੇ ਕਰਕੇ ਲੋਕਾਂ ਨੂੰ ਹੁਣ ਮੀਡੀਆ ਕਰਕੇ ਜਿਹੜਾ ਬਹੁਤ ਵੱਡੀ ਅਵੇਅਰਨੈਸ ਲੋਕਾਂ ਦੇ ਅੰਦਰ ਆਈ ਆ, ਜਿੱਥੇ ਪਹਿਲਾਂ ਸਰਕਾਰਾਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾ ਲੈਂਦੀਆਂ ਸੀ, ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਾਨੂੰਨ ਕਿਹੜੇ ਕਾਲੇ ਪਾਸ ਹੋਏ ਆ ਜਾਂ ਉਹਨਾਂ ਦਾ ਅਸਰ ਸਾਡੇ ਪੰਜਾਬ 'ਤੇ ਕੀ ਪਊਗਾ। ਇਹ ਮੀਡੀਆ ਦੀ ਦੇਣ ਹੈਗੀ ਆ, ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੀਡੀਆ, ਤੁਹਾਡਾ ਆਵਾਜ਼ ਕੌਮ ਟੀਵੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਵੀ ਅੱਜ ਰੈਲੀ ਦੇ ਵਿੱਚ ਪਹੁੰਚੇ ਹੋ, ਸਾਰਿਆਂ ਦੇ ਵਿਚਾਰ ਲੈ ਰਹੇ ਹੋ, ਅਵੇਅਰਨੈਸ ਲੋਕਾਂ ਦੇ ਅੰਦਰ ਆ ਚੁੱਕੀ ਹੈ। ਅੱਜ ਪੰਜਾਬ ਦਾ ਬੱਚਾ ਬੱਚਾ ਇਹੀ ਗੱਲ ਕਰ ਰਿਹਾ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਭਾਵੇਂ ਜਿਹੜੇ ਤਿੰਨੇ ਕਾਨੂੰਨ ਬਣਾਏ ਗਏ ਆ ਉਹਦਾ ਐਟ ਦੀ ਮੂਵਮੈਂਟ ਕੋਈ ਐਡਾ ਵੱਡਾ ਫੈਕਟ ਨਹੀਂ ਪੈਣਾ। ਹੌਲੀ ਹੌਲੀ ਤੁਹਾਡੀ ਜੈਂਟਸ ਜਿਹੜੀ ਸਰਕਾਰ ਚੁੱਕੇਗੀ, 2-3 ਸਾਲ ਤੋਂ ਬਾਅਦ ਇਹ ਕਾਰਪੋਰੇਟ ਘਰਾਣੇ ਤੁਹਾਨੂੰ ਕਹਿਣਗੇ ਸਾਡੇ ਕੋਲ ਇਹਨਾਂ ਨੇ ਫਸਲਾਂ ਜਿਹੜੀਆਂ ਤੁਹਾਡੀਆਂ ਸਟੋਰ ਕਰਨੀਆਂ, ਫਿਰ ਇਹਨਾਂ ਨੇ ਤੁਹਾਨੂੰ ਕਹਿਣਾ ਸਾਡੇ ਕੋਲ ਪਹਿਲੇ ਸਟੋਰ ਕੀਤਾ ਮਾਲ ਬਹੁਤ ਆ, ਅਸੀਂ ਤੁਹਾਨੂੰ ਇੰਨਾ ਰੇਟ ਦੇਣਾ, ਦੇਣਾ ਦਿਓ ਨਹੀਂ ਤੁਹਾਡੀ ਮਰਜ਼ੀ ਆ। ਸਰਕਾਰ ਨੇ ਬਿਲਕੁਲ ਇਹਦੇ ਵਿੱਚ ਪੱਲਾ ਝਾੜ ਦੇਣਾ ਵੀ ਸਾਡਾ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ। ਜੇਕਰ ਸਰਕਾਰ ਨੇ MSP ਉਹ ਕਹੀ ਜਾਂਦੀ ਹੈ, ਸਰਕਾਰ ਲਾਰੇ ਲਾਈ ਜਾਂਦੀ ਹੈ, ਪਹਿਲਾਂ ਵੀ ਲਾਏ, ਨੌਕਰੀਆਂ ਦੇਵਾਂਗੇ, 1,00,000 ਰੁਪਈਆ ਤੁਹਾਡਾ ਅਕਾਊਂਟਾਂ 'ਚ ਆਊਗਾ, ਪਰ ਸਰਕਾਰ 'ਤੇ ਭਰੋਸਾ ਕਿਵੇਂ ਕੀਤਾ ਜਾਵੇ? ਕੋਈ ਕੰਮ ਨਹੀਂ ਹੋਇਆ। ਜਿਹੜਾ ਸਰਕਾਰ ਜਿਹੜੀ ਕਿਸਾਨਾਂ ਨੇ ਇਹ ਵੀ ਮੰਗ ਉਠਾਈ ਸੀ ਵੀ ਜੇ MSP ਕਾਇਮ ਰਹਿਣੀ ਆ, ਫਿਰ ਉਹ MSP ਦੀ ਮੱਦ ਜਿਹੜੀ ਆ ਕਾਨੂੰਨ ਦੇ ਵਿੱਚ ਕਿਉਂ ਨਹੀਂ ਸ਼ਾਮਿਲ ਕੀਤੀ ਗਈ ਵੀ MSP ਕਾਇਮ ਰਹੂਗੀ? ਜੇ MSP ਤੋਂ ਕੋਈ ਘਰਾਣਾ ਜਿਹੜਾ ਕਾਰਪੋਰੇਟ ਜਾਂ ਵਪਾਰੀ ਆ ਜਿਹੜਾ ਘੱਟ ਜਿਣਸ ਜਿਹੜਾ ਉਹ ਭਾਅ 'ਤੇ ਖਰੀਦੂਗਾ, ਉਹਨੂੰ ਕੋਈ ਸਜ਼ਾ ਦੀ ਵਿਵਸਥਾ ਹੁੰਦੀ? ਫਿਰ ਤਾਂ ਕੋਈ ਗੱਲ ਹੁੰਦੀ? ਕੋਈ ਇੱਦਾਂ ਦੀ ਗੱਲ ਨਹੀਂ ਰੱਖੀ ਗਈ। ਲੋਕਵੇਂ ਢੰਗ ਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਤਬਾਹ ਕੀਤਾ ਜਾ ਰਿਹਾ, ਜਿੱਥੇ ਪਿਛਲੇ ਸਮੇਂ ਦੇ ਅੰਦਰ ਸਰਕਾਰਾਂ ਨੇ ਸਾਡੇ ਨੌਜਵਾਨਾਂ ਦੀ ਜਨੋਸਾਈਡ ਕੀਤੀ, ਨਸਲਕੁਸ਼ੀ ਕੀਤੀ, ਸਾਡੇ ਅਕਾਲ ਤਖ਼ਤ ਢਾਏ ਇਹਨਾਂ ਦੀਆਂ ਸਰਕਾਰਾਂ ਨੇ, ਔਰ ਇਸੇ ਤਰ੍ਹਾਂ ਅੱਜ ਵੀ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੇ ਯੋਧਿਆਂ ਦੀ ਧਰਤੀ ਆ, ਸਿੱਖ ਕੌਮ ਬਹਾਦਰ ਕੌਮ ਆ। ਸੋ ਇਹਦੇ ਉੱਤੇ ਜਿਹੜੀ ਸਰਕਾਰ ਦੀ ਆਖਿਆ ਕਿ ਪੰਜਾਬ ਨੂੰ ਇਸੇ ਤਰ੍ਹਾਂ ਦਵਾ ਕੇ ਜਿਹੜਾ ਰੱਖਿਆ ਜਾਵੇ, ਸੋ ਇਹ ਗੱਲ ਹੁਣ ਬਹੁਤੀ ਦੇਰ ਚੱਲਣੀ ਨਹੀਂ। ਭਾਵੇਂ ਸਰਕਾਰਾਂ ਇਸ ਹੱਥ ਦੇ ਉੱਤੇ ਕਾਇਮ ਆ ਕਾਨੂੰਨ ਵਾਪਸ ਲੈਣ ਜਾਂ ਨਾ ਲੈਣ, ਪਰ ਇਹ ਹੁਣ ਉੱਥੇ ਦੇ ਲੋਕਾਂ ਨੂੰ ਵੀ ਸੋਚਣਾ ਪਊਗਾ ਕਿ ਜੇ ਸਰਕਾਰ ਬਿੱਲ ਵਾਪਸ ਲਵੇ ਜਾਂ ਨਾ ਲਵੇ, ਅਗਲੀ ਸਾਡੀ ਰਣਨੀਤੀ ਕੀ ਹੋਊਗੀ। ਸੋ ਇਹਦੇ ਲਈ ਅਸੀਂ ਲੋਕਾਂ ਨੂੰ ਇਹ ਵਿਸ਼ਵਾਸ ਦੇਣਾ ਚਾਹੁੰਦੇ ਹਾਂ, ਪੰਜਾਬ ਦੇ ਲੋਕਾਂ ਨੂੰ, ਤੁਹਾਡੇ ਮੀਡੀਆ ਦੇ ਰਾਹੀਂ, ਕਿ ਅਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਰਹਿੰਦੇ ਸਾਰੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜ੍ਹੇ ਹਾਂ, ਹਰ ਦੁੱਖ ਸੁੱਖ ਦੇ ਨਾਲ ਤੁਹਾਡੇ ਅਸੀਂ ਖੜ੍ਹੇ ਹਾਂ। ਬਹੁਤ ਧੰਨਵਾਦ। ਇਹ ਸਨ ਕੁਲਵੰਤ ਸਿੰਘ ਜੀ ਬਠਿੰਡਾ, ਜਿਨ੍ਹਾਂ ਨੇ ਦੱਸਿਆ ਵੀ ਸਰਕਾਰ ਨੇ ਜਿਹੜੇ ਪਹਿਲਾਂ ਵਾਅਦੇ ਕੀਤੇ ਸੀ, ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਪ੍ਰੋਮਿਸ ਕੀਤੇ ਸੀ, 15-15 ਲੱਖ ਹਰ ਇੱਕ ਦੇ ਅਕਾਊਂਟ 'ਚ ਆਏਗਾ ਅਤੇ ਨੌਕਰੀਆਂ ਦੇ ਦਿਆਂਗੇ, ਕੋਈ ਵਾਅਦਾ ਵੀ ਪੂਰਾ ਨਹੀਂ ਹੋਇਆ।
ਇਸ ਕਰਕੇ ਇਸ ਕਾਨੂੰਨ ਦੇ ਵਿੱਚ ਕੀਤੇ ਵੀ ਵਾਅਦੇ ਜਿਹੜੇ ਲਿਖਤੀ ਨਹੀਂ ਜ਼ਬਾਨੀ ਕੀਤੇ ਜਾ ਰਹੇ ਨੇ ਕਿ ਐਮ ਐਸ ਪੀ ਖਤਮ ਨਹੀਂ ਕੀਤੀ ਜਾਏਗੀ, ਸਰਕਾਰ ਚੁੱਕੇਗੀ ਜੀ ਬਿਲਕੁਲ। ਭਾਈ ਰਘਵੀਰ ਸਿੰਘ ਚ ਦੋ ਰਾਵਾਂ ਨੇ ਜਿਹੜਾ ਵਾਅਦੇ ਨੇ 1947 ਚ ਸਿੱਖਾਂ ਨਾਲ ਕੀਤੇ ਗਏ ਸੀਗੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ, ਪਰ ਅੱਜ ਜਿਹੜਾ ਵਾ ਉਹ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ। ਔਰ ਨੌਜਵਾਨ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇੱਥੇ ਵੱਡੀ ਪੱਧਰ ਦੇ ਉੱਤੇ ਜਿਹੜੇ ਨੇ ਸੋ ਬਹੁਤ ਵੱਡੀ ਜਿਹੜੀ ਹੈ ਉਹ ਗਿਣਤੀ ਹੈ, ਕੋਈ ਵੀ ਅੱਜ ਇਸ ਰੈਲੀ ਦੀਆਂ ਗੱਡੀਆਂ ਦੀ ਗਿਣਤੀ ਨਹੀਂ ਆਪਾਂ ਕਰ ਸਕਦੇ ਜਿੰਨਾ ਵੱਡਾ ਇਹ ਮਾਰਚ ਔਰ ਕਾਫਲਾ ਬਣ ਚੁੱਕਾ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਸ਼ਾਮਿਲ ਨੇ, ਨੌਜਵਾਨ ਬੱਚੇ ਬਜ਼ੁਰਗ, ਵੱਡਾ ਗੱਡੀਆਂ ਦਾ ਕਾਫਲਾ। ਆਵਾਜ਼ੇ ਕੌਮ ਗਰਾਊਂਡ ਦੇ ਉੱਤੋਂ ਪਲ ਪਲ ਦੀ ਖਬਰ ਜਿਹੜੀ ਹੈ ਉਹ ਆਪ ਜੀ ਨੂੰ ਦਿਖਾ ਰਿਹਾ ਹੈ। ਬਿਲਕੁਲ ਬਿਲਕੁਲ, ਮੈਂ ਅੱਗੇ ਬੇਨਤੀ ਕੀਤੀ ਵੀ ਜਿਵੇਂ ਬਿਲਕੁਲ ਕਾਬਲੀ ਸਿੱਖਾਂ ਦਾ ਜਿੱਥੇ ਗੁਰਦੁਆਰੇ ਦੇ ਸਭ ਸਾਂਝੇ ਨੇ, ਗੁਰੂ ਨਾਨਕ ਦਰਬਾਰ ਗੁਰਦੁਆਰਾ ਜਿਹੜਾ ਹੈ ਉਹਦੇ ਸਾਹਮਣੇ ਇਸ ਵੇਲੇ ਜਿਹੜਾ ਹੈ ਇਹ ਮਾਰਚ ਆ ਚੁੱਕਾ ਹੈ। ਔਰ ਇਹ ਤੋਂ ਅੱਗੇ ਜਿਹੜਾ ਹੈ ਇਹ ਮਾਰਚ ਅੱਗੇ ਨੂੰ ਜਿਹੜਾ ਉਹ ਜਾਣਾ, ਪਰ ਬਹੁਤ ਵੱਡਾ ਜਿਹੜਾ ਉਹ ਕਾਫਲਾ, ਬਹੁਤ ਵੱਡੀ ਜਿਹੜੀ ਹੈ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਔਰ ਰਵੀ ਜੀ ਹੁਣੀ ਵੀ ਆਪਣੇ ਕੈਮਰੇ ਰਾਹੀਂ ਜਿਹੜੀਆਂ ਦੇ ਰਹੇ ਨੇ ਖਬਰਾਂ, ਸੋ ਕਾਹਲੀ ਦੇ ਵਿੱਚ ਨੇ, ਧੰਨਵਾਦ ਕਰਦੇ ਹਾਂ ਰਵੀ ਜੀ। ਇਹ ਵੀ ਇੱਕ ਚੰਗੇ ਕੈਮਰਾਮੈਨ ਨੇ ਔਰ ਪੇਪਰਾਂ ਦੇ ਵਿੱਚ ਜਿਹੜੀ ਹੈ ਉਹ ਖਬਰਾਂ ਲਾਉਂਦੇ ਨੇ, ਸੋ ਆਪਣੀ ਸੇਵਾ ਉਹ ਵੀ ਕਰ ਰਹੇ ਨੇ। ਸ੍ਰੀ ਗੁਰੂ ਅਮਰਦਾਸ ਗੁਰਦੁਆਰਾ ਸਾਹਿਬ ਇੱਕ ਬੰਨੇ ਆ, ਦੂਸਰੇ ਬੰਨੇ ਗੁਰੂ ਨਾਨਕ ਦਰਬਾਰ ਹੈ ਔਰ ਅਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਵੀ ਜਿਹੜੀ ਬਿਲਡਿੰਗ ਆ ਉਹ ਵੀ ਆਪਾਂ ਨੂੰ ਪਿਛਲੇ ਬੰਨਿਓਂ ਨਜ਼ਰ ਆਉਂਦੀ ਆ। ਅਤੇ ਇਹ ਕਾਫਲਾ ਬਹੁਤ ਵੱਡਾ ਬਣ ਚੁੱਕਾ, ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਜਿਹੜੀਆਂ ਇਹਦੇ 'ਚ ਹੋਈਆਂ ਜੀ। ਸੋ ਦੇਖ ਸਕਦੇ ਹੋ ਬੜੀਆਂ ਵਧੀਆ ਜੀਪਾਂ ਸ਼ਿੰਗਾਰੀਆਂ ਨੌਜਵਾਨਾਂ ਨੇ, ਟਰੈਕਟਰ ਕਾਰਾਂ ਮੋਟਰਸਾਈਕਲਾਂ ਦੇ ਉੱਪਰ ਵੱਡੀ ਰੈਲੀ ਜਿਹੜੀ ਹੈ ਉਹ ਸ਼ਾਮਿਲ ਆ। ਇਹ ਬਿਲਕੁਲ ਪ੍ਰਸ਼ਾਸਨ ਵੀ ਜਿਹੜਾ ਵਾ ਉਹ ਵੀ ਇਸ ਵੇਲੇ ਤਤਪਰ ਹੋਇਆ ਵੀ ਇਹ ਇੱਕਦਮ ਜਿਹੜਾ ਹੈ ਇਹ ਹੋ ਕੀ ਗਿਆ,
ਇਹ ਬਣ ਕੀ ਗਿਆ ਵਾ, ਇਹ ਲੋਕ ਇੰਨੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਕਿੱਥੋਂ ਅੱਜ ਇਹਨਾਂ ਸੜਕਾਂ ਦੇ ਉੱਪਰ ਜਿਹੜੇ ਉਹ ਆ ਗਏ ਨੇ। ਸੋ ਪ੍ਰਸ਼ਾਸਨ ਵੀ ਇਹ ਚੀਜ਼ ਦੇ ਵੱਲ ਦੇਖਦਾ ਪਿਆ ਹੈ। ਸੜਕਾਂ ਦੇ ਦੋਨਾਂ ਕਿਨਾਰਿਆਂ ਦੇ ਉੱਤੇ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਪੈਦਲ ਮਾਰਚ ਕਰ ਰਹੇ ਨੇ, ਔਰ ਮੀਂਹ ਵੀ ਜਿਹੜਾ ਹੈ ਕਾਫੀ ਪੈ ਰਿਹਾ ਹੈ, ਔਰ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਮਿਡਲੈਂਡ ਦੇ ਵਿੱਚੋਂ ਵੀ ਸਿੱਖਾਂ ਨੇ ਨੌਜਵਾਨਾਂ ਨੇ ਸ਼ਿਰਕਤ ਕੀਤੀ ਅੱਜ ਇਸ ਮਾਰਚ ਦੀ, ਇਸ ਰੋਸ ਮੁਜ਼ਾਹਰੇ ਦੀ ਆਪਾਂ ਕਹਿ ਲਈਏ। ਇਹ ਕਿਸਾਨਾਂ ਦੇ ਹੱਕਾਂ ਵਾਸਤੇ ਅੱਜ ਜਿਹੜੇ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਪਹੁੰਚੇ ਹੋਏ ਨੇ। ਕਿਉਂਕਿ ਪ੍ਰਸ਼ਾਸਨ ਇੱਥੇ ਫੇਲ ਹੁੰਦਾ ਨਜ਼ਰ ਆਏਗਾ, ਗਿਣਤੀ ਬਹੁਤ ਵੱਡੀ ਆ ਇਸ ਕਾਫਲੇ ਦੀ ਪੈਰਗਵੀਰ ਸਿੰਘ ਜੀ, ਕਿਉਂਕਿ ਆਪਾਂ ਬਿਲਕੁਲ ਇਹ ਕਾਫਲੇ ਦੇ ਅਗਲੇ ਬੰਨੇ ਹਾਂ ਫਰੰਟ ਦੇ ਉੱਪਰ। ਪਰ ਜੇ ਆਪਾਂ ਵੇਖੀਏ ਪਿੱਛੇ, ਮੈਨੂੰ ਲੱਗਦਾ ਵੀ ਤਕਰੀਬਨ ਅਜੇ ਕਾਫਲਾ ਜਿਹੜਾ ਉਹ ਗੁਰਦੁਆਰਾ ਸਿੰਘ ਸਭਾ ਸਾਹਿਬ ਅਜੇ ਕਾਫਲਾ ਹੈ। ਇੰਨੀਆਂ ਗੱਡੀਆਂ ਜਿਹੜੀਆਂ ਲੋਕਾਂ ਨੇ ਉੱਥੇ ਸ਼ਾਮਿਲ ਹੋਏ ਨੇ, ਬਿਲਕੁਲ ਪੈਰਵੀਰ ਸਿੰਘ ਜੀ, ਜਿਹੜੇ ਲੋਕ ਦੂਸਰੇ ਬੰਨੇ ਨੂੰ ਜਾਣ ਵਾਲੇ ਸਨ ਉਹਨਾਂ ਨੂੰ ਜਿਹੜੇ ਆਪਣੇ ਰੂਟ ਬਦਲਣੇ ਪਏ ਵੀ ਇਹ ਕਿੱਥੇ ਅਸੀਂ ਅੱਜ ਟ੍ਰੈਫਿਕ ਫਸ ਗਏ ਹਾਂ ਜਾਂ ਇਹ ਕਿਹੜਾ ਅੱਜ ਸੰਘਰਸ਼ ਹੋਣ ਲੱਗ ਪਿਆ। ਸੋ ਵੱਡੀ ਗਿਣਤੀ ਅੱਜ ਪੰਜਾਬ ਦੇ ਲੋਕਾਂ ਨੇ, ਸਿੱਖਾਂ ਨੇ ਪੰਜਾਬ ਵਾਸਤੇ ਵਿਖਾਈ ਆ। ਸਰਕਾਰ ਦਾ ਮਤਲਬ ਕਾਨੂੰਨ ਆ ਕਿ ਜਿਆਂ ਤੋਂ ਵੱਧ ਬੰਦੇ ਨੇ ਇਕੱਠੇ ਹੋ ਸਕਦੇ, ਤੇ ਉਹਨੂੰ ਲੈ ਕੇ ਵੀ ਮਤਲਬ ਕਿਸਾਨ ਕਹਿੰਦੇ ਅਸੀਂ ਕਰੋਨਾ ਨਾਲ ਨਹੀਂ ਮਰਨਾ, ਬਿਲਕੁਲ, ਕਿਉਂਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿੱਤਾ ਕੇ ਸਿਖਾਏ, ਅਤੇ ਜੇ ਕਿਸਾਨਾਂ ਦੇ ਕੋਲ ਹੀ ਕੁੱਖ ਨਾ ਰਹਿ ਗਿਆ, ਉਹਨਾਂ ਦੇ ਕੋਲ ਉਹਨਾਂ ਦੀ ਜ਼ਮੀਨ ਨਾ ਰਹਿ ਗਈ, ਉਹਨਾਂ ਬੱਚੇ ਪਾਲਣ ਵਾਸਤੇ ਉਹਨਾਂ ਦੇ ਕੋਲ ਉਹਨਾਂ ਦਾ ਜਿਹੜਾ ਰੁਜ਼ਗਾਰ ਆ ਉਹ ਹੀ ਨਾ ਰਹਿ ਗਿਆ, ਅਤੇ ਉਹਦੇ ਨਾਲੋਂ ਫਿਰ ਉਹੋ ਜਿਹੀ ਮਹਾਂਮਾਰੀ ਨਾਲੋਂ ਸਰਕਾਰ ਦੇ ਸਾਹਮਣੇ ਜਿਹੜਾ ਹੈ ਉਹ ਅਣਖ ਦੇ ਨਾਲ ਮਰ ਜਾਣਾ, ਸੰਘਰਸ਼ ਕਰਕੇ ਮਰ ਜਾਣਾ, ਇੱਕ ਸੂਰਮਿਆਂ ਦੀ ਮੌਤ ਮਰ ਜਾਣਾ ਅਖਵਾਉਂਦਾ ਹੈ। ਬਿਲਕੁਲ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਜਿਹੜੇ ਉਹ ਲੱਗ ਰਹੇ ਨੇ। ਆਪਣੇ ਜਿਹੜੇ ਇੰਡੀਅਨ ਵਰਕਰ ਐਸੋਸੀਏਸ਼ਨ ਆ ਉਹਨਾਂ ਦੀ ਵੀ ਜਥੇਬੰਦੀ ਆਈ ਹੋਈ ਆ, ਅਸੀਂ ਆਏ ਇਸ ਰੈਲੀ ਦੇ ਸਪੋਰਟ, ਭਾਵੇਂ ਇੱਥੇ ਦੇ ਬੋਨ ਆ, ਸਪੋਰਟ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਸਾਡੇ ਮਾਮੇ ਸਾਡੇ ਨਾਨੇ ਬਾਬੇ ਸਾਰੇ ਉੱਥੇ ਦੇ ਸੀਗੇ, ਸਾਰੇ ਉੱਥੇ ਹੀ ਸੀਗੇ, ਤਾਂ ਜੇ ਉਹ ਹੁਣ ਖੇਤੀ ਨਾ ਕਰਦੇ ਕਿੰਨਾ ਔਖਾ ਸੀਗਾ ਉਹਨਾਂ ਲਈ, ਤਾਂ ਹੀ ਸਾਨੂੰ ਸਪੋਰਟ ਕਰਨੀ ਚਾਹੀਦੀ ਕਿਉਂਕਿ ਫਿਰ ਗਾਹਾਂ ਵੀ ਪਤਾ ਲੱਗਦਾ, ਪੀੜ੍ਹੀਆਂ ਨੂੰ ਆਉਣ ਵਾਸਤੇ ਉਹਨਾਂ ਨੂੰ ਵੀ ਪਤਾ ਲੱਗਦਾ। ਸਰਕਾਰ ਨੂੰ ਕੀ ਕਾਨੂੰਨ ਵਾਪਸ ਲੈਣਾ ਚਾਹੀਦਾ?
ਲੈਣਾ ਚਾਹੀਦਾ ਆ, ਜ਼ਰੂਰ ਲੈਣਾ ਚਾਹੀਦਾ, ਮਤਲਬ ਛੇਤੀ ਲੈਣਾ ਚਾਹੀਦਾ ਉਹਨਾਂ ਨੂੰ, ਇੱਥੇ ਤੀਕਰ ਗੱਲ ਆਉਣੀ ਵੀ ਨਹੀਂ ਚਾਹੀਦੀ ਸੀਗੀ। ਧੰਨਵਾਦ ਜੀ। ਕਹਿੰਦੇ ਜਿਹੜਾ ਕਾਨੂੰਨ ਆ ਉਹ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ, ਛੇਤੀ ਜਿਹੜਾ ਹੈ ਉਹ ਵਾਪਸ ਲੈਣਾ ਚਾਹੀਦਾ ਹੈ। ਸੋ ਇੱਥੇ ਜਿੱਥੇ ਇੱਥੋਂ ਦੇ ਬੋਨ ਬੱਚੇ ਨੇ, ਇੱਥੋਂ ਦੀਆਂ ਜਿਹੜੀਆਂ ਬੱਚੀਆਂ ਨੇ, ਉਹ ਵੀ ਵੇਖੋ ਇਸ ਜਿਹੜੀ ਰੋਸ ਮਾਰਚ ਰੈਲੀ ਉਹਦੇ 'ਚ ਸ਼ਾਮਿਲ ਹੋਏ ਨੇ। ਸੋ ਬਹੁਤ ਵੱਡੀ ਗਿਣਤੀ ਆ, ਭਾਵੇਂ ਮੀਂਹ ਵੀ ਜਿਹੜਾ ਹੈ ਉਹ ਪੂਰੇ ਜ਼ੋਰ ਦੇ ਨਾਲ ਪੈ ਰਿਹਾ, ਉਹ ਵੀ ਜਿਹੜਾ ਹੈ ਇੱਕ ਸਰਕਾਰ ਵਾਂਗੂ ਇਸ ਕਾਫਲੇ ਨੂੰ ਰੋਕਣ ਦਾ ਯਤਨ ਕਰ ਰਿਹਾ, ਪਰ ਨਹੀਂ, ਜਿਹੜੇ ਇਹ ਪੰਜਾਬੀ ਨੇ ਸੋ ਇਹ ਵਰਦੀਆਂ ਗੋਲੀਆਂ ਦੇ ਵਿੱਚ ਵੀ ਆਪਣੀਆਂ ਹਿੱਕਾਂ ਡਾਹ ਕੇ ਅੱਗੇ ਤੋਂ ਅੱਗੇ ਜਿਹੜੇ ਨੇ ਉਹ ਗਏ ਨੇ, ਅੱਗੇ ਤੋਂ ਅੱਗੇ ਜਿਹੜੇ ਨੇ ਉਹ ਪਹੁੰਚਦੇ ਨੇ, ਪਿੱਛੇ ਨਹੀਂ ਹਟਦੇ। ਸੋ ਇਹ ਚੀਜ਼ ਜਿਹੜੀ ਹੈ ਉਹ ਇਹ ਅੱਜ ਦੀ ਰੈਲੀ, ਅੱਜ ਦਾ ਇਹ ਮਾਰਚ, ਅੱਜ ਦਾ ਇਹ ਕਿਸਾਨਾਂ ਦੇ ਹੱਕਾਂ ਦੇ ਵਿੱਚ ਕੀਤਾ ਜਾ ਰਿਹਾ ਰੋਸ ਮਾਰਚ, ਲੰਡਨ ਦੀਆਂ ਸੜਕਾਂ ਜਿਹਨੇ ਬਲੌਕ ਕਰ ਦਿੱਤੀਆਂ, ਲੰਡਨ ਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਾਤੀ ਵੀ ਇਹ ਕੀ ਬਣਿਆ। ਇਹ ਅਖਬਾਰਾਂ ਦੀਆਂ ਸੁਰਖੀਆਂ ਅਤੇ ਮੀਡੀਆ ਦੇ ਰਾਹੀਂ ਜਿਹੜਾ ਹੈ ਪੂਰੇ ਵਿਸ਼ਵ ਦੇ ਵਿੱਚ ਪਤਾ ਲੱਗੇਗਾ। ਤਕਰੀਬਨ ਬਹੁਤ ਵੱਡੇ ਸੰਘਰਸ਼ ਇਸ ਵਿਲਾਇਤ ਤੋਂ ਚੱਲੇ ਨੇ, ਬਹੁਤ ਵੱਡੀਆਂ ਲਹਿਰਾਂ ਇਸ ਇੰਗਲੈਂਡ ਤੋਂ ਚੱਲਦੀਆਂ ਨੇ, ਵੱਡੀਆਂ ਜਥੇਬੰਦੀਆਂ ਦੇ ਆਗਾਜ਼ ਵੀ ਇਸ ਵਿਲਾਇਤ ਇੰਗਲੈਂਡ ਤੋਂ ਹੋਏ ਨੇ। ਸੋ ਅੱਜ ਵੱਡੀ ਰੈਲੀ ਕਿਸਾਨਾਂ ਦੀ ਜਿਹੜੀ ਹੈ ਉਹ ਆਪਾਂ ਵੇਖ ਸਕਦੇ ਹਾਂ। ਫੋਰਡ ਟਰੈਕਟਰ ਵੀ ਜਿਹੜੇ ਨੇ ਉਹ ਅੱਜ ਇੰਗਲੈਂਡ ਦੀਆਂ ਸੜਕਾਂ ਦੇ ਉੱਤੇ ਆਏ ਨੇ, ਕਿਉਂਕਿ ਇਹ ਟਰੈਕਟਰ ਕਦੇ ਖੇਤਾਂ 'ਚ ਵਗਦੇ ਸਨ ਅਤੇ ਜੇ ਖੇਤ ਸਾਡੇ ਕੋਲ ਨਾ ਰਹੇ ਤਾਂ ਫਿਰ ਇਹ ਟਰੈਕਟਰ ਕਿੱਥੇ ਚੱਲਣਗੇ। ਸੋ ਇਹ ਆਪਣੇ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਜਿਹੜਾ ਹੈ ਹਰ ਕੋਈ ਕਰ ਰਿਹਾ ਹੈ। ਬਿਲਕੁਲ, ਕਿਉਂਕਿ ਬਿਲਕੁਲ ਭਾਈ ਰਘਵੀਰ ਸਿੰਘ ਜੀ, ਉੱਥੋਂ ਬਹੁਤ ਜ਼ਿਆਦਾ ਲੋਕਾਂ ਦਾ ਇਕੱਠ ਹੋਣ ਕਰਕੇ, ਬਹੁਤ ਜ਼ਿਆਦਾ ਲੋਕਾਂ ਦੀ ਗਿਣਤੀ ਹੋਣ ਕਰਕੇ ਜਿਹੜਾ ਵਾ ਉਹ ਇੱਕ ਹਿਸਾਬ ਦੇ ਨਾਲ ਆਪਾਂ ਸਾਊਥ ਹਾਲ ਕਹੀਏ ਤਾਂ ਏਰੀਆ ਹੀ ਬਲੌਕ ਹੋ ਜਾਣਾ ਜਿਸ ਤਰੀਕੇ ਦੇ ਨਾਲ ਲੱਗਦਾ, ਜਿੰਨਾ ਇਕੱਠ ਹੈ। ਤਾਂ ਕਰਕੇ ਜਿਹੜਾ ਹੈ ਉਹ ਰੂਟ ਪ੍ਰਸ਼ਾਸਨ ਚੇਂਜ ਕਰ ਰਿਹਾ, ਪਰ ਇੱਥੇ ਪ੍ਰਸ਼ਾਸਨ ਵੀ ਫੇਲ ਹੁੰਦਾ ਨਜ਼ਰ ਆਏਗਾ। ਲੋਕਾਂ ਦਾ ਕਾਫਲਾ, ਜਨ ਸਲਾਬ, ਪੰਜਾਬ ਦੇ ਹੱਕਾਂ ਦੀ ਗੱਲ, ਕਿਸਾਨਾਂ ਦੀ ਗੱਲ, ਜ਼ਮੀਨਾਂ ਦੀ ਗੱਲ, ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਅੱਜ ਲੰਡਨ ਦੀਆਂ ਸੜਕਾਂ ਦੇ ਉੱਤੇ ਲੱਗ ਰਹੇ ਨੇ, ਲੰਡਨ ਦੀਆਂ ਗਲੀਆਂ ਦੇ ਉੱਤੇ ਜਿਹੜੇ ਨੇ ਉਹ ਲੱਗ ਰਹੇ ਨੇ। ਸੋ ਆਪ ਜੀ ਨੂੰ ਇਸ ਮਾਰਚ ਦੀ ਜਿਹੜੀ ਰਿਪੋਰਟ ਹੈ, ਜ਼ਮੀਨੀ ਪੱਧਰ ਦੀ ਹਕੀਕਤ ਜਿਹੜੀ ਹੈ, ਜਿਹੜੇ ਲੋਕ ਕਹਿੰਦੇ ਸਨ ਇਹ ਕੀ ਹੋਊਗਾ, ਇੱਥੇ ਗੱਲਾਂ ਕੀਤੀਆਂ ਕੀ ਬਣੂੰਗਾ, ਅੱਜ ਉਹ ਵੇਖ ਲਓ। ਅੱਜ ਇੰਗਲੈਂਡ ਦਾ ਬੱਚਾ ਬੱਚਾ, ਬਜ਼ੁਰਗ, ਬੀਬੀਆਂ ਵੇਖੋ ਜਿਹੜੀਆਂ ਉਹ ਝੰਡੇ ਫੜ ਕੇ, ਬੀਬੀਆਂ ਜਿਹੜੀਆਂ ਨੇ ਉਹਨਾਂ ਨੇ ਵੇਖੋ ਝੰਡੇ ਫੜ ਕੇ ਮੀਂਹ ਦੇ ਵਿੱਚ ਆਪਣਾ ਜਿਹੜਾ ਉਹ ਸੰਘਰਸ਼ ਕਰ ਰਹੀਆਂ। ਇਕੱਲਾ ਇਕੱਲਾ ਜਿਹੜਾ ਹੈ ਉਹ ਅੱਜ ਬੰਦਾ ਆਪੋ ਆਪਣਾ ਸੰਘਰਸ਼ ਜਿਹੜਾ ਹੈ ਉਹ ਕਰ ਰਹੇ ਨੇ। ਸੋ ਬਹੁਤ ਵੱਡਾ ਕਾਫਲਾ ਹੈ ਇਹ ਭਾਈ ਰਘਵੀਰ ਸਿੰਘ ਜੀ, ਟਾਈਮ ਉਹਦੇ ਤੋਂ ਡਬਲ ਹੋ ਜਾਏਗਾ ਮੈਨੂੰ ਲੱਗਦਾ। ਇਹ ਜਿਹੜਾ ਮਾਰਚ ਆ ਇਹਦੀ ਸਮਾਪਤੀ ਅਜੇ 2-3 ਘੰਟੇ ਅਜੇ ਗਾਂਹ ਹੋਰ ਜਾਏਗੀ ਅਤੇ ਟਾਈਮ, ਕਿਉਂਕਿ ਜਿਹੜਾ ਸੰਗਤਾਂ ਦੀ ਜਿਹੜੀ ਆਮਦ ਆ ਉਹ ਵੱਡੇ ਪੱਧਰ ਦੇ ਉੱਪਰ ਆ, ਉਹਦੇ ਨਾਲੋਂ 4-5 ਗੁਣਾ ਵੱਧ ਆਪਾਂ ਕਹਿ ਸਕਦੇ ਹਾਂ, ਕਿਉਂਕਿ ਤੀਸਰੀ ਰੈਲੀ ਜਿਹੜੀ ਆ ਇਹ ਇੱਕ ਵਿਸ਼ਾਲ ਮਾਰਚ ਬਣ ਗਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੌ ਸਾਲ ਵਾਲੇ ਸਿੰਘਾਂ ਵੱਲੋਂ ਬੇਨਤੀ ਆ ਮੋਦੀ ਸਰਕਾਰ ਨੂੰ, ਉਹ ਭਲੇ ਭਾ ਆਪਣੇ ਜੋ ਵੀ ਆ ਕਾਨੂੰਨ ਗਲਤ ਪਾਸ ਹੋਇਆ ਪੰਜਾਬ ਲਈ, ਸਾਰੇ ਇੰਡੀਆ ਵਾਸਤੇ ਬਹੁਤ ਗਲਤ ਆ। ਸਾਰੀ ਪੰਜਾਬ ਵੱਲੋਂ, ਸੌ ਸਾਲ ਵੱਲੋਂ, ਸਾਰੇ ਯੂਕੇ ਵੱਲੋਂ ਹੱਥ ਜੋੜ ਕੇ ਬੇਨਤੀ ਮੋਦੀ ਨੂੰ ਪਿਆਰ ਨਾਲ, ਨਹੀਂ ਤਾਂ ਕਾਨੂੰਨ ਵਾਪਸ ਲੈ ਲਵੇ, ਨਹੀਂ ਤਾਂ ਫਿਰ ਉਹਨੂੰ ਸਿੰਘਾਂ ਬਾਰੇ ਪੰਜਾਬੀਆਂ ਬਾਰੇ ਭਲੀ ਭਾ ਪਤਾ ਆ। ਸਿੰਘ ਪਿਆਰ ਨਾਲ ਪਹਿਲਾਂ ਸਮਝਾਉਂਦੇ, ਉਸ ਤੋਂ ਬਾਅਦ ਨਹੀਂ ਸਮਝਾਉਂਦੇ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਸੋ ਇਹ ਜਿਹੜੇ ਨੇ ਆਪਾਂ ਗੀਤਾਂ ਦੇ ਬੋਲ ਵੀ ਆਪਾਂ ਇਹ ਸੁਣਦੇ ਹਾਂ, ਜਿਹੜੇ ਪਹਿਲੇ ਵਾਰ ਜਿਹੜੇ ਪ੍ਰੇਮ ਨਾਲ ਹੁੰਦੇ ਤੇ ਫਿਰ ਵਾਰ ਖੰਡੇ ਨਾਲ। ਇਹ ਖੰਡਾ ਦੋ ਧਾਰੀ ਜਿਹੜਾ ਖੰਡਾ ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਿੱਖ ਕੌਮ ਨੂੰ ਜਿਹੜਾ ਬਖਸ਼ਿਆ। ਸੋ ਭਾਈ ਰਘਵੀਰ ਸਿੰਘ ਜੀ, ਜਿਹੜਾ ਮਾਰਚ ਆ ਉਹ ਪਤਾ ਲੱਗ ਰਿਹਾ ਵੀ ਅਜੇ ਬੜੀ ਪਿੱਛੇ ਤੱਕ ਆ, ਗੱਡੀਆਂ ਬੜੀ ਬਿਲਕੁਲ, ਮਗਰ ਮਤਲਬ 500 ਗੱਡੀ ਦਾ ਲਗਭਗ ਜਿਹੜਾ ਕਾਫਲਾ ਦੱਸਿਆ ਜਾ ਰਿਹਾ। ਤੇ ਅਸੀਂ ਜਿਹੜਾ ਹੈ ਉਹ ਸਰੋਤਿਆਂ ਨੂੰ ਦੱਸ ਦਈਏ ਕਿ ਅਸੀਂ ਇਹ ਮਾਰਚ ਦੀ ਜਿਹੜੀ ਸਟਾਰਟਿੰਗ ਹੈ ਬਿਲਕੁਲ ਜਿਹੜਾ ਫਰੰਟ ਵਾਲੀ ਸਾਈਡ ਹੈ ਉੱਥੋਂ ਆਪ ਜੀ ਨੂੰ ਇਹ ਤਸਵੀਰਾਂ ਲਗਾਤਾਰ ਵਿਖਾ ਰਹੇ ਹਾਂ, ਕਿਉਂਕਿ ਮੀਂਹ ਬਹੁਤ ਜ਼ਿਆਦਾ ਜਿਹੜਾ ਉਹ ਪੈ ਰਿਹਾ ਹੈ, ਅਤੇ ਇਸ ਕਰਕੇ ਪਿੱਛੇ ਬਹੁਤ ਵੱਡਾ ਕਾਫਲਾ ਜਿਹੜਾ ਉਹ ਬਣ ਚੁੱਕਾ। ਬਹੁਤ ਵੱਡੀ, ਜਿਵੇਂ ਮੈਂ ਕਹਾਂ ਵੀ ਜਿਵੇਂ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਹੁੰਦੀਆਂ ਨੇ, ਸਰਮਾਏਦਾਰ ਪਾਰਟੀਆਂ, ਮੌਜੂਦਾ ਸਰਕਾਰਾਂ, ਉਹ ਜਿਹੜੀਆਂ ਨੇ, ਜਿਹੜੀ ਸਰਕਾਰ ਹੁੰਦੀ ਆ ਉਹ ਟਰਾਂਸਪੋਰਟਰਾਂ ਕੋਲੋਂ ਬੱਸਾਂ ਧੱਕੇ ਨਾਲ ਲੈ ਕੇ ਜਾਂ ਕਿਰਾਇਆਂ 'ਤੇ ਲਿਆ ਕੇ, ਦਿਹਾੜੀਆਂ 'ਤੇ ਲਿਆ ਕੇ ਲੋਕ ਇਕੱਠੇ ਕਰਦੇ ਨੇ। ਪਰ ਅੱਜ ਇਹ ਜਿਹੜਾ ਕਾਫਲਾ ਨਾ, ਇਹ ਪੰਜਾਬ ਦੇ ਹੱਕਾਂ ਵਾਸਤੇ ਆ, ਕਿਸਾਨਾਂ ਦੇ ਦਰਦ ਵਾਸਤੇ ਆਪ ਮੁਹਾਰੇ ਉਮੜਿਆ ਜਨ ਸਲਾਬ ਇਹਨੂੰ ਕਿਹਾ ਜਾ ਸਕਦਾ। ਸੋ ਇਹ ਜਿਹੜਾ ਹੈ, ਸੋ ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ, ਦੇਖੋ ਇੱਥੋਂ ਵੇਖੋ ਤੁਸੀਂ ਹੁਣ ਜਦੋਂ ਮੁੜਨਾ ਅਤੇ ਕਿੰਨੀਆਂ ਗੱਡੀਆਂ ਜਿਹੜੀਆਂ ਨੇ ਇੱਥੋਂ ਵੇਖੋ ਜਿਹੜੀਆਂ ਪਿੱਛੇ ਤੱਕ ਕਾਫਲਾ ਬਣਿਆ ਪਿਆ, ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਤੇ ਮੀਂਹ ਦੀ ਵੀ ਪਰਵਾਹ ਨਹੀਂ ਕਰਦੇ, ਭਾਵੇਂ ਠੰਡ ਜਿਹੜੀ ਹੋ ਚੁੱਕੀ ਆ, ਆਹ ਜਿਹੜਾ ਮੌਸਮ ਆ ਇਹਦੇ ਨਾਲ ਭਾਵੇਂ ਬਿਮਾਰ ਵੀ ਬੰਦਾ ਹੋ ਸਕਦਾ, ਪਰ ਨਹੀਂ, ਇਹ ਇੰਨੀ ਇੱਕ ਜਿਹੜੀ ਹੈ ਉਹ ਅੰਦਰ ਚਾਹਤ ਆ ਲੋਕਾਂ ਦੇ, ਆਪਣੇ ਕਿਸਾਨ ਭਰਾਵਾਂ ਵਾਸਤੇ, ਉਹਨਾਂ ਦੇ ਹੱਕਾਂ ਵਾਸਤੇ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਸ਼ਾਮਲ ਹੋਣ ਦੀ। ਹਾਂ ਭਾਈ ਕਪਤਾਨ ਸਿੰਘ ਜੀ, ਜਿੱਦਾਂ ਪੰਜਾਬ ਜੀ ਜਿਹੜਾ ਜੰਮੂ ਬਾਰਡਰ 'ਤੇ ਲੱਗਾ ਮੋਰਚਾ, ਅਤੇ ਉੱਥੋਂ ਵੀ ਖਬਰਾਂ ਆ ਰਹੀਆਂ ਵੀ ਬਹੁਤ ਦੁਨੀਆਂ ਕਹਿੰਦੇ ਮੋਰਚੇ ਪੱਤਾ ਹੀ ਲਾ ਕੇ ਬੈਠ ਗਈ ਹੈ। ਬਿਲਕੁਲ ਭਾਈ ਰਘਵੀਰ ਸਿੰਘ ਜੀ, ਕਿਉਂਕਿ ਜਿਹੜੇ ਨੌਜਵਾਨ ਨੇ ਉਹ ਹੁਣ ਦੇਖ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਨਾ, ਇਹ ਜਿਹੜਾ ਸੰਘਰਸ਼ ਹੈ ਇਹਨੂੰ ਤੇਜ਼ ਕਰਨਾ ਪੈਣਾ, ਚਲੇ ਗਏ ਅਤੇ ਆ ਗਏ ਅਤੇ ਚਲੇ ਗਏ ਇਹ ਗੱਲ ਬਣੀ ਨਹੀਂ। ਇਸ ਕਰਕੇ ਪਤਾ ਲੱਗ ਰਿਹਾ ਵੀ ਪੱਕੇ ਮੋਰਚੇ ਦਾ ਐਲਾਨ ਸ਼ੰਭੂ ਬਾਰਡਰ 'ਤੇ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਨੇ ਵੀ ਜਿਹੜੇ ਨੇ ਉਹ ਰੇਲ ਰੋਕੂ ਜਿਹੜੇ ਧਰਨੇ ਆ ਲਗਾਤਾਰ ਹੀ ਚੱਲ ਰਹੇ ਨੇ। ਉੱਧਰ ਸਰਕਾਰ ਨੇ ਵੀ ਆਪਣੇ ਜਿਹੜੇ ਵਿਚੋਲੇ ਆ ਭੇਜਣੇ ਸ਼ੁਰੂ ਕਰਤੇ ਆ, ਜਿਹੜੇ ਭਾਜਪਾ ਦੇ ਆਗੂ ਆ, ਹੰਸਰਾਜ ਹੰਸ ਆ, ਭਾਜਪਾ ਦੇ ਹੋਰ ਬਹੁਤ ਸਾਰੇ ਆਗੂ ਆ, ਉਹ ਕਿਸਾਨ ਮੋਰਚੇ 'ਚ ਜਾ ਰਹੇ ਆ, ਕਿਸਾਨਾਂ ਨਾਲ ਸੰਪਰਕ ਕਰ ਰਹੇ ਆ, ਅਤੇ ਆਓ ਪ੍ਰਧਾਨ ਮੰਤਰੀ ਨਾਲ ਬੈਠ ਕੇ ਤੁਹਾਡੀ ਗੱਲ ਕਰਾਉਂਦੇ ਆ। ਬਿਲਕੁਲ, ਜਿਹੜੇ ਨੇ ਅਰਦਲੀਏ ਜਿਹੜੇ ਉਹ ਆ ਰਹੇ ਨੇ, ਪਰ ਜਿੰਨਾ ਚਿਰ ਇਹ ਕਾਨੂੰਨ ਨੂੰ ਵਾਪਸ ਨਹੀਂ ਲਿਆ ਜਾਂਦਾ ਜਾਂ ਕਿਸਾਨਾਂ ਦਾ ਭਰੋਸਾ ਬਰਕਰਾਰ ਨਹੀਂ ਰੱਖਿਆ ਜਾਂਦਾ, ਉਹਨਾਂ ਚਿਰ ਲੱਗਦਾ ਨਹੀਂ ਕਿਸਾਨ ਜਥੇਬੰਦੀਆਂ ਹੁਣ ਇਸ ਵਾਰੀ
ਕਿਸੇ ਦੇ ਭੁਲੇਖੇ ਦੇ ਵਿੱਚ ਜਿਹੜੀਆਂ ਨੇ ਉਹਨਾਂ ਦੇ ਬੁਲਾਵੇ ਦੇ ਵਿੱਚ ਆ ਜਾਣਗੀਆਂ। ਭਾਵੇਂ ਕਿ ਜਿਹੜੀ ਅਖੀਰ ਦੇ ਉੱਤੇ ਗੱਲ ਟੇਬਲ ਟੋਕ ਹੀ ਹੁੰਦੀ ਆ, ਗੱਲਬਾਤ ਦਾ ਰਸਤਾ ਵੀ ਜਿਹੜਾ ਚੱਲਣਾ ਚਾਹੀਦਾ, ਪਰ ਇਹ ਸਰਕਾਰ ਨੂੰ ਇਹ ਕਾਨੂੰਨ ਜਿਹੜਾ ਹੈ ਉਹਨੂੰ ਫੇਲ ਕਰਨਾ ਪੈਣਾ, ਉਹਨੂੰ ਵਾਪਸ ਲੈਣਾ ਪੈਣਾ, ਤਾਂ ਜਾ ਕੇ ਬਿਲਕੁਲ ਜਾਂ ਜਿਹੜਾ ਵਿੱਚ ਬਦਲਾਉ ਚਾਹੁੰਦੇ ਆ ਕਿਸਾਨ, ਜਿਹੜੀਆਂ ਚੀਜ਼ਾਂ ਵਿੱਚ ਐਡ ਕਰਾਉਣਾ ਚਾਹੁੰਦੇ ਆ ਜਾਂ ਕੁਛ ਚੀਜ਼ਾਂ ਉਹਦੇ 'ਚ ਹਟਾਉਣੀਆਂ ਚਾਹੁੰਦੇ ਆ, ਜਾਂ ਉਹ ਸਰਕਾਰ ਕਰੇਗੀ ਤਾਂ ਫਿਰ ਜਾ ਕੇ ਜਿਹੜੇ ਕਿਸਾਨ ਆ ਉਹ ਆਪਣੇ ਘਰਾਂ ਨੂੰ ਪਰਤਣਗੇ ਜਾਂ ਆਪਣੇ ਕੰਮ ਕਾਰ ਦੇ ਵਿੱਚ ਰੁੱਝਣਗੇ। ਭਾਵੇਂ ਕਿ ਹੁਣ ਝੋਨੇ ਦੀ ਵਢਾਈ ਚੱਲ ਰਹੀ ਆ, ਕਣਕ ਦੀ ਬਿਜਾਈ ਹੋਣੀ ਆ, ਪਰ ਲੋਕ ਆਪਣੇ ਕੰਮ ਕਾਰ ਛੱਡ ਕੇ ਇਸ ਵੇਲੇ ਸੜਕਾਂ ਦੇ ਉੱਪਰ ਨੇ, ਅਤੇ ਇੱਥੇ ਇੰਗਲੈਂਡ ਦੇ ਵਿੱਚ ਵੀ ਅੱਜ ਸਾਰੇ ਹੀ ਲੋਕ ਜਿਹੜੇ ਮੈਨੂੰ ਐਂ ਲੱਗਦਾ ਵੀ ਇੰਗਲੈਂਡ ਦੇ ਸੇਖਾਂ 'ਚ ਸਾਰੇ ਜਿਹੜੇ ਸੜਕਾਂ ਦੇ ਉੱਪਰ ਨੇ। ਵੇਖੋ ਨੌਜਵਾਨ ਛੋਟੇ ਰਸਤਿਆਂ ਥਾਣੀ ਤੁਰ ਤੁਰ ਕੇ ਜਿਹੜੇ ਉਹ ਆ ਰਹੇ ਨੇ। ਮੀਂਹ ਬਹੁਤ ਜ਼ਿਆਦਾ ਜਿਹੜਾ ਪੈ ਰਿਹਾ, ਪਰ ਕੋਈ ਗੱਲ ਨਹੀਂ, ਜਿਹੜੇ ਇਹ ਸੰਘਰਸ਼ ਹੁੰਦੇ ਨੇ, ਜਿਹੜੇ ਇਹ ਇਨਸਾਫ ਦੇ ਮੋਰਚੇ ਲਾਏ ਜਾਂਦੇ ਨੇ, ਇਹ ਹਮੇਸ਼ਾ ਹੀ ਇਹ ਕੁਰਬਾਨੀ ਵਾਲੇ ਜਜ਼ਬਾਤ ਹੁੰਦੇ ਨੇ, ਅਤੇ ਕਿਉਂਕਿ ਸਾਰੇ ਲੋਕ ਜਿਹੜੇ ਨੇ ਉਹ ਐਸੇ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਵੀ ਜਿਹੜੇ ਨਹੀਂ ਹੋ ਸਕਦੇ, ਪਰ ਅੱਜ ਐਤਵਾਰ ਕਰਕੇ ਵੀ ਜਿੱਦਾਂ ਸਖਤ ਬਹੁਤ ਜ਼ਿਆਦਾ। ਬਿਲਕੁਲ ਬਿਲਕੁਲ ਭਾਈ ਰੁਪੀ ਸਿੰਘ ਜੀ, ਐਤਵਾਰ ਦਾ ਵੀ ਦਿਨ ਆ, ਪਰ ਫਿਰ ਵੀ ਜਿਹੜਾ ਜਜ਼ਬਾ ਹੋਣਾ ਚਾਹੀਦਾ, ਕਿਉਂਕਿ ਮੀਂਹ ਪੈਣ ਡਿਆ, ਠੰਡ ਦਾ ਮੌਸਮ ਆ, ਅਤੇ ਲੋਕ ਆਪਣੇ ਘਰਾਂ 'ਚ ਵੀ ਬੈਠੇ ਨੇ, ਪਰ ਇਹ ਲੋਕ ਅੱਜ ਜਿਹੜੇ ਨੇ ਵੇਖੋ ਲੋਕ ਖਿੜਕੀਆਂ ਸਾਣੀ ਵਿੰਡੋ ਸਾਣੀ ਵੇਖ ਰਹੇ ਨੇ, ਵੀਡੀਓ ਬਣਵਾ ਰਹੇ ਨੇ ਅੱਜ ਵੀ ਇਹ ਕੀ ਜਿਹੜਾ ਹੋ ਰਿਹਾ ਵਾ, ਇਹ ਕਾਹਦਾ ਸੰਘਰਸ਼ ਆ, ਅਤੇ ਇਹ ਅੱਜ ਲੋਕਾਂ ਨੂੰ ਪਤਾ ਲੱਗੇਗਾ, ਲੋਕਾਂ ਨੂੰ ਵੀ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਖਲੋਣ ਦਾ ਇੱਕ ਵਾਅਦਾ ਕੀਤਾ ਜਾ ਰਿਹਾ, ਕਿਸਾਨਾਂ ਦੇ ਨਾਲ ਸਾਥ ਦੇਣ ਦਾ ਇੱਕ ਜਿਹੜਾ ਹੈ ਉਹ ਮਾਰਚ ਹੈ, ਸਰਕਾਰ ਦੇ ਕਾਨੂੰਨ ਦੇ ਖਿਲਾਫ ਜਿਹੜਾ ਉਹਨਾਂ ਕਾਨੂੰਨ ਥੋਪ ਦਿੱਤਾ ਗਿਆ, ਇੱਕ ਜਿੱਦਾਂ ਠਾਹ ਸੁੱਟਾ ਮਾਰੀਦਾ, ਇੱਦਾਂ ਕਾਨੂੰਨ ਮਾਰਿਆ। ਕਈ ਲੋਕ ਪੁੱਛਦੇ ਆ ਕਿ ਘਰ ਬੈਠੇ ਅਸੀਂ ਕਿੱਦਾਂ ਸਪੋਰਟ ਕਰੀਏ ਜੀ, ਇੱਕ ਜਿੱਦਾਂ ਮਤਲਬ ਜਿਹੜੀ ਸਾਈਨਿੰਗ ਮੁਹਿੰਮ ਵੀ ਚੱਲ ਰਹੀ ਆ, ਦਸਤਖਤ ਦੀ ਮੁਹਿੰਮ ਕਿਸਾਨਾਂ ਦੇ ਹੱਕ 'ਚ ਜੀ, ਤੁਸੀਂ ਔਨਲਾਈਨ ਜਾ ਕੇ ਚੈੱਕ ਕਰ ਸਕਦੇ ਆ, ਅਤੇ ਉਹਦੇ 'ਚ ਆਪਣਾ ਜਿਹੜਾ ਵਿਰੋਧ ਆ ਜਦ ਦਰਜ ਕਰਾ ਸਕਦੇ। ਬਿਲਕੁਲ, ਅਸੀਂ ਆਵਾਜ਼ ਕੋਮਰਾਂ ਹੀ ਇਹ ਵੀ ਲੋਕਾਂ ਨੂੰ ਸੁਚੇਤ ਕਰਾਂਗੇ, ਇਹ ਇੱਕ ਪਲੇਟਫਾਰਮ ਹੈ ਜਿਹੜੀ ਆਵਾਜ਼ ਬੜੀ ਦੂਰ ਤੱਕ ਪਹੁੰਚਦੀ ਆ, ਵੀ ਜ਼ਰੂਰ ਤੁਸੀਂ ਜਿਹੜੀ ਔਨਲਾਈਨ ਦਸਤਖਤ ਮੁਹਿੰਮ ਆ, ਜਿਹੜੀ ਸਿਗਨੇਚਰ ਮੁਹਿੰਮ ਚੱਲ ਰਹੀ ਆ, ਉਹਦੇ 'ਤੇ ਆਪਣਾ ਲੋਕਾਂ ਨੂੰ ਬੇਨਤੀ ਆ, ਔਨਲਾਈਨ ਜਾ ਕੇ ਜ਼ਰੂਰ ਆਪਣਾ ਵਿਰੋਧ ਦਰਜ ਕਰਾਓ, ਤਾਂ ਕਿ ਉਹ ਸਰਕਾਰ ਤੱਕ ਪਹੁੰਚੇ ਵੀ ਇਹ ਜਿਹੜਾ ਕਾਨੂੰਨ ਹੈ, ਇਹ ਜਿਹੜਾ ਬਿੱਲ ਹੈ ਜਿਹਨੂੰ ਕਾਨੂੰਨ ਬਣਾ ਦਿੱਤਾ ਗਿਆ, ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ, ਔਰ ਕਿਸਾਨ ਇਹਦੇ 'ਤੇ ਇਤਰਾਜ਼ ਜਤਾ ਰਹੇ ਨੇ। ਸੋ ਮੈਨੂੰ ਲੱਗਦਾ ਅਜੇ ਆਪਾਂ ਦੂਜੇ ਬੰਨੇ ਦੀ ਘੁੰਮ ਕੇ ਆ ਗਏ ਹਾਂ, ਅਤੇ ਗੱਡੀਆਂ ਦਾ ਕਾਫਲਾ ਦੂਸਰੇ ਬੰਨੇ ਰੋਡ ਦੇ ਉੱਪਰ ਉੱਦਾਂ ਹੀ ਚੱਲ ਰਿਹਾ ਹੈ, ਅਤੇ ਮਿਡਲੈਂਡ ਇਸੇ ਚੱਲ ਕੇ ਆ ਗਿਆ ਜੇ, ਤੇ ਅੱਜ ਇਹਨੂੰ ਮਿੰਨੀ ਪੰਜਾਬ ਨੀ ਮੈਂ ਕਹਾਂਗਾ, ਇਹ ਜਿਹੜਾ 47 ਤੋਂ ਪਹਿਲਾਂ ਵਾਲਾ ਪੰਜਾਬ ਸੀ ਨਾ, ਪੂਰਾ ਪੰਜਾਬ ਜਿਹੜਾ ਅੱਧਾ ਲਹਿੰਦੇ ਵੱਲ ਰਹਿ ਗਿਆ ਤੇ ਅੱਧਾ ਚੜ੍ਹਦੇ 'ਚ ਆ ਗਿਆ, ਤੇ ਇਹ ਅੱਜ ਪੂਰਾ ਪੰਜਾਬ ਹੀ ਇੱਥੇ ਉਮੜਿਆ ਲੱਗਦਾ ਜੀ। ਇੱਕ ਸਵਾਲ ਜ਼ਰੂਰ ਦੇਖਦੇ ਕਿ ਜਿਹੜੇ ਪੁਰਾਣੀ ਲੀਡਰ ਰਵਾਇਤੀ ਲੀਡਰ ਇੰਗਲੈਂਡ ਦੀ ਆ, ਉਹ ਪਤਾ ਨਹੀਂ ਪਿੱਛੇ ਹੋਵੇ ਤਾਂ ਪਤਾ ਨਹੀਂ ਦਿਖਾਈ ਨਹੀਂ ਦੇ। ਇਹ ਬਿਲਕੁਲ ਜਿਹੜੇ ਸਾਡੇ ਇੱਥੇ ਜਥੇਬੰਦੀਆਂ ਦੇ ਆਗੂ ਨੇ, ਉਹ ਅੱਜ ਤਕਰੀਬਨ ਇੱਥੇ ਜੇ ਕਹਿ ਲਈਏ ਤਾਂ ਕੋਈ 12-14 ਜਥੇਬੰਦੀਆਂ ਨੇ, ਉਹਦੇ 'ਚੋਂ ਇੱਕ ਦੋ ਜਥੇਬੰਦੀਆਂ ਜਿਹੜੀਆਂ ਉਹ ਇੱਥੇ ਪਹੁੰਚੀਆਂ ਨੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਰਜਿਸਟਰ ਜਿਹੜੀ ਆ ਉਹ ਪਹੁੰਚੇ ਨੇ,
ਇੰਟਰਨੈਸ਼ਨਲ ਪੰਥਕ ਦਲ ਜਿਹੜਾ ਉਹ ਪਹੁੰਚੇ ਨੇ ਜਾਂ ਜਿਹੜੀਆਂ ਕੁਝ ਹਿਊਮਨ ਰਾਈਟ ਔਰਗਨਾਈਜੇਸ਼ਨ ਨੇ ਉਹ ਪਹੁੰਚੀਆਂ ਨੇ, ਪਰ ਜਿਹੜੀਆਂ ਵੱਡੇ ਦਾਅਵੇ ਕਰਨ ਵਾਲੀਆਂ ਜਥੇਬੰਦੀਆਂ ਜਿਹੜੀਆਂ ਨੇ ਜਾਂ ਜਿਹੜੀਆਂ ਇਹ ਆਮ ਗੁਰੂ ਘਰ ਦੀਆਂ ਸਟੇਜਾਂ ਦੇ ਉੱਪਰੋਂ ਜਾਂ ਜਿਹਨਾਂ ਦਾ ਜਿਹੜੇ ਸਵਾਲ ਨੇ ਉਹਨਾਂ ਦੇ ਵਿਚਾਰ ਜਿਹੜੇ ਸੁਣੇ ਜਾਂਦੇ ਨੇ, ਪਰ ਉਸ ਤਰੀਕੇ ਦੇ ਨਾਲ ਅੱਜ ਜਿਹੜਾ ਹੈ ਪੰਜਾਬ ਵਾਸਤੇ ਉਹ ਜਥੇਬੰਦੀਆਂ ਇੱਥੇ ਨਹੀਂ ਅੱਜ ਦਿਖ ਨਹੀਂ ਰਹੀਆਂ ਸਾਨੂੰ, ਅਤੇ ਕੋਈ ਉਹਨਾਂ ਦਾ ਮੈਂਬਰ ਆਇਆ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਸੋ ਵੱਖਰੀ ਗੱਲ ਕਿਉਂਕਿ ਬਹੁਤ ਜਥੇਬੰਦੀਆਂ ਨਾਰਾ ਦਿੰਦੀਆਂ ਨੇ ਵੀ ਅਸੀਂ ਇੱਥੇ ਇਹ ਇੱਕੋ ਇੱਕ ਜਥੇਬੰਦੀਆਂ ਅਤੇ ਨਾਲੇ ਅਸੀਂ ਇੰਗਲੈਂਡ ਦੀ ਪੋਲੀਟਿਕਸ ਤੱਕ ਸੀਮਤ ਹਾਂ, ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ ਅਤੇ ਅਸੀਂ ਇੱਥੋਂ ਤੱਕ ਹੀ ਸੀਮਤ ਹਾਂ, ਪਰ ਨਹੀਂ ਆਹ ਵੇਖੋ ਅੱਜ ਸਾਰੇ ਨਿਵਾਸੀ ਅੱਜ ਲੋਕ ਜਿਹੜੇ ਆ ਨਾ ਅੱਜ ਸਾਰੇ ਆ ਲੋਕ ਜਿਹੜੇ ਨੇ ਇੱਥੋਂ ਦੇ ਵਾਸੀ ਨੇ, ਰਹਿੰਦੇ ਇੰਗਲੈਂਡ 'ਚ ਨੇ, ਪਰ ਤਰਫ ਇਹਨਾਂ ਦੇ ਵਿੱਚ ਪੰਜਾਬ ਦੀ ਆ ਅਤੇ ਇਹਨਾਂ ਦੇ ਅੰਦਰ ਦਰਦ ਜਿਹੜਾ ਉਹ ਪੰਜਾਬ ਦਾ, ਅੱਜ ਇਹ ਪੰਜਾਬ ਵਾਸਤੇ ਵੱਧਦੇ ਮੀਂਹ ਸੜਕਾਂ 'ਚ ਨੇ, ਇੰਗਲੈਂਡ ਵਾਸਤੇ ਨਹੀਂ, ਇਸ ਕਰਕੇ ਜਿਹੜੇ ਨੇ ਉਹ ਇੱਥੋਂ ਪਤਾ ਲੱਗਦਾ ਕਿੰਨਾ ਦੇ ਅੰਦਰ ਕੌਮ ਦਾ ਦਰਦ ਹੈ, ਕਿੰਨਾ ਦੇ ਅੰਦਰ ਪੰਜਾਬ ਦਾ ਦਰਦ ਹੈ, ਕਿੰਨਾ ਦੇ ਅੰਦਰ ਆਪਣੇ ਭਰਾਵਾਂ ਦਾ ਦਰਦ ਹੈ, ਕਿੰਨਾ ਦੇ ਅੰਦਰ ਸੰਘਰਸ਼ ਦਾ ਜਿਹੜਾ ਦਰਦ ਹੈ ਉਹ ਸਟੇਜਾਂ ਤੋਂ ਬਿਆਨ ਕਰ ਦੇਣਾ ਅਤੇ ਇੱਦਾਂ ਹਕੀਕਤ ਰੂਪ ਦੇ ਵਿੱਚ ਵੇਖਣਾ, ਇਹਦੇ ਵਿੱਚ ਜਿਹੜਾ ਇੱਕ ਪ੍ਰੈਕਟੀਕਲ ਕਰਨਾ ਅਤੇ ਇੱਕ ਉੱਦਾਂ ਗੱਲਾਂ ਕਰਨੀਆਂ ਬੜਾ ਜਿਹੜਾ ਫਰਕ ਹੁੰਦਾ, ਪਰ ਅੱਜ ਪਤਾ ਲੱਗ ਰਿਹਾ ਹੈ ਬਿਲਕੁਲ ਬਿਲਕੁਲ ਇਹ ਕਿਸੇ ਜਥੇਬੰਦੀ ਵੱਲੋਂ ਜਾਂ ਕਿਸੇ ਵੱਲੋਂ ਨਹੀਂ, ਇਹ ਕੋਈ ਧੜੇਬਾਜ਼ੀ ਨਹੀਂ, ਨੌਜਵਾਨਾਂ ਨੇ ਲਿਖਿਆ ਸੀ ਬਹੁਤ ਵੱਡੇ ਪੱਧਰ 'ਤੇ, ਸੰਗਤਾਂ ਜਿਹੜੀਆਂ ਉਹ ਪਹੁੰਚੀਆਂ ਨੇ, ਸੋ ਜਿੱਥੇ ਜਥੇਬੰਦੀਆਂ ਦੇ ਮਗਰ ਨੌਜਵਾਨ ਜਾਂਦੇ ਨੇ, ਨੌਜਵਾਨਾਂ ਦੇ ਮਗਰ ਵੀ ਜਥੇਬੰਦੀਆਂ ਦੇ ਮੈਂਬਰਾਂ ਨੂੰ ਆਗੂਆਂ ਨੂੰ ਆਉਣਾ ਚਾਹੀਦਾ। ਅੱਜ ਤਕਰੀਬਨ ਲੋਕਾਂ ਦੀ ਜ਼ਬਾਨ ਦੇ ਉੱਤੇ ਇਹ ਸਵਾਲ ਆ, ਇਹ ਗੱਲ ਰੜਕ ਰਹੀ ਆ। ਕੱਲ੍ਹ ਵੀ ਰੈਲੀ ਦੇ ਵਿੱਚ ਕਾਫੀ ਤਕਰੀਰਾਂ ਹੋਈਆਂ ਵੀ ਇੰਗਲੈਂਡ ਦੀ ਜਥੇਬੰਦੀ ਦੇ ਆਗੂ ਨਜ਼ਰ ਨਹੀਂ ਆ ਰਹੇ, ਇੰਗਲੈਂਡ ਦੇ ਜਿਹੜੇ ਨੇ ਹੋ ਸਕਦਾ, ਪਰ ਉਹਦੇ ਵਿੱਚ ਵੀ ਜੇ ਸੱਦਾ ਦਿੰਦੇ ਤੇ ਲੋਕ ਸੰਗਤਾਂ ਜਾਣਗੀਆਂ ਤੇ ਹਰ ਇੱਕ ਪ੍ਰੋਗਰਾਮ ਜਾਣਾ ਚਾਹੀਦਾ। ਅੱਜ ਭਾਈ ਰਘਵੀਰ ਸਿੰਘ ਜੀ ਤੀਸਰੀ ਰੈਲੀ ਆ ਅਤੇ ਵਾਜੇ ਘੁੰਮ ਟੀ ਵੀ ਅਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਸੀਂ ਅਤੇ ਆਹ ਜਿਹੜੇ ਨੌਜਵਾਨ ਅਮਰਜੀਤ ਸਿੰਘ ਹੋਣੀ ਆ ਅਤੇ ਇਹਨਾਂ ਨੌਜਵਾਨਾਂ ਨੇ ਇਹ ਆਹ ਜਤਿੰਦਰ ਸਿੰਘ ਸੋਢੀ ਆ ਅਤੇ ਇਹ ਮੇਰਾ ਵੀਰ ਕੱਲ੍ਹ ਪਰਸੋਂ ਦਾ ਲੱਗਾ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਦੱਸਣ ਪ੍ਰੋਗਰਾਮ, ਅਤੇ ਇਹਨਾਂ ਨੌਜਵਾਨਾਂ ਦੇ ਸੱਦੇ 'ਤੇ ਅੱਜ ਲੋਕ ਇੱਥੇ ਵੱਡੀ ਗਿਣਤੀ 'ਚ ਪਹੁੰਚੇ ਨੇ, ਪਰ ਉੱਥੇ ਵੱਡੀਆਂ ਜਥੇਬੰਦੀਆਂ ਅਮਰਜੀਤ ਸਿੰਘ ਜੀ ਵੱਡੀਆਂ ਜਥੇਬੰਦੀਆਂ ਦੇ ਆਗੂਆਂ ਦੀ ਜਿਹੜੀ ਹੈ ਉਹ ਰੜਕ ਮਹਿਸੂਸ ਹੋ ਰਹੀ। ਅਮਰਜੀਤ ਸਿੰਘ ਜੀ ਨੌਜਵਾਨਾਂ ਵੱਲੋਂ ਸੱਦਾ ਸੀਗਾ, ਪਰ ਵੱਡੀਆਂ ਜਥੇਬੰਦੀਆਂ ਵੱਡੇ ਆਗੂ ਸਟੇਜਾਂ ਤੋਂ ਨਾਰੇ ਮਾਰਨ ਵਾਲੇ ਨਜ਼ਰ ਨਹੀਂ ਆ ਰਹੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵੱਡੇ ਵੱਡੇ ਜਥੇਬੰਦੀਆਂ ਕੋਈ ਨਹੀਂ ਨਾਲ ਖੜੀ ਬਾਬਾ ਜੀ ਨੌਜਵਾਨਾਂ ਦੀ, ਕੋਈ ਵੀ ਨਹੀਂ ਖੜੀ, ਨਾ ਕੋਈ ਪ੍ਰਧਾਨ ਨਾ ਕੋਈ ਹੋਰ ਕੋਈ। ਬਾਬਾ ਜੀ ਨੌਜਵਾਨ ਮੁੰਡੇ ਦਾ ਪਰਾਲਾ ਸੀ, ਫਿਰ ਕਿਸੇ ਦੀ ਲੋੜ ਤੋਂ ਅਤੇ ਸਵਾਸ ਤੋਂ ਬਾਬਾ ਜੀ ਹੁਣ ਉਹ ਹੈਵਲੋਕ ਤਾਂ ਜਾਮ ਆ ਬਾਬਾ ਜੀ, ਹਜੇ ਤਾਂ ਬਾਬਾ ਜੀ ਹਜ਼ਾਰ ਗੱਡੀ ਬਾਬਾ ਜੀ ਪਿੱਛੇ ਆ ਜੀ, ਹਜ਼ਾਰ ਗੱਡੀ ਬਾਬਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਜੀ ਨੌਜਵਾਨਾਂ ਦੇ ਇਹ ਕਿਸਾਨ, ਆਹ ਕਿਸਾਨ ਦਾ ਮੁੱਦਾ ਬਾਬਾ ਜੀ, ਪੰਜਾਬ ਦਾ ਦਰਦ, ਰਾਜਨੀਤੀ ਨਹੀਂ ਤੇ ਮੋਦੀ ਦੀ ਕਾਲੀ ਕਰਤੂਤ ਬਾਬਾ ਜੀ ਆ, ਤੇ ਜਿਹੜੀਆਂ ਜਥੇਬੰਦੀਆਂ ਪਹੁੰਚੀਆਂ ਨੇ ਇੱਥੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਦਾ ਬਾਬਾ ਜੀ ਤਹਿ ਦਿਲੋਂ ਧੰਨਵਾਦ ਬਾਬਾ ਜੀ, ਆਹ ਨਾ ਤੇਰਾ ਕੰਮ ਸੀ ਨਾ ਵਾਜੇ ਕੌਮ ਦਾ ਕੰਮ ਸੀ ਬਾਬਾ ਜੀ, ਆਹ ਸੰਗਤ ਦਾ ਕੰਮ ਸੀ ਬਾਬਾ ਜੀ, ਕਿਸਾਨ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨੌਜਵਾਨਾਂ ਵੱਲੋਂ ਰੈਲੀ ਸੀ, ਨੌਜਵਾਨਾਂ ਵੱਲੋਂ ਸੱਦਾ ਸੀਗਾ, ਸੋ ਉਹ ਕਹਿ ਰਹੇ ਨੇ ਵੀ ਅੱਜ ਨੌਜਵਾਨਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਸੱਦਿਆ ਸੀਗਾ ਉਹਨਾਂ ਨੇ ਕੋਈ ਨਾ ਕੋਈ ਨੇ ਵੀ ਜਾ ਹੋ ਗਿਆ।
ਉਹਨਾਂ ਨੇ ਨੌਜਵਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਆ। ਇਹ ਅੱਜ ਦੇ ਨਾ ਉਹ ਰੋਡ ਜਾਮ ਆ, ਲੋਕ ਜਿਹੜੇ ਫਸੇ ਨੇ ਉਹ ਗੱਡੀਆਂ ਅੱਗੇ ਢਾਹ ਦਿੰਦੇ ਨੇ ਅਤੇ ਬ੍ਰੇਕਾਂ ਲੱਗਣ ਵਾਲਾ ਕੰਮ ਹੋ ਗਿਆ। ਸੋ ਬਹੁਤ ਲੰਮਾ ਸੰਘਰਸ਼ ਆ, ਬਹੁਤ ਲੰਮਾ ਸੰਘਰਸ਼ ਆ। ਸੋ ਜਿਹੜਾ ਹੈ ਉਹ ਸੋ ਸਾਧ ਸੰਗਤ ਤੁਸੀਂ ਗੱਡੀਆਂ ਦਾ ਕਾਫਲਾ ਵੇਖੋ, ਵਾਜੇ ਘੁੰਮਦੀ ਜੀ ਰਾਹੀਂ ਜਿਹੜਾ ਹੈ ਉਹ ਕਾਫਲਾ ਵੇਖੋ, ਕਾਫਲਾ ਕਿੱਡਾ ਵੱਡਾ ਜਿਹੜਾ ਹੈ। ਬਿਲਕੁਲ ਬਹੁਤ ਜ਼ਿਆਦਾ ਗੱਡੀਆਂ ਗਏ ਪਰ ਪਿੱਛੇ ਵੱਡੀ ਗਿਣਤੀ 'ਚ ਗੱਡੀਆਂ ਨੇ। ਸੋ ਮੀਡੀਆ ਜਿਹੜਾ ਹੈ ਵੱਖ ਵੱਖ ਮੀਡੀਆ ਉਹ ਅੱਜ ਲੋਕਾਂ ਨੂੰ ਵਿਖਾ ਰਿਹਾ, ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ, ਵਿਦੇਸ਼ੀ ਸਿੱਖ ਜ਼ਿੰਦਾਬਾਦ ਦੇ ਨਾਰੇ ਜਿਹੜੇ ਤੁਸੀਂ ਅੱਜ ਲੰਡਨ ਦੀਆਂ ਇੰਗਲੈਂਡ ਦੀਆਂ ਸੜਕਾਂ 'ਤੇ ਸੁਣ ਸਕਦੇ ਹੋ। ਅੱਜ ਐ ਲੱਗਦਾ ਜਿਵੇਂ ਇਹ ਸਾਰਾ ਪੰਜਾਬ ਜਿਹੜਾ ਹੈ ਇੱਥੇ ਇਕੱਠਾ ਹੋ ਗਿਆ। ਸੋ ਜਿੱਥੇ ਕਾਰਾਂ ਬੱਸਾਂ ਨੇ ਬੜੇ ਵੱਡੀਆਂ ਲੋਰੀਆਂ ਟਰੱਕ ਜਿਹੜੇ ਆਏ ਹੋਏ ਨੇ ਉਹ ਵੇਖੋ ਜੀ, ਸੰਘਾ ਟਰਾਂਸਪੋਰਟ ਲਿਖਿਆ ਹੋਇਆ ਜੇ ਟਰੱਕ ਵੀ ਜਿਹੜੇ ਆਏ ਨੇ ਅਤੇ ਪ੍ਰਸ਼ਾਸਨ ਵੀ ਮੇਰਾ ਜਿਹੜਾ ਮੁਰਝਾ ਗਿਆ ਲੱਗਦਾ ਕਿਉਂਕਿ ਮੀਂਹ ਪੈ ਰਿਹਾ ਵਾ। ਇਹ ਵੀ ਵਿਚਾਰੇ ਅੱਜ ਕਸੂਤੇ ਫਸ ਗਏ ਨੇ ਵੀ ਇਹ ਬਿਨ ਬੁਲਾਇਆ ਹੀ ਮਹਿਮਾਨ ਆਉਣ ਵਾਲਾ ਕੰਮ ਹੋ ਗਿਆ ਇੱਕਦਮ ਜਿੱਦਾਂ। ਅਤੇ ਵੱਡੀ ਗਿਣਤੀ 'ਚ ਲੋਕ ਅੱਜ ਇੱਥੇ ਜਿਹੜੇ ਸ਼ਾਮਿਲ ਹੋਏ ਨੇ। ਬਿਲਕੁਲ ਭਾਈ ਰਘਵੀਰ ਸਿੰਘ ਜੀ, ਇਹ ਤਕਰੀਬਨ ਜਿਹੜਾ ਵਾ ਮੇਰੇ ਖਿਆਲ 2 ਕੁ ਮੀਲ ਦਾ ਪਿੰਡ ਆ ਜਿਹੜਾ ਤੈਅ ਕੀਤਾ ਹੋਣਾ ਆਪਾਂ ਮੈਨੂੰ ਲੱਗਦਾ। ਅਤੇ ਪਰ ਜਿਹੜਾ ਦੱਸਿਆ ਜਾ ਰਿਹਾ ਵੀ ਪਹਿਲਾਂ ਗੱਡੀ 500 ਸੀਗੀ ਪਰ 1000 ਗੱਡੀ ਤੋਂ ਉੱਪਰ ਗੱਡੀ ਇਸ ਵੇਲੇ ਹੋ ਗਈ ਜੇ। ਹਜੇ ਜਿਹੜੀਆਂ ਸੰਗਤਾਂ ਪਿੱਛੇ ਤੱਕ ਨੇ ਜਗਤਾਰ ਸਿੰਘ ਜੀ ਧੰਨਵਾਦ, ਤੁਹਾਡਾ ਸਿੱਖ ਚੈਨਲ ਦਾ ਵੀ ਧੰਨਵਾਦ। ਇਹ ਜਿਹੜੀ ਗੱਲਬਾਤ ਕਿਸਾਨ ਰੈਲੀ, ਮਤਲਬ ਇਹ ਇਕੱਲੇ ਕਿਸਾਨਾਂ ਦੀ ਨਹੀਂ ਰਹਿ ਗਈ, ਪੂਰੇ ਪੰਜਾਬੀਆਂ ਦੀ ਆ ਅਤੇ ਪੂਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਉਹਨਾਂ ਦੀ ਜੋ ਇਹ ਰੈਲੀ ਜਿਹੜੀ ਆਪਾਂ ਅੱਜ ਕੱਢੀ ਆ, ਇੱਕ ਜਿਹੜੀ ਸਰਕਾਰ ਦੇ ਕੰਨਾਂ ਦੇ ਵਿੱਚ ਚੂਹ ਨਹੀਂ ਕਰ ਰਹੀ ਸੀ, ਉਹਨੂੰ ਜਿੱਦਾਂ ਦੱਸਣ ਵਾਸਤੇ ਵਿਦੇਸ਼ਾਂ ਦੇ ਲੋਕਾਂ ਨੇ ਜਿਹੜਾ ਇਹ ਨੌਜਵਾਨਾਂ ਨੇ ਪ੍ਰਬੰਧ ਕੀਤਾ ਉਹ ਦੱਸਣ ਵਾਸਤੇ ਕੀਤੀ ਆ। ਭਾਵੇਂ ਕਿ 2 ਰੈਲੀਆਂ ਪਹਿਲੀਆਂ ਪਹਿਲਾਂ ਹੋ ਚੁੱਕੀਆਂ, ਇੱਕ ਬਰਮਿੰਘਮ ਤੋਂ ਹੋ ਚੁੱਕੀ ਹੈ, ਕਿਤੋਂ ਮਤਲਬ ਸੌਖਾ ਤੋਂ ਕੱਲ੍ਹ ਵੀ ਸੀਗੀ, ਪਰ ਅੱਜ ਦੀ ਰੈਲੀ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਇੱਕ ਵੱਡਾ ਮਾਰਜ ਆ, ਵੱਡਾ ਮਾਰਜ ਜਿਹਨੂੰ ਆਪਾਂ ਪੰਜਾਬ ਦੇ ਵਿੱਚ ਜਿੱਦਾਂ ਸ਼ੰਭੂ ਬੈਰੀਅਰ 'ਤੇ ਲਗਾਇਆ ਜਾਂ ਹੋਰ ਜਿਹੜੀਆਂ ਕਿਸਾਨ ਰੈਲੀਆਂ ਉੱਥੇ ਕਰ ਰਹੀਆਂ, ਇਹ ਜਿੱਦਾਂ ਆਵਾਜ਼ ਹੁਣ ਇੱਕ ਬੰਦੇ ਦੀ ਨਹੀਂ ਰਹਿ ਗਈ, ਨਾ ਇਹ ਕਦੇ ਇੱਕ ਆਪਾਂ ਇਹ ਕਹਿ ਸਕਦੇ ਸਿੱਖਾਂ ਦੀ ਰਹਿ ਗਈ, ਨਹੀਂ ਤਾਂ ਹਰ ਮਸਲਾ ਜਿਹੜਾ ਸਿੱਖਾਂ ਦੇ ਨਾਲ ਜੋੜ ਦਿੱਤਾ ਜਾਂਦਾ, ਪਰ ਇਹ ਮਸਲਾ ਜਿਹੜਾ ਪੰਜਾਬੀਆਂ ਦਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਅਤੇ ਸਾਡੇ ਨਾਲ ਕਪਤਾਨ ਸਿੰਘ ਜੀ ਆ, ਮੇਰੇ ਸੱਜਣ ਛੋਟੇ ਵੀਰ ਇਕੱਠੇ ਹੋ ਲੈਟ ਰਹੇ ਆ ਅਤੇ ਬੜੇ ਧੱਕੇ ਬਣਾ ਰਹੇ ਆ। ਕਪਤਾਨ ਸਿੰਘ ਜੀ ਵੇਖੋ ਕਿ 7 ਸਮੁੰਦਰਾਂ ਤੋਂ ਪਾਰ ਤੁਸੀਂ ਖਾਦਾਂ ਵੀ ਖਿਲਾਰੀਆਂ, ਪੰਨੇ ਵੀ ਛਾਂਗੇ ਆ, ਪੱਟੇ ਵੀ ਵੱਡੇ ਆ ਅਤੇ ਕਿਸਾਨੀ ਪੂਰੀ ਹੰਢਾਈ ਆ। ਤਾਂ ਅੱਜ ਜੋ ਕਿਸਾਨਾਂ ਨਾਲ ਧੱਕਾ ਹੋ ਰਿਹਾ ਵਰਦੇ ਮੀਂਹ ਦੇ ਵਿੱਚ, ਇਹ ਜਿਹੜੀ ਰੈਲੀ ਆ ਇਹਦੇ ਬਾਰੇ ਕੀ ਕਹਿਣਾ ਚਾਹੋ?
ਹੈ ਅੱਜ ਦਾ ਇਹ ਰੈਲੀ ਰੋਸ ਮਾਰਚ ਵਿਖਾ ਰਿਹਾ। ਸੋ ਅੱਜ ਦੀ ਜਿਹੜੀ ਇਹ ਰੈਲੀ ਹੈ ਤੀਸਰੀ ਰੈਲੀ ਹੈ, ਇਹ ਜੇ ਸਾਡਾ ਪੰਜਾਬ ਦਾ ਕਿਸਾਨ ਸਾਡਾ ਪੰਜਾਬ ਦਾ ਭਲਾ ਅੱਜ ਸੜਕਾਂ 'ਤੇ ਆ, ਇਹ ਸਾਡੇ ਪੰਜਾਬ ਦੇ ਕਿਸਾਨ ਅੱਜ ਰੇਲ ਦੀਆਂ ਪਟੜੀਆਂ ਦੇ ਉੱਤੇ ਆ, ਅਤੇ ਅੱਜ ਉਹਨਾਂ ਦਾ ਸਾਥ ਦੇਣ ਵਾਸਤੇ NRI ਅਤੇ ਵਿਦੇਸ਼ੀ ਵੀਰ ਵੀ ਮੀਂਹ ਵੜਦੇ ਜੇ ਲੰਡਨ ਇੰਗਲੈਂਡ ਦੀਆਂ ਸੜਕਾਂ ਦੇ ਉੱਪਰ ਨੇ, ਉਹਨਾਂ ਦਾ ਸਾਥ ਦੇਣ ਵਾਸਤੇ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਬਣਾਇਆ ਉਹ ਕਾਨੂੰਨ ਅਸੀਂ ਖਤਮ ਕਰਕੇ ਰਵਾਂਗੇ। ਇਹ ਭਾਈ ਜਗਤਾਰ ਸਿੰਘ ਜੀ, ਇੰਟਰਨੈਸ਼ਨਲ ਪੰਥਕ ਦਲ ਜਿਹੜਾ ਅਸੀਂ ਪੰਜਾਬ ਦੇ ਵਿੱਚ ਵੀ ਕਿਸਾਨ ਬਚਾਓ ਵਿੰਗ ਸਾਡਾ ਉੱਥੇ ਸੰਘਰਸ਼ ਕਰ ਰਿਹਾ, ਅਤੇ ਅੱਜ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਸ ਨੌਜਵਾਨਾਂ ਦੀ ਰੈਲੀ ਦੇ ਵਿੱਚ ਸ਼ਾਮਲ ਹੋਏ, ਉਹਨਾਂ ਦੇ ਸੰਘਰਸ਼ ਦੇ ਵਿੱਚ ਤੀਸਰੀ ਰੈਲੀ ਆ, ਹਰ ਥਾਂ 'ਤੇ ਅਸੀਂ ਜਿਹੜਾ ਉਹ ਸਾਥ ਦੇਵਾਂਗੇ ਤਾਂ ਕਿ ਕਿਸਾਨੀ ਨੂੰ ਜਿਹੜਾ ਹੈ ਉਹ ਬਚਾ ਸਕੀਏ, ਕਿਸਾਨੀ ਜਿਹੜੀ ਹੈ ਉਹ ਖਤਮ ਨਾ ਹੋ ਜਾਵੇ। ਇਸੇ ਤਰ੍ਹਾਂ ਅਸੀਂ ਜਿਹੜਾ ਉਹ ਸਾਥ ਕਿਸਾਨਾਂ ਦਾ ਜਿਹੜਾ ਉਹ ਦਿੰਦੇ ਰਹਿਣਾ, ਇਹ ਕਾਲੇ ਕਾਨੂੰਨ ਜਿਹੜੇ ਕਦੀ ਬਰਦਾਸ਼ਤ ਨਹੀਂ ਕਰਾਂਗੇ। ਜਿੰਨੇ ਵੀ ਸੰਘਰਸ਼ ਚੱਲੇ ਨੇ ਉਹ ਪੰਜਾਬ ਤੋਂ ਚੱਲੇ ਨੇ, ਅੱਜ ਵੱਡਾ ਸੰਘਰਸ਼ ਪੰਜਾਬ ਜਿਹੜਾ ਉਹ ਕਰ ਰਿਹਾ। ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਹ ਕਿਸਾਨ ਜੇ ਪੰਜਾਬ ਦੇ ਉੱਜੜ ਗਏ ਸਾਡਾ ਰਹਿਣਾ ਕੁੱਖ ਨਹੀਂ, ਜਿਹੜੇ ਲੋਕ ਕਹਿੰਦੇ ਨੇ ਇੱਥੇ ਸੰਘਰਸ਼ ਨੀਤੀਆਂ ਦਾ ਕੀ ਫਾਇਦਾ। ਇੰਟਰਨੈਸ਼ਨਲ ਪੰਥ ਜਿਹੜੀ ਹੈ ਇੰਟਰਨੈਸ਼ਨਲ ਰੂਪ ਦੇ ਵਿੱਚ ਮੀਡੀਆ ਰਾਹੀਂ ਸਾਡੀ ਆਵਾਜ਼ ਪੂਰੀ ਦੁਨੀਆ ਦੇ ਵਿੱਚ ਜਾ ਰਹੀ ਹੈ। ਸੋ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਭਾਈ ਜਗਤਾਰ ਸਿੰਘ ਜੀ, ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਸੀਂ ਸਮੁੱਚੇ ਲੋਕਾਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਕਲਾਕਾਰਾਂ ਨੂੰ, ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰਦੇ ਹਾਂ, ਰਲ ਕੇ ਇਕੱਠਾ ਸੰਘਰਸ਼ ਕਰੋ। ਜੈ ਜਵਾਨ ਜੈ ਕਿਸਾਨ, ਪੰਜਾਬ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਸੋ ਯਾਰ ਸੋ ਇਹ ਆਪਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਜਿਹੜਾ ਸੌਥ ਹਾਲ ਪਾਰਕ ਐਵਨਿਊ ਗੁਰਦੁਆਰਾ ਸਾਹਿਬ ਉੱਥੇ ਆ ਗਏ ਹਾਂ। ਸੋ ਨੈਵਰ ਫੋਰਗੇਟ ਦੇ ਜਿਹੜੇ ਬੈਨਰ ਨੇ ਉਹ ਲੱਗੇ ਹੋਏ ਨੇ। ਸੋ ਇਹ ਜਿਹੜੀ ਹੈ ਰੈਲੀ ਜਿਹੜੀ ਗੁਰਦੁਆਰਾ ਸਿੰਘ ਸਭਾ ਸੌਥ ਹਾਲ ਤੋਂ ਚੱਲੀ, ਇਹ ਇੱਕ ਪ੍ਰਬੰਧ ਦੇ ਅੰਦਰ ਹੀ ਇਹ ਦੋ ਗੁਰਦੁਆਰਾ ਸਾਹਿਬ ਚੱਲਦੇ ਨੇ। ਸੋ ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੌਥ ਹਾਲ ਪਾਰਕ ਐਵੀਨਿਊ ਜਿਹੜਾ ਉੱਥੇ ਇਸ ਵੇਲੇ ਸਾਡਾ ਮਾਰਚ ਪਹੁੰਚ ਚੁੱਕਾ ਹੈ। ਸੋ ਅੱਗੇ ਇੱਥੋਂ ਜਿਹੜਾ ਹੈ ਉਹ ਇੱਥੋਂ ਦਾ ਜਿਹੜਾ ਆਪਾਂ ਬਾਜ਼ਾਰ ਕਹਿ ਲਈਏ, ਇੱਥੋਂ ਦੀ ਜਿਹੜੀ ਬਹੁਤ ਵੱਡੀ ਇੱਕ ਮਾਰਕੀਟ ਕਹਿ ਲਈਏ, ਬਰੋਡਵੇ ਤੇ ਪਹੁੰਚ ਤੇ ਬਰੋਡਵੇ ਦੇ ਉੱਪਰ ਅਸੀਂ ਜਿਹੜਾ ਹੈ ਇਹ ਮਾਰਚ ਜਾਣ ਵਾਲਾ, ਕਿਸਾਨਾਂ ਦਾ ਸਾਥ ਦਿੰਦਾ ਹੋਇਆ, ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬਣਦਾ ਹੋਇਆ, ਕਿਸਾਨਾਂ ਦੀ ਗੱਲ ਕਰਦਾ ਹੋਇਆ, ਸੋ ਇਹ ਜਿਹੜਾ ਹੈ ਉਹ ਸੰਘਰਸ਼ ਚੱਲ ਰਿਹਾ। ਆਓ ਜੀ ਆਓ ਵੀਰ, ਕਿਤੇ ਨਾਰਾ ਲਾਉਣਾ ਪੈਣਾ ਹੁਣ, ਏਦਾਂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਦੇ ਹੋ ਜੋ ਇਹ ਨੌਜਵਾਨਾਂ ਵਿੱਚ ਰੋਹ ਹੈ, ਇਹ ਜਿਹੜਾ ਮੋਦੀ ਨੇ ਕਾਲਾ ਕਾਨੂੰਨ ਬਣਾਇਆ ਆ ਉਹਦੇ ਸੰਬੰਧ ਵਿੱਚ ਜੋ ਅੱਜ ਇਕੱਠੇ ਹੋਏ ਆ। ਸੋ ਬੇਨਤੀ ਇਹ ਹੋਈ ਆ ਸਾਰੇ ਰਲ ਮਿਲ ਕੇ ਕਿਸੇ ਵੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਕੋਈ ਵੀ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਕੇ ਇਸ ਕਾਨੂੰਨ ਨੂੰ ਰੱਦ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਕਿਸੇ ਵੀ ਤਰ੍ਹਾਂ ਪ੍ਰਦਰਸ਼ਨ ਕਰਕੇ ਕਾਨੂੰਨ ਨੂੰ ਰੱਦ ਕਰਾਈਏ। ਇਹ ਅੱਜ ਜਿਹੜਾ ਹੈ ਉਹ ਲੰਡਨ ਦੀਆਂ ਗਲੀਆਂ ਦੇ ਉੱਪਰ ਇਹ ਨਾਅਰੇ ਲੱਗ ਰਹੇ ਜੇ ਇਹ ਨੌਜਵਾਨ ਅੱਜ ਕਹਿ ਰਹੇ ਨੇ। ਸੋ ਵੱਡਾ ਪ੍ਰਦਰਸ਼ਨ, ਵੱਡਾ ਕਾਫਲਾ, ਜਨ ਸਲਾਬ ਹੈ ਜਿਹੜਾ ਹੈ ਉਹ ਅੱਜ ਹੋ ਰਿਹਾ ਹੈ ਉੱਥੇ। ਵੱਖ ਵੱਖ ਜਿਹੜਾ ਮੀਡੀਆ ਉਹ ਅੱਜ ਦੀ ਇਸ ਰਿਪੋਰਟ ਨੂੰ ਜਿਹੜਾ ਵਿਖਾ ਰਿਹਾ ਹੈ, ਜਿੱਥੇ ਜਦੋਂ ਆਰੰਭਤਾ ਤੋਂ ਪਹਿਲਾਂ ਹੀ ਆਵਾਜ਼ੇ ਕੌਮ TV ਦੀ ਅੱਖ ਰਾਹੀਂ ਤੁਸੀਂ ਇਸ ਮਾਰਚ ਨੂੰ ਆਰੰਭ ਹੁੰਦਿਆਂ ਦੇਖਿਆ। ਇਸ ਵੇਲੇ ਅਸੀਂ ਬਰੋਡਵੇ 'ਤੇ ਜਾ ਜਿਹੜਾ ਪਹੁੰਚਣ ਲੱਗੇ ਹਾਂ ਗੁਰਦੁਆਰਾ
ਸ੍ਰੀ ਗੁਰੂ ਸਿੰਘ ਸਭਾ ਫੈਬਲਿਕ ਰੋਡ ਤੋਂ ਅਸੀਂ ਤਾਂ ਕਪਤਾਨ ਸਿੰਘ ਜੀ ਕਾਇਮ ਹਾਂ, ਪਰ ਇੱਦਾਂ ਲੱਗਦਾ ਕਿ ਜਿਹੜਾ ਮੀਂਹ ਪੈ ਰਿਹਾ ਵੀ ਟੈਲੀਫੋਨਾਂ ਦੀ ਜਿਹੜੀ ਆ ਬੈਟਰੀ ਨਾ ਡੈਡ ਕਰਦਾ। ਬਿਲਕੁਲ ਭਾਈ ਰਘਵੀਰ ਸਿੰਘ ਜੀ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਗਾ, ਕਿਉਂਕਿ ਮੀਂਹ ਜਿਹੜਾ ਇਹ ਵੀ ਕਹਿੰਦਾ ਮੈਂ ਅੱਜ ਹੀ ਜਿਹੜਾ ਇਹਨੂੰ ਇਹ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਮੋਦੀ ਸਰਕਾਰ ਦਾ ਸਾਥ ਦਿੰਦਾ ਨਜ਼ਰ ਆ ਰਿਹਾ, ਪਰ ਨਹੀਂ ਕੋਈ ਗੱਲ ਨਹੀਂ, ਪਰਵਾਹ ਨਹੀਂ। ਜਾਂ ਬਿਲਕੁਲ ਇਹ ਸਾਡੇ ਜਿਹੜੇ ਬਾਬਾ ਮੱਖਣ ਸਿੰਘ ਜੀ ਅਰਾਨੀ, ਜਿਨ੍ਹਾਂ ਨੂੰ ਬਾਬਾ ਮੱਖਣ ਸਿੰਘ ਜੀ ਅਰਾਨੀ ਨਾਲ ਹੀ ਜਾਣਦੇ ਹਾਂ, ਅਤੇ ਵੱਡਾ ਸਾਥ ਸਾਡਾ ਦੇ ਰਹੇ ਨੇ, ਸਾਰਾ ਮੀਂਹ ਆਪਣੇ 'ਤੇ ਪਵਾ ਕੇ ਅਤੇ ਸਾਡੇ ਕੈਮਰੇ ਨੂੰ ਬਚਾ ਕੇ ਉਹਨਾਂ ਨੇ ਰੱਖਿਆ ਆ ਵੀ ਇਹਦੇ ਵਿੱਚ ਕਿਤੇ ਪਾਣੀ ਨਾ ਜਾ ਕੇ ਅਤੇ ਆਹ ਅੱਜ ਦੀ ਰਿਪੋਰਟ ਦੇ ਵਿੱਚ ਕੋਈ ਖਾਮੀ ਨਾ ਰਹਿ ਜਾਵੇ, ਜਿਹੜੇ ਆਵਾਜ਼ੇ ਕੋ ਉਹਨੂੰ ਪਿਆਰ ਕਰਨ ਵਾਲੇ ਸਰੋਤੇ ਉਹਨਾਂ ਤੱਕ ਇਕੱਲੀ ਗੱਲ ਤੱਕ, ਅਤੇ ਇਹ ਵੀ ਸਾਡੇ ਭਰਾ ਕਹਿੰਦੇ ਆ ਵੀ ਇਹ ਜੀਵ ਵਾਲੇ, ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਵੇਖੋ ਸਾਡੇ ਵੀਰ ਜਿਹੜੇ ਦੋਨੇ ਨਾ, ਅਤੇ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਨੇ ਸਾਨੂੰ ਅੱਜ ਆਹ ਜਿਹੜਾ ਪ੍ਰੋਗਰਾਮ ਕਵਰ ਕਰਨ ਵਾਸਤੇ ਇਹ ਟਰਾਂਸਪੋਰਟ ਜੀਪ ਮੁਹੱਈਆ ਕਰਾਈ ਆ, ਅਤੇ ਇਹਦੇ ਨਾਲ ਸਾਨੂੰ ਪੰਜਾਬ ਅੱਜ ਯਾਦ ਆ ਗਿਆ, ਅਤੇ ਇਹਨੂੰ ਲੰਡੀ ਜੀਪ ਜਿੱਦਾਂ ਕਹਿ ਦਿੰਦੇ ਆਪਾਂ, ਅਤੇ ਲੰਡੀ ਜੀਪ ਦੇ ਉੱਪਰ ਅੱਜ ਇਹ ਸਾਰਾ ਕੁਛ ਵਾਜੇ ਕੌਮ ਕਵਰ ਕਰ ਰਿਹਾ ਜੇ। ਕਿੱਥੋਂ ਲਈ ਆ? ਬਿਲਕੁਲ ਇਹ ਵੀਰ ਜੀ, ਇਹ ਜੀਪ ਇੱਥੇ ਬਣਾਈ ਆ ਜਾਂ ਅੱਜ ਪਰ ਆਹ ਜਿਹੜਾ ਪ੍ਰਦਰਸ਼ਨ ਆ ਇਹਦਾ ਵੀ ਕੋਈ ਮੁੱਲ ਨਹੀਂ ਜੇ, ਆਹ ਮੇਰੇ ਵੀਰ ਜਿਹੜੇ ਕਿਸਾਨ ਏਕਤਾ ਦੇ ਨਾਰੇ ਲਾਉਣ ਡੇ ਨੇ, ਜਿੰਦਾਬਾਦ, ਅਤੇ ਅੱਜ ਨੌਜਵਾਨ ਜਿਹੜੇ ਨੇ ਉਹ ਕਿਸਾਨੀ ਦੀ ਗੱਲ ਕਰ ਰਹੇ ਨੇ, ਸੋ ਇਹਨਾਂ ਦੇ ਅੰਦਰ ਪਿਆਰ ਆ, ਹੋ ਸਕਦਾ ਸਾਰਿਆਂ ਕਿਸਾਨੀ ਨਾ ਕੀਤੀ ਹੋਵੇ ਪਰ ਦਰਦ ਇਹਨਾਂ ਦੇ ਅੰਦਰ ਜੇ, ਪਿਆਰ ਇਹਨਾਂ ਦੇ ਅੰਦਰ ਜੇ ਜੀ, ਹਰ ਵਿਅਕਤੀ ਜੁੜਿਆ ਹੋਇਆ, ਚਾਹੇ ਵਪਾਰੀ ਆ, ਚਾਹੇ ਆੜ੍ਹਤੀ ਆਇਆ, ਚਾਹੇ ਰੇਹੜੀ ਵਾਲਾ ਆ, ਚਾਹੇ ਮਤਲਬ ਦਰਜੀ ਆ, ਮਤਲਬ ਕੋਈ ਵੀ ਬੰਦਾ ਜੇ ਦਿਹਾੜੀ ਵੀ ਕਰਨੀ ਆ ਖੇਤਾਂ 'ਚ ਜਾਣਾ, ਅਤੇ ਉਹ ਹਰ ਇੱਕ ਬੰਦਾ ਜਿੱਦਾਂ ਮਤਲਬ ਹਰ ਪੰਜਾਬੀ ਮੈਂ ਕਹਿ ਸਕਦਾ ਵੀ ਖੇਤਾਂ ਨਾਲ ਜੁੜਿਆ। ਬਿਲਕੁਲ ਜਿਹੜੇ ਪੰਜਾਬ ਦੇ ਜਿਹੜੇ ਪਿੰਡ ਨੇ ਉੱਥੇ ਹਰ ਤਬਕਾ ਜਿਹੜਾ ਉਹ ਕਿਸਾਨੀ 'ਤੇ ਡਿਪੈਂਡ ਕਰਦਾ, ਛੋਟੇ ਛੋਟੇ ਅੱਡੇ, ਛੋਟੀਆਂ ਛੋਟੀਆਂ ਦੁਕਾਨਾਂ, ਛੋਟੇ ਛੋਟੇ ਕਾਰੋਬਾਰ ਜਿਹੜੇ ਨੇ ਉਹ ਪੰਜਾਬ ਦੀ ਕਿਸਾਨੀ ਦੇ ਉੱਤੇ ਜਿਹੜਾ ਨੇ ਉਹਦੇ ਉੱਤੇ ਨਿਰਭਰ ਕਰਦੇ ਨੇ, ਸੋ ਤਾਂ ਹੀ ਇਹ ਜਿਹੜਾ ਪੰਜਾਬ ਵਾਸੀਆਂ ਦੇ ਅੰਦਰ ਖਦਸ਼ਾ ਵੀ ਇਕੱਲੀ ਕਿਸਾਨੀ ਨਹੀਂ ਖਤਮ ਹੋਊਗੀ, ਉਹਦੇ ਨਾਲ ਪੰਜਾਬ ਦੀ ਵੱਡੀ ਆਰਥਿਕਤਾ ਨੂੰ ਸੱਟ ਵੱਜੂਗੀ, ਪੰਜਾਬ ਨੂੰ ਕੰਗਾਲ ਕਰਨ ਦਾ ਸੁਪਨਾ ਸੈਂਟਰ ਸਰਕਾਰ ਜਿਹੜੀ ਦੇਖ ਰਹੀ ਆ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਆਪਣੇ ਕਪਤਾਨ ਸਿੰਘ ਜੀ ਬਹੁਤ ਜਿਹੜੇ ਸਿਆਸੀ ਮਾਹਰ ਆ ਉਹ ਇੱਦਾਂ ਸੋਚਦੇ ਆ ਕਿ ਆਪਣੇ ਜਦੋਂ ਦਾ ਬਿੱਲ ਲਿਆਂਦਾ ਜਾਂ ਅਕਾਲੀ ਦਲ ਨੇ ਵੋਟ ਵਾਪਸ ਲੈ ਲਈ ਆ, ਅਤੇ ਉਸ ਤੋਂ ਬਾਅਦ ਬੀਜੇਪੀ ਦੇ ਬਹੁਤ ਜਿਹੜੇ ਆਗੂ ਆ ਜਿਹੜੇ ਮਤਲਬ ਸੀਗੇ ਉਹ ਵੀ ਕਿਸਾਨਾਂ ਨਾਲ ਜੁੜੇ ਹੋਏ, ਮਤਲਬ ਸਿੱਖੀ ਚਿਹਰੇ ਆ, ਦਸਤਾਰਾਂ ਬੰਨੀਆਂ ਆ, ਉਹ ਬੀਜੇਪੀ ਨੂੰ ਛੱਡ ਕੇ ਜਿੱਦਾਂ ਮਤਲਬ ਅਕਾਲੀ ਦਲ ਹੀ ਆ ਲੈ। ਇਹ ਬਿਲਕੁਲ ਭਾਈ ਰਘਵੀਰ ਸਿੰਘ ਜੀ, ਇਹ ਹੁਣ ਸਮਾਂ ਦੱਸੇਗਾ ਇਸ ਵੇਲੇ, ਅਤੇ ਜਿਹੜਾ ਉਹ ਜਿਹੜੇ ਕਾਨੂੰਨੀ ਜੋਸ਼ੀ ਨੇ, ਰਾਜਨੀਤਿਕ ਮਾਹਰ ਨੇ, ਉਹ ਕਹਿ ਰਹੇ ਨੇ ਇਸ ਵੇਲੇ ਤਾਂ ਅਕਾਲੀ ਦਲ ਨੇ ਜਿਹੜਾ ਉਹ ਇਹ ਫੈਸਲਾ ਲਿਆ ਵਾ ਉਹਨੂੰ ਛੱਡ ਦਿੱਤਾ ਭਾਜਪਾ ਨੂੰ, ਪਰ ਉੱਦਾਂ ਜਿਹੜਾ ਦੇਰ ਆ ਇਹ ਦਰੁਸਤ ਆ, ਇਹ ਫੈਸਲਾ ਲੇਟ ਲਿਆ, ਉੱਦਾਂ ਜੇ ਕਿਤੇ ਸਮਾਂ ਰਹਿੰਦਾ ਫੈਸਲਾ ਲਿਆ ਹੁੰਦਾ। ਬਿਲਕੁਲ ਇਹ ਰਾਜਨੀਤਿਕ ਪਾਰਟੀਆਂ ਬਹਿੰਦੀਆਂ ਅਤੇ ਪੰਜਾਬ ਦੀ ਆਵਾਜ਼ ਵੱਡੇ ਪੱਧਰ 'ਤੇ ਉੱਭਰ ਸਕਦੀ ਆ, ਕਿਉਂਕਿ ਇਹ ਰਜਿਸਟਰਡ ਪਾਰਟੀਆਂ ਨੇ ਭਾਰਤ ਦੇ ਕਾਨੂੰਨ ਅੰਦਰ। ਜਿਵੇਂ ਜ਼ਿਕਰ ਕਰਾਂ, ਜਦੋਂ ਧਰਮ ਯੁੱਧ ਮੋਰਚਾ ਲੱਗਾ
ਤੇ ਧਰਮ ਯੁੱਧ ਮੋਰਚੇ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ ਤੇ ਉਹ ਸੰਤ ਜਰਨੈਲ ਸਿੰਘ ਜੀ ਆਪਣਾ ਸਿਰ ਦੇ ਕੇ ਉਹ ਮੋਰਚੇ ਨੂੰ ਨਿਭਾ ਕੇ ਗਏ। ਪਰ ਇਹ ਜਿਹੜੀਆਂ ਉਸ ਸਮੇਂ ਸਿੱਖਾਂ ਦੀਆਂ ਜਿਹੜੀਆਂ ਵੱਡੀਆਂ ਧਿਰਾਂ ਸਨ ਇਹਨਾਂ ਨੇ ਆਪਣਾ ਹੱਥ ਪਿੱਛੇ ਕੱਸਿਆ ਸੀ, ਉਹਦੇ ਨਾਲ ਬੜਾ ਜਿਹੜਾ ਫਰਕ ਪੈਂਦਾ। ਇਸ ਕਰਕੇ ਜੇ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਕਿਸਾਨਾਂ ਦੇ ਮਗਰ ਆਣ ਕੇ ਜੇ ਬਹਿ ਜਾਂਦੀਆਂ ਤੇ ਉਹਨਾਂ ਦਾ ਜਿੱਥੇ ਬਲ ਵਧੇਗਾ ਇਹਨਾਂ ਦਾ ਵੀ ਆਧਾਰ ਜਿਹੜਾ ਉੱਚਾ ਹੋਏਗਾ ਵੀ ਅਸੀਂ ਜਿਹੜਾ ਇਹਦਾ ਵਿਰੋਧ ਕੀਤਾ ਸੀ ਤੇ ਅੱਜ ਅਸੀਂ ਕਾਨੂੰਨ ਜਿਹੜਾ ਉਹ ਫੇਲ ਕਰਾ ਦਿੱਤਾ। ਮਤਲਬ ਤੁਹਾਡੀ ਗੱਲ ਤੋਂ ਜੇ ਅੰਦਾਜ਼ਾ ਲਾਇਆ ਜਾਵੇ ਵੀ ਜੇ ਇਹ ਅੱਜ ਤੋਂ 36 ਸਾਲ ਪਹਿਲਾਂ ਅਨੰਦਪੁਰ ਸਾਹਿਬ ਦਾ ਮਤਾ ਜਦੋਂ ਸੀਗਾ ਹਮਲੇ ਤੋਂ ਪਹਿਲਾਂ ਘੱਲੂਘਾਰੇ ਤੋਂ ਪਹਿਲਾਂ ਜੇ ਇਹਨਾਂ ਨੇ ਮਤਲਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਅਨੰਦਪੁਰ ਸਾਹਿਬ ਦੇ ਮਤੇ ਨਾਲ ਧੋਖਾ ਨਾ ਕੀਤਾ ਹੁੰਦਾ ਤਾਂ ਅੱਜ ਸਾਨੂੰ ਇਹ ਸੜਕਾਂ 'ਤੇ ਨਾ ਆਉਣਾ ਪੈਂਦਾ। ਬਿਲਕੁਲ ਭਾਈ ਰਘਵੀਰ ਸਿੰਘ ਜੀ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹਦੇ 'ਚ ਹਰ ਵਰਗ ਦੀਆਂ ਮੰਗਾਂ ਸਨ। ਉਹਦੇ ਵਿੱਚ ਇੱਥੋਂ ਤੱਕ ਲਿਖਿਆ ਸੀ ਵੀ ਕਿਸਾਨ ਜਿਹੜਾ ਹੈ ਉਹ ਆਪਣੀ ਫਸਲ ਦਾ ਮੁੱਲ ਆਪ ਤੈਅ ਕਰੇਗਾ, ਉਹ ਆਪਣੀ ਫਸਲ ਦਾ ਮੁੱਲ ਆਪ ਜਿਹੜਾ ਲਾਏਗਾ। ਜੇ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਆਪ ਲਾਉਣਾ ਪੈ ਜੇ ਤਾਂ ਕਿਸਾਨ ਖੁਸ਼ਹਾਲ ਹੋ ਜਾਏਗਾ। ਹਰ ਇੱਕ ਵਾਸਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਪੰਜਾਬ ਵਾਸਤੇ ਵਾਧੂ ਅਧਿਕਾਰਾਂ ਦਾ ਉਹ ਮਤਾ ਸੀਗਾ ਜਿਹਨੂੰ ਉਸ ਸਮੇਂ ਸਰਕਾਰ ਨੇ ਇਹੋ ਜਿਹਾ ਜਿਹੜਾ ਸੀ ਪ੍ਰਚਾਰ ਕੀਤਾ, ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ। ਅੱਜ ਲੋਕ ਕਹਿ ਰਹੇ ਨੇ ਵੀ ਸੰਤਾਂ ਦਾ ਸਾਥ ਨਾ ਦੇ ਕੇ ਅਸੀਂ ਭੁੱਲ ਕੀਤੀ ਆ, ਜੇ ਉਹ ਮਤਾ ਪਾਸ ਹੋਇਆ ਹੁੰਦਾ ਤੇ ਅੱਜ ਸਾਨੂੰ ਇਧਰ ਨਾ ਵੇਖਣਾ ਪੈਂਦਾ, ਵੱਡੇ ਵੱਡੇ ਕਮਿਸ਼ਨ ਵੀ ਬੈਠੇ ਕੁਛ ਨਹੀਂ ਬਣਿਆ। ਸੋ ਇਹ ਜਿਹੜਾ ਕਿਸਾਨਾਂ ਦੀ ਜਿਹੜੀ ਹੈ ਇਹ ਹਾਲਤ ਬੱਤਰ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਬਣਾਈ ਜਾ ਰਹੀ ਹੈ। ਸੋ ਇਸ ਨੂੰ ਜਿਹੜਾ ਹੈ ਉਹ ਅੱਜ ਲੋਕ ਸੰਤਾਂ ਦੇ ਸੰਘਰਸ਼ ਨੂੰ, ਅਨੰਦਪੁਰ ਸਾਹਿਬ ਦੇ ਮਤੇ ਨੂੰ ਤੇ ਧਰਮ ਯੁੱਧ ਮੋਰਚੇ ਨੂੰ ਅੱਜ 36-37 ਸਾਲ ਬਾਅਦ ਯਾਦ ਕਰ ਰਹੇ ਨੇ ਵੀ ਪੰਜਾਬ ਅੱਜ ਉੱਥੇ ਆਣ ਕੇ ਖੜਾ ਹੋ ਗਿਆ। ਅੱਜ ਮੈਂ ਤਾਂ ਇੱਕ ਦੋ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਦੇਖਿਆ ਜਿਹੜੇ ਮਤਲਬ ਹਿੰਦੂ ਭੈਣ ਭਰਾ ਆਇਆ ਉਹ ਕਹਿੰਦੇ ਵੀ ਸੰਤ ਭਿੰਡਰਾਂ ਵਾਲਾ ਪਿੰਡ ਪਿੰਡ ਜਾਈ। ਬਿਲਕੁਲ ਭਾਈ ਰਘਵੀਰ ਸਿੰਘ ਜੀ, ਆ ਜਿਹੜੀ ਹੁਣੇ ਹੀ 14 ਤਰੀਕ ਨੂੰ ਜਿਹੜੀ ਘਟਨਾ ਵਾਪਰੀ ਸੀ ਉਹ ਮਨੀਸ਼ਾ ਨਾਮਕ ਜਿਹੜੀ ਲੜਕੀ ਵਿਚਾਰੀ ਸੀਗੀ ਯੂਪੀ ਦੇ ਵਿੱਚ ਜਿਹੜਾ ਪਿੰਡ ਹੈ ਹਾਸਰਸ ਪਿੰਡ ਦੇ ਵਿੱਚ ਚਾਰ ਠਾਕਰਾਂ ਵੱਲੋਂ ਬੱਚੀ ਨੂੰ ਚੁੱਕ ਕੇ ਕੰਮ ਕਰਦਿਆਂ ਬਲਾਤਕਾਰ ਕਰਕੇ ਅਤੇ ਉਹਦੀ ਧੌਣ ਤੋੜ ਕੇ ਜ਼ਬਾਨ ਕੱਟ ਕੇ ਉਹਨੂੰ ਮਾਰਿਆ ਗਿਆ ਅਤੇ ਉਹਦੇ ਵਾਸਤੇ ਸੰਤੇ ਕਹਿੰਦੇ ਸਨ ਧੀ ਭਾਵੇਂ ਕਿਸੇ ਹਿੰਦੂ ਦੀ ਆ ਭਾਵੇਂ ਕਿਸੇ ਮੁਸਲਮਾਨ ਦੀ ਆ, ਧੀ ਦੀ ਜਿਹੜਾ ਵੀ ਕੋਈ ਬੇਅਦਬੀ ਕਰੇਗਾ ਉਹਨੂੰ ਸੋਧ ਕੇ ਮੇਰੇ ਕੋਲ ਆ ਜਾਓ ਅਤੇ ਮੈਂ ਸਾਂਭਾਂਗਾ। ਜਦਕਿ ਉਹ ਇੱਜ਼ਤਾਂ ਦੇ ਰਾਖੇ ਸਨ। ਅੱਜ ਹਰ ਇੱਕ ਲੋਕ ਆ ਜਦੋਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਦੇ ਉੱਤੇ ਹੱਥ ਪੈਂਦਾ ਅਤੇ ਉਹ ਸੰਤਾਂ ਨੂੰ ਯਾਦ ਕਰ ਰਿਹਾ ਕਿ ਸੰਤਾਂ ਜੇ ਹੁੰਦੇ ਅਤੇ ਅੱਜ ਇਹੋ ਜਿਹੇ ਦਿਨ ਨਾ ਵੇਖਣੇ ਪੈਂਦੇ। ਅਤੇ ਉੱਧਰੋਂ ਠਾਕਰਾਂ ਨੇ ਵੀ ਮੋਰਚਾ ਲਾ ਤਾ ਸਰਕਾਰ ਦੀ ਸ਼ਹਿ ਤੇ ਵੀ ਇਹ ਜਾਣ ਬੁੱਝ ਕੇ ਜੀ ਲੋਕਾਂ ਨੂੰ ਪਤਾ ਬੱਚੀ ਆਪਣੇ ਮਾਂ ਦੇ ਨਾਲ ਭਰਾ ਦੇ ਨਾਲ ਖੇਤਾਂ 'ਚ ਕੰਮ ਕਰਕੇ ਘਾਹ ਕੱਟ ਰਹੀ ਸੀ ਹੋਇਆ। ਸੋ ਇਹ ਅੱਜ ਇਸ ਕਰਕੇ ਲੋਕ ਯਾਦ ਕਰ ਰਹੇ ਆ ਸਿੰਘਾਂ ਨੂੰ। ਦੇਖੋ ਜੀ ਪੰਜਾਬ ਏਕਤਾ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ। ਵੇਖੋ ਟਰੈਕਟਰ ਅੱਜ ਇਹ ਵੁਲਵਰ ਹਫਟਨ ਤੋਂ ਸਰਦਾਰ ਜਰਨੈਲ ਸਿੰਘ ਜੀ ਹੁਣੀ ਲੈ ਕੇ ਟਰੈਕਟਰ ਸਾਡੇ ਕੋਲ ਪਹੁੰਚੇ ਨੇ। ਇਸ ਮਾਰਚ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਵਰਦੇ ਮੀਂਹ ਦੇ ਵਿੱਚ। ਸੋ ਵੱਡਾ ਸੰਘਰਸ਼ ਜੀ ਅੱਜ ਵੀ ਆਹ ਸਾਰਾ ਫਾਟਕ ਅੱਜ ਕੋਟਕਪੂਰੇ ਵਾਲਾ ਫਾਟਕ ਜਾਮ ਹੋ ਗਿਆ ਜੀ ਇੱਥੇ ਲੰਡਨ ਦੇ ਵਿੱਚ ਜੇ ਕਹੀਏ ਅਤੇ ਇਹ ਅੱਜ ਕੋਟਕਪੂਰੇ ਵਾਲਾ ਫਾਟਕ ਲੱਗ ਗਿਆ ਜੇ ਭਾਈ। ਸੋ ਆਪ ਵੇਖ ਸਕਦੇ ਹੋ ਜੀਪਾਂ ਦੇ ਉੱਪਰ ਨੌਜਵਾਨ ਕਿੱਦਾਂ ਹੁਣ ਜੀ ਕੀ ਬਣ ਕੀ ਗਿਆ।
ਅੱਜ ਕੌਮ ਦੇ ਸਰੋਤਿਆਂ ਤੁਸੀਂ ਵੇਖ ਸਕਦੇ ਹੋ ਜਿਹੜਾ ਹੈ ਇਹ ਮਾਰਚ ਬਹੁਤ ਵੱਡੀ ਗਿਣਤੀ ਦੇ ਵਿੱਚ ਚੱਲ ਰਿਹਾ ਜੇ, ਵੱਡੀ ਗਿਣਤੀ ਦੇ ਵਿੱਚ ਮਾਰਚ ਜਿਹੜਾ ਹੈ ਸਫ਼ਰ ਕਰ ਰਿਹਾ ਜੇ। ਸੋ ਟਰੈਕਟਰ, ਜੀਪਾਂ, ਕਾਰਾਂ, ਵੱਡੇ ਟਰੱਕ, ਭਾਈ ਤੇਜਪਾਲ ਸਿੰਘ ਜੀ ਸੁਨੇਹਾ ਭੇਜਦੇ ਆ, ਕਪਤਾਨ ਸਿੰਘ ਜੀ ਬਹੁਤ ਵਧੀਆ, ਅਤੇ ਗਿਆਨੀ ਤੇਜਪਾਲ ਸਿੰਘ ਜੀ ਕਥਾ ਵਾਚਕ ਦਮਦਮੀ ਟਕਸਾਲ, ਉਹਨਾਂ ਦਾ ਧੰਨਵਾਦ ਕਰਦੇ ਹਾਂ ਅਦਾਰਾ ਵਾਚਕ ਕੌਮ ਵੱਲੋਂ, ਜਿਹੜੇ ਇਸ ਵੇਲੇ ਬੜੀ ਲੇਟ ਤੱਕ ਸਾਨੂੰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਸਰਵਣ ਕਰ ਰਹੇ ਨੇ, ਹਲਾਸ਼ੇਰੀ ਦੇ ਰਹੇ ਨੇ। ਗਿਆਨੀ ਤੇਜਪਾਲ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਅਤੇ ਬਾਬਾ ਬਘੇਲ ਸਿੰਘ ਜੀ ਜੁਆਇੰਟ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਜਿਹੜੇ ਇੱਥੋਂ ਦੇ ਉਹ ਮੁਖੀ ਨੇ, ਸੋ ਉਹਨਾਂ ਦਾ ਵੀ ਧੰਨਵਾਦ। ਸੋ ਅੱਜ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਪੰਥਕ ਦਲ ਦੇ ਮੈਂਬਰਾਂ ਵੀ ਇੱਥੇ ਸ਼ਮੂਲੀਅਤ ਕੀਤੀ ਆ, ਵੱਡੀ ਗਿਣਤੀ 'ਚ ਲੋਕ ਇੱਥੇ ਪਹੁੰਚੇ ਨੇ। ਸੋ ਸਰਦਾਰ ਧੰਨਾ ਸਿੰਘ ਜੀ ਜਿਹੜੇ ਬ੍ਰਿਟਫੋਰਡ ਤੋਂ ਨੇ, ਉਹ ਵੀ ਜਿਹੜਾ ਇਸ ਵੇਲੇ ਲਾਈਵ ਪ੍ਰੋਗਰਾਮ ਇਹ ਮੁਜ਼ਾਹਰਾ ਇਹ ਰੈਲੀ ਵੇਖ ਰਹੇ ਨੇ। ਸੋ ਜਿੰਨੇ ਵੀ ਸੱਜਣ ਸਾਨੂੰ ਵੇਖ ਰਹੇ ਨੇ, ਇਹ ਪ੍ਰੋਗਰਾਮ ਸ਼ੇਅਰ ਕਰ ਦਿਓ ਨਾਲ ਨਾਲ, ਤੁਹਾਡਾ ਸਹਿਯੋਗ ਦੇਣ ਲਈ, ਸਪੋਰਟ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਅਤੇ ਜਿਹੜਾ ਹੈ ਉਹ ਹੋ ਰਿਹਾ ਹੈ ਕਿਉਂਕਿ ਅੱਜ ਬਹੁਤ ਵੱਡੀ ਗਿਣਤੀ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ। ਸੋ ਇਹ ਫਾਟਕ ਜਾਮ ਆ ਕੋਟਕਪੂਰੇ ਵਾਲਾ, ਅਤੇ ਹੁਣ ਵੇਖੋ ਪ੍ਰਸ਼ਾਸਨ ਕੀ ਕਰਦਾ। ਪਰ ਇੱਕ ਵਾਰੀ ਤਾਂ ਜੀ ਡੀ ਰੋਡ 'ਤੇ ਬ੍ਰੇਕਾਂ ਜਿਹੜੀਆਂ ਲੱਗੀਆਂ ਪਈਆਂ ਨੇ। ਬਿਲਕੁਲ ਭਾਈ ਧੰਨਾ ਸਿੰਘ ਜੀ, ਮੈਂ ਅੱਗੇ ਵੀ ਜ਼ਿਕਰ ਕਰਕੇ ਗਿਆ, ਵੱਡੇ ਸੰਘਰਸ਼ ਇੰਗਲੈਂਡ ਤੋਂ ਹੋਏ ਨੇ। ਵੱਡੀ ਜਥੇਬੰਦੀ ਦਾ ਆਗਾਜ਼ ਜਿਹੜਾ ਸੀਗਾ ਉਹ ਇੰਗਲੈਂਡ ਤੋਂ ਮਿਡਲੈਂਡ ਤੋਂ ਜਿਹੜਾ ਸੀ ਉਹ ਹੋਇਆ ਸੀਗਾ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦਾ ਸੁਪਨਾ, ਅਕਾਲ ਤਖਤ ਸਾਹਿਬ ਦੇ ਸਾਬਕਾ ਸਿੰਘ ਸਾਹਿਬਾਨ ਭਾਈ ਜਸਵੀਰ ਸਿੰਘ ਜੀ ਖਾਲਸਾ, ਉਹਨਾਂ ਨੇ ਇਹ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਆਗਾਜ਼ ਕੀਤਾ ਸੀ, ਜਿਹਦਾ ਰੂਪ ਇਸ ਵੇਲੇ ਇੰਟਰਨੈਸ਼ਨਲ ਪੰਥਕ ਦਲ ਨੇ ਲਿਆ। ਅਤੇ ਹੱਕ ਸੱਚ ਦੀ ਆਵਾਜ਼ ਜਗਜੀਤ ਸਿੰਘ ਜੀਤਾ ਜਿਹੜਾ ਉਹ ਵੀ ਇਹਦੇ 'ਚ ਸ਼ਾਮਿਲ ਹੋਏ ਨੇ। ਔਰ ਸੋ ਮੈਨੂੰ ਲੱਗਦਾ ਇਹਨਾਂ ਦਾ ਕੱਲ੍ਹ ਦਾ ਜ਼ੋਰ ਲੱਗ ਗਿਆ, ਕੱਲ੍ਹ ਸਟੇਜ ਇਹਨਾਂ ਦੇ ਕੋਲ ਸੀਗੀ ਅਤੇ ਇਹਨਾਂ ਦਾ ਜ਼ਿਆਦਾ ਜ਼ੋਰ ਲੱਗ ਗਿਆ, ਪਰ ਉੱਦਾਂ ਤਾਂ ਮਹਾਰਾਜ ਦੀ ਕਿਰਪਾ ਇਹਨਾਂ ਦੇ ਉੱਤੇ ਲੰਮਾ ਸਮਾਂ ਪ੍ਰਚਾਰ ਕਰ ਸਕਦੇ ਨੇ, ਪਰ ਅੱਜ ਕੋ ਸਲਾਬੇ ਜਿਹੇ ਨਜ਼ਰ ਆ ਰਹੇ ਨੇ, ਕੋਈ ਗੱਲ ਨਹੀਂ। ਸੋ ਕੁਲਵੰਤ ਸਿੰਘ ਮੇਰਾ ਵੀਰ ਕੈਮਰਾਮੈਨ ਕੇ ਟੀ ਵੀ, ਵੱਖ ਵੱਖ ਮੀਡੀਆ ਜਿਹੜਾ ਆਪਣਾ ਪ੍ਰਚਾਰ ਕਰ ਰਿਹਾ ਜੀ, ਜੋ ਆਪਾਂ ਦੇਖ ਸਕਦੇ ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪਹੁੰਚੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਕਿਸਾਨ ਏਕਤਾ ਜੋ ਭਾਰਤ ਸਰਕਾਰ ਨੇ 3 ਆਰਡੀਨੈਂਸ ਜਾਰੀ ਕੀਤੇ ਨੇ, ਉਹ ਬਿਲਕੁਲ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਨਹੀਂ, ਕਿਸਾਨਾਂ ਨੂੰ ਨੁਕਸਾਨਦੇਹ ਹੈ। ਅੱਜ ਦੀ ਇਹ ਰੈਲੀ ਦੱਸ ਰਹੀ ਹੈ ਕਿ ਕਿਸਾਨ ਇਸ ਭਾਰਤ ਸਰਕਾਰ ਤੋਂ ਕਿੰਨਾ ਕੁ ਦੁਖੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਕੀ ਸਾਨੂੰ ਨਤੀਜੇ ਭੁਗਤਣੇ ਪੈਣੇ ਨੇ। ਅੱਜ ਸਾਰੇ ਕਿਸਾਨ ਭਾਰਤ ਦੇ ਵਿੱਚ ਅਤੇ ਇਸ ਇੰਗਲੈਂਡ ਦੀਆਂ ਸੜਕਾਂ ਦੇ ਉੱਤੇ ਆਏ ਹੋਏ ਨੇ ਸਿਰਫ ਇਸ ਕਰਕੇ ਕਿ ਜੋ ਕਿਸਾਨ ਵਿਰੋਧੀ ਬਿੱਲ ਜਾਰੀ ਹੋਏ ਨੇ, ਪਲੀਜ਼ ਉਹਨਾਂ ਨੂੰ ਸੋਧ ਕੇ
ਉਹਨਾਂ ਨੂੰ ਵਾਪਸ ਲੈ ਕੇ ਜੋ ਕਿਸਾਨ ਦੇ ਹਿੱਤ ਦੀਆਂ ਗੱਲਾਂ ਨੇ ਉਹਦੇ ਵਿੱਚ ਕੀਤੀਆਂ ਜਾਣ। ਮੈਂ ਸਾਰੇ ਭਾਰਤ ਵਾਸਤੇ ਕਿਸਾਨਾਂ ਨੂੰ ਅਤੇ ਇੱਥੇ ਇੰਗਲੈਂਡ ਦੀ ਧਰਤੀ ਦੇ ਉੱਤੇ ਜਿਹੜੀਆਂ ਸੰਗਤਾਂ ਇਕੱਠੀਆਂ, ਇੱਕਮੁੱਠ ਹੋ ਕੇ ਭਾਈ ਏਕਤਾ ਦੇ ਨਾਲ ਇਸ ਮੋਰਚੇ ਨੂੰ ਜਿੱਤਣਾ ਹੈ। ਸਾਰੀਆਂ ਸੰਗਤਾਂ ਜੇ ਉਹ ਕਿਸਾਨ ਵਿਰੋਧੀ ਬਿੱਲ ਨੇ ਉਹਨਾਂ ਦਾ ਡਟ ਕੇ ਵਿਰੋਧ ਕਰੋ ਅਤੇ ਏਕਤਾ ਦਾ ਸਬੂਤ ਦਿਓ ਤਾਂ ਕਿ ਭਾਰਤ ਸਰਕਾਰ ਮਜਬੂਰ ਹੋ ਜਾਵੇ ਇਹ ਬਲ ਵਾਪਸ ਲੈਣ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਗਿਆਨੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਦਿੱਤੇ ਨੇ। ਸੋ ਵੀ ਜਿਹੜੀ ਭਾਰਤ ਸਰਕਾਰ ਮਜਬੂਰ ਹੋ ਜਾਵੇ। ਸੋ ਇੱਧਰ ਆਪ ਦੇਖ ਸਕਦੇ ਹੋ ਜਿਹੜਾ ਹੈ ਨੇ ਉਹ ਨਾਅਰੇ ਲੱਗ ਰਹੇ ਨੇ, ਸੰਘਰਸ਼ ਜਿਹੜਾ ਉਹ ਚੱਲ ਰਿਹਾ। ਸੋ ਵੱਡਾ ਪ੍ਰੋਟੈਸਟ ਜਿਹੜਾ ਹੋ ਰਿਹਾ। ਨੌਜਵਾਨ ਵੀਰਾਂ ਦਾ ਉਪਰਾਲਾ, ਸੋ ਬਹੁਤ ਵਧੀਆ ਉਪਰਾਲਾ ਇਹਨਾਂ ਦਾ, ਇਹਨਾਂ ਨੇ ਇਹ ਅੱਜ ਦਾ ਪ੍ਰੋਗਰਾਮ ਲਿਖਿਆ। ਸੋ ਵੱਡੀ ਗਿਣਤੀ 'ਚ ਨੌਜਵਾਨ ਭਰਾ, ਹਾਂਜੀ ਇਹ ਬਰੋਡਵੇ ਦੇ ਉੱਪਰ ਆਣ ਕੇ ਇੱਥੇ ਅੱਗੇ ਜਾ ਕੇ ਇੱਥੇ ਸਮਾਪਤੀ ਜਿਹੜੀ ਆ ਉਹ ਇਸ ਮਾਰਚ ਦੀ ਹੋਣੀ ਆ, ਪਰ ਇਸ ਨੇ ਸਰਕਾਰ ਦੀ ਨੀਂਦ ਜਿਹੜੀ ਉਹ ਖੋਲ੍ਹਤੀ ਹੋਊਗੀ ਸੁੱਤਿਆਂ ਦੀ, ਵੀ ਜਿਹੜਾ ਅੱਜ ਜਿਹੜਾ ਸੰਘਰਸ਼ ਆ ਉਹ ਚੱਲ ਰਿਹਾ। ਸੋ ਉੱਥੇ ਨਾਲ ਜਿੱਥੇ ਵੀਰ ਭੈਣ ਭਰਾ ਨੇ ਉੱਥੇ ਬੀਬੀਆਂ ਵੀ ਜਿਹੜੀਆਂ ਨੇ, ਭੈਣ ਜੀ ਆਪਣਾ ਨਾਂ ਦੱਸੋ। ਮੇਰਾ ਨਾਮ ਇੰਦਰਜੀਤ ਕੌਰ ਹੈ, ਮੈਂ ਵੀ ਇਸ ਮੋਰਚੇ 'ਚ ਸ਼ਾਮਿਲ ਹੋਈ ਹਾਂ। ਅਸੀਂ ਆਪਣਾ ਮੋਰਚਾ ਜਿੱਤ ਕੇ ਰਹਾਂਗੇ। ਮੋਦੀ ਕੁੱਤਾ ਹਾਏ ਹਾਏ, ਮੋਦੀ ਕੁੱਤਾ ਹਾਏ ਹਾਏ, ਮੋਦੀ ਕੁੱਤੇ ਨੂੰ ਚਾਹ ਵੇਚਣ ਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਹਿੰਦੇ ਨੇ ਪ੍ਰਧਾਨ ਮੰਤਰੀ ਨੂੰ ਫਿਰ ਚਾਹ ਵੇਚਣੀ ਲਾ ਦੇਵਾਂਗੇ। ਇਹ ਵਾਕਈ ਜਿਹੜੀ ਪਬਲਿਕ ਆ, ਜਿਹੜਾ ਲੋਕ ਆ, ਉਹ ਲੋਕ ਸ਼ਕਤੀ ਬੜੀ ਹੁੰਦੀ ਆ। ਜੇ ਹਾਕਮ ਜ਼ਾਲਮ ਬਣ ਜਾਣ ਰਾਜੇ ਸੀ ਮੁਕਦਮ ਕੁੱਤੇ, ਜੇ
ਰਾਜੇ ਸ਼ੇਰਾਂ ਦੇ ਨਿਆਈ ਬਣ ਜਾਣ, ਉਹਨਾਂ ਦੇ ਅਹਿਲਕਾਰ ਕੁੱਤਿਆਂ ਦੇ ਨਿਆਈ ਹੋ ਜਾਂਦੇ ਨੇ। ਸੋ ਉਹ ਪਬਲਿਕ ਨੂੰ ਫਿਰ ਜਦੋਂ ਤੰਗ ਕਰਦੇ ਨੇ ਫਿਰ ਉਹਨਾਂ ਦਾ ਅੰਤ ਵੀ ਜਿਹੜਾ ਉਹ ਮਾੜਾ ਹੁੰਦਾ। ਸੋ ਆਪਾਂ ਵੇਖ ਸਕਦੇ ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ। ਇਹ ਵੱਡਾ ਸੰਘਰਸ਼ ਹੈ, ਬਹੁਤ ਵੱਡਾ ਕਾਫਲਾ ਜਿਹੜਾ ਹੈ ਉਹ ਚੱਲ ਰਿਹਾ ਹੈ। ਸੋ ਸਤਸੰਗ ਤਾਂ ਆਪਾਂ ਦੇਖ ਸਕਦੇ ਹਾਂ। ਸੋ ਆਵਾਜ਼ੇ ਕੌਮ ਟੀ ਵੀ ਆਪ ਨੂੰ ਪਲ ਪਲ ਦੀ ਜਿਹੜੀ ਖਬਰ ਹੈ ਉਹ ਦਿਖਾ ਰਿਹਾ। ਸੋ ਸਾਰੇ ਜਿਹੜੇ ਨੇ
ਬ੍ਰੋਡਵੇ ਦੇ ਉੱਪਰ ਇਹ ਮਾਰਚ ਜਿਹੜਾ ਹੈ ਸੋ ਬਹੁਤ ਲੰਮਾ ਸਮਾਂ ਬਿਲਕੁਲ ਬਿਲਕੁਲ ਖਾਲਿਸਤਾਨ ਦੇ ਨਾਰੇ ਜਿਹੜੇ ਲੱਗ ਰਹੇ ਨੇ ਉਹ ਇੱਕ ਵੱਖਰਾ ਜੋਸ਼ ਨੌਜਵਾਨਾਂ ਦੇ ਅੰਦਰ ਆ ਰਿਹਾ ਕਿਉਂਕਿ ਜਦੋਂ ਵੀ ਕਿਸੇ ਦੇ ਨਾਲ ਬੇਇਨਸਾਫੀ ਹੁੰਦੀ ਆ ਫਿਰ ਉਹਨੂੰ ਆਪਣੇ ਹੱਕਾਂ ਦੀ ਆਵਾਜ਼ ਜਿਹੜੀ ਬੁਲੰਦ ਕਰਨੀ ਪੈਂਦੀ ਆ ਸੋ ਇਹ ਆਪਾਂ ਵੇਖ ਸਕਦੇ ਹਾਂ ਵੱਡੀ ਗਿਣਤੀ 'ਚ ਅੱਜ ਨੌਜਵਾਨ ਜਿਹੜੇ ਨੇ ਉਹ ਸ਼ਾਮਿਲ ਨੇ ਇਸ ਮਾਰਚ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਦੇਖੋ ਤੁਸੀਂ ਅੱਜ ਸਾਰੇ ਸਮਝਦਾਰ ਅਤੇ ਪੜ੍ਹੇ ਲਿਖੇ ਲੋਕ ਹਾਂ ਜੋ ਤੁਸੀਂ ਦੇਖ ਵੀ ਰਹੇ ਹੋ। ਸਭ ਤੋਂ ਵੱਡੀ ਗੱਲ ਦੇ ਨੋਟ ਕਰਨ ਵਾਲੀ ਦੇਖੋ ਅੱਜ ਖਾਲਿਸਤਾਨ ਦਾ ਨਾਰਾ ਨਿਕਲ ਰਿਹਾ। ਕਿਉਂ ਨਿਕਲ ਰਿਹਾ ਖਾਲਿਸਤਾਨ ਦਾ ਨਾਰਾ? ਸਾਨੂੰ ਇਹ ਸੋਚਣ ਦੀ ਲੋੜ ਆ ਜਦੋਂ ਕਿਸੇ ਵੀ ਕੌਮ ਨੂੰ ਉਹਦਾ ਹੱਕ ਨਹੀਂ ਮਿਲਦਾ ਆਪਣਾ ਹੱਕ ਲੈਣ ਵਾਸਤੇ ਉਹ ਖਾਲਿਸਤਾਨ ਦਾ ਨਾਰਾ ਉੱਠ ਰਿਹਾ। ਦੇਖੋ ਅਸੀਂ ਖਾਲਿਸਤਾਨ ਦੇ ਹਮਾਇਤੀ ਨਹੀਂ ਹਾਂ। ਮੈਂ ਇਹ ਨਹੀਂ ਕਰੇ ਕਿ ਮੈਂ ਬਹੁਤ ਵੱਡਾ ਖਾਲਿਸਤਾਨ ਦਾ ਸਪੋਰਟਰ ਹਾਂ, ਮੈਂ ਨਹੀਂ ਹਾਂ। ਮੈਂ ਪੜ੍ਹਿਆ ਲਿਖਿਆ ਇਨਸਾਨ ਹਾਂ ਪਰ ਆਪਣਾ ਹੱਕ ਲੈਣ ਦੇ ਵਾਸਤੇ ਮੈਂ ਕਿਸਾਨਾਂ ਦੇ ਵਾਸਤੇ ਅੱਜ ਇਸ ਰੋਸ ਮੁਜ਼ਾਹਰੇ ਦੇ ਵਿੱਚ ਆਇਆ। ਠੀਕ ਹੈ, ਹਰ ਬੰਦੇ ਨੂੰ ਇਸ ਹਰ ਸਰਕਾਰਾਂ ਨੂੰ ਦੇਖੋ ਜੀ, ਤੁਹਾਨੂੰ ਅਸੀਂ ਸਾਰੇ ਐਸੇ ਜਿੱਦਾਂ ਤੁਹਾਨੂੰ ਦੱਸਿਆ ਪੜ੍ਹੇ ਲਿਖੇ ਲੋਕ ਆ, ਇਹਨਾਂ ਨੂੰ ਜਦੋਂ ਕਿਸੇ ਕੌਮ ਨੂੰ ਉਹਦਾ ਹੱਕ ਨਹੀਂ ਮਿਲਦਾ ਇਸ ਕਰਕੇ ਉਹ ਆਪਣਾ ਹੱਕ ਲੈਣ ਵਾਸਤੇ ਉਹ ਆਪਣੇ ਹੱਕ ਲੈਣ ਵਾਸਤੇ ਆਪਣਾ ਦੇਸ਼ ਬਣਾਉਣ ਦੀ ਗੱਲ ਕਰ ਰਹੇ ਆ, ਪਰ ਇਹ ਗੱਲ ਕਿਉਂ ਕਹਿ ਰਹੇ ਆ? ਕਿਉਂਕਿ ਉਹਨਾਂ ਨੂੰ ਉਹਦਾ ਹੱਕ ਨਹੀਂ ਦੇ ਰਿਹਾ। ਸੋ ਇਸ ਕਰਕੇ ਮੋਦੀ ਸਾਹਿਬ ਨੂੰ ਇਸ ਬਾਰੇ ਸੋਚਣਾ ਚਾਹੀਦਾ, ਦੇਸ਼ ਨੂੰ ਇਕੱਠੇ ਰੱਖਣ ਦੀ ਲੋੜ ਆ। ਦੇਸ਼ ਨੂੰ ਜੇ ਆਪਾਂ ਇਕੱਠੇ ਰੱਖਾਂਗੇ ਤਾਂ ਹੀ ਆਪਣੇ ਕੁਛ ਬਣ ਸਕਦਾ। ਸੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਬਾਰੇ ਸੋਚਣਾ ਚਾਹੀਦਾ। ਸੋ ਜਲਦੀ ਤੋਂ ਜਲਦੀ ਮੋਦੀ ਸਾਹਿਬ ਇਹ ਬਿੱਲ ਵਾਪਸ ਲੈਣ, ਜਾ ਕੇ ਇੱਦਾਂ ਦੇ ਨਾਰੇ ਨਾ ਦੁਬਾਰਾ ਉੱਠਣ ਜਦੋਂ ਕੋਈ ਕਿਸਾਨ ਨੂੰ ਹੱਕ ਨਹੀਂ ਮਿਲੂਗਾ। ਦੇਖੋ 84 ਦੇ ਵਿੱਚ ਦੰਗੇ ਹੋਏ, 84 ਦੇ ਵਿੱਚ ਜਿਹਨਾਂ ਦੇ ਘਰ ਦੇ ਮਾਰੇ ਗਏ ਉਹਨਾਂ ਦੇ ਬਦਲਣ ਨੂੰ ਆਪਣਾ ਇਨਸਾਫ਼ ਨਹੀਂ ਮਿਲਿਆ। ਉਹਨਾਂ ਨੇ ਆਪਣਾ ਇਨਸਾਫ਼ ਲੈਣ ਵਾਸਤੇ ਆਪਣੀਆਂ ਬੰਦੂਕਾਂ ਚੱਕੀਆਂ, ਤੁਸੀਂ ਉਹਨਾਂ ਨੂੰ ਸਰਕਾਰ ਨੇ ਅੱਤਵਾਦੀ ਕਹਿ ਕੇ ਮਾਰਿਆ। ਠੀਕ ਹੈ ਜੀ, ਹੁਣ ਇਸੇ ਫਿਰ ਸੇਮ ਗੱਲ ਕਿਸਾਨਾਂ ਦੇ ਵਾਸਤੇ ਆ। ਜੇ ਕਿਸਾਨ ਨੂੰ ਹੱਕ ਨਹੀਂ ਮਿਲੂਗਾ ਉਹ ਬੰਦੂਕ ਚੱਕੂਗਾ, ਜੇ ਬੰਦੂਕ ਚੱਕੂਗਾ ਤੁਸੀਂ ਉਹਨੂੰ ਅੱਤਵਾਦੀ ਕਹੋਗੇ। ਸਾਡੇ ਵਰਗੇ, ਸਾਡੇ ਭੈਣ ਭਰਾ, ਸਾਡੇ ਚਾਚੇ ਤਾਏ, ਵੱਡੇ ਬਜ਼ੁਰਗ ਜਿਹਨਾਂ ਨੂੰ ਹੱਕ ਨਹੀਂ ਮਿਲੂਗਾ ਉਹ ਇਹ ਕੰਮ ਕਰਨਗੇ। ਜੇ ਇਸ ਕਰਕੇ ਸਾਨੂੰ ਹਰ ਬੰਦੇ ਨੂੰ ਹੱਕ ਮਿਲਣ ਦਾ, ਹੱਕ ਦੇਣ ਦਾ ਸਰਕਾਰ ਦਾ ਵਾਅਦਾ ਬਣਦਾ, ਸਰਕਾਰ ਨੇ ਦਾਅਵੇ ਕੀਤੇ, ਵਾਅਦੇ ਕੀਤੇ, ਉਹਨਾਂ ਦੇ ਪੂਰਾ ਉਤਰਨਾ ਚਾਹੀਦਾ, ਨਾ ਕਿ ਉਹਦੇ ਉਲਟ ਜਾ ਕੇ ਗਲਤ ਗਲਤ ਤਰ੍ਹਾਂ ਦੇ ਬਿੱਲ ਪਾਸ ਕਰਕੇ ਕਿਸਾਨਾਂ ਨੂੰ ਦੁਖੀ ਕਰਨਾ ਚਾਹੀਦਾ। ਜੇ ਮਤਲਬ ਸਰਕਾਰ ਇਨਸਾਫ਼ ਨਹੀਂ ਦਿੰਦੀ ਤੇ ਉਹਨਾਂ ਨੂੰ ਮਤਲਬ ਜਿਹੜਾ ਨੌਜਵਾਨ ਜੇ ਗਲਤ ਪਾਸੇ ਨੂੰ ਉਹਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਆ। ਸਭ ਤੋਂ ਵੱਡੀ ਜੇ ਆਪਾਂ ਉਹਦੀ ਕੱਲ੍ਹ ਨੂੰ ਜ਼ਿੰਮੇਵਾਰੀ ਮਿਲਦੀ ਉਹ ਸਰਕਾਰ ਜ਼ਿੰਮੇਵਾਰ ਹੋਊਗੀ ਜੇਕਰ ਉਹਨੂੰ ਹੱਕ ਨਹੀਂ ਮਿਲਦਾ। ਹੁਣ ਤੁਸੀਂ ਪੰਜਾਬ ਦਾ ਹਾਲਾਤ ਦੇਖ ਲਓ, UK 'ਚ ਦੇਖ ਲਓ, USA ਦੇ ਵਿੱਚ ਦੇਖ ਲਓ, ਹਰ ਜਗ੍ਹਾ ਦੇ ਵਿੱਚ ਕਿਉਂ ਇਹ ਸਾਰਾ ਕੁਝ ਹੋ ਰਿਹਾ? ਬਿਕੋਜ਼ ਉਹਨਾਂ ਨੂੰ ਹੱਕ ਨਹੀਂ ਦਿੱਤਾ ਜਾ ਰਿਹਾ। ਜੇ ਉਹਨਾਂ ਨੂੰ ਹੱਕ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਸਾਰੇ ਲੋਕ ਰੋਡਾਂ ਦੇ ਉੱਪਰ ਆ ਰਹੇ। ਕਿਹਦਾ ਦਿਲ ਕਰਦਾ ਠੰਡੇ ਮੀਂਹ ਦੇ ਵਿੱਚ ਆ ਕੇ ਮੀਂਹ ਸਿਰ 'ਤੇ ਵਰਾਉਣ ਦਾ? ਕਿਸੇ ਦਾ ਦਿਲ ਨਹੀਂ ਕਰਦਾ। ਹਰ ਬੰਦੇ ਦਾ ਦਿਲ ਕਰਦਾ ਮੈਂ ਆਪਣੇ ਘਰ ਪਰਿਵਾਰ 'ਚ ਬੈਠਾਂ, ਪਰ ਉਹਨਾਂ ਨੂੰ ਰੋਡਾਂ 'ਤੇ ਇਸ ਕਰਕੇ ਆ ਰਿਹਾ ਅਸੀਂ ਰੋਟੀ ਚੰਗੀ ਖਾ ਰਹੇ ਹਾਂ ਇੰਗਲੈਂਡ 'ਚ ਰਹਿ ਕੇ, ਪਰ ਸਾਡੇ ਭੈਣ ਭਰਾਵਾਂ ਨਾਲ ਜੇ ਕੱਲ੍ਹ ਨੂੰ ਧੱਕਾ ਹੁੰਦਾ, ਸਾਡੀਆਂ ਜ਼ਮੀਨ ਜਾਇਦਾਦਾਂ ਉੱਥੇ ਆ, ਸਾਡੇ ਨਾਲ ਧੱਕਾ ਹੁੰਦਾ, ਅਸੀਂ ਕਿਹਦੇ ਕੋਲ ਜਾਵਾਂਗੇ? ਜੇ ਅੱਜ ਅਸੀਂ ਨਾ ਇਕੱਠੇ ਹੋਏ ਤਾਂ ਅਸੀਂ ਕਦੀ ਵੀ ਇਕੱਠੇ ਨਹੀਂ ਹੋ ਸਕਦੇ। ਸੋ ਮੇਰੇ ਹਿਸਾਬ ਨਾਲ ਸਾਰੇ ਭੈਣ ਭਰਾਵਾਂ ਨੂੰ ਇਕੱਠਾ ਹੋਣਾ ਚਾਹੀਦਾ ਅਤੇ ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਗੁਰਪ੍ਰੀਤ ਸਿੰਘ। ਭਾਵੇਂ ਕਿ ਮੇਰਾ ਵੀਰ ਜਿਹੜਾ ਉਹ ਸਭ ਸੂਰਤ ਨਹੀਂ, ਪਰ ਇਹਦੇ ਅੰਦਰ ਬੜਾ ਜਜ਼ਬਾ ਹੈ ਆਪਣੇ ਪੰਜਾਬ ਵਾਸਤੇ, ਜਿਹੜਾ ਉਹ ਦਰਦ ਹੈ ਕਿਸਾਨੀ ਹੱਕਾਂ ਦੀ, ਪੰਜਾਬ ਦੇ ਹੱਕਾਂ ਦੀ ਇਹਨੇ ਵੀਰ ਨੇ ਜਿਹੜੀ ਉਹ ਗੱਲ ਕੀਤੀ ਆ। ਸੋ ਆਪਾਂ ਵੇਖ ਸਕਦੇ ਕਿੰਨੇ ਨੌਜਵਾਨ ਨੇ ਜਿਹੜੇ ਛੋਟੀ ਤੋਂ ਛੋਟੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੀ ਨੌਜਵਾਨਾਂ ਨੇ ਸ਼ਿਰਕਤ ਕੀਤੀ ਹੈ। ਸੋ ਇੱਥੇ ਬ੍ਰੋਡਵੇ ਦੇ ਉੱਪਰ ਜਿਹੜਾ ਹੈ ਉਹ ਇਸ ਮਾਰਚ ਦੀ ਸਮਾਪਤੀ ਜਿਹੜੀ ਹੋਣੀ ਹੈ, ਇੱਥੇ ਕਿਸਾਨਾਂ ਦਾ ਦਰਦ ਅੱਜ ਬਿਆਨਿਆ ਗਿਆ ਹੈ। ਸੋ ਦੁਕਾਨਾਂ ਵਾਲੇ ਜਿਹੜੇ ਨੇ ਆ ਆਪਣੇ ਵੀਰ ਨੇ ਸਾਹਮਣੇ ਮੇਰਾ ਖਿਆਲ ਮੋਤੀ ਮਹਿਲ ਜਿਹੜਾ ਸਵੀਟ ਸ਼ੋਪ ਆ, ਇਹਨਾਂ ਨੇ ਜਲੇਬੀਆਂ ਵੀ ਇੱਥੇ ਵੰਡੀਆਂ ਨੇ। ਇਹਨਾਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ, ਇਹਨਾਂ ਦਾ ਵੀ ਅਦਾਰਾ ਵਾਜੇ ਕੋ ਵੱਲੋਂ ਬਹੁਤ ਬਹੁਤ
ਧੰਨਵਾਦ। ਸੋ ਆਪਾਂ ਵੇਖ ਸਕਦੇ ਹਾਂ ਇਹ ਅੱਜ ਸਾਰਾ ਰੋਡ ਜਿਹੜਾ ਹੈ ਉਹ ਜਾਮ ਹੋਇਆ ਪਿਆ। ਸੋ ਆਹ ਮੇਰਾ ਨੌਜਵਾਨ ਵੀਰ ਜੀ, ਆਪਣਾ ਨਾਂ ਕੀ ਆ? ਮੇਰਾ ਨਾਮ ਰਾਜਨੂ ਸਿੰਘ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਦੇ? ਅਸੀਂ ਕਹਿਣਾ ਚਾਹੁੰਦੇ ਹਾਂ ਇੰਡੀਆ ਬਹੁਤ ਮਾੜਾ ਹੁੰਦਾ ਪਿਆ ਅਤੇ ਮੋਦੀ ਸਰਕਾਰ ਸਾਨੂੰ ਪੈ ਖਿੱਚੇ ਲੈਂਦੀ ਆ ਅਤੇ ਉਹ ਅਸੀਂ ਬਿੱਲ ਮਾਫ ਕਰਨਾ ਚਾਹੁੰਦੇ ਹਾਂ ਨਾ ਮੋਦੀ ਸਾਹਿਬ ਨੂੰ ਕਹਿੰਦੇ ਆਪਾਂ ਉਹ ਸਾਨੂੰ ਫਾਰਮ ਤੋਂ ਸਾਨੂੰ ਤੇਰਾ ਬਿੱਲ ਮਾਫ ਜੀ ਜੀ ਉਹਦਾ ਬਿੱਲ ਆ ਉਹਨੂੰ ਵਾਪਸ ਕੀਤਾ ਜਾਵੇ, ਉਹਨੂੰ ਰੱਦ ਕੀਤਾ ਜਾਵੇ। ਇਹ ਨੌਜਵਾਨਾਂ ਦੀ ਜਿਹੜੀ ਆਵਾਜ਼ ਆ, ਸੋ ਤੁਸੀਂ ਵੇਖ ਸਕਦੇ ਹੋ ਆਵਾਜ਼ ਘੁੰਮ ਟੀਵੀ ਨੇ ਪਲ ਪਲ ਦੀ ਖਬਰ ਜਿਹੜੀ ਹੈ ਉਹ ਤੁਹਾਨੂੰ ਵਿਖਾਈ ਹੈ। ਸੋ ਇਹ ਜਿਹੜਾ ਸੰਘਰਸ਼ ਹੈ, ਵੱਖ ਵੱਖ ਜਥੇਬੰਦੀਆਂ ਨੌਜਵਾਨਾਂ ਨੇ ਇਹ ਪ੍ਰੋਗਰਾਮ ਉਲੀਕਿਆ ਸੀ, ਪਰ ਵੱਡੀ ਗਿਣਤੀ 'ਚ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ, ਪੰਜਾਬ ਦਾ ਦਰਦ ਰੱਖਣ ਵਾਲੇ, ਪੰਜਾਬ ਦੀ ਕਿਸਾਨੀ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਇੱਥੇ ਜਿਹੜੇ ਪਹੁੰਚੇ ਨੇ। ਨਹੀਂ ਤਾਂ ਬਹੁਤ ਗਿਣਤੀ ਆ ਪੰਜਾਬੀਆਂ ਦੀ ਲੰਡਨ ਦੇ ਵਿੱਚ ਕਹਿ ਲਓ ਜਾਂ ਪੂਰੇ ਇੰਗਲੈਂਡ ਦੇ ਵਿੱਚ ਕਹਿ ਲਓ। ਸੋ ਅੱਜ ਪੰਜਾਬ ਦੇ ਦਰਦ ਵਾਲੇ ਇੱਥੇ ਜਿਹੜੇ ਪਹੁੰਚੇ ਨੇ, ਨੌਜਵਾਨ ਜਕਾਰਿਆਂ ਦੀ ਗੂੰਜਾਂ ਜਿਹੜੀਆਂ ਉਹ ਪਾ ਰਹੇ ਨੇ। ਆਵਾਜ਼ ਘੁੰਮ ਟੀਵੀ ਰਾਹੀਂ ਇਹ ਜਿਹੜੀ ਤੁਸੀਂ ਰਿਪੋਰਟ ਆ ਜ਼ਮੀਨੀ ਹਕੀਕਤ ਆਪ ਜੀ ਜਿਹੜੀ ਵੇਖ ਰਹੇ ਹੋ, ਸ਼ੇਅਰ ਕਰਦੇ ਰਹਿਣਾ ਨਾਲੋ ਨਾਲ। ਸੋ ਜਿਹੜੇ ਆਪਣੇ ਘਰਾਂ 'ਚ ਵੀ ਸਾਨੂੰ ਇਹ ਹਾਲੇ ਵੇਖ ਰਹੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤੁਸੀਂ ਵੀ ਘਰ ਬਹਿ ਕੇ ਟਾਈਮ ਕੱਢ ਕੇ ਜਿਹੜਾ ਇਸ ਰੋਸ ਰੈਲੀ ਆ, ਰੋਸ ਮਸ਼ਾਲ ਰੋਸ ਮਾਰਚ ਨੂੰ ਦੇਖ ਰਹੇ ਹੋ। ਅਤੇ ਇਸ ਵੇਲੇ ਮੈਨੂੰ ਗੱਲ ਲੱਗਦਾ ਵੀ ਮਾਫੀ ਵੱਲ ਹੀ ਆ ਜੀ, ਪਤਾ ਨਹੀਂ ਹਾਲੇ ਅੱਗੇ ਕੀ ਪ੍ਰੋਗਰਾਮ ਜੀ। ਬਿਲਕੁਲ, ਇਸ ਵੇਲੇ ਇੱਥੇ ਮਾਰਚ ਜਿਹੜਾ ਵਾ ਉਹਦੀ ਇਹਨੂੰ ਰੋਕ ਦਿੱਤਾ ਗਿਆ, ਇਹਦੀ ਜਿਹੜੀ ਸੰਪੂਰਨਤਾ ਮੇਰਾ ਖਿਆਲ ਇੱਥੇ ਜਿਹੜੀ ਹੈ ਉਹ ਹੋਏਗੀ। ਸੋ ਦੇਖਦੇ ਹਾਂ ਅੱਗੇ ਜਿਹੜੀ ਮਾਰਚ ਦੀ ਰੂਪ ਰੇਖਾ ਜਿਹੜੀ ਆ ਉਹ ਕੀ ਆ। ਸੋ ਵੱਡੀ ਗਿਣਤੀ 'ਚ ਲੋਕ ਇੱਥੇ ਸ਼ਾਮਲ ਨੇ। ਸੋ ਸੋ ਪਿੱਛੇ ਬਹੁਤ ਵੱਡਾ ਗੱਡੀਆਂ ਦਾ ਕਾਫਲਾ, ਉੱਥੇ ਦੁਕਾਨਾਂ ਵਾਲੇ ਜਿਹੜੇ ਨੇ ਉਹ ਜਲੇਬੀਆਂ ਵਰਤਾ ਰਹੇ ਨੇ, ਜਲੇਬੀਆਂ ਇੱਥੇ ਲੱਗ ਗਏ ਨੇ। ਇਹ ਇੱਕ ਪੰਜਾਬੀਆਂ ਦੀ ਫਰਾਕ ਦਿਲੀ ਆ, ਲੰਗਰ ਲਾਉਣੇ, ਸੰਗਤਾਂ ਨੂੰ ਛਕਾਉਣੇ। ਸੋ ਇਹ ਸੀਗਾ ਅੱਜ ਦਾ ਕਿਸਾਨਾਂ ਦੇ ਹੱਕ ਵਿੱਚ ਦਿੱਤਾ ਫਤਵਾ, ਸਰਕਾਰ ਦੇ ਕਾਲੇ ਕਾਨੂੰਨ ਦੇ ਖਿਲਾਫ ਪੰਜਾਬੀਆਂ ਦੀ ਲੰਡਨ ਦੇ ਵਿੱਚੋਂ ਉੱਠੀ ਹੋਈ ਆਵਾਜ਼, ਜਿਹੜੀ ਆਵਾਜ਼ ਆ ਰਹੀ ਆ, ਹੋ ਸਕਦਾ ਨੌਜਵਾਨਾਂ ਵੱਲੋਂ ਜਿਹੜਾ ਰਸਤਾ ਉਹਨੂੰ ਬਲੌਕ ਕਰਕੇ ਵੀ ਜਿਹੜਾ ਆਪਣਾ ਰੋਸ ਜ਼ਾਹਰ ਕੀਤਾ ਜਾ ਸਕੇ। ਸੋ ਇਸ ਵੇਲੇ ਐਂ ਸਾਰਾ ਕੁਛ ਜਿਹੜਾ ਇੱਥੇ ਰੁਕਿਆ ਪਿਆ, ਵੱਡੀ ਗਿਣਤੀ 'ਚ ਲੋਕ ਸ਼ਾਮਲ ਨੇ, ਮੀਂਹ ਵੀ ਬਹੁਤ ਪਿਆ, ਪਰ ਇਹ ਸੰਘਰਸ਼ ਦੇ ਵਿੱਚ ਕੋਈ ਵੀ ਢਿੱਲ ਮੱਥ ਜਿਹੜੀ ਉਹ ਨਹੀਂ ਹੋਈ। ਸੋ ਪੰਜਾਬ ਨੂੰ ਪਿਆਰ ਕਰਨ ਵਾਲੇ, ਪੰਜਾਬ ਦੀ ਜ਼ਮੀਨਾਂ ਦਾ ਦਰਦ ਰੱਖਣ ਵਾਲੇ, ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕ ਅੱਜ ਲੋਕ ਇੱਥੇ ਪਹੁੰਚੇ ਹੋਏ ਨੇ। ਵੱਖ ਵੱਖ ਮੀਡੀਆ ਜਿਹੜਾ ਉੱਥੇ ਫਰਜ਼ ਆਪਣੇ ਨਿਭਾ ਰਿਹਾ, ਉੱਥੇ ਆਵਾਜ਼ ਕੌਮ ਨੇ ਐਂ ਇਹਦੀ ਆਰੰਭਤਾ ਤੋਂ ਲੈ ਕੇ ਅਤੇ ਇਸ ਸੰਘਰਸ਼ ਨੂੰ, ਇਸ ਵਿਸ਼ਾਲ ਮਾਰਚ ਨੂੰ ਆਪ ਜੀ ਦੀ ਘਰਾਂ ਤੱਕ ਜਿਹੜਾ ਪਹੁੰਚਾਉਣ ਦਾ ਯਤਨ ਕੀਤਾ। ਸੋ ਇਹ ਬਹੁਤ ਵੱਡਾ ਕਾਫਲਾ ਜਿਹੜਾ ਪਿੱਛੇ ਤੱਕ ਹੈ। ਸੋ ਸਾਨੂੰ ਹੱਥ ਨਾ ਦੋ, ਆਈਏ ਜਲਦੀ ਸਾਨੂੰ ਕੋਈ ਪੱਕੀ ਪਾਣੀ ਕਮਰ ਲਗਾ ਦੇ ਦਿੱਲੀ ਬੋਰਡ।
ਅੰਪਾਇਰ ਕਬੀਰ ਸਿੰਘ ਜੀ ਇੱਥੇ ਜਿਹੜਾ ਹੈ ਇਸ ਵੇਲੇ ਇੱਕਦਮ ਸਾਰਾ ਕੁਛ ਰੁਕਿਆ ਪਿਆ ਅਤੇ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਨੇ ਅਤੇ ਆਹ ਵੇਖੋ ਵੀਰ ਜਿਹੜੇ ਨੇ ਲੰਗਰ ਦੀ ਸੇਵਾ, ਜਲੇਬੀਆਂ ਦੀ ਸੇਵਾ ਕਰ ਰਹੇ ਨੇ। ਸੋ ਇਹਨਾਂ ਦਾ ਵੀ ਜਿਹੜਾ ਉਹ ਧੰਨਵਾਦ ਨੇ। ਸੋ ਰਵੀ ਜੀ ਕਹਿੰਦੇ ਆ ਵੀ ਸਾਨੂੰ ਵੀ ਜਲੇਬੀ ਦਿਓ। ਧੰਨਵਾਦ ਰਵੀ ਜੀ। ਸੋ ਅਸੀਂ ਧੰਨਵਾਦ ਕਰਦੇ ਹਾਂ। ਇਹ ਮੋਤੀ ਮਹਿਲ ਵਾਲੇ ਵੀਰ ਜਿਹੜੇ ਨੇ, ਸਵੀਟ ਵਾਲੇ ਜਿਹੜੇ ਨੇ, ਉਹ ਇਹ ਜਲੇਬੀਆਂ ਦੀ ਸੇਵਾ ਕਰ ਰਹੇ ਨੇ। ਦਰਸ਼ਕੋ ਅਤੇ ਤੁਸੀਂ ਇਹ ਮਾਰਚ ਵੇਖੋ ਅਤੇ ਮੈਂ ਜਲੇਬੀ ਜਿਹੜੀ ਆ ਇਹ ਜੇਬ 'ਚ ਨਹੀਂ ਪਾ ਸਕਦਾ, ਕਿਉਂਕਿ ਤੁਹਾਨੂੰ ਪਤਾ ਫਿਰ ਜੇਬ ਜਿਹੜੀ ਆ ਉਹ ਖਰਾਬ ਹੋ ਜਾਣੀ ਆ, ਮੈਨੂੰ ਛਕਣੀ ਪੈਣੀ ਆ ਮੈਨੂੰ। ਸੋ ਮੈਂ ਤੁਹਾਨੂੰ ਵੀ ਕਹਿੰਦਾ ਆ ਜਾਓ ਜੇ ਤੁਸੀਂ ਵੀ ਛਕਣੀ ਆ। ਅਤੇ ਥੈਂਕ ਯੂ ਇਹ ਮੋਤੀ ਮਹਿਲ ਸਵੀਟ ਵਾਲਿਆਂ ਦਾ। ਸੋ ਇਹਨਾਂ ਨੇ ਜਲੇਬੀਆਂ ਦਾ ਲੰਗਰ ਲਾ ਦਿੱਤਾ ਜੇ ਇੱਥੇ। ਅਤੇ ਆਹ ਜੇ ਅੱਜ ਪੰਜਾਬ ਦੇ ਹੱਕਾਂ ਦੀ ਗੱਲ, ਕਿਸਾਨਾਂ ਦਾ ਸਾਥ, ਪੰਜਾਬ ਦਾ ਜਿਹੜਾ ਦਰਦ ਆ, ਇੱਦਾਂ ਪਤਾ ਲੱਗਦਾ ਕੌਣ ਪੰਜਾਬ ਵਾਸਤੇ, ਕੌਣ ਆਪਣੇ ਘਰ ਵਾਸਤੇ, ਕੌਣ ਅਨੰਦਪੁਰ ਸਾਹਿਬ ਦੇ ਮਤੇ ਵਾਸਤੇ ਅਤੇ ਕੌਣ ਸਿੱਖ ਸੰਘਰਸ਼ ਵਾਸਤੇ ਤਤਪਰ ਆ। ਦੁਨੀਆ ਦੇ ਲੋਕ ਵੱਡੇ ਵੱਡੇ ਖਿਤਾਬ ਆਪਣੀਆਂ ਜੇਬਾਂ 'ਚ ਪਾਈ ਜਾਂਦੇ ਨੇ, ਪਰ ਪੰਜਾਬ ਦਾ ਦਰਦ ਆ ਅੱਜ ਲੰਡਨ ਦੀਆਂ ਗਲੀਆਂ ਜਿਹੜੀਆਂ ਉਹ ਬਿਆਨ ਕਰ ਰਹੀਆਂ ਨੇ। ਦੇਖੋ ਆਵਾਜ਼ੇ ਕੌਮ ਟੀਵੀ, ਤੁਸੀਂ ਦੇਖਦੇ ਰਹੋ। ਸੋ ਇਹ ਅੱਜ ਦਾ ਵਿਸ਼ਾਲ ਧਰਨਾ। ਸੋ ਵੱਡਾ ਵਿਸ਼ਾਲ ਮਾਰਚ ਰੋਸ ਧਰਨਾ ਇਸ ਵੇਲੇ ਬਰੋਡਵੇ 'ਤੇ ਜਿਹੜੇ ਨੇ ਉਹ ਲੋਕ ਜਿਹੜੇ ਬੈਠੇ ਨੇ। ਇਸ ਵੇਲੇ ਕਾਫਲਾ ਬਿਲਕੁਲ ਇੱਥੇ ਬ੍ਰੇਕਾਂ ਲੱਗੀਆਂ ਪਈਆਂ ਨੇ। ਵਿਸ਼ਾਲ ਮਾਰਚ ਅੱਜ ਜਿਹੜਾ ਇਹ ਹੋਇਆ, ਦਰਸ਼ਕੋ ਤੁਸੀਂ ਵੇਖ ਸਕਦੇ ਹੋ ਜਿਹੜਾ ਇਹ ਕਾਫਲਾ ਇਸ ਵੇਲੇ ਬਿਲਕੁਲ ਰੁਕਿਆ ਪਿਆ। ਅਤੇ ਇੱਕ ਵਾਰੀ ਤੁਹਾਨੂੰ ਅਸੀਂ ਥੋੜ੍ਹਾ ਜਿਹਾ ਪਿੱਛੇ ਨੂੰ ਜਾਣ ਦਾ ਯਤਨ ਕਰਾਂਗੇ, ਕਿਉਂਕਿ ਪਿੱਛੇ ਹੈ ਤਾਂ ਬੜੀ ਦੂਰ ਤੱਕ ਇਹ ਕਾਫਲਾ। ਸੋ ਅਸੀਂ ਅਖੀਰ ਤੱਕ ਤਾਂ ਨਹੀਂ ਜਾ ਪਾਵਾਂਗੇ। ਸੋ ਪਰ ਇੱਥੋਂ ਆਪ ਜੀ ਨੂੰ ਵਿਖਾਉਣ ਦਾ ਯਤਨ ਕਰਾਂਗੇ ਵੀ ਹੁਣ ਇਹ ਜਿਹੜਾ ਕਾਫਲਾ ਹੈ ਇਹ ਇਸ ਵੇਲੇ ਇਹ ਨੌਜਵਾਨ ਹੁਣ ਇਸ ਵੇਲੇ ਸੈਲਫੀ ਦੇ ਵਿੱਚ ਲੱਗੇ ਹੋਏ ਨੇ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਫੇਸਬੁੱਕ ਦੇ ਉੱਪਰ ਇਹ ਸੈਲਫੀਆਂ ਜਿਹੜੀਆਂ ਇਹ ਚੜ੍ਹਦੀਆਂ ਨੇ। ਸੋ ਮੈਂ ਅਮਰਜੀਤ ਸਿੰਘ ਜੀ, ਹੁਣ ਇਹ ਜਿਹੜਾ ਮਾਰਚ ਆ ਇਹਦੀ ਜਿਹੜੀ ਸੰਪੂਰਨਤਾ ਇੱਥੇ ਹੋਣੀ ਆ ਜਾਂ ਇਹ ਅੱਗੇ ਜਾਣਾ, ਕੀ ਕਹਿਣਾ ਚਾਹੋਗੇ? ਮੋਦੀ ਤੱਕ ਪਹੁੰਚਾ ਕੇ ਜਾਣਾ ਵਾ।
ਆ ਮੋਦੀ ਸਾਹਿਬ, ਜੋ ਤੂੰ ਆਹ ਕੰਮ ਕੀਤਾ ਨਾ ਤੇਰੇ ਲਈ ਵਧੀਆ ਨੀ ਗਾ, ਠੀਕ ਹੈ ਨਾ। ਇਹ ਤੂੰ ਗਰੀਬ ਜਿਹੜੇ ਕਿਸਾਨ ਆ ਨਾ ਉਹਨਾਂ ਦਾ ਤੂੰ ਗਲਾ ਘੁੱਟਣ ਡਿਆ ਵਾ, ਠੀਕ ਆ। ਤੇ ਤੈਨੂੰ ਮਹਿੰਗਾ ਪੈਣਾ, ਤੇ ਜਦੋਂ ਇਹ ਜੜ ਪੁੱਟੀ ਆ ਨਾ ਕਿਸੇ ਨੇ, ਇਹ ਮਹਿਲਾ ਵਾਲਿਆਂ ਨੇ ਪੁੱਟੀਆਂ, ਠੀਕ ਹੈ ਨਾ, ਇਹ ਕਨਾਲਾਂ ਵਾਲਿਆਂ ਨੇ ਪੁੱਟਣੀਆਂ, ਤਾਂ ਬਚ ਕੇ ਰਹੀ ਹੁਣ, ਠੀਕ ਹੈ ਨਾ। ਇਹ ਪੰਜਾਬ 'ਚ ਨਹੀਂ ਉਹ ਲਾਗੂ ਹੋਣ ਦੇਣਾ ਸੀ, ਜੋ ਮਰਜ਼ੀ ਕਰ ਲਾ ਤੂੰ, ਠੀਕ ਹੈ ਨਾ। ਪੰਜਾਬ 'ਚ ਨਹੀਂ ਉਹ ਲਾਗੂ ਹੋਣਾ, ਜਿੱਥੇ ਮਰਜ਼ੀ ਭੱਜਣੀ। ਅਤੇ ਜਥੇਬੰਦੀਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਇਕੱਠੀਆਂ ਹੋ ਜਾਣ, ਅਤੇ ਇਕੱਤੀ ਜਿਹੜੀਆਂ ਜਥੇਬੰਦੀਆਂ ਆਪਣੀਆਂ ਕਿਸਾਨ ਦੀਆਂ ਜਥੇਦਾਰ ਕੋਲ ਚਲ ਜਾਣ, ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬ ਨੂੰ ਨਾਲ ਲੈ ਕੇ, ਜਿੱਦਣ ਕੂਚ ਕਰਨਾ ਦਿੱਲੀ ਨੂੰ, ਠੀਕ ਹੈ, ਉੱਦਣ ਉੱਥੋਂ ਇਹ ਕੂਚ ਕਰਨ, ਜਿਹੜੀਆਂ ਇੱਥੋਂ ਵਾਲੀਆਂ ਜਥੇਬੰਦੀਆਂ ਉਹ ਵੀ ਉਹਨਾਂ ਨੇ ਟਾਈ ਅਪ ਕਰਕੇ ਤੁਰਨ। ਜਿੱਦਣ ਉਹਨਾਂ ਨੇ ਕੂਚ ਕਰਨਾ ਦਿੱਲੀ, ਉੱਦਣ ਘੱਟੋ ਘੱਟ ਨਹੀਂ ਤਾਂ 30,000 ਬੰਦਾ ਲੈ ਗਏ ਇੱਥੋਂ 30,000 ਬੰਦਾ ਇੱਥੇ ਮੈਸੀ ਗਾੜੀ ਬਹਿ ਜਾਈਏ, ਅਤੇ ਮੈਂ ਨਾ ਜੋ ਮਰਜ਼ੀ ਲੈ ਲਿਓ ਉਹਨਾਂ ਕੋਲੋਂ, ਉਹਦੇ ਲੰਮੇ ਪੈ ਪੈ ਕੇ ਤੁਹਾਨੂੰ ਦੇਣਗੇ। ਪੰਜਾਬ ਵਾਲੇ ਵੀ ਜਾਣਗੇ, ਪੰਜਾਬ ਵਾਲੇ ਉੱਧਰੋਂ ਜਿੱਦਣ ਕੂਚ ਕਰਨ ਦਿੱਲੀ, ਭਾਵੇਂ 1,00,000 ਬੰਦਾ ਕਰੇ ਭਾਵੇਂ 50,000 ਕਰੇ, ਉੱਦਣ ਘੱਟੋ ਘੱਟ ਨਹੀਂ ਤਾਂ ਤੁਸੀਂ 20,000 ਜਾਂ 30,000 ਬੰਦਾ ਲੈ ਕੇ ਇੱਥੇ ਮੈਸੀ ਬਹਿ ਜਾਈਏ ਆਪਾਂ। ਪਰ ਬਹਿਣਾ ਕਿੱਦਾਂ ਵਾ, ਪੰਜਾਂ ਸਿੰਘਾਂ ਦੀ ਹਜ਼ੂਰੀ ਦੇ ਵਿੱਚ, ਇੱਥੇ ਵੀ, ਇੰਡੀਆ ਵੀ। ਇੰਡੀਆ ਸਾਡੀ ਕੌਣ ਮਤਲਬ ਕਿ ਕਮਾਨ ਸੰਭਾਲਣਗੇ? ਪੰਜ ਜਹੇਦਾਰ, ਇਹ ਛੱਡ ਦਿਓ, ਉਹ ਬਾਦਲਾਂ ਦੇ ਨੇ, ਉਹਦੇ ਨੇ, ਇਹ ਕੱਢ ਦਿਓਗੇ ਆਪਦੇ ਮਨ 'ਚੋਂ ਤਾਂ ਤੁਹਾਡਾ ਬੇੜਾ ਪਾਰ ਲੱਗ ਜੂਗਾ ਜੇ। ਅਤੇ ਜੇ ਤੁਸੀਂ ਇਹੋ ਲੈ ਗਏ ਕਿ ਉਹ ਬਾਦਲਾਂ ਦੀ ਜੇਬ 'ਚੋਂ ਆ ਜਾਂ ਉਹ ਫਲਾਣ ਆ, ਇਹਦੇ ਵਹਾਅ 'ਚ ਤਲਵਾਰਾਂ ਜਿੰਨੀਆਂ ਮਰਜ਼ੀ ਮਾਰੀ ਜਾਓ, ਠੀਕ ਆ। ਅਤੇ ਜਹੇਦਾਰ ਨੇ ਅਜੇ ਪਿੱਠ ਨਹੀਂ ਵਿਖਾਈ, ਅਤੇ ਜਹੇਦਾਰ ਨੂੰ ਕੋਲ ਜਾਣ ਜਹੇ ਇਕੱਤੀ ਜਥੇਬੰਦੀਆਂ, ਅਤੇ ਬਿਲਕੁਲ ਜਿੱਦਣ ਪੰਜ ਜਹੇਦਾਰ ਪੰਜ ਸਿੰਘ ਸਾਹਿਬ ਉੱਥੇ ਅੱਗੇ ਖਲੋ ਗਏ, ਮਗਰ ਪੰਥ ਖਲੋ ਗਿਆ, ਮਗਰ ਜਥੇਬੰਦੀਆਂ ਖਲੋ ਗਈਆਂ, ਉਹ ਸਾਡੇ ਜਹੇਦਾਰ ਨੂੰ ਪਾਣੀ ਦੀ ਵਿਛਾੜ ਕੇ ਉਂਗਲ ਹੀ ਲਾ ਸਕਦੀਆਂ, ਕਿਉਂਕਿ ਜੇ ਸਾਡਾ ਪੰਥ ਪਿੱਛੇ ਆ ਤੇ ਜੇ ਸਾਡੇ ਜਹੇਦਾਰ ਨੂੰ ਉਂਗਲ ਆਉਂਦੀਆਂ ਵਾ ਤੇ ਫਿਰ ਸਾਡੀ ਪੰਥ ਨਾਲ ਮੱਥਾ ਲੱਗੂ। ਬਿਲਕੁਲ, ਫਿਰ ਭਾਵੇਂ ਤੁਸੀਂ ਜੋ ਮਰਜ਼ੀ ਲੈ ਲਿਓ ਬਾਬਾ ਜੀ, ਭਾਵੇਂ ਮਹਾਂ ਪੰਜਾਬ ਮੰਗੋਗੇ ਨਾ, ਉਹਨਾਂ ਨੇ ਤੁਹਾਨੂੰ ਹੱਥ ਜੋੜ ਕੇ ਦੇਣਾ। ਪਰ ਏਕਤਾ ਚਾਹੀਦਾ ਵਾ, ਸੋਨਿਹਾਲ ਜਿੰਨਾ ਛੇਤੀ ਕਰੇਗਾ ਨਾ ਪੰਜਾਬ ਛੱਡ ਦੇ, ਹੋਰ ਜਿੱਥੇ ਮਰਜ਼ੀ ਕਰਨਾ ਲਾਗੂ ਕਰ, ਸਾਨੂੰ ਪਰਵਾਹ ਕੋਈ ਨਹੀਂ। ਠੀਕ ਹੈ ਨਾ, ਇਹ ਪੰਜਾਬ 'ਚ ਤੇਰਾ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦੇਣਾ, ਭਾਵੇਂ 2 ਕਿੱਲੇ ਆ ਤੇ ਭਾਵੇਂ ਸਾਡੀ 50 ਕਿੱਲੇ, ਠੀਕ ਹੈ ਨਾ, ਪਰਵਾਹ ਨਾ ਕਰੀ, ਤੇਰੀ ਜੜ ਪੁੱਟਾਂਗੇ ਜ਼ਰੂਰ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜਿੰਦਾਬਾਦ, 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 ਹਾਏ ਹਾਏ, ਹਾਏ ਹਾਏ, ਹਾਏ ਅੱਜ ਇਹ ਨੌਜਵਾਨਾਂ ਦੇ ਜਿਹੜੇ ਵਿਚਾਰ ਨੇ, ਇਹਨਾਂ ਦਾ ਜਿਹੜਾ ਸਲਾਬ ਹੈ ਉਹ ਉਪਜਿਆ ਪਿਆ। ਸੋ ਇਹਨਾਂ ਦੇ ਵਿਚਾਰ ਆਪਣੇ ਜਿਹੜੇ ਨੇ ਉਹ ਸਰਵਣ ਕੀਤੇ ਨੇ। ਸੋ ਵੱਖ ਵੱਖ ਜਿਹੜੀਆਂ ਨੇ ਉਹ ਸੰਸਥਾਵਾਂ ਇੱਥੇ ਜਿਹੜੀਆਂ ਉਹ ਪਹੁੰਚੀਆਂ ਨੇ, ਪੂਰਾ ਜਿੱਥੇ ਇੰਗਲੈਂਡ ਹੋਇਆ ਉੱਥੇ ਮਿਡਲੈਂਡ ਦੇ ਵਿੱਚੋਂ ਵੀ ਜਿਹੜੇ ਨੇ ਉਹ ਲੋਕ ਪਹੁੰਚੇ ਨੇ। ਸੋ ਮੇਰੇ ਨਾਲ ਭਾਈ ਖੇਲਾ ਜੀ ਹੁਣੀ ਬਣੇ ਨੇ। ਭਾਈ ਖੇਲਾ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਰੋਸ ਰੈਲੀ ਵਾਸਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ। ਇਹ ਜੋ ਅੱਜ ਦਾ ਰੋਸ ਮੁਜ਼ਾਹਰਾ ਹੈ, ਹਰ ਇੱਕ ਜਿਹੜਾ ਕਿਸਾਨ ਆ ਔਰ ਜਿਹੜਾ ਵੀ ਮਜ਼ਦੂਰ ਆ ਇੰਡੀਆ ਵਿੱਚ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਬਿੱਲ ਪਾਸ ਹੋਇਆ
ਉਹਦੇ ਬਦਲੇ 'ਚ ਅੱਜ ਜੋ ਇੱਥੇ ਲੰਡਨ ਸਾਊਥ ਹਾਲ ਵਿਖੇ ਇੰਗਲੈਂਡ 'ਚ ਇਹ ਮੁਜ਼ਾਹਰਾ ਸਾਰਾ ਸਾਰੇ ਰਲ ਮਿਲ ਕੇ ਸਾਰੀਆਂ ਹੀ ਤਕਰੀਬਨ ਜਿਹੜੇ ਕਿਸਾਨ ਹੈ ਉਹ ਕੱਢ ਰਹੇ ਹਨ। ਸੋ ਇਹਦੇ ਵਿੱਚ ਚਾਹੀਦਾ ਤਾਂ ਇਹ ਆ ਸਾਰਿਆਂ ਨੂੰ, ਜਿਹੜੇ ਹੋਰ ਵੀ ਆ, ਜਿਹੜੇ ਘਰਾਂ 'ਚ ਵੀ ਬੈਠੇ ਆ, ਕੋਈ ਵੀ ਆ, ਕਿਤੇ ਵੀ ਆ, ਉਹਨਾਂ ਨੂੰ ਹਰ ਇੱਕ ਨੂੰ ਇਸ ਮੁੱਦੇ 'ਤੇ ਆਵਾਜ਼ ਉਠਾਉਣੀ ਚਾਹੀਦੀ ਆ ਤਾਂ ਕਿ ਆਪਣੀਆਂ ਜਿਹੜੀਆਂ ਜ਼ਮੀਨਾਂ ਆਪਾਂ ਨੂੰ ਪਤਾ ਵੀ ਆਪਣੇ ਪੰਜਾਬ ਨੂੰ ਆਪਾਂ ਬਚਾ ਸਕੀਏ, ਸਾਰੀ ਦੁਨੀਆਂ ਦਾ ਹੀ ਜੋ ਭਲਾ ਹੋ ਸਕੇ। ਧੰਨਵਾਦ ਜੀ। ਇਹ ਸਨ ਹਰਜਿੰਦਰ ਸਿੰਘ ਜੀ ਖੇਲਾ, ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਪੇਸ਼ ਕੀਤੇ ਨੇ। ਸੋ ਮੈਨੂੰ ਲੱਗਦਾ ਇੱਥੇ ਜਿਹੜੀ ਹੈ ਉਹ ਇਸ ਮਾਰਚ ਦੀ ਭਾਈ ਰਘਵੀਰ ਸਿੰਘ ਜੀ ਇਸ ਰੋਸ ਰੈਲੀ ਦੀ ਜਿਹੜੀ ਹੈ ਉਹ ਸਮਾਪਤੀ ਹੈ। ਸੋ ਆਪਾਂ ਨੂੰ ਜੀ, ਸੋ ਇੱਥੋਂ ਹੁਣ ਜਿਹੜੀ ਹੈ ਉਹ ਵਾਪਸੀ ਹੋ ਰਹੀ ਆ। ਸੋ ਬਹੁਤ ਲੰਮਾ ਇਹ ਕਾਫਲਾ ਸੀਗਾ। ਸੋ ਆਵਾਜ਼ੇ ਕੌਮ ਟੀ ਵੀ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਇਹ ਜਿਹੜੀ ਪਲ ਪਲ ਦੀ ਖਬਰ ਹੈ ਇਹ ਜ਼ਮੀਨੀ ਹਕੀਕਤ ਜਿਹੜੀ ਹੈ ਇਹ ਬਰੋਡਵੇ ਦੇ ਉੱਪਰ ਜਿਹੜਾ ਸਾਰਾ ਕੁਛ ਇਹ ਜਾਮ ਕੀਤਾ। ਸੋ ਹੁਣ ਇੱਥੇ ਬਿਲਕੁਲ ਭਾਈ ਰਘਵੀਰ ਸਿੰਘ ਜੀ, ਕਿਉਂਕਿ ਬੜਾ ਲੰਮਾ ਜਿਹੜਾ ਸੀਗਾ ਇਹ ਕਾਫਲਾ ਸੀਗਾ, ਵਿਸ਼ਾਲ ਮਾਰਚ ਜਿਹੜਾ ਹੈ ਅਤੇ ਉਹਨਾਂ ਨੇ ਅਤੇ ਰੂਪ ਜਿਹੜਾ ਧਾਰਨ ਕੀਤਾ। ਸੋ ਵੇਖੋ ਵੱਡੀਆਂ ਵੱਡੀਆਂ ਜਿਹੜੀਆਂ ਲਾਰੀਆਂ ਨੇ ਉਹ ਵੀ ਪਹੁੰਚੀਆਂ ਨੇ। ਇਹ ਕਿੱਦਾਂ ਵੀਰ ਜੀ ਅੱਜ ਕਿੱਦਾਂ ਆਉਣੇ ਹੋਏ ਆ? ਠੀਕ ਹੈ, ਅੱਜ ਜਿਹੜੇ ਨੇ ਅੰਗੂਠੇ ਹੀ ਖੜ੍ਹੇ ਹੋ ਰਹੇ ਨੇ ਕਿਉਂਕਿ ਜਿਹੜਾ ਮੀਂਹ ਬਹੁਤ ਪਿਆ ਅਤੇ ਸਮਾਂ ਜਿਹੜਾ ਉਹ ਕਾਫੀ ਲੱਗਾ ਇਸ ਮਾਰਚ ਨੂੰ। ਸੋ ਮੈਨੂੰ ਲੱਗਦਾ ਵੀ ਅਜੇ ਕਾਫੀ ਟਾਈਮ ਜਿਹੜਾ ਹੋਰ ਲੱਗ ਜਾਣਾ। ਸੋ ਆਪਣੇ ਪਰਿਵਾਰਾਂ ਸਮੇਤ ਲੋਕ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ ਇਸ ਮਾਰਚ ਦੇ ਉੱਪਰ। ਸੋ ਬਹੁਤ ਲੰਮਾ ਜਿਹੜਾ ਇਹ ਕਾਫਲਾ ਸੀਗਾ। ਇਹ ਸਾਰੀਆਂ ਜਿਹੜੀਆਂ ਤੁਸੀਂ ਇਸ ਬੰਨੇ ਆਵਾਜ਼ੇ ਕੌਮ ਦੀ ਅੱਖ ਰਾਹੀਂ ਇਹ ਗੱਡੀਆਂ ਜਿਹੜੀਆਂ ਵੇਖ ਰਹੇ ਹੋ, ਜਿਨ੍ਹਾਂ ਦੇ ਵਿੱਚ ਖੰਡੇ ਲੱਗੇ ਹੋਏ ਨੇ, ਜਿਨ੍ਹਾਂ ਦੇ ਵਿੱਚ ਦਸਤਾਰਾਂ ਵਾਲੇ ਨੌਜਵਾਨ ਸਿੱਖ ਨੌਜਵਾਨ ਜਿਹੜੇ ਬੈਠੇ ਹੋਏ ਨੇ, ਕਿਸਾਨਾਂ ਦੇ ਨਿਸ਼ਾਨ ਝੰਡੇ ਲੱਗੇ ਹੋਏ ਨੇ। ਸੋ ਇਹ ਜਿਹੜੀਆਂ ਇਸ ਪ੍ਰਦਰਸ਼ਨ ਦੇ ਵਿੱਚ ਸੀ। ਵੀਰ ਜੀ ਆਪਣਾ ਨਾਂ ਦੱਸੋ ਅਤੇ ਕੀ ਕਹਿਣਾ ਚਾਹੋਗੇ ਅੱਜ ਦੇ ਸ਼ਾਮਿਲ ਹੋਏ ਜੀ ਇਸ ਮਾਰਚ ਦੇ ਵਿੱਚ? ਰਜਿੰਦਰ ਸਿੰਘ ਖਿੰਦ ਨਾਂ ਜੀ ਮੇਰਾ। ਬਸ ਜਿਹੜਾ ਕਿਸਾਨਾਂ ਦੇ ਖਿਲਾਫ ਮੋਦੀ ਨੇ ਜਿਹੜਾ ਬਿੱਲ ਪਾਸ ਕੀਤਾ ਉਹਦੇ ਅਸੀਂ ਖਿਲਾਫ ਕਿਸਾਨਾਂ ਦੇ ਹੱਕ 'ਚ ਖੜੇ ਹੋਏ ਹਾਂ ਅਤੇ ਉਹਨੂੰ ਮੋਦੀ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ ਤਾਂ ਜੋ ਕਿ ਜਿਹੜਾ ਸਾਡਾ ਪੰਜਾਬ ਆ ਜਿਵੇਂ ਦਾ ਹੈਗਾ ਉਦੋਂ ਦਾ ਤਾਂ ਚੱਲਣ ਦੇਵੇ, ਉਹਦੇ ਤੋਂ ਜ਼ਿਆਦਾ ਬੇੜਾ ਤਾਂ ਰਹਿਣਾ ਰੱਖੇ ਦੇ ਘੱਟੋ ਘੱਟ। ਧੰਨਵਾਦ ਜੀ, ਬਹੁਤ ਬਹੁਤ ਵੀਰ ਜੀ ਧੰਨਵਾਦ। ਇਹ ਕਹਿੰਦੇ ਵੀ ਜਿੱਦਾਂ ਦਾ ਸਾਡਾ ਪੰਜਾਬ ਹੈ ਉੱਦਾਂ ਦਾ ਰਹਿਣ ਦਿਓ, ਵੀ ਇਸਨੂੰ ਹੋਰ ਖਤਮ ਕਰਨ ਦਾ ਯਤਨ ਜਿਹੜਾ ਉਹ ਨਾ ਕਰੋ। ਸੋ ਇਹ ਸਾਰਾ ਕਾਫਲਾ ਤਕਰੀਬਨ ਅੱਜ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਨੌਜਵਾਨਾਂ ਦੀ ਹੋ ਗਈ ਆ ਜਿਨ੍ਹਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਇਹ ਸਭ ਲੋਕ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਰੋਸ ਮਾਰਚ ਹੋ ਰਿਹਾ ਜਿਹੜਾ ਪ੍ਰੋਟੈਸਟ ਹੋ ਰਿਹਾ ਆਪਣਾ ਪਹਿਲਾਂ ਨਾਂ ਦੱਸੋ? ਪੰਜਾਬੀ ਸਿੰਗਰ। ਹਾਂ ਜੀ, ਸਾਰਕਾ ਗਿੱਲ ਪੰਜਾਬੀ ਸਿੰਗਰ, ਤੁਸੀਂ ਇਸ ਮਾਰਚ ਦੇ ਵਿੱਚ ਸ਼ਾਮਿਲ ਹੋਏ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦੀ ਹਾਂ ਕਿ ਆਪਾਂ 100% ਕਿਸਾਨਾਂ ਦੇ ਨਾਲ ਆ, ਭਗਵਾਨ ਸਿੰਘ ਇੰਗਲੈਂਡ ਦੇ ਵਿੱਚ ਰਹਿੰਦੇ ਹਾਂ, ਮੈਂ ਇੰਗਲੈਂਡ ਦੀ ਜਮੀ ਪੱਲੀ ਹਾਂ, ਬਟ ਮੇਰਾ ਬੈਕਗਰਾਉਂਡ ਇੰਡੀਆ ਦੇ ਵਿੱਚ ਕਿਸਾਨਾਂ ਦੀ ਧੀ ਹਾਂ ਅਤੇ ਜੋ ਉਹਨਾਂ ਲਈ ਹੱਕ ਲਈ ਅਸੀਂ ਜੋ ਵੀ ਇੱਥੇ ਕਰ ਸਕਦੇ ਆਪਾਂ ਖੜਾਂਗੇ, ਆਪਾਂ ਕਰਾਂਗੇ ਅਤੇ ਆਪਾਂ ਇੰਡੀਆ ਦੇ ਨਾਲ ਹਾਂ। ਜੋ ਧੱਕਾ ਹੋ ਰਿਹਾ ਗਲਤ ਬਹੁਤ ਹੋ ਰਿਹਾ ਆ ਅਤੇ ਟਾਈਮ ਆ ਕਿ ਆਪਣੇ ਹੱਕ ਲਈ ਲੜੋ ਅਤੇ ਯੂਥ ਨੂੰ ਮੈਂ ਇਹ ਕਹੂੰਗੀ ਕਿ ਯੂਥ ਜ਼ਰੂਰ ਇਕੱਠਾ ਹੋਵੇ ਕਿਉਂਕਿ ਯੂਥ ਸਾਡਾ ਫਿਊਚਰ ਆ, ਜੇ ਕਿਸਾਨੀ ਨਹੀਂ ਬਚੀ ਤਾਂ ਫਿਰ ਬਸ ਪੰਜਾਬ ਖਤਮ। ਜਿਹੜੇ ਪੰਜਾਬ ਦੇ ਵਿੱਚ ਕਲਾਕਾਰਾਂ ਨੇ, ਹਾਂਜੀ ਮਤਲਬ ਪੰਜਾਬ ਦੇ ਵਿੱਚ ਮਤਲਬ ਆਪਾਂ ਇਹ ਕਹੀਏ ਵੀ ਭਾਰਤ ਸਰਕਾਰ ਹਿਲਾ ਕੇ ਰੱਖਦੀ ਆ, ਹਾਂਜੀ ਉਹਨਾਂ ਨੂੰ ਜਿਲ੍ਹਾ ਉੱਥੇ ਕਿਉਂਕਿ ਜੋੜ ਕੇ ਨੂੰ ਖਰਾਬ ਕਰਨ ਲਈ ਵੀ ਜਿਹੜੀਆਂ ਏਜੰਸੀਆਂ ਜਾਂ ਕੋਈ ਚੀਜ਼ਾਂ ਦੇ ਕੰਮ ਕਰ ਸਕਦੇ ਆ ਉਹਨਾਂ ਨੂੰ ਕੋਈ ਸੁਨੇਹਾ ਵੀ ਜਿੱਦਾਂ ਜਿਹੜੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਉਹ ਇੱਕ
ਮੈਂ ਕਹਿੰਦੀ ਹਾਂ ਪੰਜਾਬ ਦੇ ਕਲਾਕਾਰ ਬਹੁਤ ਵਧੀਆ ਕਰ ਰਹੇ ਨੇ, ਇਕੱਠੇ ਹੋਏ ਨੇ, ਜੈਸ ਬਾਜਵਾ ਜੀ ਬਹੁਤ ਰਿਸਪੈਕਟਡ ਨੇ, ਅਤੇ ਮਤਲਬ ਬਸ ਏਕਤਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਏਕ ਹੋਣ ਦੀ ਬਹੁਤ ਜ਼ਰੂਰਤ ਆ। ਇੱਥੇ ਇੰਗਲੈਂਡ ਦੇ ਵਿੱਚ ਕਈ ਨਹੀਂ ਆਏ ਅਤੇ ਕਹਿੰਦੇ ਸਾਨੂੰ ਕੀ ਆ ਕਿ ਆਪਾਂ ਕਿਹੜਾ ਖੇਤੀ ਕਰਨੀ ਆ ਜਾ ਕੇ, ਬਟ ਇਹ ਗੱਲ ਆ ਕਿ ਸਾਡਾ ਬੈਕਗਰਾਊਂਡ ਉੱਥੇ ਆ, ਮੇਰੇ ਖੁਦ ਦੇ ਮਾਮੇ ਨੇ ਉੱਥੇ, ਮੇਰੇ ਭਰਾ ਨੇ, ਉਹ ਖੇਤੀਬਾੜੀ ਤੋਂ ਰੋਟੀ ਖਾਂਦੇ ਨੇ, ਅਤੇ ਅਸੀਂ ਉਹਨਾਂ 100% ਨਾਲ ਆ, ਅਤੇ ਜਿੰਨੇ ਵੀ ਕਲਾਕਾਰ ਨੇ ਇਕੱਠੇ ਹੋਏ ਨੇ ਬਹੁਤ ਵਧੀਆ ਕਰ ਰਹੇ ਨੇ, ਅਤੇ ਬਸ ਹਾਂਜੀ 100% ਨੁਕਸਾਨ ਹੋਊਗਾ, ਕਿਉਂਕਿ ਆਪਾਂ ਮੈਂ ਦੇਖਦੀ ਹਾਂ ਮੇਰੇ ਮਾਮੇ ਕਿਵੇਂ ਉਹ ਦਿਨ ਰਾਤ ਕਿਵੇਂ ਉਹ ਸ਼ੌਂਕ ਦੇ ਨਾਲ ਫਕਰ ਦੇ ਨਾਲ ਉਹ ਖੇਤੀਬਾੜੀ ਕਰਦੇ ਆ, ਅਤੇ ਜੇ ਇਹ ਕਾਨੂੰਨ ਨਹੀਂ ਚੇਂਜ ਹੋਏ ਤਾਂ ਉਹ ਸਲੇਵਸ ਦੇ ਵਿਲ ਬਿਕਮ ਸਲੇਵਸ ਇਨ ਦੇਅਰ ਓਨ ਲੈਂਡ। ਧੰਨਵਾਦ ਜੀ। ਇਹ ਸਨ ਪੰਜਾਬੀ ਸਿੰਗਰ ਸਾਰਕਾ ਗਿੱਲ, ਜਿੱਥੇ ਪੰਜਾਬ ਦੇ ਵਿੱਚ ਸਿੰਗਰਾਂ ਨੇ ਪ੍ਰੋਟੈਸਟ ਕੀਤਾ, ਉੱਥੇ ਜਿਹੜੇ ਇੰਗਲੈਂਡ ਦੇ ਸਿੰਗਰ ਨੇ, ਇੱਥੋਂ ਦੀ ਜੰਪਲ ਸਾਡੀ ਭੈਣ ਆ, ਬੱਚੀ ਆ ਸਾਰਕਾ ਗਿੱਲ, ਜਿਹੜੀ ਕਿ ਇੱਕ ਸਿੰਗਰ ਆ, ਸੋ ਉਹਨਾਂ ਵੀ ਇਸ ਰੋਸ ਮਾਰਚ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਆ, ਸੋ ਇਹ ਵੀ ਕਿਸਾਨ ਬਚਾਓ ਦੇਸ਼ ਬਚਾਓ ਜਿਹੜੇ ਵੀਰ ਨੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਾਰਚ 'ਤੇ? ਅਸੀਂ ਬਸ ਇਹੀ ਕਹਿੰਦੇ ਜਿਹੜੇ ਮੋਦੀ ਸਰਕਾਰ ਨੇ 3 ਬਿੱਲ ਪਾਸ ਕੀਤੇ ਆ, ਉਹਨਾਂ ਨੂੰ ਛੇਤੀ ਰੱਦ ਕੀਤਾ ਜਾਵੇ ਅਤੇ ਕਿਸਾਨ ਭਰਾਵਾਂ ਦੀ ਸਾਰ ਲਈ ਜਾਵੇ। ਤੁਹਾਡੇ ਨਾਮ ਕੀ ਆ? ਰਣਜੀਤ ਸਿੰਘ ਵੜੈਚ। ਤੁਸੀਂ ਕਲਾਕਾਰਾਂ ਦੇ ਨਾਲ ਜਿਹੜੇ ਪੰਜਾਬ ਦੇ ਕਲਾਕਾਰ ਇਕੱਠੇ ਹੋ ਕੇ ਸੋਚਿਆ ਹੋਇਆ, ਉਹਨਾਂ ਨੂੰ ਵੀ ਸੋਚ ਕਰਾਂਗੇ? ਨਹੀਂ ਜੀ, ਜਿਹੜੇ ਸਾਡੇ ਕਲਾਕਾਰ ਭਰਾ ਨੇ ਉਹਨਾਂ ਨੂੰ ਵੀ ਬਹੁਤ ਕੰਮ ਕਰ ਰਹੇ ਨੇ, ਉਹ ਵੀ ਸਾਰਿਆਂ ਦੇ ਕਿਸਾਨਾਂ ਦਾ ਵਧੀਆ ਸਾਥ ਦੇ ਰਹੇ ਨੇ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ। ਥੈਂਕ ਯੂ ਵੜੈਚ ਜੀ, ਥੈਂਕ ਯੂ ਜੀ, ਧੰਨਵਾਦ ਜੀ। ਸੋ ਇਹ ਲੋਕ ਨੇ ਜਿਨ੍ਹਾਂ ਨੇ ਅੱਜ ਇਸ ਮਾਰਚ ਦੇ ਵਿੱਚ ਸ਼ਿਰਕਤ ਕੀਤੀ ਆ, ਸੋ ਸਾਡਾ ਇਹ ਯਤਨ ਆ ਵੀ ਅਸੀਂ ਆਪ ਜੀ ਨੂੰ ਜਿਹੜੀ ਹੈ ਇਹ ਪੂਰੇ ਮਾਰਚ ਦੀ ਜਿਹੜੀ ਹੈ ਉਹ ਘਰ ਬੈਠਿਆਂ ਤਸਵੀਰ ਵਿਖਾਉਣ ਦਾ ਯਤਨ ਜਿਹੜਾ ਕੀਤਾ। ਸੋ ਇਹ ਵੈਨਾਂ ਦੇ ਵਿੱਚ ਵੀਰ ਜਿੰਨੇ ਨੇ ਸਾਰੇ ਵੇਖੋ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਲਾਏ ਨੇ, ਸੋ ਆਹ ਜਿਹੜੀ ਸਾਈਡ ਹੈ ਇਹ ਬਿਲਕੁਲ ਕਿਸਾਨ ਦੇ ਹੱਕ ਦੇ ਵਿੱਚ ਉਤਰੀ। ਅੱਜ ਇਸ ਰੈਲੀ 'ਚ ਸ਼ਾਮਿਲ ਹੋਏ ਇਹ ਉਹ ਲੋਕ ਨੇ ਜਿਨ੍ਹਾਂ ਨੇ ਇੰਗਲੈਂਡ ਦੀਆਂ ਗਲੀਆਂ ਅੱਜ ਜਾਮ ਜਿਹੜੀਆਂ ਉਹ ਕਰ ਦਿੱਤੀਆਂ ਨੇ। ਸੋ ਅੱਜ ਫਿਰ ਇੱਕ ਵਾਰੀ ਜਿਹੜਾ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਹਲਾਸ਼ੇਰੀ ਦੇਣ ਵਾਸਤੇ ਜਾਂ ਵਿਦੇਸ਼ਾਂ ਦੇ ਸਿੱਖਾਂ ਵੱਲੋਂ ਉਹਨਾਂ ਨੂੰ ਸਾਥ ਦੇਣ ਵਾਸਤੇ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਇੰਗਲੈਂਡ ਦੀਆਂ ਸੜਕਾਂ ਦੇ ਉੱਪਰ, ਸਾਊਥ ਹਾਲ ਦੀਆਂ ਸੜਕਾਂ ਦੇ ਉੱਪਰ ਜਿਹੜਾ ਹੋਇਆ, ਸੋ ਤੁਸੀਂ ਇਸ ਨੂੰ ਸੋ ਵੇਖ ਰਹੇ ਹੋ। ਬਿਲਕੁਲ ਭਾਈ ਰਘਵੀਰ ਸਿੰਘ ਜੀ, ਮੈਂ ਪਹਿਲਾਂ ਸਰੋਤਿਆਂ ਨੂੰ ਦੱਸ ਰਿਹਾ ਵੀ ਆਹ ਜਿਹੜੀ ਲੈਨ ਆ ਨਾ ਇਸ ਸਾਈਡ ਵਾਲੀ, ਇਹ ਲੈਨ ਜਿਹੜੇ ਲੋਕ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਆ, ਵੇਖੋ ਨਿਸ਼ਾਨ ਸਾਹਿਬ ਲੱਗੇ, ਝੰਡੇ ਲੱਗੇ ਨੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਵਾਰੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਪਿਆਰੀ ਸਾਧ ਸੰਗਤ ਨੂੰ ਬੇਨਤੀ ਹੈ ਵੀ ਅੱਜ ਜੋ ਵੀ ਇਕੱਠ ਹੋਇਆ ਨਾ ਇੱਕ ਵਾਰੀ ਪੰਜਾਬ ਦੀ ਸਰਕਾਰ ਨੂੰ ਪਤਾ ਲੱਗ ਜਾਏ ਸਾਰਾ, ਹੈ ਨਾ, ਵੀ ਜੋ ਵੀ ਸਪੋਰਟ ਕਰ ਰਹੇ ਕਿਸਾਨਾਂ ਦੀ ਸਪੋਰਟ ਕਰ ਰਹੇ ਨੇ, ਹੈ ਨਾ, ਸਾਰੇ ਆਪਣੇ ਇਕਜੁੱਟ ਹੋ ਗਏ ਨਾ, ਉਹਨਾਂ ਸਾਰੇ ਵੀਰਾਂ ਦੀ ਜੋ ਵੀ ਆਪਣੇ ਕਿਸਾਨ ਹੈ ਨਾ ਉਹਨਾਂ ਦੀ ਸਾਰੀ ਸਪੋਰਟ ਕਰਨਗੇ। ਧੰਨਵਾਦ ਜੀ। ਸੋ ਕਿਸਾਨਾਂ ਦੇ ਇਹ ਹੱਕ ਦੇ ਵਿੱਚ ਨਾਰਾ, ਸੋ ਜਿਹੜਾ ਹੈ ਅੱਜ ਤੇ ਜਿਹੜੇ ਨੇ ਵੇਖੋ ਜੀ ਹਾਰਨ ਤੇ ਹਾਰਨ ਵੱਜ ਰਹੇ ਨੇ, ਸੋ ਲੰਮਾ ਕਾਫਲਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ, ਸੋ ਨਿਸ਼ਾਨ ਸਾਹਿਬ ਲੱਗੇ ਨੇ। ਸੋ ਆਹ ਭਾਈ ਰਘਵੀਰ ਸਿੰਘ ਜੀ ਜਿਹੜੀ ਲੈਣ ਆ ਸਾਰੀ ਗੱਡੀਆਂ ਜਿਹੜੀਆਂ ਆਪਾਂ ਦੇਖ ਸਕਦੇ ਹਾਂ, ਕੇਸਰੀ ਨਿਸ਼ਾਨ ਸਾਹਿਬ ਜਿਹੜੇ ਨਿਕਲੇ ਨੇ ਜੀ, ਇਹ ਪੂਰਾ ਅੱਜ ਇਹ ਕਾਫਲਾ। ਸੋ ਅਸੀਂ ਇਹ ਹੁਣ ਜਦੋਂ ਜੀ ਇਹ ਲੰਮਾ ਕਾਫਲਾ ਸੀਗਾ, ਸੋ ਅਸੀਂ ਫਰੰਟ ਤੋਂ ਦਰਸ਼ਕਾਂ ਨੂੰ ਵਿਖਾਇਆ ਅਤੇ ਅਸੀਂ ਸੋਚਿਆ ਵੀ ਇਹਨਾਂ ਨੂੰ ਐਂ ਹੁਣ ਪਿੱਛੇ ਤੱਕ ਵੀ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਜਿਹੜਾ ਉਹ ਵਿਖਾਇਆ ਜਾਵੇ ਵੀ ਅੱਜ ਦਾ ਜਿਹੜਾ ਰੋਸ ਮਾਰਚ ਆ, ਰੋਸ ਰੈਲੀ ਆ, ਉਹ ਵੱਡੀ ਗਿਣਤੀ 'ਚ ਆ। ਸੋ
ਇੱਥੇ ਵੇਖੋ ਵੱਖ ਵੱਖ ਵੀਰ ਪਹੁੰਚੇ ਨੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਂ ਦੱਸੋ ਤੇ ਕੀ ਕਹਿਣਾ ਚਾਹੋਗੇ? ਭਾਜੀ ਮੇਰਾ ਨਾਮ ਮੇਵਾ ਸਿੰਘ ਢੇਸੀ ਆ, ਮੈਂ ਬੈਡਮਿੰਟਨ ਇੰਟਰਨੈਸ਼ਨਲ ਬੈਡਮਿੰਟਨ ਪਲੇਅਰ ਇੰਗਲੈਂਡ ਵਾਸਤੇ ਹੈਗਾ। ਮੈਂ ਫਾਰਮ ਦੇ ਇੰਡੀਆ ਵਾਸਤੇ ਸਾਰਿਆਂ ਦੀ ਸਪੋਰਟ ਕਰਦਾ। ਕੱਲ੍ਹ ਅਸੀਂ ਟਰੈਕਟਰ 'ਤੇ ਆਇਆ ਸੀ, ਅੱਜ ਅਸੀਂ ਗੱਡੀ 'ਚ ਆਏ ਹੈਗੇ ਹਾਂ ਸਭ ਸਾਲ ਸਾਰਿਆਂ ਦੀ। ਮੈਂ ਤਾਂ ਇਹੀ ਕਹਿੰਦਾ ਜਿੰਨੇ ਵੀ ਪੰਜਾਬੀ ਮੈਨੂੰ ਸੁਣਦੇ ਆ ਨਾ ਸਾਰੇ ਜਾਣੇ, ਆਪਣੇ ਆਪਣੇ ਘਰਾਂ ਵਿੱਚ ਪਲੀਜ਼ ਅੱਗੇ ਅਗਲੇ ਜਗ੍ਹਾ ਜਿੱਥੇ ਆਪਾਂ ਅੱਗੇ ਕਰਾਂਗੇ ਉੱਥੇ ਸਾਰੇ ਇਕੱਠੇ ਫਿਰ ਹੋ। ਮੇਰੇ ਵੱਲ ਤਾਂ ਇਹੀ ਸੁਨੇਹਾ ਕੀ ਦੇਣਾ ਚਾਹੁੰਦੇ? ਮੈਂ ਮੁੱਖੀ ਤਾਂ ਇਹੀ ਕਹਿੰਦਾ, ਹੁਣ ਕੀ ਕਰ ਸਕਦੇ ਆ ਭਾਅ ਜੀ? ਨਹੀਂ ਨਹੀਂ ਗੁੱਸਾ ਨਹੀਂ, ਮੈਂ ਗਾਰਡ ਨਹੀਂ ਕਰ ਸਕਦਾ। ਸੁਨੇਹਾ ਮੇਰਾ ਇਹ ਹੀ ਹੈਗਾ ਪ੍ਰਾਈਮ ਮਿਨਿਸਟਰ ਇੰਡੀਆ ਨੂੰ, ਹੁਣ ਤੇਰੀ ਆ ਗਈ ਆ ਆਈ, ਹੁਣ ਸਾਡੀ ਸਿੰਖਾਂ ਦੀ ਵੀ ਆਈ ਆਈ ਪਈ ਆ। ਅਸੀਂ ਹੁਣ ਪੰਜਾਬ ਖਾਲਿਸਤਾਨ ਲੈ ਕੇ ਰਹੋਗੇ, ਅਸੀਂ ਖਾਲਿਸਤਾਨ ਲੈ ਕੇ ਰਹੋਗੇ। ਜਿਹੜੇ ਪੰਜਾਬੀ ਆ ਜਾਂ ਆਰ ਪਾਰ ਦੀ ਲੜਾਈ ਲੜਨਗੇ, ਪੰਜਾਬੀ ਉਹ ਜਾਗੋ ਆਰ ਪਾਰ ਦੀ ਲੜਾਈ ਲੜਨ ਵਾਸਤੇ ਜਾਗੋ ਜਾਗੋ ਪੰਜਾਬੀ ਹੋ। ਮਿਹਰਬਾਨੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਸੋ ਆਪਾਂ ਵੇਖ ਸਕਦੇ ਹਾਂ ਲੰਮੀਆਂ ਲਾਈਨਾਂ ਜਿਹੜੀਆਂ ਲੱਗੀਆਂ ਨੇ। ਆਹ ਵੇਖੋ ਨੌਜਵਾਨ, ਇਹ ਵੀਰ ਜੀ ਆਪਣਾ ਨਾਮ ਦੱਸੋ ਤੇ ਅੱਜ ਕਿਹਦੇ ਵਾਸਤੇ ਆਏ? ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੇਰਾ ਨਾਮ ਸੁਖਵਿੰਦਰਪਾਲ ਸਿੰਘ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ, ਖਾਲਸਾ ਰਾਜ ਭਾਵੇਂ ਅੱਜ ਲੈ ਲਓ ਭਾਵੇਂ ਕੱਲ੍ਹ ਲੈ ਲਓ, ਇਹ ਫੇਰ ਹੀ ਗੱਲ ਬਣਨੀ ਹੈ। ਤੇ ਖਾਲਸਾ ਰਾਜ ਲੈ ਕੇ ਤਾਂ ਮਹਾਂਪੁਰਸ਼ਾਂ ਦੇ ਬੋਲਾਂ ਤੇ ਚੱਲ ਕੇ ਗੱਲ ਬਣਨੀ ਆ, ਭਾਵੇਂ ਅੱਜ ਲੈ ਲਓ ਭਾਵੇਂ ਕੱਲ੍ਹ ਲੈ ਲਓ। ਤੇ ਮੇਰਾ ਇੰਨਾ ਹੀ ਸੁਨੇਹਾ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਜਿੱਦਣ ਖਾਲਸਾ ਰਾਜ ਆ ਗਿਆ ਕੋਈ ਮੁੱਦਾ ਹੀ ਨਹੀਂ ਰਹਿ ਜਾਣਾ, ਹੈ ਨਾ? ਇਹ ਜਿਹੜੇ ਮੁੱਦੇ ਆ ਰਹੇ, ਇੱਕ ਆਪਾਂ ਇੱਕ ਜਿੱਦਣ ਇੱਕ ਇਕੱਠ ਹੋ ਗਿਆ, ਇੱਕ ਜੁੱਟ ਹੋ ਗਿਆ ਨਾ, ਇਹ ਕੱਖ ਨਹੀਂ ਰਹਿਣਾ, ਨਾ ਮੋਦੀ ਰਹਿਣਾ, ਇਹ ਕੋਈ ਨਹੀਂ ਰਹਿਣਾ। ਜਿੱਦਣ ਖਾਲਸਾ ਰਾਜ ਆ ਗਿਆ ਨਾ ਕੋਈ ਮੁੱਦੇ ਰਹਿ ਜਾਣੇ। ਸੋ ਇਸ ਕਰਕੇ ਮੇਰੀ ਅਪੀਲ ਆ ਸਾਰਿਆਂ ਨੂੰ, ਇੱਕਜੁੱਟ ਇੱਕ ਇਕੱਠ ਹੋਵੋ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ। ਇਹ ਕਹਿੰਦੇ ਰਾਜ ਆਊ ਖਾਲਸੇ ਦਾ ਤੇ ਮੁੱਕ ਜਾਣਗੀਆਂ ਤੰਗੀਆਂ ਤੇ ਤੁਸ਼ਤੀਆਂ ਸਾਰੀਆਂ। ਪ੍ਰਸ਼ਾਸਨ ਵੀ ਅੱਜ ਜਿਹੜਾ ਉਹ ਫੇਰੇ ਤੇ ਫੇਰਾ ਲਾ ਰਿਹਾ ਜੇ, ਪਰ ਸਮਝ ਨਹੀਂ ਆ ਰਹੀ ਇਹਨਾਂ ਨੂੰ ਵੀ ਇਹ ਬਣਿਆ ਜਿਹੜਾ ਉਹ ਕੀ ਆ। ਤੇ ਅੱਜ ਜਿਹੜਾ ਇਹ ਵੱਡਾ ਡਾਕਾ ਅੱਜ ਜਿਹੜਾ 100 ਸਾਲ ਦੀਆਂ ਗਲੀਆਂ ਦੇ ਉੱਤੇ ਇੰਗਲੈਂਡ ਦੇ ਸਿੱਖਾਂ ਨੇ ਪੰਜਾਬੀਆਂ ਨੇ ਮਾਰਿਆ। ਸੋ ਆਹ ਵੇਖੋ ਜੀ ਇਹ ਲੰਮੀ ਲਾਈਨ ਤੇ ਇਹ ਜਿਹੜੀ ਇਹ ਅੱਜ ਦਾ ਰੋਸ ਧਰਨਾ ਵਿਸ਼ਾਲ ਰੈਲੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਲੋਕ ਨੇ। ਸੋ ਅਸੀਂ ਯਤਨ ਕਰ ਰਹੇ ਹਾਂ ਜਿੱਥੇ ਇਹ ਆਪਣੇ ਵੇਖਣ ਵਾਲੇ ਸਰੋਤਿਆਂ ਨੂੰ ਜਿਹੜੇ ਸਾਨੂੰ ਪਿਆਰ ਕਰਦੇ ਨੇ, ਜਿਹੜੇ ਕਮੈਂਟ ਕਰਦੇ ਨੇ, ਜਿਹੜੇ ਪ੍ਰੋਗਰਾਮ ਸਾਡੇ ਸ਼ੇਅਰ ਕਰਦੇ ਨੇ, ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਅਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਅਸੀਂ ਇਹ ਵਿਖਾ ਰਹੇ ਹਾਂ ਵੀ ਇਹ ਪਿੱਛੇ ਤੱਕ ਜਿਹੜਾ ਨਾ ਜੀ ਇਹ ਧਰਨਾ, ਆਹ ਵੇਖੋ ਜੀ ਕੇਸਰੀ ਨਿਸ਼ਾਨ ਸਾਹਿਬ ਗੱਡੀਆਂ 'ਤੇ ਲੱਗੇ ਹੋਏ ਨੇ ਅਤੇ ਸਾਰੇ ਨੌਜਵਾਨ ਵੇਖੋ ਤੁਰ ਕੇ ਵੀ ਆ ਰਹੇ ਨੇ। ਆਹ ਸਭ ਇਸ ਮਾਰਚ ਦਾ ਜਿਹੜਾ ਹਿੱਸਾ ਜੀ ਇਹ ਬਿਲਕੁਲ ਭਾਈ ਰਘਵੀਰ ਸਿੰਘ ਜੀ, ਕਿਉਂਕਿ ਗੱਡੀ ਬਹੁਤ ਜ਼ਿਆਦਾ ਜਿਹੜਾ ਸੀ ਨਾ ਅੱਜ ਦਾ ਇਹ ਵਿਸ਼ਾਲ ਮਾਰਚ ਬੜਾ ਵੱਡਾ ਵਿਸ਼ਾਲ ਹੋ ਗਿਆ। ਵੇਖੋ ਖੰਡੇ ਵਾਲੀਆਂ ਗੱਡੀਆਂ ਇਹ ਜਿਹੜੇ ਸਾਰੇ ਵੀਰ ਨੇ ਇਹ ਅੱਜ ਇਸ ਮਾਰਚ ਸ਼ਾਮਿਲ ਨੇ। ਉਹ ਵੇਖੋ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇਸਰੀ ਨਿਸ਼ਾਨ ਜਿਹੜੇ ਨੇ ਗੱਡੀਆਂ 'ਤੇ ਲੱਗੇ ਨੇ। ਸੋ ਇਹ ਤੋਂ ਪਤਾ ਲੱਗਦਾ ਵੀ ਇਹ ਇਹ ਹਿੱਸਾ ਵਾ ਇਸ ਮਾਰਚ ਦਾ। ਤੇ ਇਹ ਵੇਖੋ ਵੀਰ ਬੈਠੇ ਨੇ, ਇਹਨਾਂ ਹੁਣ ਬ੍ਰੇਕ ਹੀ ਮੇਰੇ ਹਿਸਾਬ ਨਾਲ ਅੱਗੇ ਜਾ ਕੇ ਮਾਰੀ ਆ। ਸੋ ਅਸੀਂ ਇਹਨਾਂ ਦੇ ਵਿਚਾਰ ਸ਼ਾਮਿਲ ਨਹੀਂ ਕਰ ਸਕੇ, ਲੈਣਾ ਚਾਹੁੰਦੇ ਸੀ। ਸੋ ਆਹ ਦੇਖੋ ਅਜੇ ਵੀ ਪਿੱਛੇ ਜਿਹੜਾ ਹੈ ਉਹ ਨਾਰੇ ਨਾਰੇ ਲੱਗ ਰਹੇ ਨੇ, ਅਜੇ ਵੀ ਨਾਰੇ ਜਿਹੜੇ ਉਹ ਲੱਗ ਰਹੇ ਨੇ। ਸੋ ਆਹ ਵੇਖੋ ਕਿਸਾਨ ਏਕਤਾ ਲਾ ਦਿਓ ਲਾ ਦਿਓ ਲਾ ਦਿਓ ਆਹ ਵੇਖੋ ਆਹ ਵੇਖੋ ਗੱਲ ਬਹਿ ਗਏ ਜੇ ਵੀਰਾਂ ਦੇ। ਸੋ ਇਹ ਵੇਖੋ ਜੀ ਇਹ ਵੀ ਇਹ ਨਾਰੇ ਲੱਗ ਰਹੇ ਵੇਖ ਸਕਦੇ ਹੋ। ਸੋ
ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਅੱਜ ਦਾ ਇਹ ਪ੍ਰੋਟੈਸਟ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਆ ਵੇਖੋ ਕਾਰਾਂ ਦੀ ਲੈਣ ਸੋ ਵੱਡੀ ਗਿਣਤੀ 'ਚ ਲੋਕ ਨੌਜਵਾਨ ਵੀਰ ਜਿਹੜੇ ਨੇ ਉਹ ਸ਼ਾਮਲ ਹੋਏ ਨੇ ਸੋ ਇਹਨਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਆਹ ਵੇਖੋ ਸਾਡੇ ਜਿਹੜੇ ਭਚੰਗੀ ਸਿੰਘ ਸਾਡੇ ਭਚੰਗੀ ਸਿੰਘ ਹਾਂਜੀ ਆਪਣਾ ਨਾਮ ਦੱਸੋ ਤੇ ਕੀ ਕਹਿਣਾ ਚਾਹੋਗੇ ਕੁਲਵਿੰਦਰ ਕੌਰ ਕੀ ਕਹਿਣਾ ਚਾਹੋਗੇ ਅੱਜ ਕਾਹਦੇ ਵਾਸਤੇ ਆਪਾਂ ਇੱਥੇ ਆਏ ਅੱਜ ਆਪਾਂ ਆਏ ਹਾਂ ਕਿਸਾਨਾਂ ਵਾਸਤੇ ਉਹਨਾਂ ਦੀ ਹਮਦਰਦੀ ਵਾਸਤੇ ਜੋ ਉੱਥੇ ਹੋ ਰਿਹਾ ਬਹੁਤ ਵੱਡਾ ਸਾਡੇ ਸਿੱਖ ਵੀਰਾਂ ਨਾਲ ਸਾਡੇ ਭਰਾਵਾਂ ਨਾਲ ਬਹੁਤ ਜ਼ੁਲਮ ਹੋ ਰਿਹਾ ਪਰ ਬਹੁਤ ਹੀ ਗਲਤ ਉਹ ਕਰ ਰਹੀ ਸਰਕਾਰ ਇਸ ਕਰਕੇ ਸਾਰੇ ਇਕੱਠੇ ਹੋਏ ਅਸੀਂ ਧੰਨਵਾਦ ਜੀ ਜੇ ਜਕਾਰਾ ਛੱਡੀ ਸਿੰਘ ਸਾਹਿਬ ਆਪਾਂ ਪਨੀਰੀ ਆ ਇਹ ਬਹੁਤ ਵੱਡੀ ਗਿਣਤੀ ਜੱਜ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਸੋ ਆਪ ਵੇਖ ਸਕਦੇ ਹੋ ਬਹੁਤ ਵੱਡਾ ਪਿੱਛੇ ਤੱਕ ਇਹ ਕਾਫਲਾ ਵਾ ਤੇ ਆ ਵੇਖੋ ਭਾਈ ਰਣਵੀਰ ਸਿੰਘ ਜੀ ਕੇਸਰੀ ਨਿਸ਼ਾਨ ਜਿਹੜੇ ਉਹ ਝੁਲਦੇ ਪਏ ਨੇ ਸੋ ਇਹ ਵੀਰ ਜਿਹੜੇ ਨੇ ਇਹ ਸ਼ਾਮਲ ਨੇ ਇਸ ਰੋਸ ਮਾਰਚ ਦੇ ਵਿੱਚ ਸੋ ਇਹ ਵੱਡਾ ਕਾਫਲਾ ਜੇ ਇਹ ਜਿਹੜਾ ਅੱਜ ਚੱਲ ਰਿਹਾ ਸੋ ਬਹੁਤ ਵੱਡਾ ਕਾਫਲਾ ਭਾਈ ਰਣਵੀਰ ਸਿੰਘ ਜੀ ਆਪਾਂ ਨੂੰ ਉਹ ਪੱਲੇ ਹੋ ਜਾਣਾ ਚਾਹੀਦਾ ਚਲੋ ਬਿਲਕੁਲ ਜਿਵੇਂ ਸ਼ੁਰੂ ਆਪਾਂ ਕੀਤਾ ਸੀ ਜੈ ਜਵਾਨ ਜੈ ਕਿਸਾਨ ਪੰਜਾਬ ਦੇ ਕਿਸਾਨ ਜਿਹੜੇ ਨੇ ਉਹਨਾਂ ਦੇ ਖਿਲਾਫ਼ ਜਿਹੜੇ ਖੇਤੀ ਨੂੰ ਬਰਬਾਦ ਕਰਨ ਵਾਸਤੇ ਅਤੇ ਜਿਨ੍ਹਾਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਿਨ੍ਹਾਂ ਨੇ ਸਪੋਰਟ ਕਰਕੇ ਅਡਵਾਨੀ ਵਰਗਿਆਂ ਨੂੰ ਸਾਈਡ 'ਤੇ ਕਰਕੇ ਮੋਦੀ ਨੂੰ ਪ੍ਰਧਾਨ ਮੰਤਰੀ ਲਾਇਆ ਅੰਬਾਨੀਆਂ ਅਡਾਨੀਆਂ ਨੇ ਅੱਜ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਪਾਸ ਕਰਕੇ ਨੇ ਉਹਨਾਂ ਦਾ ਆਸਾਨ ਲਾਉਣ ਵਾਸਤੇ ਪਰ ਕਿਸਾਨਾਂ ਦੇ ਗੱਲ 'ਚ ਗੁਲਾਮੀ ਜਿਹੜੀ ਪਾਉਣੀ ਚਾਹੁੰਦਾ ਕਿਸਾਨਾਂ ਨੂੰ ਜਿਹੜੀ ਖਤਮ ਕਰਨੀ ਚਾਹੁੰਦਾ ਉਹ ਕਦੀ ਵੀ ਪੰਜਾਬ ਦੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਕਿਸਾਨਾਂ ਦੇ ਨਾਲ ਉਹਨਾਂ ਦੇ ਹੱਕਾਂ 'ਚ ਹਮਾਇਤ ਕਰਨ ਵਾਸਤੇ ਅੱਜ ਇੰਗਲੈਂਡ ਦੇ ਸਿੱਖਾਂ ਨੇ ਵੱਡਾ ਜਿਹੜਾ ਰੋਸ ਵਿਸ਼ਾਲ ਰੋਸ ਮਾਰਚ ਜਿਹੜਾ ਕੀਤਾ ਜਿਹਦੇ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਪੂਰੇ ਇੰਗਲੈਂਡ ਤੋਂ ਜਿਹੜੇ ਉਹ ਸ਼ਾਮਲ ਹੋਏ ਕੁਝ ਜਥੇਬੰਦੀਆਂ ਜਿਹੜੀਆਂ ਉਹ ਵੀ ਸ਼ਾਮਲ ਹੋਈਆਂ ਸੋ ਇਹ ਜਿਹੜਾ ਇਕੱਠ ਹੈ ਇਹ ਦਿਖਾਉਂਦਾ ਵੀ ਭਾਵੇਂ ਜਿਹੜਾ ਸਿੱਖ ਆ ਜਾਂ ਪੰਜਾਬੀ ਆ ਉਹ ਇਹੋ ਜਿਹੇ ਕਾਨੂੰਨਾਂ ਨੂੰ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਜਿਹੜਾ ਉਹ ਨਹੀਂ ਕਰੇਗਾ ਸੋ ਇਸ ਕਰਕੇ ਜਿਵੇਂ ਪੰਜਾਬ ਦਾ ਕਿਸਾਨ ਸੜਕਾਂ ਦੇ ਉੱਤੇ ਹੈ ਟ੍ਰੇਨਾਂ ਦੀਆਂ ਪਟੜੀਆਂ ਦੇ ਉੱਤੇ ਹੈ ਅੱਜ ਵਿਦੇਸ਼ਾਂ ਦਾ ਸਿੱਖ ਵੀ ਸੜਕਾਂ ਦੇ ਉੱਪਰ ਵਧਦੇ ਮੀਂਹ ਦੇ ਵਿੱਚ ਵੱਧ ਰਹੀ ਠੰਡ ਦੇ ਵਿੱਚ ਅੱਜ ਸ਼ਾਮਲ ਹੋਇਆ ਸੋ ਇਸੇ ਤਰ੍ਹਾਂ ਅਸੀਂ ਆਪਣੇ ਕਿਸਾਨ ਭਰਾਵਾਂ ਦਾ ਸਾਥ ਦਿੰਦੇ ਰਹਾਂਗੇ ਉੱਥੇ ਇੰਟਰਨੈਸ਼ਨਲ ਪੰਥਕ ਦਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਵੀ ਕਿਸਾਨ ਬਚਾਓ ਵਿੰਗ ਦੇ ਰਾਹੀਂ ਵੱਡੇ ਸੰਘਰਸ਼ ਪੰਜਾਬ ਦੀ ਧਰਤੀ 'ਤੇ ਵੀ ਕਰ ਰਿਹਾ ਹੈ ਇੰਗਲੈਂਡ ਦੇ ਵਿੱਚ ਵੀ ਹਰ ਸੰਘਰਸ਼ ਦੇ ਵਿੱਚ ਵੱਧ ਚੜ੍ਹ ਕੇ ਮੋਹਰੀ ਬਣ ਕੇ ਆਪਣਾ ਸਾਥ ਦੇ ਕੇ ਸੰਘਰਸ਼ ਦੇ ਵਿੱਚ ਜਿਹੜਾ ਹੈ ਉਹ ਸ਼ਮੂਲੀਅਤ ਕਰ ਰਿਹਾ ਹੈ ਜੋ ਕਿਸਾਨਾਂ ਦੇ ਖਿਲਾਫ਼ ਇਹ ਸਾਰਾ ਕੁਛ ਹੋ ਰਿਹਾ ਕਦੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋ ਤੁਸੀਂ ਆਵਾਜ਼ੇ ਕੁੰਮ ਟੀ ਵੀ ਦੇ ਰਾਹੀਂ ਸਾਰਾ ਇਹ ਜਿਹੜਾ ਰੋਸ ਮਾਰਚ ਹੈ ਉਹ ਦੇਖਿਆ ਆਪ ਜੀ ਦਾ ਵੀ ਧੰਨਵਾਦ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਕਰ ਦੇਣਾ ਜੀ ਤਾਂ ਕਿ ਸਾਡੀ ਜਿਹੜੀ ਆਵਾਜ਼ ਹੈ ਇਹ ਸਰਕਾਰਾਂ ਦੇ ਬੋਲੇ ਕੰਨਾਂ ਨੂੰ ਖੋਲ੍ਹ ਸਕੇ ਕਿਸਾਨਾਂ ਨੂੰ ਜਿਹੜਾ ਹੈ ਉਹ ਭਰੋਸਾ ਦੇ ਸਕੇ ਵਿਸ਼ਵਾਸ ਦਵਾ ਸਕੇ ਵੀ ਅੱਜ ਜਿਹੜਾ ਇੰਗਲੈਂਡ ਦਾ ਸਿੱਖ ਹੈ ਉਹ ਵੀ ਤੁਹਾਡੇ ਨਾਲ ਹੈ ਕਿਸਾਨ ਏਕਤਾ ਜਿੰਦਾਬਾਦ ਮਜ਼ਦੂਰ ਏਕਤਾ ਜਿੰਦਾਬਾਦ ਜੈ ਕਿਸਾਨ ਜੈ ਜਵਾਨ ਦੇਖਦੇ ਰਹਿਣਾ ਆਵਾਜ਼ੇ ਕੁੰਮ ਟੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ